ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦੇਵ ਜੀਆਂ ਬਹੁਤ-ਬਹੁਤ ਵਧਾਈਆਂ ਸਾਨੂੰ ਬਹੁਤ ਖੁਸ਼ੀ ਹੈ ਕਿ ਅਮ੍ਰਿਤਸਨ ਚਾਰ ਕਰਨ ਵਾਲੇ ਜਿਹੜੇ ਸਿੰਘ ਨੇ ਉਹਨਾਂ ਚੋਂ ਦੋ ਪਿਆਰਾਂ ਨਾਲ ਅਸੀਂ ਅੱਜ ਵਿਚਾਰਾ ਕਰਨੀਆਂ ਨੇ ਟੋਰਾਂਟੋ ਤੋਂ ਭਾਈ ਗੁਰਦੀਪ ਸਿੰਘ ਜੀ ਤੇ ਭਾਈ ਰਣਜੋਤ ਸਿੰਘ ਜੀ ਇਨਸ ਐਪੀਸੋਡ ਵੀ ਗੋਣਾ ਟਾਕ ਅਬਾਊਟ ਵਾਟ ਇਜ਼ ਖਾਲਸਾ ਹਾਊ ਡਿਡ ਇਟ ਕਮ ਇਨਟੂ ਐਗਜ਼ਿਸਟੈਂਸ ਐਂਡ ਇਫ ਥੇਅਰ ਵਾਸ ਅ ਨੀਡ ਫਾਰ ਦ ਖਾਲਸਾ ਟੂ ਬੀ ਫਾਰਮਡ ਆਫਟਰ ਆਲ this episode specifically is gonna be immensely helpful to anyone who's new to sikhie who's new to the khalsa panth or maybe wants to come into the khalsa panth assi podcast karan da maqsad eh rakha hai ki dungiyan vichara ho pan gehrai de naal samjha jaye ki khalsa da nishana ki hai khalsa hond vich kyon aaya so samjhan di khatir assi podcast kardeyan 4 ghante vi late phir assi socha ki assi nu part 1 te part 2 karke release karde hain and part 2 next friday release hovega ਸੋ ਪਾਰਟ 1 ਵਿੱਚ ਅਸੀਂ ਗੱਲ ਕੀਤੀ ਹੈ ਖਾਸਾ ਕਿਵੇਂ ਸਿਰਜਿਆ ਗਿਆ ਜਿਹੜਾ ਪਹਿਲਾ ਅੰਮ੍ਰਿਤ ਸੰਚਾਰ ਮਹਾਰਾਜ ਦੀ ਮੌਜੂਦਗੀ ਵਿੱਚ ਹੋਇਆ ਰਹਿਤ ਮਰਿਆਦਾ ਦੇ ਬਾਰੇ ਗੱਲਾਂ ਕੀਤੀਆਂ ਐਂਡ ਹੋਰ ਬੇਹਤ ਚੀਜ਼ਾਂ ਬਾਰੇ ਗੱਲਾਂ ਕੀਤੀਆਂ ਤੇ ਪਾਰਟ 2 ਦੇ ਵਿੱਚ ਅਸੀਂ ਉਹ ਵਾਲੇ ਕੁਐਸਚਨ ਆਨਸਰਸ ਤੇ ਗੱਲ ਕੀਤੀਆਂ ਜੋ ਤੁਸੀਂ ਸਾਨੂੰ ਭੇਜੇ ਸਨ ਸੋ ਸਾਨੂੰ ਆਸ ਹੈ ਕਿ ਤੁਸੀਂ ਇਹ ਵਾਲੇ ਐਪੀਸੋਡ ਚੋਂ ਕੁਝ ਸਿੱਖੇ ਜਾਓਗੇ ਤੇ ਆ ਕੇ ਕਿਸੇ ਨੂੰ ਸਿਖਾਓਗੇ ਵੀ ਹੋਪ ਯੂ ਇੰਜੋਏ ði ਪੋਡਕਾਸਟ ਜਜਨਪ ਜਨਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਮੇਰੋ ਧਿਆਨ ਅਰਨੇਸ਼ਠਾ ਖਾਲਸਾ ਪੂਜਨ ਧਿਆਨ ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤਜਾਨ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋ ਮਹ ਤਾਸ ਮਹ ਰੰਚਕ ਨਾਹਨ ਪੇਵ ਪ੍ਰਭ ਮੈਂ ਮੂ ਮਹਤੋਸ ਮੈਂ ਰੰਚਕ ਨਾਹਿੰ ਨਿਪੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਭਾਈ ਸਾਹਿਬ ਭਾਈ ਰਣਜੋਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਸੀਂ ਸਾਡੇ ਨਾਲ ਆਪਣਾ ਸਮਾਂ ਕੱਢ ਕੇ ਇਹ ਐਪੀਸੋਡ ਜੁੜੇ ਹੋ ਜੀ ਅ ਅਸੀਂ ਸ਼ੁਰੂ ਕਰਨਾ ਖਾਲਸੇ ਦੀ ਗੱਲਾਂ ਨੂੰ ਲੈ ਕੇ ਕਿ ਖਾਲਸਾ ਕੀ ਹੈ ਖਾਲਸਾ ਕਿਉਂ ਹੈ ਤੇ ਖਾਲਸਾ ਕਿਦਾਂ ਸਜੀਦਾ ਕਿਦਾਂ ਬਣੀਦਾ ਤੇ ਵਿਚਾਰਾ ਸ਼ੁਰੂ ਕਰਨ ਤੋਂ ਪਹਿਲੇ ਬੇਨਤੀ ਆਈ ਸੀ ਕਿ ਜੀ ਕੇ ਆਪ ਜੀ ਇੱਕ ਇੱਕ ਕਰਕੇ ਭਾਵੇਂ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਕਿ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਗੈਸਟ ਕੌਣ ਨੇ ਜੀ ਭਾਈ ਸਾਹਿਬ ਜੀ ਆਪ ਜੀ ਕਰ ਲਓ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੋਤ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਉਂ ਆਪ ਜੀ ਨੇ ਉਦਮ ਉਪਰਾਲਾ ਕਰਕੇ ਸੰਗਤਾਂ ਨੂੰ ਇਸ ਵਿਸ਼ੇ ਬਾਰੇ ਜਾਣਨ ਲਈ ਇੱਥੇ ਇਕੱਤਰਤਾ ਕੀਤੀ ਹੈ ਦਾਸ ਕੋਈ ਬਹੁਤ ਜ਼ਿਆਦਾ ਸੂਝਵਾਨ ਜਾਂ ਕੋਈ ਕਥਾਵਾਚਕ ਤੇ ਨਹੀਂ ਹੈ ਪਰ ਜਿੰਨੀ ਕਿ ਸਮਰੱਥਾ ਵਾਹਿਗੁਰੂ ਸੱਚੇ ਪਾਸ਼ਾ ਨੇ ਬਖਸ਼ੀ ਹੈ ਉਸ ਮੁਤਾਬਕ ਹੀ ਅੱਜ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਸੋ ਦਾਸ ਦਾ ਨਾਮ ਰਣਜੋਤ ਸਿੰਘ ਹੈ ਜੀ ਦਾਸ 2000 ਦੇ ਵਿੱਚ ਲਗਭਗ ਇੱਥੇ ਕੈਨੇਡਾ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਗੁਰਸਿੱਖਾਂ ਦੀ ਸੰਗਤ ਮਿਲਣ ਦੇ ਕਾਰਨ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ ਅੱਜ ਦਾਸ ਪੰਜਾ ਸਿੰਘਾਂ ਦੀ ਸੇਵਾ ਦੇ ਵਿੱਚ ਲੱਗਦਾ ਹੈ ਸੋ ਇਸ ਬਾਬਤ ਦਾਸ ਜੇ ਪਾਸੋਂ ਜੇ ਕੋਈ ਗਲਤੀ ਹੋ ਜਾਵੇ ਤੇ ਦਾਸ ਪਹਿਲਾਂ ਹੀ ਖਿਮਾ ਦਾ ਜਾਜਕ ਹੈ ਸੋ ਫਿਰ ਆਪ ਜੀ ਦਾ ਬਹੁਤ ਧੰਨਵਾਦ ਹੈ ਦਾਸ ਇਹ ਇਸ ਬਾਰੇ ਜਿਹੜੀ ਹੈ ਕੋਈ ਵੀ ਗੱਲਬਾਤ ਆ ਉਹ ਆਪਣੇ ਅੰਦਰੋਂ ਹੀ ਕਰਨੀ ਚਾਹੁੰਦਾ ਹੈ ਕਿਸੇ ਤਰ੍ਹਾਂ ਦੀ ਆਪਾਂ ਕੋਈ ਫਾਰਮੈਲਿਟੀ ਨਹੀਂ ਰੱਖਣੀ ਜਿੰਨੀ ਕਿ ਦਾਸ ਨੂੰ ਨੌਲੇਜ ਹੈ ਉਹ ਹੀ ਆਪਾਂ ਸ਼ੇਅਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Um, I'll speak in English now just to kinda of sure. go from there. But uh, thank you so much for organizing this. Um, it's always good to get an insight on stuff that happens that we see often, but we just don't know what's going on or we may not have enough knowledge on. Um, so it's an amazing uh that you guys have started. Um Das Gurdeep Singh um Coffee Shote Abjinalo. Um so I'm still learning a lot from the older things but Dasnavi uh Das nu Maharaj Seva Bakshia, um the seva Maharaj ਹੋ ਜੀ ਹੁੰਦੇ ਆ ਸੇਵਾ ਵਾਸਤੇ ਐਂਡ ਯਾ ਦੈਟਸ ਫਰੀ ਮਾਚ ਇਟ ਸ਼ੋਰਟ ਐਂਡ সুইਟ ਸ਼ੋਰਟ ਐਂਡ সুইਟ ਹਾਂ ਜੀ ਇਤੋ ਦੇ ਜੰਪ ਵਾਲਾ ਤੇ ਦ ਬੈਸਟ ਮਿਕ ਐਸ ਵੀ ਸਾਲ ਹੋ ਗਏ ਸੋ ਆਈ نو ਇਤ ਆ ਵਾਸ ਬੋਰਨ ਇਨ ਟ੍ਰੋਨੋ ਹਾਂ ਜੀ ਠੀਕ ਹੈ ਜੀ ਆਂਡ ਟਾਕਿੰਗ ਬਾਟ ਖਾਲਸਾ ਕਿਉਂਕਿ ਹੁਣ ਵਿਸਾਖੀ ਦਾ ਵੀ ਦੇ ਵਸਾਰਿਆ ਤੇ ਵਿਸਾਖੀ ਸੀ ਹਰ ਸਾਲ ਜਿਹਦਾ ਮਨਾਣਾ ਸਾਨੂੰ ਪਤਾ ਕਿ ਖਾਲਸਾ ਦਾ ਹੀ ਸਾਜਨਾ ਹੋਈ ਸੀ ਤੇ ਜੇ ਖਾਲਸੇ ਬਾਰੇ ਜਾਣਨਾ ਹੋਏ ਤੁਸੀਂ ਕਿਦਾਂ ਨੂੰ ਡਿਫਾਈਨ ਕਰੋਗੇ ਕਿ ਖਾਲਸਾ ਕੀ ਹੈਗਾ ਉਹ ਲਿਟਰਲੀ ਆਈ ਕੁਐਸਚਨ ਹੈ ਕਿ ਕੀ ਖਾਲਸਾ ਹਾਂਜੀ ਦੇਖੋ ਜੀ ਖਾਲਸਾ ਮਹਾਰਾਜ ਨੇ ਆਪ ਹੀ ਬਿਆਨ ਕੀਤਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਸੋ ਮਹਾਰਾਜ ਨੇ ਆਪਣਾ ਹੀ ਰੂਪ ਦੱਸਿਆ ਆਪਾਂ ਨੂੰ ਖਾਲਸੇ ਨੂੰ ਸੋ ਜਿਸ ਤਰ੍ਹਾਂ ਆਪਾਂ ਮਹਾਰਾਜ ਨੂੰ ਸਮਝੇ ਉਸ ਤਰ੍ਹਾਂ ਹੀ ਆਪਾਂ ਨੂੰ ਖਾਲਸੇ ਨੂੰ ਵੀ ਸਮਝਣਾ ਪੈਣਾ ਕੋਈ ਡਿਫਰੈਂਸ ਨਹੀਂ ਹੈਗਾ ਇਹਨਾਂ ਦੇ ਵਿੱਚ ਸੋ ਖਾਲਸਾ 사ਜਨਾ ਦਿਸ ਦੇ ਹਿਸਾਬ ਨਾਲ ਆਪਾਂ ਜਦੋਂ ਗੱਲ ਕਰਾਂਗੇ ਤੇ ਖਾਲਸੇ ਦੀ 사ਜਨਾ ਜਿਹੜੀ ਉਹ ਸਿਰ ਦੇ ਉੱਤੇ ਖੜੀ ਆ ਇਹ ਸਭ ਤੋਂ ਪਹਿਲੀ ਰਿਕੁਆਇਰਮੈਂਟ ਆ ਇਹੋ ਹੀ ਸਭ ਤੋਂ ਵੱਡੀ ਲੋੜ ਆ ਕਿ ਜਦ ਤੱਕ ਆਪਣੇ ਸਿਰ ਦੇ ਵਿੱਚ ਸਿਰ ਆਪਣਾ ਜਿਹੜਾ ਉਹ ਆਪਣੀ ਮਤ ਨੂੰ ਰਿਪਰੈਜ਼ੈਂਟ ਕਰਦਾ ਆਪਣੀ ਬੁੱਧ ਨੂੰ ਰਿਪਰੈਜ਼ੈਂਟ ਕਰਦਾ ਸੋ ਸਿਰ ਦੇਣ ਦਾ ਭਾਵ ਇਹ ਵੀ ਆ ਨਾਲ ਹੀ ਕਿ ਤੁਸੀਂ ਆਪਣੀ ਮਤ ਜਿਹੜੀ ਹੈ ਨਾ ਮਨ ਦੀ ਮਤ ਆ ਉਹ ਗੁਰੂ ਦੇ ਅੱਗੇ ਤਿਆਗ ਜਣੀ ਆ ਤੇ ਗੁਰੂ ਦੀ ਮਤ ਲੈਣੀ ਆ ਸੋ ਬੇਸਿਕ ਰਿਕਵਾਇਰਮੈਂਟ ਜੋ ਖਾਲਸੇ ਦੀ ਹੈ ਜਿੱਥੋਂ ਖਾਲਸਾ ਸਾਜਿਆ ਗਿਆ ਹੈ ਉਹ ਇੱਥੇ ਗੱਲ ਤੋਂ ਸ਼ੁਰੂ ਹੁੰਦੀ ਹੈ ਕਿ ਪਹਿਲਾਂ ਹੀ ਮਹਾਰੇ ਨੇ ਸੀਸ ਮੰਗਿਆ ਜੀ ਕੋਈ ਮਹਾਰੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਉੱਥੇ ਕੀਤੀ ਕਿੰਨੀਆਂ ਬਾਣੀਆਂ ਕੰਠਿਆ ਕਿੰਨੇ ਵਜੇ ਉੱਠਣਾ ਪੈਣਾ ਗੀਗੀ ਕਰਨਾ ਪਣਾ ਕਿਹੜੇ ਕਕਾਰ ਪਾਉਣੇ ਪਣੇ ਆ ਉਹ ਸਾਰੀਆਂ ਮਰਿਆਦਾ ਬਾਅਦ ਚ ਦ੍ਰਿੜ ਕਰਾਈਆਂ ਗਈਆਂ ਸਭ ਤੋਂ ਪਹਿਲਾਂ ਇੱਕੋ ਹੀ ਰਿਕੁਆਇਰਮੈਂਟ ਮਾਰੇ ਨੇ ਪੁੱਛੀ ਆ ਕਿ ਸੀਸ ਚਾਹੀਦਾ ਸੋ ਜਿਹੜਾ ਸੀਸ ਦੇ ਸਕਦਾ ਉਹ ਖਾਲਸਾ ਸੱਜ ਸਕਦਾ ਜਿਹੜਾ ਸੀਸ ਭੇਟਾ ਕਰ ਸਕਦਾ ਉਹ ਗੁਰੂ ਲਈ ਕੋਈ ਵੀ ਫਿਰਕਾ ਕਰ ਸਕਦਾ ਸੋ ਇਹ ਖਾਲਸੇ ਦੀ ਛੋਟੀ ਜੀ ਡੈਫੀਨੇਸ਼ਨ ਹੈ ਜਿਹੜੀ ਆਪਾਂ ਜਸਟ ਆਪਣੇ ਨੌਲੇਜ ਵਾਸਤੇ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਆ ਕਿਉਂਕਿ ਖਾਲਸਾ ਤਾਂ ਆਗਮ ਹੈ ਉਸ ਤਰ੍ਹਾਂ ਖਾਲਸੇ ਦੀ ਕੋਈ ਆਪਾਂ ਡੈਫੀਨੇਸ਼ਨ ਦੇ ਨਹੀਂ ਸਾਦੇ ਪਰ ਹਾਂ ਜੇ ਆਪਾਂ ਖਾਲਸੇ ਦੇ ਵਿੱਚ ਐਂਟਰ ਕਰਨਾ ਵਾ ਜੇ ਆਪਾਂ ਇਸ ਪਰਿਵਾਰ ਦੇ ਮੈਂਬਰ ਬੰਨਾ ਤੇ ਇੱਕੋ ਹੀ ਸ਼ਰਤ ਆ ਸੀਸ ਦੇਣਾ ਪੈਣਾ ਸੀਸ ਭੇਟਾ ਕਰਨਾ ਪੈਣਾ ਫਿਰ ਦਾਖਲਾ ਮਿਲਦਾ ਤੇ ਜੇ ਕੋਈ ਸੁਣਦਾ ਤੇ ਉਹ ਕਹਿੰਦਾ ਕਿ ਇਹ ਲਿਟਰਲੀ ਮਹਾਰਾਜ ਨੇ ਕਿਹਾ ਕਿਉਂਕਿ ਇਦਾਂ ਦੀ ਵੀ ਕੋਈ ਸੋਚਦਾ ਕਿ ਨਹੀਂ ਮਹਾਰਾਜ ਨੇ ਮੈਟਾਫੋਰਿਕਲੀ ਕਿਹਾ ਲਾਈਕ ਹਾਊ ਡਸ ਥੈਟ ਵਰਕ ਨਹੀਂ ਦੇਖੋ ਜੀ ਜੇ ਤੇ ਆਪਾਂ ਇਤਿਹਾਸ ਪੜ੍ਹਦੇ ਆ ਜੀ ਤੇ ਮੈਟਾਫੋਰਿਕਲੀ ਕੋਈ ਵੀ ਗੱਲ ਨਹੀਂ ਹੋਈ ਹੁਣ ਇਹ ਵੀ ਗੱਲ ਆਉਂਦੀ ਵਿੱਚ ਵੀ ਬੱਕਰਿਆਂ ਦੇ ਸਿਰ ਲਾਹ ਤੇ ਉਥੇ ਹਾਂਜੀ ਤੇ 80000 ਦੇ ਵਿੱਚੋਂ ਜੇ ਪੰਜ ਉੱਠੇ ਆ ਇਹਦਾ ਮਤਲਬ ਉਦੋਂ ਵੀ ਲੋਕਾਂ ਨੂੰ ਬੜਾ ਅਚੰਭਾ ਜਿਹਾ ਲੱਗਦਾ ਸੀ ਕਿ ਮਹਾਰਾਜ ਨੇ ਕਿਹੜੀ ਗੱਲ ਕਰ ਦਿੱਤੀ ਹੈ ਇਹ ਆਪਾਂ ਨੂੰ ਹੁਣ ਹੀ ਨਹੀਂ ਲੱਗਦਾ ਹੁਣ ਤੁਸੀਂ ਇੱਥੇ ਤੁਹਾਨੂੰ ਮੈਂ ਦੱਸਿਆ ਕਿ ਬੜੇ ਹੈ ਤੇ ਪ੍ਰੈਕਟੀਕਲੀ ਆਏ ਇੱਥੇ ਕਿਸੇ ਚੀਜ਼ ਦੇ ਨਾਲ ਉਹਨਾਂ ਸਾਡੇ ਨਾਲ ਸ਼ੇਅਰ ਕੀਤੀ ਸੀ ਵੀ ਜਦੋਂ ਅਮਰ ਸੰਚਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਕਿਤੇ ਵਰਕਸ਼ਾਪ ਲੱਗੀ ਆ ਜੀ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਸੋ ਦੱਸਿਆ ਗਿਆ ਜਦੋਂ ਅਮਰ ਸੰਚਾਰ ਮਹਾਰਾਜ ਨੇ ਕਿਤ ਤਰ੍ਹਾਂ ਕਰਵਾਇਆ ਹੂੰ ਸੋ ਉਹਦੇ ਵਿੱਚ ਦੱਸਿਆ ਜਦੋਂ ਮਹਾਰਾਜ ਨੇ ਸਾਰੇ ਸੰਗਤ ਦੇ ਸਾਹਮਣੇ ਮਿਆਂ ਚੋ ਸ੍ਰੀ ਸਾਹਿਬ ਕੱਢੀ ਬਾਹਰ ਹੂੰ ਤੇ ਇੱਕ ਸੇਸ ਦੀ ਮੰਗ ਕੀਤੀ ਆ ਹਾਂਜੀ ਸੋ ਭਾਈ ਦਇਆ ਸਿੰਘ ਜੀ ਉੱਠ ਕੇ ਖੜੇ ਹੋਏ ਆ ਮਾਰੇ ਅੰਦਰ ਲੈ ਗਏ ਤੰਬੂ ਦੇ ਵਿੱਚ ਉੱਥੇ ਉਹਨਾਂ ਦਾ ਸੀਜ਼ ਕਲਮ ਕਰ ਦਿੱਤਾ ਹਾਂਜੀ ਤੇ ਫਿਰ ਬਾਹਰ ਆਏ ਫਿਰ ਮਾਰੇ ਨੇ ਦੂਜਾ ਸੀਜ਼ ਮੰਗਿਆ ਸੋ ਉੱਥੇ ਇੱਕ ਬੱਚੇ ਛੋਟੇ ਜਿਹਨੇ ਹੱਥ ਖੜਾ ਕਰ ਦਿੱਤਾ ਉਸੇ ਵ ਲਈ ਵੀ ਮੈਨੂੰ ਕੁਐਸਚਨ ਆ ਹੁਣ ਕੁਐਸਚਨ ਕੀ ਹੈਗਾ ਕਹਿੰਦਾ ਡਿਡ ਕੱਟ ਐਨੀਬਾਡੀ ਕਾਲ 911 ਦੇ ਕਹਿੰਦਾ ਸੋ ਇਹ ਜਿਹੜੀ ਸੋਚ ਹੈ ਨਾ ਹੁਣ ਜੇ ਆਪਾਂ ਮੈਟਾਫੋਰਿਕਲੀ ਸੋਚਾਂਗੇ ਫਿਰ ਆਪਾਂ ਨੂੰ ਇਦਾਂ ਸੋਚਣਾ ਪੈਂਦਾ ਠੀਕ ਹੈ ਨਾ ਵੀ ਉਥੇ ਇਦਾਂ ਤਾਂ ਨਹੀਂ ਹੋ ਗਿਆ ਉਹ ਫਿਰ ਤੇ ਵੀ ਰਾਤ ਨਹੀਂ ਹੋਇਆ ਸੋ ਜੇ ਆਪਾਂ ਗੁਰੂ ਨੂੰ ਸਰਬਕਲਾ ਸਮਰੱਤ ਸਮਝਦੇ ਆ ਨਾ ਤੇ ਫਿਰ ਇਹ ਕੋਈ ਬੋਧੀ ਵੱਡੀ ਗੱਲ ਨਹੀਂ ਆ ਜੀ ਗੁਰੂ ਮਾਰ ਵੀ ਸਕਦਾ ਗੁਰੂ ਜਵਾਲ ਵੀ ਸਕਦਾ ਗੁਰੂ ਸਾਸ ਤੋਂ ਬਿਨਾ ਵੀ ਤੁਹਾਨੂੰ ਰੱਖ ਸਕਦਾ ਵਾਹਿਗੁਰੂ ਹਾਂਜੀ ਸੋ ਜੇ ਆਪਾਂ ਨੂੰ ਬਾਣੀ ਤੇ ਕਿੰਨੂ ਪਰੰਤੂ ਆ ਬਾਣੀ ਦੇ ਥਾਂ ਥਾਂ ਤੇ ਲਿਖਿਆ ਹਾਂਜੀ ਕਿ ਮਰਨਾ ਜਿਵਲਣਾ ਅਕਾਲ ਪੁਰਖ ਦੇ ਹੱਥ 'ਚ ਹੈ ਸਤਿਗੁਰ ਮੇਰਾ ਮਾਰ ਜਿਵਲ ਹਾਂਜੀ ਸੋ ਪ੍ਰਭ ਭਾਵੇਂ ਬਿਨ ਸਾਸ ਤੇ ਰੱਖਿਆ ਹਾਂਜੀ ਸੋ ਜੇ ਪ੍ਰਭੂ ਨੂੰ ਪਾਵੇ ਆਪਾਂ ਸਾਥ ਤੋਂ ਬਿਨਾ ਰਹਿ ਸਕਦੇ ਹਾਂ ਜੇ ਆਪਾਂ ਸੀਸ ਤੋਂ ਬਿਨਾ ਨਹੀਂ ਰਹਿ ਸਕਦੇ ਆਪਾਂ ਨੂੰ ਬੜਾ ਔਖਾ ਲੱਗਦਾ ਤੇ ਸਾਥ ਤੋਂ ਬਿਨਾ ਆਪਾਂ ਰਹਿ ਥੋੜਾ ਸਕਦੇ ਆ ਆਪਾਂ ਬਰੀਦ ਨਾ ਕਰੀਏ ਫਿਊ ਸੈਕਿੰਡ ਦੇ ਵਿੱਚ ਆਪਣਾ ਕੰਮ ਡੰਨਿਆ ਸੋ ਇਸ ਕਰਕੇ ਮੈਟਾਫੋਰਿਕਲੀ ਇਹਨੂੰ ਥਿੰਕ ਕਰਨਾ ਵੀ ਈਵਨ ਮੇਰੇ ਖਿਆਲ ਨਾਲ ਹੀ ਲੌਜੀਕਲ ਹੈ ਕਿਉਂਕਿ ਤੁਸੀਂ ਇਹੋੀ ਚੀਜ਼ ਮਾਰੇ ਨੇ ਆਪਣ ਕੋ ਮੰਗੀ ਸੀ ਕਿ ਜਿਹੜਾ ਮੈਟਾਫੋਰਿਕ ਕਨਸੈਪਟ ਹੈ ਤੁਹਾਡਾ ਇਹਨੂੰ ਖਤਮ ਕਰਨਾ ਕਿਉਂਕਿ ਮੈਟਾਫੋਰਿਕ ਇੰਟੈਲੈਕਟ ਜਿਹੜਾ ਤੁਹਾਡਾ ਉਹ ਤੁਹਾਡੇ ਆਪਣੇ ਮਾਈਂਡ 'ਚ ਉਪਜਿਆ ਉਹ ਉਪਜਦਾ ਜਦ ਤੱਕ ਤੁਹਾਡੇ ਆਪਣੇ ਸਿਰ ਦੇ ਤੁਸੀਂ ਉਹਨੂੰ ਲੌਜੀਕਲੀ ਥਿੰਕ ਕਰਨ ਦੀ ਕੋਸ਼ਿਸ਼ ਕਰੋਗੇ ਕਿ ਮਹਾਰਾਜ ਜੋ ਕਹਿ ਰਹੇ ਆ ਉਹ ਮੇਰੇ ਲੌਜੀਕ ਚ ਫਿੱਟ ਹੁੰਦਾ ਕਿ ਨਹੀਂ ਹੁੰਦਾ ਜੇ ਤੁਹਾਡੇ ਲੌਜੀਕ ਚ ਫਿੱਟ ਹੋ ਗਿਆ ਤੇ ਫਿਰ ਮਹਾਰਾਜ ਠੀਕ ਕਹਿ ਰਹੇ ਆ ਜੇ ਉਹ ਤੁਹਾਡੇ ਲੌਜੀਕ ਚ ਫਿੱਟ ਨਹੀਂ ਹੋ ਰਿਹਾ ਤੇ ਫਿਰ ਆਪਾਂ ਉਹਨੂੰ ਮੈਟਾਫੋਰਿਕਲੀ ਜਾਂ ਜਿੰਦਾ ਕਨਸੈਪਚੁਅਲ ਬਣਾ ਲਾਂਗੇ ਉਹਨੂੰ ਆਪਣੇ ਆਪ ਹੀ ਕਿਉਂਕਿ ਤੁਹਾਡੇ ਲੌਜੀਕ ਦੇ ਸਹਾਰੇ ਨਾਲ ਉਹ ਠੀਕ ਨਹੀਂ ਬੈਠਾ ਸੋ ਹੁਣ ਆਪਾਂ ਆਪਣੇ ਲੌਜੀਕ ਨੂੰ ਮਹਾਰਾਜ ਦੇ ਭਾਣੇ ਦੇ ਵਿੱਚ ਰੱਖ ਕੇ ਜੇ ਵੇਖੀਏ ਤੇ ਆਪਣਾ ਲੌਜੀਕ ਤਾਂ ਕਿਤੇ ਐਡਜਸਟ ਨਹੀਂ ਕਰਦਾ ਉੱਥੇ ਹਾਂਜੀ ਠੀਕ ਹੈ ਨਾ ਜੀ ਸੋ ਜੋ ਮਹਾਰਾਜ ਦਾ ਭਾਣਾ ਵਾ ਗੁਰੂ ਸਮਰਾਥ ਆ ਹਾਂਜੀ ਗੁਰੂ ਸਮਰਾਥ ਆ ਗੁਰੂ ਜੋ ਚਾਹੇ ਉਹ ਕਰ ਸਕਦਾ ਜੇ ਆਪਾਂ ਨੂੰ ਗੁਰੂ ਤੇ ਸ਼ੁਰੂ ਤੋਂ ਸ਼ੰਕਾ ਹੋਵੇ ਵੀ ਗੁਰੂ ਇੱਕ ਸੀਸ ਲਾ ਕੇ ਤੇ ਸਿੱਖ ਦਾ ਵਾਪਸ ਨਹੀਂ ਧਰ ਸਕਦਾ ਤੇ ਫਿਰ ਆਪਾਂ ਅੱਗੇ ਗੁਰੂ ਤੋਂ ਕੀ ਆਸ ਰੱਖਾਂਗੇ ਫਿਰ ਜੇ ਗੁਰੂ ਇੰਨਾ ਸਮਰਾਥ ਆ ਤੇ ਤਾਂ ਹੀ ਆਪਾਂ ਖਾਲਸਾ ਬਣਾਵਾਂਗੇ ਤੇ ਤਾਂ ਹੀ ਖਾਲਸਾ 100 ਲੱਖਾਂ ਲੜੇਗਾ ਜੇ ਖਾਲਸੇ ਦੀ ਨਹੀਂ ਦੇ ਉੱਤੇ ਹੀ ਆਪਾਂ ਨੂੰ ਕਿੰਦੂ ਪਰੰਤੂ ਆ ਵੀ ਇਹ ਸ਼ੁਰੂ ਜੇ ਕੰਮ ਜੱਲੀ ਹੋ ਗਿਆ ਮਹਾਰਾਜ ਨੇ ਸ਼ੁਰੂ ਦੇ ਵਿੱਚ ਹੀ ਕਿਤੇ ਮਿਕਸਿੰਗ ਕਰ ਦਿੱਤੀ ਹੈ ਕਨਸੈਪਟ ਕਲੀਅਰ ਨਹੀਂ ਹੈਗਾ ਤੇ ਅੱਗੇ ਖਾਲਸਾ ਆਪਾਂ ਖਾਲਸ ਦਾ ਮਤਲਬ ਹੀ ਖਾਲਸ ਆ ਜਿਹੜਾ ਸਹੀ ਆ ਜਿਹੜਾ ਸ਼ੁੱਧ ਆ ਜੇ ਖਾਲਸੇ ਦੀ ਪਦਾਇਸ਼ ਦੇ ਉੱਤੇ ਆਪਾਂ ਨੂੰ ਅਸ਼ੁੱਧੀ ਨਜ਼ਰ ਆਉਂਦੀ ਜਣਾ ਵੀ ਇਹ ਜੇ ਖਾਲਸੇ ਦੀ ਪਦਾਇਸ਼ ਹੀ ਆਪਾਂ ਨੂੰ ਕਨਫਿਊਜ਼ਨ ਕ੍ਰੀਏਟ ਕਰਦੀ ਹੈ ਵੀ ਖਾਲਸਾ ਵਾਕਈ ਇੱਦਾਂ ਪੈਦਾ ਹੋਇਆ ਸੀਸ ਦੇਗੇ ਪੈਦਾ ਹੋਇਆ ਕਿ ਉਤਰਾ ਹੀ ਮਤਲਬ ਮੈਟਾਫੋਰਿਕਲੀ ਕਹਿ ਦਿੱਤਾ ਆਪਾਂ ਨੂੰ ਤੇ ਫਿਰ ਤਾਂ ਖਾਲਸਾ ਵੀ ਕੋਈ ਐਗਜ਼ਿਸਟੈਂਸ ਨਹੀਂ ਰੱਖਦਾ ਉਹ ਵੀ ਮੈਟਾਫੋਰਿਕਲ ਕਨਸੈਪਟ ਹੈ ਇੱਕ ਠੀਕ ਹੈ ਨਾ ਜੀ ਸੋ ਇਸ ਕਰਕੇ ਇਸ ਕਨਸੈਪਟ ਨੂੰ ਆਪਣੇ ਸੋਚ ਵਿੱਚ ਲਿਮਟ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਗੁਰੂ ਦੇ ਜਿਹੜੇ ਬਾਣੇ ਆ ਗੁਰੂ ਦੀ ਸਮਰੱਥਾ ਵਾ ਗੁਰੂ ਦੀ ਕਿਹੜੀ ਕਰਾਮਾਤ ਆ ਉਹਨੂੰ ਅੰਡਰਸਟੈਂਡ ਕਰੋ ਉਹ ਤੁਹਾਡੇ ਇੰਟੈਲੈਕਚੁਅਲ ਬੁੱਧੀ ਦੇ ਵਿੱਚ ਆਉਣ ਵਾਲੀ ਨਹੀਂ ਹੈਗੀ ਜੀ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਬਹੁਤ ਵਿਗਿਆਨ ਦੀਆਂ ਬਹੁਤ ਚੀਜ਼ਾਂ ਵਾਂ ਹੁਣ ਆਪਾਂ ਨੇ ਕਿਸੇ ਨੇ ਨਹੀਂ ਅਜੇ ਤੱਕ ਵੇਖਿਆ ਆਪ ਵੀ ਧਰਤੀ ਗੋਲ ਆ ਤੁਸੀਂ ਕਿੰਨੇ ਕ ਦੱਸੋਗੇ ਮੈਨੂੰ ਜਿਹੜਾ ਕਹੂਗਾ ਵੀ ਧਰਤੀ ਸਕੁਅਰ ਹੈਗੀ ਆ ਕਿਸੇ ਨੇ ਨਹੀਂ ਤੁਹਾਨੂੰ ਕਹਿਣਾ ਧਰਤੀ ਸਕੁਅਰ ਆ ਹਾਂਜੀ ਆਪਾਂ ਸਾਰੇ ਐਕਸੈਪਟ ਕਰਦੇ ਹਾਂ ਉਸੇ ਵੇਲੇ ਵੀ ਧਰਤੀ ਗੋਲ ਆ ਕਿਸੇ ਨੇ ਉੱਠ ਕੇ ਜਾ ਕੇ ਵੇਖਿਆ ਕਿਸੇ ਨੇ ਨਹੀਂ ਵੇਖਿਆ ਪਰ ਕਿਸੇ ਸਾਇੰਟਿਸਟ ਨੇ ਕਹਿਤਾ ਕਿਸੇ ਨੇ ਕਹਿ ਦਿੱਤਾ ਕਿਸੇ ਨੇ ਚੰਦਰਮਾ ਤੇ ਜਾ ਕੇ ਵੇਖ ਲਈ ਹੋਏਗੀ ਧਰਤੀ ਵੀ ਧਰ ਹੁਣ ਜੇ ਗੁਰੂ ਆਪਾਂ ਨੂੰ ਕਵੇ ਜੇ ਖਾਲਸਾ ਆਪਾਂ ਨੂੰ ਸਮਝਾਵੇ ਮਹਾਰਾ ਨੇ ਸੀਸ ਲਏ ਆ ਤੇ ਆਪਾਂ ਉਹ ਮੰਨਣ ਨੂੰ ਤਿਆਰ ਨਹੀਂ ਹੁਣ ਆਪਾਂ ਕਿਹੋ ਜੀ ਵੈਰੀਫਿਕੇਸ਼ਨ ਕਰਨੀ ਚਾਹਾਂਗੇ ਦੀ ਜੇ ਵੈਰੀਫਿਕੇਸ਼ਨ ਕਰਨੀ ਹੈ ਤਾਂ ਸਮੇਂ ਤੋਂ ਬਾਅਦ ਵੀ ਹੋਈ ਆ ਬਾਬਾ ਦੀਪ ਸਿੰਘ ਨੇ ਆਪਣਾ ਸੀਰ ਆਪ ਕਲਮ ਕਰਕੇ ਆਪਣੇ ਹਥੇਲੀ ਦੇ ਉੱਤੇ ਰੱਖਿਆ ਉਹ ਖਾਲਸਾ ਸੱਜੇ ਸੀ ਤਾਂ ਹੀ ਪੋਸੀਬਲ ਹੋਇਆ ਅੱਜ ਵੀ ਜਿਹੜੇ ਸਿੰਘ ਸ਼ਹੀਦियां ਪਾਉਂਦੇ ਜਾਂ ਨਾ ਉਹਨਾਂ ਦੇ ਅੰਦਰ ਇਹੋ ਹੀ ਕਨਸੈਪਟ ਚੱਲਦਾ ਵਾ ਕਿ ਸੀਸ ਗੁਰੂ ਨੂੰ ਭੇਟਾ ਹੋ ਚੁੱਕਿਆ ਆ ਸਾਡੇ ਕੋਲ ਕੁਝ ਨਹੀਂ ਹੈਗਾ ਹੁਣ ਉਹਨਾਂ ਨੂੰ ਜਨਮ ਮਰਨ ਤੇ ਇਸੇ ਕਰਕੇ ਡਰ ਨਹੀਂ ਲੱਗਦਾ ਤੇ ਜਨਮ ਮਰਨ ਤੋਂ ਡਰ ਵੀ ਉਹਨੂੰ ਲੱਗਦਾ ਜਿਨੇ ਆਪਣਾ ਸੀਸ ਆਪਣੇ ਨਾਲ ਹੀ ਰੱਖਣਾ ਜਿਨੇ ਆਪਣੀ ਮਤ ਆਪਣੇ ਨਾਲ ਹੀ ਰੱਖਣੀ ਉਹਨੂੰ ਲੱਗਦਾ ਵੀ ਇਹ ਸੀਸ ਤੁਹਾਡੇ ਤੋਂ ਵੱਖਰਾ ਨਹੀਂ ਹੋ ਸਕਦਾ ਕਦੀ ਵੀ ਸੋ ਇਸ ਕਰਕੇ ਜਿਹੜਾ ਖਾਲਸੇ ਦਾ ਕਨਸੈਪਟ ਆ ਉਹ ਸੀਸ ਦੇਣ ਤੋਂ ਹੀ ਸ਼ੁਰੂ ਹੁੰਦਾ ਹੈ ਜੇ ਆਪਾਂ ਨੂੰ ਉੱਥੇ ਕੋਈ ਕਨਫਿਊਜ਼ਨ ਆ ਉੱਥੇ ਹੀ ਆਪਾਂ ਨੂੰ ਇਹਦੇ ਚ ਅੰਡਰਸਟੈਂਡ ਕਰਨ ਚ ਟਰਬਲ ਆਉਂਦੀ ਪਈ ਇਹਦਾ ਮਤਲਬ ਆਪਾਂ ਖਾਲਸੇ ਨੂੰ ਫੁੱਲੀ ਅੰਡਰਸਟੈਂਡ ਕਰ ਹੀ ਨਹੀਂ ਸਕਾਂਗੇ ਜੀ ਠੀਕ ਹੈ ਨਾ ਸੋ ਇਹ ਮੇਰੀ ਇੰਨੀ ਇੱਕ ਬੇਨਤੀ ਹੈ ਕਿ ਜਦੋਂ ਆਪਾਂ ਖਾਲਸੇ ਦੇ ਬਾਰੇ ਕੋਈ ਵੀ ਗੱਲ ਕਰਦੇ ਆ ਹਾਂਜੀ ਹਾਂਜੀ ਸੋ ਉਸ ਨੂੰ ਇਸ ਕਨਸੈਪਟ ਚ ਰੱਖਿਆ ਜਾਵੇਗਾ ਆਪਣੇ ਮਨ ਦੇ ਕਨਸੈਪਟ ਨੂੰ ਲਿਮਟ ਆਪਣੇ ਮਨ ਦੀ ਜਿਹੜੇ ਤੁਹਾਡੇ ਲੌਜੀਕ ਦੀ ਲਿਮਟ ਹੈ ਨਾ ਉਹਨੂੰ ਮਹਾਰਾਜ ਦੇ ਅਗੰਮ ਅਪਾਰ ਜੋ ਉਹਨਾਂ ਦੇ ਕਰਤਬਿਆ ਨਾ ਉਹਨਾਂ ਦੇ ਵਿੱਚ ਆਪਾਂ ਉਹਨੂੰ ਉਹਨਾਂ ਲੈ ਕੇ ਜਾਈਏ ਕਿਉਂਕਿ ਉਹਨੂੰ ਆਪਾਂ ਅੰਡਰਸਟੈਂਡ ਨਹੀਂ ਕਰ ਸਕਾਂਗੇ ਜੀ ਠੀਕ ਹੈ ਨਾ ਸੋ ਜਿੱਦਾਂ ਕਥਾ 'ਚ ਵੀ ਆਉਂਦਾ ਕਿ ਸੇਮ ਚੀਜ਼ ਜਿਵੇਂ ਤੁਸੀਂ ਕੀ ਨਾ ਕਹਿੰਦੇ ਸਾਇੰਟਿਸਟ ਕੀ ਹੋਏਗਾ ਨਾ ਕਿ ਬੰਦਾ ਬਾਂਦਰ ਦੀ ਔਲਾਦ ਹੈ ਜਿਵੇਂ ਕਹਿੰਦੇ ਇਹ ਕਹਿੰਦੇ ਉਹ ਮੰਨ ਲਣਗੇ ਪਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਈ ਗੱਲ ਨਹੀਂ ਮੰਨਣਗੇ ਸੋਚੀ ਚਲਦੀ ਹੈ ਕਿ ਆਪਣੀ ਮਤ ਨਾਲ ਡਿਫਾਈਨ ਅਸੀਂ ਕਰਨਾ ਸ਼ੁਰੂ ਹੋ ਜਾਣੇ ਉਹ ਨਾ ਕਰੀਏ ਹਾਂਜੀ ਹਾਂਜੀ ਦੇਖੋ ਜੀ ਉਹ ਵੀ ਉਹ ਵੀ ਨਹੀਂ ਜੇ ਮੰਨਦੇ ਮੇਰੇ ਮਨ 'ਚ ਉਹ ਵੀ ਕਈ ਵਾਰ ਆਇਆ ਕਈਆਂ ਦਾ ਮੇਰੇ ਕੁਐਸਚਨ ਹੁੰਦੇ ਆ ਉਹ ਸਿੱਖਾਂ ਨੂੰ ਕਹਿੰਦੇ ਆ ਵੀ ਸੇਕ ਹਿੰਦੂਆਂ ਜੋ ਪੈਦਾ ਹੋਏ ਆ ਜੀ ਤੇ ਮੈਂ ਕਹਾਂ ਜੀ ਠੀਕ ਹੈ ਕੋਈ ਗੱਲ ਨਹੀਂ ਇਹੀ ਕੰਟਰਡਿਕਸ਼ਨ ਤੇ ਨਹੀਂ ਜਾਂਦਾ ਇਹ ਕਿਉਂਕਿ ਇਤਿਹਾਸ ਪੜੀਏ ਤੇ ਆਪਣੇ ਮਹਾਰਾਜ ਪਹਿਲੇ ਪਾਦਸ਼ਾਹ ਦੇ ਮਾਤਾ ਪਿਤਾ ਦੇ ਨਾਮ ਉਹ ਵੀ ਹਿੰਦੂ ਵਾਲੇ ਨਾਮ ਆ ਹਾਂਜੀ ਉਸ ਤੋਂ ਪਹਿਲਾਂ ਵੀ ਪੰਡਤ ਪੁਜੋਹਤ ਆਪਣੇ ਘਰਾਂ ਦੇ ਵਿੱਚ ਆਮ ਹੁੰਦੇ ਸੀ ਜਨੂ ਪਾਉਂਦੇ ਸੀ ਸਾਰੇ ਕੁਝ ਕਰਦੇ ਸੀਗੇ ਜੀ ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਹੀ ਕੋ ਲਿਮਟ ਕਰਦੇ ਜ ਆਪਣੇ ਆਪ ਨੂੰ ਜੇ ਆਪਾਂ ਥੋੜੇ ਜਿਹਾ ਪਿੱਛੇ ਚਲੇ ਗਏ ਸੇ ਇੱਕ ਹਿੰਦੂ ਸੀਗੇ ਥੋੜੀ ਡਾਰਵਿਨ ਦੀ ਥਿਊਰੀ ਪੜ ਲਓ ਆਪਾਂ ਵੀ ਸਾਰੇ ਬੰਦ ਰਹਿਆ ਫਿਰ ਤੁਸੀਂ ਹਿੰਦੂਵਾਦ ਦੇ ਕੋ ਖੜੇ ਹੁੰਦੇ ਜੇ ਜੇ ਤੁਸੀਂ ਬਾਂਦਰ ਤੋਂ ਆ ਕੇ ਹਿੰ ਤੇ ਕੀ ਗੱਲ ਅਹੀ ਹਿੰਦੂ ਤਵਾ ਕੇ ਸਿੱਖ ਤੇ ਨਹੀਂ ਖੜੇ ਉਹ ਹੱਦ ਅੱਗੇ ਆ ਕੇ ਸਹੀ ਗੱਲ ਹੈ ਠੀਕ ਹੈ ਨਾ ਸੋ ਇਹ ਲੌਜੀਕ ਆਪੋ ਆਪਣੇ ਜਿੰਨੇ ਕਿਸੇ ਨੇ ਲਾਉਣਾ ਉਹ ਲਾ ਲੈਣਾ ਪਰ ਜਿਹੜਾ ਖਾਲਸਾ ਨਾ ਉਹ ਉਹ ਕਿਸੇ ਵੀ ਕੈਟਾਗਰੀ ਚ ਨਹੀਂ ਆਉਂਦਾ ਉਹ ਖਾਲਸੇ ਦਾ ਪਦਾਇਸ਼ ਨਵੀਂ ਹੁੰਦੀ ਆ ਉਹਦਾ ਪਿੱਛੇ ਡਾਰਵਿਨ ਦੀ ਥਿਊਰੀ ਨਾਲ ਕੋਈ ਮਤਲਬ ਨਹੀਂ ਮਾਰੇ ਤੁਹਾਡਾ ਜਨਮ ਮਰਨ ਤੁਹਾਡੇ ਸਾਰੇ ਕਰਮ ਹੀ ਖਤਮ ਹੋ ਜਾਂਦੇ ਆ ਇਹ ਬ੍ਰੈਂਡ ਨਿਊ ਸਟਾਰਟ ਆ ਠੀਕ ਹੈ ਨਾ ਤੇ ਜੇ ਰੋ ਐਡਾ ਵੱਡਾ ਸਟਾਰਟ ਹੋਣਾ ਵਾ ਤੇ ਨੇਚਰਲੀ ਉਹਦਾ ਉਹਦੀ ਉਹਦਾ ਜਿਹੜਾ ਨੀਂ ਪੱਥਰ ਹੈ ਉਹਦੀ ਜਿਹੜੀ ਫਾਊਂਡੇਸ਼ਨ ਹੈ ਉਹ ਵੀ ਉਨੀ ਹੀ ਸਟਰੋਂਗ ਹੋਣੀ ਚਾਹੀਦੀ ਠੀਕ ਹੈ ਨਾ ਸੋ ਉਹਦਾ ਨੀਂਹ ਪੱਥਰ ਸੀਸ ਦੇਨ ਤੇ ਸ਼ੁਰੂ ਹੁੰਦਾ ਜੀ ਇਹਦੇ ਵਿੱਚ ਆਪਾਂ ਦੋ ਰਾਏ ਰੱਖਣੀ ਮੈਟਾਫੋਰਿਕਲੀ ਇਹਨੂੰ ਇਹਨੂੰ ਥਿੰਕ ਵੀ ਇਵਨ ਕਰਨਾ ਇਹਦਾ ਮਤਲਬ ਤੁਸੀਂ ਖਾਲਸੇ ਦੇ ਕਨਸੈਪਟ ਨੂੰ ਸਮਝਣ ਤੋਂ ਅਸਮਰੱਥ ਜੀ ਤੁਸੀਂ ਆਪਣੀ ਬੁੱਧੀ ਦੇ ਵਿੱਚ ਖਾਲਸੇ ਦੇ ਕਨਸੈਪਟ ਨੂੰ ਫਿਟ ਕਰਨਾ ਚਾਹੁੰਦੇ ਜਿਹੜਾ ਨਹੀਂ ਹੋਣਾ ਜੀ ਠੀਕ ਹੈ ਨਾ ਜੀ ਕੁੱਝ ਜਿ ਸਟਾਰਟਿੰਗ ਤੇ ਹੀ ਤੁਸੀਂ ਇਸ ਸਵਾਲ ਖਦਕ ਖੜਾ ਕਰਤਾ ਫਿਰ ਉਹ ਪੂਰੇ ਖਾਲਸੇ ਦੀ ਹੋਣ ਤੇ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਚੀਜ਼ ਦੇ ਤੁਸੀਂ ਕਨਸੈਪਟ ਨੂੰ ਨਹੀਂ ਅੰਡਰਸਟੈਂਡ ਕਰਦੇ ਪਏ ਉਹਰੇ ਦਾ ਤੁਸੀਂ ਹੋਰ ਕੀ ਚੰਗਣਾ ਪਾਉਗੇ ਅੱਗੇ ਠੀਕ ਹੈ we're kind of the same question to you yeah. uh, but i'm going to just rephrase it in a, in a different way if yeah. you wanna define khalsa to somebody who's not a khalsa you're yeah. yeah, not a sikha maybe an atheist yeah. or a muslim unhonu tusi ki kahu ge ki khalsa ki hai jinna nu nahi pata ke maybe they just know ki ha guru sahiban koi hoye yeah. yeah. ne i yeah. uh, so, uh, just kind of dive deeper into what bite and jolt singh ji was saying that ji. it's uh, the concept of sansar bhai that mm. kind of stands out a lot to me um because maharaj ne Sanu Pagtivi Bhakshya the vi Bhakshya. Right. In our pakti, in our Shakti there's Bhakti too, right? On the just kind of tangling, like uh, going on a tangent, but jinda Shastar why are our shastras so different than other Taram Shastras? Because in the Shastar Devich Pagoti right? There's Shakti in that Shastra because it's Bani Nal pardeya, Right. So that's why Maharaj gave us that concept of Sansafai. Um, and that's like uh, just to dive deeper into by Po side is to me like that's uh that's one definition of Khalsa too, a Sansafai. It's a huge aspect of being a, a khalsa as well. Gee. And, gee. and if you want to tell it to somebody who's not a Sikh, uh, a saint and a soldier in English translation. <laughs> but it's the the focus is that you know you, you stand up for your taram, right? Mm -hmm. But you don't let go of your your base too. Our base is always going to be bhagti. Like if we're if we're not focusing on our bani and our seva and our simran, how do we expect to go give shahidi, right? If we're mm -hmm. if we're not. Uh, if we're not dived in in Gurbani, like you look at even you look at a lot of the sheed sings during all the way back from history, what was their base? Their base was you know, doing Bani, reading Bani, doing Seva, and doing Simran. and then they were able to give Shahidi. Ji. Yeah. And even when you talk about Shahidis, it was not just the sings who gave Shahidi. Maladjsi, yeah. like, if you go like way back, Guru Saban, Guru Ji Maharaj, Guru Maharaj, like laid the foundation of Shahidi. Yeah. Do you think it's fair to say that uh this whole Khalsa project, if you if, if say it that way, yeah. uh, is maybe a project that was laid down by Guru Nanak Dev Ji and then carried on by the Gurus, It's a concept completely new uh, and Guru Gobind Singh Ji brought it forward? Uh, if, we, if we're if under the the assumption that Guru Sahib is on Jami and they know everything, then we would just assume that Guru Nanak Dev Ji knew what Guru Gobind Singh Ji was gonna do and vice versa, so all the Gurus knew what everything was gonna happen. And yeah, mm. I, I believe it was a step-by-step -step foundation as well. So it wasn't just something that just came out of the blue. <laughs> Yeah. And uh, just to kind of uh, expand on that if you look at um, Panjme Pasha they gave Shahidi and then Shami Pasha came and they picked up a Talwar and they they fought for Tarim. same thing Nomi Pasha they gave Shahidi for another Tarim and then Dasme mm -hmm. Pasha they picked up a Shaster to fight against tyrants right um, so it's it's it is a back like it's not sorry I shouldn't say back and forth but it is a uh, like a moving forward uh, trajectory. ਅੰਡੂ ਥਿੰਕ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਕਿ ਆਪਾਂ ਲੋਕ ਇਹ ਸੋਚਦੇ ਆ ਕਿ ਜਿਹੜਾ ਖਾਲਸਾ ਉਹ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਇੱਕ ਕੰਸਰਟ ਨਾਲੋਂ ਵੱਖਰੀ ਚੀਜ਼ ਹੈ ਹਾਂਜੀ ਇਹ ਆਮ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਸਿੱਖੀ ਦੀ ਬਹੁਤੀ ਨੌਲੇਜ ਨਹੀਂ ਨਾ ਉਹ ਇਹ ਕੁਐਸਚਨ ਜ਼ਿਆਦਾ ਕਰਨਗੇ ਤੁਹਾਨੂੰ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਥੋੜਾ ਜਿਆਦਾ ਡਿਫਰੈਂਟ ਆ ਕੰਮ ਠੀਕ ਹੈ ਨਾ ਕਈ ਸਰ ਗੁਰੂ ਨਾਨਕ ਦੇਵ ਜੀ ਜਿਹਾ ਗੁਰੂ ਨਾਨਕ ਦੇ ਸਾਹਿਬ ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੱਕ ਮਹਾਰਾਜ ਗੁਰਜਨ ਸਿੰਘ ਸਾਹਿਬ ਤੱਕ ਸਟਾਪ ਹੋ ਜਾਂਦੇ ਮਤਲਬ ਠੀਕ ਹੈ ਨਾ ਸੋ ਕ ਕਿ ਇਸ ਚੀਜ਼ ਦੀ ਬਹੁਤ ਹੀ ਨੌਲੇਜ ਹੈਣੀਗੀ ਹਾਂਜੀ ਜੇ ਗੁਰੂ ਸਾਹਿਬਾਂ ਦਾ ਨਾਂ ਪੁੱਛੋ ਤੁਸੀਂ ਦੱਸਾਂ ਗੁਰੂ ਸਾਹਿਬਾਂ ਦਾ ਨਾਮ ਹੁੰਦਾ ਕਹਿੰਗੇ ਜੇ ਵੱਡੇ ਵੱਡੇ ਗੁਰੂ ਸਾਹਿਬਾਂ ਦਾ ਨਾਮ ਹੁੰਦੇ ਆ ਹੁਣ ਤੁਸੀਂ ਦੱਸੋ ਵੀ ਵੱਡਾ ਕਿਹੜਾ ਤੇ ਛੋਟਾ ਕਿਹੜਾ ਦੱਸਾਂ ਤੁਹਾਨੂੰ ਗੁਰੂ ਸਾਹਿਬਾਂ ਨੂੰ ਹਾਂਜੀ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਸਾਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਹੁੰਦਾ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਨਾਮ ਹੁੰਦਾ ਗੁਰੂ ਅਰਜਨ ਸਾਹਿਬ ਦਾ ਨਾਮ ਹੁੰਦਾ ਬਾਕੀ ਇਹ ਨਹੀਂ ਹੁੰਦੇ ਸੋ ਵੱਡੇ ਵੱਡੇ ਦੇ ਨਾਮ ਹੁੰਦੇ ਉਹਨਾਂ ਦਾ ਇੱਕ ਕਨਸੈਪਟ ਜਿਹੜਾ ਗੁਰੂ ਅ ਗੁਰੂ ਗੱਦੀ ਬਾਰੇ ਉਹ ਡਿਫਰੈਂਟ ਹੈ ਸੋ ਉਹਨਾਂ ਨੂੰ ਲੱਗਦਾ ਕਿ ਗੁਰੂ ਨਾਨਕ ਸਾ ਜਦੋਂ ਆਪਾਂ ਕੋਈ ਮਿਸ਼ਨ ਸਟਾਰਟ ਕਰਦੇ ਆ ਉਹਦੀ ਫਾਊਂਡੇਸ਼ਨ ਡਿਫਰੈਂਟ ਹੁੰਦੀ ਆ ਜਦੋਂ ਬਿਲਡਿੰਗ ਪੂਰੀ ਬਣ ਜਾਂਦੀ ਆ ਉਹਦੀ ਲੁੱਕ ਡਿਫਰੈਂਟ ਹੁੰਦੀ ਆ ਪਰ ਕੋਈ ਵੀ ਬਿਲਡਿੰਗ ਜਿਹੜੀ ਬੰਦੀ ਆ ਉਹ ਫਾਊਂਡੇਸ਼ਨ ਤੋਂ ਬਿਨਾਂ ਨਹੀਂ ਕਦੀ ਬਣ ਸਕਦੀ ਹੁਣ ਆਪਾਂ ਕਹਿ ਜੀ ਫਾਊਂਡੇਸ਼ਨ ਤਾਂ ਓਕੇ ਆ ਤੇ ਜਿਹੜਾ ਉੱਤੇ ਆ ਬੂਹੇ ਬਾਰੀਆਂ ਲਾਤੀਆਂ ਡਿਜ਼ਾਈਨ ਬਣਾਤਾ ਇਹ ਡਿਫਰੈਂਟ ਹੋ ਗਈ ਥਿੰਗ ਮੈਂ ਫਾਊਂਡੇਸ਼ਨ ਨੂੰ ਤਾਂ ਮੰਨਦਾ ਪਰ ਮੈਂ ਬਿਲਡਿੰਗ ਨੂੰ ਨਹੀਂ ਮੰਨਦਾ ਆਪਾਂ ਇਦਾਂ ਨਹੀਂ ਕਹਿੰਦੇ ਹਾਂਜੀ ਹਾਂਜੀ ਫਾਊਂਡੇਸ਼ਨ ਇਜ਼ ਦਾ ਫਰਸਟ ਸਟੈਪ ਠੀਕ ਹੈ ਬਿਲਡਿੰਗ ਇਜ਼ ਦਾ ਨੈਕਸਟ ਸਟੈਪ ਆਰਕਟੈਕਟ ਦੇ ਦੋਵੇਂ ਪਾਰਟ ਹੈਗੇ ਆ ਫਾਊਂਡੇਸ਼ਨ ਬਹੁਤ ਸਟਰੋਂਗ ਹੋਣੀ ਜ਼ਰੂਰੀ ਹੈ ਜੀ ਬਿਲਡਿੰਗ ਵੀ ਉਸ ਤੋਂ ਤਾਂ ਹੀ ਬੰਦੀ ਜੇ ਫਾਊਂਡੇਸ਼ਨ ਥੱਲੇ ਸਟਰੋਂਗ ਆ ਹਾਂਜੀ ਹੁਣ ਜੇ ਖਾਲਸੇ ਦੀ ਨੀਂਹ ਮਹਾਰਾਜ ਨੇ ਰੱਖੀ ਆ ਤੇ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਆ ਖਾਲਸੇ ਦੀ ਨੀਂਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥੋੜਾ ਰੱਖ ਦਿੱਤੀ ਹੁਣ ਖਾਲਸੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖੀ ਆ ਠੀਕ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਆਪਣਾ ਸਰੂਪ ਦੇ ਦਿੱਤਾ ਫਾਈਨਲ ਹੈ ਫਾਈਨਲ ਪ੍ਰੋਡਕਟ ਜਦੋਂ ਤੁਹਾਡੇ ਸਾਹਮਣੇ ਆ ਜਾਂਦੀ ਨਾ ਜੀ ਹਾਂਜੀ ਇਹ ਇਸ ਤਰ੍ਹਾਂ ਹੋ ਸੋ ਇਹਨੂੰ ਇਦਾਂ ਨਹੀਂ ਡਾਈਸੈਟ ਕਰਕੇ ਨਹੀਂ ਦੇਖਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਥੋੜਾ ਕੰਮ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਥੋੜਾ ਕੰਮ ਕੀਤਾ ਥਿਸ ਆਲ ਇਜ਼ ਕਨੈਕਟਡ ਇਨ ਅ ਸੀਰੀਜ਼ ਠੀਕ ਹੈ ਵਾਹ ਸਟੈਪ ਵਨ ਸਟੈਪ ਟੂ ਸਟੈਪ ਥਰੀ ਸਟੈਪ ਫੋਰ ਸੋ ਫਾਊਂਡੇਸ਼ਨ ਬਿਲਡਿੰਗ ਨਾਲੋਂ ਸੈਪਰੇਟ ਨਹੀਂ ਹੈਗੀ ਫਾਊਂਡੇਸ਼ਨ ਹੈਗੀ ਹੈ ਤੇ ਬਿਲਡਿੰਗ ਹੈਗੀ ਹੈ ਠੀਕ ਹੈ ਨਾ ਜੀ ਇਹਨੂੰ ਇਦਾਂ ਵੀ ਕਿਹਾ ਜਾ ਸਕਦਾ ਹੈ ਨਾ ਕਿ ਜੇ ਗੁਰੂ ਨਾਨਕ ਦੇਵ ਜੀ ਉਦੋਂ ਸੀਸ ਮੰਗ ਲੈਂਦੇ ਉਦੋਂ ਲੋਕੀ ਤਿਆਰ ਵੀ ਨਹੀਂ ਸੀ ਉਦੋਂ ਦੇਣ ਵਾਸਤੇ ਸੋ ਮੇਬੀ ਉਹਨਾਂ ਨੂੰ ਪਹਿਲੇ ਨਿਬਣਾ ਝੁਕਣਾ ਸਿਖਾਇ ਇਫ ਆਮ ਨਾਟ ਰੌਂਗ ਮੇ ਵੀ ਜਗਰਾਸੀਨੀ ਦੀ ਕਹਾਣੀ ਸੀ ਤੇ ਉਹਨਾਂ ਨੇ ਵੀ ਕਿਆ ਸੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਦੇਖੋ ਇੱਕ ਸਿੱਖ ਮਿਲਿਆ ਸੀ ਭਾਈ ਲੈਣਾ ਜੀ ਦੀ ਇਹ ਨਹੀਂ ਉਸ ਤੋਂ ਤੇ ਆਉਂਦੀ ਹੈ ਕਿ ਇੱਕ ਸਿੱਖ ਲੈਣਾ ਹੋਇਆ ਹਾਂਜੀ ਤੇ ਕਹਿੰਦੇ ਜਦੋਂ ਨੌਵੇਂ ਪਾਸ਼ਾ ਤੱਕ ਵੀ ਅਸੀਂ ਗੱਲ ਕਰੀ ਤੇ ਨੌਵੇਂ ਪਾਸ਼ਾ ਵੇਲੇ ਵੀ ਤਿੰਨ ਸਿੱਖ ਨਾਲ ਗਏ ਆ ਹਾਂਜੀ ਤੇ ਕਹਿੰਦੇ ਉਹਨਾਂ ਨੇ ਉਹਨਾਂ ਦਾ ਕਹਿੰਦਾ ਤਰੀਕਾ ਸੀ ਕਿ ਟੁਕ ਟੈਨ ਗੁਰੂਸ ਕਿ ਪੰਜ ਸੇਖ ਖੜੇਕਾਰ ਪੰਜ ਜਿਹੜਾ ਆਪਣਾ ਸੀਸ ਦਿੰਦੇ ਹਾਂ ਹਾਂਜੀ ਹਾਂਜੀ ਸੋਈ ਗੱਲ ਤੁਹਾਡੇ ਕਿ ਗੁਰੂ ਨਾਨਕ ਦੇਵ ਜੀ ਤੋਂ ਹੀ ਚੱਲੀ ਆ ਰਹੀ ਹੈ ਮਹਾਰਾ ਨੇ ਮਹਾਰਾ ਨੂੰ ਪੰਜ ਚਾਹੀਦੇ ਸੀ ਬਿਲਕੁਲ ਜਿਸ ਨਾਲ ਪਰ ਇਟਸ ਫੁੱਲ ਡਿਵੋਸ਼ਨ ਇਟਸ ਲਾਈਕ ਅ ਫੁੱਲ ਡਿਵੋਸ਼ਨ ਨੋ ਕੁਐਸਚਨ ਜਸਟ ਮਹਾਰਾਜ ਉਹਨਾਂ ਨੂੰ ਕਹਿੰਦੇ ਵੀ ਨਾ ਵੀ ਸੀਸ ਚਾਹੀਦਾ ਤੇ ਮਰਦਾਨਾ ਜੀ ਨਾ ਨਹੀਂ ਕਰਨ ਲੱਗੇ ਸੀ ਹਾਂਜੀ ਹਾਂਜੀ ਠੀਕ ਹੈ ਨਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਤੇ ਵੀ ਥਾਊਜ਼ੈਂਡਸ ਵਰ ਦੇਅਰ ਇਹ ਨਹੀਂ ਵੀ 1 2 5 7 ਸੀ ਜਿਨ੍ਹਾਂ ਵਿੱਚੋਂ ਪੰਜ ਚੂਜ਼ ਕੀਤੇ ਦੇਰ ਵਰ ਥਾਊਜ਼ੈਂਡਸ ਈਵਨ ਇਹ ਵੀ ਹਿਸਟਰੀ ਦੇ ਵਿੱਚ ਆਉਂਦਾ ਵੀ ਕੰਪਲੇਂਟਸ ਗਈਆਂ ਮਾਤਾ ਜੀ ਨੂੰ ਮਾਤਾ ਗੁਜਰੀ ਜੀ ਨੂੰ ਮਾਤਾ ਗੁਜਰੀ ਜੀ ਨੂੰ ਵੀ ਦੇਖੋ ਮਹਾਰਾਜ ਕੀ ਕੌਤਰਕ ਵਰਤਾਰੇ ਇਦਾਂ ਤੇ ਸਿੱਖ ਸਾਰੇ ਖਤਮ ਹੋ ਜਾਣਗੇ ਮਹਾਰਾਜ ਸਿੱਖਾਂ ਦੇ ਸਿਰ ਲਾਉਣ ਲੱਪੇ ਆ ਹਾਂਜੀ ਹੂੰ 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 ਇਸ ਤਰ੍ਹਾਂ ਕਿਦਾਂ ਚੱਲੇਗਾ ਤੁਸੀਂ ਦੇਖੋ ਆ ਕੇ ਚੈੱਕ ਕਰੋ ਸਾਰਾ ਕੁਝ ਸਹੀ ਚੱਲਣ ਡਿਆ ਕਿ ਨਹੀਂ ਚੱਲਣ ਡਿਆ ਅਬ ਤੁਸੀਂ ਗੱਲ ਕਰ ਹੀ ਰਹੇ ਹੋ ਥੋੜਾ ਦ੍ਰਿਸ਼ ਬਣਵਾਓ ਕਿ ਕੀ ਹੋ ਰਿਹਾ ਸੀ ਫਿਰ ਉਦੋਂ ਹੁਣ ਦੇਖੋ ਜੀ ਜਦੋਂ ਅਮਰ ਸੰਚਾਰ ਦੀ ਗੱਲ ਚੱਲਦੀ ਜਾਂ ਨਾ ਤੇ ਇਹ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ ਸਿੱਖਾਂ ਨੂੰ ਇਹ ਚੀਜ਼ ਦੀ ਤਾਕੀਦ ਕੀਤੀ ਜਾਂਦੀ ਸੀ ਮਹਾਰਾਜ ਵੱਲੋਂ ਵੀ ਜਿੰਨੇ ਵੀ ਗੁਰੂ ਕੀ ਬਾਣੀ ਨੂੰ ਮੰਨਣਾ ਗੁਰੂ ਕੇ ਆਸ਼ੇ ਦੇ ਚੱਲਣਾ ਉਹ ਕੇਸ ਨਾ ਕਤਲ ਕਰਾਵੇ ਅੱਛਾ ਜੀ ਤੁਸੀਂ ਗੁਰੂ ਕੇ ਕੋਈ ਵੀ ਸਿੱਖ ਦੇਖ ਲਓ ਜਿਹੜੇ ਮਹਾਰਾਜ ਦੇ ਨਾਲ ਰਹੇ ਆ ਜਿਹੜੇ ਮਹਾਰਾਜ ਦੇ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਕੇਸ ਨਹੀਂ ਕਤਲ ਕਰਦੇ ਹੂੰ ਮੈਂ ਦੂਸਰੇ ਧਰਮਾਂ ਦੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਮਹਾਰਾਜ ਦੇ ਨਾਲ ਚੱਲਦੇ ਸੀ ਉਹਨਾਂ ਨੂੰ ਆਪਣੀ ਇੰਡੀਪੈਂਡੈਂਸ ਸੀ ਜੋ ਉਹਨਾਂ ਦੇ ਗੁਰੂ ਪੀਰ ਉਹਨਾਂ ਨੂੰ ਕਹਿੰਦੇ ਸੀ ਉਹਨੂੰ ਫਾਲੋ ਕਰਦੇ ਸੀ ਆਪਣਾ ਧਰਮ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਹੀਂ ਕਰਦਾ ਜੀ ਪਰ ਜਿਹੜੇ ਵੀ ਗੁਰੂ ਕੇ ਆਸ਼ੇ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਚੀਜ਼ ਸਿੱਖਿਆ ਸੀ ਵੀ ਕੇਸ ਘਤਨ ਨਹੀਂ ਕਰਨੇ ਹਾਂਜੀ ਹਾਂਜੀ ਸੋ ਇਹ ਚੀਜ਼ ਪਹਿਲਾਂ ਤੋਂ ਹੀ ਆਪਾਂ ਨੇ ਮੋਢੇ ਬੰਨ੍ਹੇ ਗਈ ਹੈ ਜਿਹੜੀ ਅੱਜ ਵੀ ਚੱਲਦੀ ਹੈ ਆਪਣੇ ਚ ਔਰ ਆਪਾਂ ਅਮਰਤਾ ਦੀ ਸਿੱਖ ਕੇਸਾਂ ਤੋਂ ਬਿਨਾ ਕਿਸੇ ਨੂੰ ਅਸਿਊਮ ਨਹੀਂ ਕਰ ਸਕਦੇ ਠੀਕ ਹੈ ਨਾ ਜਿਹੜੇ ਸ਼ਸਤਰਾਂ ਦੀ ਗੱ ਤੁਸੀਂ ਗੱਲ ਸੁਣੀ ਹੋएगी ਸ਼ਾਇਦ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਸਤਰ ਵਿਦਿਆ ਦਿੱਤੀ ਆ। ਹਾਂਜੀ ਹਾਂਜੀ ਗੁਰੂ ਹਰਗੋਬਿੰਦ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ। ਹਾਂਜੀ। ਹੁਣ ਗੁਰੂ ਬਾਬਾ ਬੁੱਢਾ ਜੀ ਕਿੰਨਾ ਦੇ ਸਿੱਖਿਆ? ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਸਾਹਿਬ ਜੀ। ਉਹਨਾਂ ਕਿੱਥੋਂ ਲਈ ਸਿੱਖਿਆ ਉਹ? ਗੁਰੂ ਨਾਨਕ ਸਾਹਿਬ ਕੋਲੋਂ। ਠੀਕ ਆ ਸਾਰੀਆਂ ਬਖਸ਼ੀਆਂ ਨੂੰ ਉੱਥੇ ਹੀ ਹੋਣੇ ਨਾ ਉਹਨਾਂ ਨੂੰ। ਬਾਬਾ ਬੁੱਢਾ ਜੀ ਤੇ ਆਪ ਭੇਡਾਂ ਚੜਾਉਂਦੇ ਸੀ, ਬਗਾਵਾ ਮੱਝਾਂ ਚੜਾਉਂਦੇ ਸੀਗੇ। ਜੀ। ਉਹ ਕੋਈ ਮਾਰਸ਼ਲ ਆਰਟਿਸਟ ਤੇ ਹੈ ਨਹੀਂ ਸੀ। ਹੂੰ। ਸੋ ਬਖਸ਼ੀ ਤੇ ਉਹਨਾਂ ਨੂੰ ਗ ਦੇਖਣਾ ਜੋ ਆਪਣੇ ਸ਼ਾਸਤਰੀ ਵਿਦਿਆ ਜੋ ਆਪਣੀ ਰਹਿਤ ਬਹਿਤ ਆ ਤੁਰੋਂ ਲਿਖੀ ਆਈ ਆ ਹਾਂ ਵਿਸਾਖੀ ਦੇ ਤੌਰ ਤੇ ਉੱਤੇ ਜਦੋਂ ਮਹਾਰਾ ਨੇ ਇਹ ਪ੍ਰੋਗਰਾਮ ਕਰਨਾ ਸੀ ਖਾਲਸੇ ਪੰਥ ਦੀ ਸਿਰਜਣਾ ਕਰਨੀ ਸੀ ਮਹਾਰਾ ਨੂੰ ਪਤਾ ਲੱਗ ਗਿਆ ਕਿ ਸਮਾਂ ਆ ਗਿਆ ਹੁਣ ਜਲਮ ਜਿਹੜਾ ਵਾ ਉਹ ਮੁੰਝ ਮੰਨੀ ਸੀਸ ਦਿੱਤੇ ਆ ਤੁਹਾਡੀ ਗੱਲ ਸੁਣ ਕੇ ਰਾਜੀ ਨਹੀਂ ਆ ਕਿਉਂਕਿ ਜਿਤਨਾ ਭਾਈ ਸਾਹਿਬ ਨੇ ਬਿਆਨ ਕੀਤਾ ਵੀ ਪਹਿਲਾਂ ਦੋ ਇਨਸੀਡੈਂਟ ਹੋ ਗਏ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸ਼ੀਧੀ ਜਿਹੜੀ ਦਿੱਤੀ ਆ ਸ਼ਾਂਤੀ ਪੂਰਕ ਸ਼ੀਧੀ ਦਿੱਤੀ ਆ ਹੂੰ ਠੀਕ ਹੈ ਨਾ ਮਤਲਬ ਉਹ ਵੀ ਚਾਹੁੰਦੇ ਨੇ ਫਾਈਟ ਕਰ ਸਕਦੇ ਸੀ ਜੀ ਗੁਰੂ ਸੋਰੀ ਗੁਰੂ ਅਰਜਨ ਸਾਹਿਬ ਵੀ ਫਾਈਟ ਕਰ ਸਕਦੇ ਪਹਿਲੇ ਇਨਸਟੈਂਸ ਦੇ ਉੱਤੇ ਵੀ ਇਹ ਤਾਂ ਨਹੀਂ ਮਾਰਨ ਸ਼ਸਤਰ ਵਿਦਿਆ ਨਹੀਂ ਹੁੰਦੀ ਗੁਰੂ ਅਰਜਨ ਸਾਹਿਬ ਬੜੇ ਨਪੁੰਸੀ ਸ਼ਸਤਰ ਵਿਦਿਆ ਦੇ ਵਿੱਚ ਵੀ ਜੀ ਠੀਕ ਹੈ ਉਹਨਾਂ ਦੇ ਪੁੱਤਰ ਹੀ ਗੁਰੂ ਅਰਗੁਜਨ ਸਾਹਿਬ ਹੋਏ ਨਾ ਹਾਂਜੀ ਚੱਟਮ ਪੀਰ ਬੈਠਾ ਗੁਰਪਾਰੀ ਜੀ ਹਾਂਜੀ ਉਹਨਾਂ ਦੇ ਪੁੱਤਰ ਹੀ ਆਪਣੇ ਸੁਪੁੱਤਰ ਆ ਸੋ ਉਹਨਾਂ ਨੂੰ ਵੀ ਮਾਰਨ ਦੀ ਟ੍ਰੇਨਿੰਗ ਦਿੱਤੀ ਆ ਦਵਾਈ ਆ ਇਹਦਾ ਮਤਲਬ ਕਨਸਰਟ ਮਾਰੇ ਜਾਣ ਦੀ ਹੈਗਾ ਸੀ ਦਿਮਾਗ ਦੇ ਵਿੱਚ ਵੀ ਸ਼ਸਤਰਾਂ ਦੀ ਲੋੜ ਪੈਣੀ ਆਉਣ ਵਾਲੇ ਸਮੇਂ ਵਿੱਚ ਪਰ ਕਿਉਂਕਿ ਜੇ ਸ਼ਸਤਰ ਤੁਸੀਂ ਪਹਿਲਾਂ ਹੀ ਚੁੱਕਦੇ ਜੇ ਬਿਨਾ ਕਿਸੇ ਨੂੰ ਆਪਰਚੂਨਿਟੀ ਦਿੱਤਿਆਂ ਉਹ ਫਿਰ ਤੁਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ ਸੋ ਮਹਾਰਾਜ ਨੇ ਆਪਣਾ ਸੀਸ ਦੇ ਕੇ ਸੈਸਤਰਾਂ ਨੂੰ ਜਸਟੀਫਾਈ ਕੀਤਾ ਉੱਥੇ ਵੀ ਗੁਰਤੇਗ ਭਾਦਰ ਸਾਹਿਬ ਦੇ ਵੀ ਟਾਈਮ ਤੇ ਉਹ ਕਸ਼ਿਆ ਆਪਣੇ ਨਾਲ ਸਿੱਧੀ ਫਾਈਟ ਨਹੀਂ ਹੈਗੀ ਸੀ ਉਹਦੀ ਔਰੰਗਜ਼ੇਬ ਦੀ ਉਹ ਹਿੰਦੂਆਂ ਨੂੰ ਉਹਨਾਂ ਦਾ ਜਨੇ ਉਹ ਲਾ ਕੇ ਉਹਨਾਂ ਦਾ ਧਰਮ ਚੇਂਜ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਟਾਈਮ ਤੇ ਵੀ ਹਿੰਦੂ ਜਿਹੜੀ ਆ ਉਹ ਪੋਪੂਲੇਸ਼ਨ ਬਹੁਤ ਜ਼ਿਆਦਾ ਸੀਗੀ ਹਮ ਔਰ ਇਹਨਾਂ ਦੇ ਵਿੱਚ ਇਹ ਨਹੀਂ ਸਾਰੇ ਹਿੰਦੂ ਇੱਕੋ ਜਿਹੇ ਸੀ ਇਹਨਾਂ ਦੇ ਵਿੱਚ ਵੀ ਹਿੰਦੂ ਬਹੁਤ ਸਿਆਣੇ ਸੀ ਜਿਹੜੇ ਕਸ਼ਮੀਰੀ ਪੰਡਤ ਸੀ ਬਹੁਤੋ ਜੀਵਨ ਵਾਲੇ ਵੀ ਸੀ ਤਾਈ ਉਹਨਰੇ ਉਹਨਾਂ ਨੂੰ ਵੀ ਸੁਝੀ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਣਾ ਸੀ ਹੈਨਾ ਜੇ ਉਹ ਮਾੜੇ ਮੋٹے ਹਿੰਦੂ ਹੁੰਦੇ ਤੇ ਉਹਨਾਂ ਦੇ ਦਿਮਾਗ 'ਚ ਚੀਜ਼ ਆਣੀ ਹੀ ਨਹੀਂ ਸੀਗੀ ਇਹ ਵੀ ਇੱਕ ਸਪਿਰਚੁਅਲ ਇਨਸੀਡੈਂਟਸ ਗਿਣਾਇਆ ਜਾਂਦਾ ਵਾਬੇ ਕਸ਼ਮੀਰੀ ਪੰਡਤਾਂ ਨੂੰ ਵੀ ਉਹਨਾਂ ਦੇ ਭਗਵਾਨ ਸ਼ਿਵ ਜੀ ਨੇ ਸੁਪਨੇ 'ਚ ਆ ਕੇ ਜਾਂ ਕਿਸ ਤਰ੍ਹਾਂ ਨੂੰ ਦਰਸ਼ਨ ਦੇ ਕੇ ਤੇ ਫਿਰ ਉਹਨਾਂ ਨੂੰ ਇੱਧਰ ਦੇ ਪਾਸੇ ਤੁਰਿਆ ਵੀ ਜੇ ਤੁਹਾਡੀ ਹੁਣ ਕੋਈ ਰੱਖਿਆ ਕਰ ਸਕਦਾ ਤੇ ਗੁਰਤੇਗ ਬਹਾਦਰ ਸਾਹਿਬ ਕਰ ਸਕਦੇ ਇਹ ਨਾਨਦਪੁਰ ਸਾਹਿਬ 'ਚ ਬੈਠੇ ਆ ਅੱਛਾ ਜੀ ਸੋ ਦੈਟ ਮੀਨ ਦੇ ਆਰ ਸਮ ਹਾਉਸ ਸਪਿਰਚੁਅਲੀ ਕਨੈਕਟਡ ਹਮ ਠੀਕ ਹੈ ਟੂ देयर ओन ਗੋਡ ਗੋ ਉਹਨਾਂ ਦੇ ਧਰਮ ਦੀ ਰੱਖਿਆ ਵੀ ਕਰਨੀ ਜ਼ਰੂਰੀ ਸੀ ਮਾਰੇ ਲਈ ਠੀਕ ਹੈ ਨਾ ਕਿਸੇ ਨੇ ਧੱਕਾ ਨਹੀਂ ਆਪਾਂ ਕਰ ਸਕਦੇ ਕਿਉਂਕਿ ਉਸ ਟਾਈਮ ਤੇ ਵੀ ਹਿੰਦੂਜੇ ਕੋਈ ਕਹੀ ਆਪਾਂ ਕੋ ਬਹੁਤ ਗਲਤ ਕੰਮ ਕਰਦੇ ਨਹੀਂ ਕਰਦੇ ਪਏ ਸੀ ਹੁਣ ਔਰੰਗਜ਼ੇਬ ਤੇ ਹਿਟਲਰ ਜਿਹੋ ਜ ਆਪਾਂ ਨੂੰ ਲੱਗਦਾ ਕਿ ਉਹਨਾਂ ਨੂੰ ਲੱਗਦਾ ਕਿ ਜੇ ਔਰੰਗਜ਼ੇਬ ਨੂੰ ਲੱਗਦਾ ਕਿ ਜਿਹੜਾ ਮੁਸਲਮਾਨ ਆ ਉਹੋ ਹੀ ਇੱਕ ਬੰਦਾ ਵਾ ਬਾਕੀ ਸਾਰੇ ਕਾਫਰ ਆ ਹਾਂਜੀ ਉਹੋ ਹੀ ਇੱਕ ਰੱਬ ਦਾ ਬੰਦਾ ਹੋ ਸਕਦਾ ਜਿਹੜਾ ਮੁਸਲਮਾਨ ਆ ਜਿਹੜਾ ਮੁਸਲਮਾਨ ਧਰਮ ਨੂੰ ਮੰਨਦਾ ਬਾਕੀ ਸਾਰੇ ਜਿੰਨੇ ਤੁਰੇ ਫਿਰਦੇ ਜੋ ਇੱਥੇ ਆ ਉਹ ਸਾਰੇ ਕਾਫਰ ਆ ਗੁਰੂ ਸਾਹਿਬ ਇਹ ਜੀ ਨੂੰ ਕਨਸ ਕੋਈ ਕਿਸੇ ਰੰਗ ਦਾ ਬੂਟਾ ਖੜਿਆ ਕੋਈ ਕਿਸੇ ਰੰਗ ਦਾ ਫੁੱਲ ਖੜਿਆ ਇਹ ਇਸ ਤਰ੍ਹਾਂ ਹੀ ਸਜਣੀ ਚਾਹੀਦੀ ਆ ਕੋਈ ਹਿੰਦੂ ਆ ਕੋਈ ਸਿੱਖ ਆ ਕੋਈ ਮੁਸਲਮਾਨ ਆ ਕੋਈ ਇਸਾਈ ਆ ਜਿੱਥੇ ਜਿੱਥੇ ਮਾਨਮਾਨ ਨੇ ਜਿੱਥੇ ਜਿੱਥੇ ਪੈਦਾ ਕੀਤੇ ਆ ਉਹਨਾਂ ਨੂੰ ਉਹੋ ਹੀ ਉਹੋ ਮubarək ਆ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਕਿਸੇ ਨਾਲ ਤੁਸੀਂ ਇਹ ਨਹੀਂ ਕਰ ਸਕਦੇ ਵੀ ਮੈਂ ਗਾਰਡਨ ਦੇ ਵਿੱਚੋਂ ਇੱਕ ਸਾਰੇ ਗਲਾਬ ਰੱਖਣ ਵਾਸਤੇ ਤੇ ਬਾਕੀ ਸਾਰੇ ਬੂਟੇ ਕੱਟ ਕਰ ਦਿਆਂ ਉਹ ਗਲਾਬ ਵੀ ਨਹੀਂ ਸੋਹਣੇ ਲੱਗਣੇ ਉੱਥੇ ਠੀਕ ਹੈ ਨਾ ਸੋ ਇਹ ਕਨਸੈਪਟ ਬੇਸਿਕਲੀ ਗਲਤ ਆ ਇੱਥੋਂ ਹੀ ਮਾਰੇ ਨੇ ਆਪਾਂ ਨੂੰ ਬਾਹਰ ਕੱਢਿਆ ਸੀਗਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਉਂਦਿਆਂ ਆਉਂਦ ਕਿ ਜਦ ਤੱਕ ਤੁਸੀਂ ਜ਼ਾਲਮ ਦੇ ਖਿਲਾਫ ਸ਼ਸਤਰ ਨਹੀਂ ਚੁੱਕੋਗੇ ਇਹ ਜ਼ੁਲਮ ਖਤਮ ਨਹੀਂ ਹੋਏਗਾ ਇੱਥੋਂ ਠੀਕ ਹੈ ਨਾ ਸੋ ਇਸ ਕਰਕੇ ਲਾਜ਼ਮੀ ਸੀਗਾ ਕਿ ਖਾਲਸੇ ਨੂੰ ਕਕਾਰ ਪਹਿਨਾਇਆ ਜਾਣ ਖਾਲਸੇ ਨੂੰ ਇੱਕ ਵੱਖਰੀ ਦਿਖ ਦਿੱਤੀ ਜਾਵੇ ਔਰ ਇੱਥੋਂ ਆਗੇ ਇਹ ਕਨਸੈਪਟ ਆਪਾਂ ਨੂੰ ਥੋੜਾ ਜਿਹਾ ਫਰਕ ਲੱਗਣ ਲੱਗ ਪੈਂਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਤੱਕ ਕਿਉਂਕਿ ਜਿਹੜਾ ਮੇਨ ਇਨਸੀਡੈਂਟ ਹੋਇਆ ਨਾ ਉਹ ਗੁਰਤੇਗ ਭਦਰ ਸਾਹਿਬ ਦੀ ਸ਼ੀਧੀ ਆ ਜਿੱਤੇ ਖਾਲਸਾ ਸਿਰਜਿਆ ਗਿਆ ਹੂੰ ਉਹ ਕਿਉਂ ਹੋਇਆ ਕਿ ਜਦੋਂ ਗੁਰਤੇਗ ਭਦਰ ਸਾਹਿਬ ਦੀ ਵੀ ਸ਼ੀਧੀ ਹੁੰਦੀ ਹੈ ਨਾ ਉਦੋਂ ਮਹਾਰਾਜ ਪੁੱਛਦੇ ਆ ਰੰਗਰੇਟਾ ਗੁਰੂ ਦਾ ਬੇਟਾ ਹਣੀ ਉਹਨਾਂ ਨੂੰ ਭਾਈ ਸਾਹਿਬ ਭਾਈ ਜਤਾ ਜੀ ਨੂੰ ਪੁੱਛਦੇ ਮਹਾਰਾਜ ਕਿ ਉੱਥੇ ਕਿੰਨੇ ਸਿੱਖ ਖੜੇ ਸੀਗੇ ਜਦੋਂ ਮਹਾਰਾਜ ਦੀ ਸ਼ਿੱਧੀ ਹੋਈ ਆ ਅੱਛਾ ਜੀ ਕੀ ਰਿਐਕਸ਼ਨ ਸੀ ਉਹਨਾਂ ਦਾ ਹੁਣ ਭਾਈ ਜਤਾ ਜੀ ਦੱਸਦੇ ਵੀ ਸਿੱਖ ਤੇ ਪਤਾ ਨਹੀਂ ਲੱਗਦਾ ਹਿੰਦੂ ਵੀ ਉੱਥੇ ਖੜੇ ਸੀ ਸਿੱਖ ਵੀ ਸਾਨੂੰ ਕੀ ਪਤਾ ਲੱਗਦਾ ਵੀ ਕਿਹੜਾ ਸਿੱਖ ਹੈ ਤੇ ਕਿਹੜਾ ਹਿੰਦੂ ਆ ਜੀ ਹਾਂਜੀ ਫਿਰ ਉਸ ਟਾਈਮ ਤੇ ਮਹਾਰਾਜ ਨੇ ਦੇਖਿਆ ਵੀ ਜੇ ਖਾਲਸਾ ਇੰਨਾ ਨਿਡਰ ਚਾਹੀਦਾ ਵਾ ਕਿ ਉਹਨੂੰ ਪਤਾ ਵੀ ਅੱਗੇ ਹੋਵੇ ਕਿ ਮੇਰਾ ਸੀਸ ਲੱਥ ਜਾਣਾ ਵਾ ਤੇ ਡਿਸਟਿੰਕਟਤਾ ਵੀ ਕਰਿਓ ਤਾਂ ਵੀ ਯੂਨੀਕ ਹੋਵੇ ਇਹ ਨਹੀਂ ਵੀ ਜਿੱਥੇ ਮੌਕਾ ਜ਼ਿਆਦਾ ਖਤਰਨਾਕ ਹੈ ਉੱਥੇ ਮੈਂ ਆਪਣਾ ਰੂਪ ਬਦਲਣਾ ਭੇਸ ਬਦਲਣਾ ਟਾਈਮ ਪਾਸ ਕਰ ਜਾ ਹਾਂ ਜਿਦਾਂ ਅੱਜ ਆ কাল ਆਪਣੇ ਬਹੁਤੇ ਘਰਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਵੀ ਦੜ ਵਟ ਜਮਾਨਾ ਕੱਟ ਭਲੇ ਦਿਨ ਆ ਬਣਗੇ ਉਹ ਭਲੇ ਦਿਨ ਤੁਹਾਡੇ ਫਿਰ ਤੁਹਾਡੇ ਕੇਸ ਕਟਾ ਕੇ ਤੁਹਾਡੇ ਕਕਾਰ ਲਵਾ ਕੇ ਉਹਨਾਂ ਨੂੰ ਜੇ ਤੁਸੀਂ ਭਲੇ ਦਿਨ ਮੰਨਦੇ ਜੋ ਉਹ ਜ਼ਰੂਰ ਆ ਜਾਣਗੇ ਠੀਕ ਹੈ ਨਾ ਪਰ ਜਿਹੜਾ ਖਾਲਸਾ ਉਹ ਆਪਣੀ ਯੂਨੀਕਨੈਸ ਵਾਸਤੇ ਉੱਥੇ ਹੀ ਫਾਈਟ ਕਰਦਾ ਉਹ ਪਛਾਣੂ ਨਹੀਂ ਹੁੰਦਾ ਸੋ ਮਹਾਰਾ ਨੇ ਫਿਰ ਦੱਸ ਦਿੱਤਾ ਹੋਵੇ ਕਿ ਜਿੱਥੇ ਖਾਲਸਾ ਖੜਾ ਹੋਏਗਾ ਨਾ ਹੁਣ ਭਾਵੇਂ ਜਿੱਦਾਂ ਕੋਈ ਮਰਜੀ ਜ਼ਾਲਮ ਆ ਜਾਵੇ ਖਾਲਸੇ ਦੀ ਪਛਾਣ ਆਪਣੀ ਹੋਏਗੀ ਠੀਕ ਹੈ ਨਾ ਸੋ ਇੱਕ ਯੂਨੀਫਾਰਮ ਦਿੱਤੀ ਗਈ ਖਾਲਸੇ ਨੂੰ ਜਿਸ ਤਰ੍ਹਾਂ ਆਪਾਂ ਕਿਸੇ ਆਰਮੀ ਨੂੰ ਟ੍ਰੇਨ ਕਰਦੇ ਆਂ ਤੇ ਉਹਨੂੰ ਆਪਾਂ ਫਿਰ ਪ੍ਰੋਪਰ ਇੱਕ ਯੂਨੀਫਾਰਮ ਦਿੰਨੇ ਆਂ ਪਤਾ ਲੱਗਦਾ ਹੋ ਕਿ ਇਹ ਬੰਦਾ ਹੁਣ ਖਾਲਸਾ ਆਰਮੀ ਦਾ ਮੈਂਬਰ ਆ ਸੋ ਦਾਸ ਵੀ ਬੇਨਤੀ ਕਰਦਾ ਜਿਨੂੰ ਆਪਾਂ ਮਰਿਆ ਦਾ ਦ੍ਰਿੜ ਕਰਾਉਂਦੇ ਆਂ ਕਿ ਜਦੋਂ ਤੁਸੀਂ ਅਮਰ ਸ਼ੱਕ ਕੇ ਗੁਰੂ ਪਰਵਾਰ ਦੇ ਮੈਂਬਰ ਬਣ ਜਾਂਦੇ ਜੇ ਤੁਸੀਂ ਜਨੇਊ ਨਹੀਂ ਪਾਇਆ ਤੁਸੀਂ ਕਕਾਰ ਪਾਏ ਆ ਤੁਸੀਂ ਸ਼ਸਤਰ ਪਹਿਨੇ ਆ ਯੂ ਆਰ ਨਾਟ ਓਨਲੀ ਜਸਟ ਪਾਰਟ ਆਫ ਖਾਲਸਾ ਪਰਵਾਰ ਯੂ ਆਰ ਪਾਰਟ ਆਫ ਖਾਲਸਾ ਆਰਮੀ ਆਲਸੋ ਇਹ ਗੱਲ ਆਪਾਂ ਸਿੱਖਾ ਨੂੰ ਜਿਹਨੂੰ ਆਪਾਂ ਅਮਰਤ ਛਕਦੇ ਆ ਅਮਰਤ ਦੀ ਬਹੁਤ ਲੈਨੇ ਆ ਇਹ ਗੱਲ ਉਸ ਦਿਨ ਤੋਂ ਆਪਣੇ ਘਰ ਕਰ ਜਾਣੀ ਚਾਹੀਦੀ ਜੀ ਪਰ ਕਰਦੀ ਕਿਉਂ ਨਹੀਂ ਆ ਕਿਉਂਕਿ ਆਪਾਂ ਬੇਸਿਕਲੀ ਆਪਾਂ ਦਿਮਾਗ 'ਚ ਬਿਠਾਇਆ ਵੀ ਜਿਹੜੇ ਮਾਰੇ ਨੇ ਸੀਸ ਲਿਆ ਉਹ ਕੋ ਮੈਟਾਫੋਰਿਕ ਕਨਸੈਪਟ ਹੈ ਉਹ ਅਸਲੀ ਨਹੀਂ ਹੈਗਾ ਜੇ ਅੱਜ ਵੀ ਸੀਸ ਦੇ ਕੇ ਸਿੱਖਾ ਨੂੰ ਸੀਸ ਅਮਰਤ ਮਿਲੇ ਨਾ ਤੇ ਜਿਹੜਾ ਸੀਸ ਦੇ ਨੂੰ ਤਿਆਰ ਉਹਨੂੰ ਉਸੇ ਵੇਲੇ ਅਮਰਤ ਦੀ ਪਰਭਾਸ਼ਾ ਦੀ ਸਮਝ ਆ ਜਾਂਦੀ ਉਹ ਉਸੇ ਵੇਲੇ ਡੈਫੀਨਿਟਲੀ ਸਮਝ ਆ ਜਾਂਦੀ ਜੋ ਅਮਰਤ ਕੀ ਆ ਠੀਕ ਹੈ ਨਾ ਕਿਉਂਕਿ ਅੰਮ੍ਰਿਤ ਦਾ ਮਤਲਬ ਹੈ ਜਿਹੜਾ ਮਰਨਾ ਨਹੀਂ ਕਦੇ ਆ ਅੰਮ੍ਰਿਤ ਮ੍ਰਿਤ ਹੁੰਦਾ ਮਰਨ ਵਾਲਾ ਹਾਂਜੀ ਅੰਮ੍ਰਿਤ ਜਿਹਨੇ ਮਰਨਾ ਹੀ ਨਹੀਂ ਕਦੀ ਕਿਉਂ ਨਹੀਂ ਮਰਨਾ ਕੋਈ ਤੁਹਾਰੀ ਨਹੀਂ ਮਰ ਕੇ ਹੋਏ ਜੇ ਯੂ ਡੈਡ ਆਲ ᱨੈਡੀ ਇੱਕ ਡੈਡ ਪਰਸਨ ਨੂੰ ਆਪਾਂ ਦੁਬਾਰਾ ਡੈਡ ਥੋੜਾ ਡਿਕਲੇਅਰ ਕਰਦੇ ਕਦੀ ਹਾਂ ਠੀਕ ਹੈ ਨਾ ਸੋ ਇਸੇ ਤਰ੍ਹਾਂ ਇਹ ਮਾਰੇ ਨੇ ਜਿਹੜੀ ਅਮਰਤ ਦੀ ਇਹ ਰੀਤ ਚਲਾਈ ਆ ਇਹਦੇ ਵਿੱਚ ਕਕਾਰ ਐਡ ਕੀਤੇ ਆ ਇਹਦੇ ਵਿੱਚ ਪੋਲ ਐਡ ਕੀਤੀ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਮਹਾਰਾਜ ਦੇ ਪੀੜ੍hiyan ਚੱਲੀਆਂ ਵਾਂ ਗੁਰਗੱਦੀ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਜਦੋਂ ਆਪਾਂ ਚਰਨਪਾਲ ਦਿੰਦੇ ਸੀਗੇ ਜਿਹੜੋ ਸੰਗਤ ਨੂੰ ਆਪਣੇ ਜਿਸ ਤਰ੍ਹਾਂ ਆਪਾਂ ਗੁਰੂ ਚੇਲੇ ਦੀ ਪ੍ਰਥਾ ਹੁੰਦੀ ਹੈ ਨਾ ਉਹਦੇ ਵਿੱਚ ਪਹਿਲਾਂ ਚਰਨਪਾਲ ਹੁੰਦੀ ਸੀਗੀ ਠੀਕ ਹੈ ਨਾ ਮਹਾਰਾਜ ਆਪਣੇ ਮਹਾਰਾਜ ਆਪਣੇ ਚਰਨਾ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਆਪਾਂ ਚਰਨ ਧੋ ਕੇ ਤੇ ਜਿਹੜਾ ਉਹ ਚਰਨਾਮਰਤ ਬੰਦਾ ਨਾ ਉਹ ਅਮਰਤਾ ਆਪਾਂ ਸਿਖਾਉਂਦੇ ਸੀਗੇ ਸਿੱਖਾਂ ਨੂੰ ਅੱਛਾ ਜੀ ਠੀਕ ਹੈ ਸੋ ਹਾਂਜੀ ਭਾਈ ਗੁਰਦਾਸ ਜੀ ਵਾਰਾਂ ਨਹੀਂ ਹਾਂਜੀ ਹਾਂਜੀ ਤੇ ਸੋ ਠੀਕ ਹੈ ਮੈਨੂੰ ਤੁਸੀਂ ਪਰੇ ਦੱਸੋ ਜਰਾ ਹਰਾਸ ਕਰ ਚਰਨ ਨਾਮਤ ਗੁਰਸਿੱਖਾਂ ਬਣਾਇਆ ਹਾਂਜੀ ਇਸ ਤਰ੍ਹਾਂ ਮੈਨੂੰ ਪੂਰੀ ਪੰਕਤੀ ਯਾਦ ਨਹੀਂ ਆ ਸੋ ਪਹਿਲੇ ਸਿੱਖ ਸ਼ਸਤਰਧਾਰੀ ਵੀ ਹੋਏ ਤੇ ਅੰਮ੍ਰਿਤਧਾਰੀ ਵੀ ਹੋਏਗਾ ਕਿ ਅੰਮ੍ਰਿਤ ਹਾਂਜੀ ਪਹਿਲਾਂ ਇਸ ਤਰ੍ਹਾਂ ਚੱਲਿਆ ਹੁੰਦਾ ਸੀਗਾ ਪਰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਸੀਗਾ ਕਿ ਇਸ ਤੋਂ ਅੱਗੇ ਦੇਹਧਾਰੀ ਗੁਰੂ ਦੀ ਪਰੰਪਰਾ ਨਹੀਂ ਹੈਗੀ ਹੂੰ ਠੀਕ ਹੈ ਨਾ ਭਾਵੇਂ ਕਿ ਉਹਨਾਂ ਦੇਹ ਆਪਣੇ ਭਲੇ ਵਾਸਤੇ ਲਈ ਆ ਪਰ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਵੀ ਹੁਣ ਸਮਾਂ ਆ ਗਿਆ ਬਾਣੀ ਸਾਰੀ ਇਕੱਠੀ ਹੋ ਗਈ ਜਿੱਥੇ ਜੋ ਮਹਾਰਾਜ ਦਾ ਸਰੂਪ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਮਾਰੇ ਨੇ ਐਡ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤਨ ਸਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਤੋਂ ਬਾਅਦ ਜੀ ਸੋ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਰੂਪ ਆਪਣੇ ਕੋਲ ਸੀਗਾ ਠੀਕ ਹੈ ਨਾ ਸਤਕਾਰ ਮਾਰੇ ਦਾ ਦਾਸ ਨੂੰ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਆ ਉਹਦੇ ਵਿੱਚ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਭਗਤ ਫਰੀਦ ਜੀ ਦੇ ਸਲੋਕ ਜਿਹੜੇ ਲਿਖੇ ਜਿਹੜੇ ਬਾਣੀ 'ਚ ਵੀ ਦਰਜ ਹੈ ਆਪਣੀ ਉਹਨਾਂ ਦੀ ਬਾਣੀ ਜੀ ਜਦੋਂ ਉਹਨਾਂ ਦੇ ਪਾਕ ਪਤਨ ਪਿੰਡ ਤੋਂ ਪਾਕਿਸਤਾਨ ਦੇ ਵਿੱਚ ਜਿਹੜਾ ਹੁਣ ਉੱਥੋਂ ਲੈ ਕੇ ਆਏ ਤੇ ਮਹਾਰੇ ਨੇ ਉਹਨਾਂ ਦੇ ਜਿਹੜੇ ਹੱਥ ਲਿਖਤ ਜਿਹੜੇ ਉਹਨਾਂ ਦੀ ਬਾਣੀ ਸੀ ਨਾ ਉਹਨਾਂ ਨੂੰ ਟਾਂਗੇ ਦੇ ਵਿੱਚ ਰੱਖਿਆ ਤੇ ਆਪ ਮਹਾਰੇ ਪੈਦਲ ਪਿੱਛੇ ਗਏ ਇਹਨਾਂ ਸਤਕਾਰ ਮਹਾਰੇ ਗੁਰਨਾਨ ਸਾਹਿਬ ਉਦੋਂ ਤੇ ਬਾਣੀ ਨੂੰ ਦੇ ਰਿਹਾ ਠੀਕ ਹੈ ਗੁਰੂ ਅਰਜਨ ਸਾਹਿਬ ਦਾ ਵੀ ਤੁਸੀਂ ਪੜੋਗੇ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਆ ਮਹਾਰੇ ਨੇ ਉਸ ਤੋਂ ਬਾਅਦ ਆਪਣਾ ਆਸਨ ਜਿਹੜਾ ਉਹ ਬੰਜੇ ਦੇ ਨੇ ਲਾਇਆ ਹਾਂਜੀ ਸੋ ਇਨਾਂ ਸਤਕਾਰ ਉਦੋਂ ਤੇ ਸ਼ੁਰੂ ਹੋ ਗਿਆ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗੱਦੀ ਜਿਹੜੀ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਜਾ ਇੱਥੇ ਹੁਣ ਚਰਨਪਾਲ ਵਾਲੀ ਗੱਲ ਖਤਮ ਕਰਨ ਸੋ ਤਾਂ ਖੰਡੇ ਬਾਟੇ ਦੀ ਇੱਥੇ ਪੌਲ ਸ਼ੁਰੂ ਹੋਈ ਆ ਹੁਣ ਖੰਡੇ ਬਾਟੇ ਦੀ ਪੌਲ ਦੇਣ ਵਾਲਾ ਤੇ ਖੰਡੇ ਬਾਟੇ ਦੀ ਪੌਲ ਲੈਣ ਵਾਲਾ ਵੀ ਕੋਈ ਖਾਸ ਹੀ ਹੋ ਸਕਦਾ ਹਾਂਜੀ ਹੁਣ ਜੇ ਮਹਾਰਾਜ ਨੇ ਸਾਰਾ ਪਰਿਵਾਰ ਜਿਹੜਾ ਮਤਲਬ ਭੇਟਾ ਕੀਤਾ ਹੋਆ ਖਾਲਸੇ ਨੇ ਆਪਣੇ ਸਿਰ ਭੇਟਾ ਕੀਤੇ ਆ ਸੋ ਇਹਦੀ ਫੀਸ ਜਿਹੜੀ ਹੈ ਨਾ ਉਹ ਉਹ ਡਿਸਾਈਡ ਕੀਤਾ ਗਿਆ ਵੀ ਹਾਂਜੀ ਇਹ ਜਿਹੜੀ ਹੁਣ ਪ੍ਰੋਡਕਟ ਅੱਗੇ ਆਪਾਂ ਲੈ ਕੇ ਆ ਰਹੇ ਹਾਂ ਨਾ ਇਹ ਅਮਰ ਸੰਚਾਰ ਦੇ ਵਿੱਚ ਇਹਨੂੰ ਜਸਟੀਫਾਈ ਕੀਤਾ ਗਿਆ ਪਹਿਲਾਂ ਮਹਾਰਾਜ ਵੱਲੋਂ ਔਰ ਉਹਦੀ ਜਸਟੀਫਿਕੇਸ਼ਨ ਇਹੋ ਹੀ ਆ ਵੀ ਜੇ ਗੁਰੂ ਕੀ ਪੌਲ ਚੰਨ ਪੌਲ ਨਹੀਂ ਲੈਣੀ ਹੋਣੀ ਹੈਗੀ ਤੇ ਇਹ ਖੰਡੇ ਬਾਟਨ ਦਾ ਆਪਾਂ ਸ਼ਸਤਰ ਤਿਆਰ ਕਰਨਾ ਤੇ ਤਿਆਰ ਕਰਨ ਵਾਲਾ ਵੀ ਉਹ ਜਿਹੜਾ ਸੀਸ ਦੇ ਕੇ ਆਇਆ ਤੇ ਲੈਣ ਵਾਲਾ ਵੀ ਉਹ ਆਵੇ ਜਿਹੜਾ ਸੀਸ ਦੇਣ ਨੂੰ ਤਿਆਰ ਆ ਜਿਹਨੇ ਭੇਟਾ ਕਰ ਦਿੱਤਾ ਬੇਸਿਕਲੀ ਹੂੰ ਹੂੰ ਜਿਹੜਾ ਅਧਿਕਾਰੀ ਹੈ ਹਾਂ ਜਿਹੜਾ ਅਧਿਕਾਰੀ ਹੈ ਸੋ ਇਸ ਚੀਜ਼ ਨੂੰ ਆਪਾਂ ਜਿੰਨੂੰ ਸੋਚਾਂਗੇ ਤੇ ਇਥੋਂ ਆਪਾਂ ਨੂੰ ਕਲੀਅਰ ਹੋ ਜੇਗੀ ਕਿ ਗੁਰੂ ਨਾਨਕ ਸਾਹਿਬ ਦਾ ਕਨਸੈਪਟ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਨਸੈਪਟ ਕੋਈ ਫਰਕ ਨਹੀਂ ਆ ਠੀਕ ਹੈ ਨਾ ਕੋਈ ਚੀਜ਼ ਹਾਰਵਰਡ ਫਾਊਂਡੇਸ਼ਨ ਤੋਂ ਸ਼ੁਰੂ ਹੁੰਦੀ ਆ ਔਰ ਫਾਊਂਡੇਸ਼ਨ ਵੀ ਬਿਲਡਿੰਗ ਨੂੰ ਮੇਨ ਰੱਖ ਕੇ ਹੀ ਬਣਾਈ ਜਾਂਦੀ ਹੈ ਫਾਊਂਡੇਸ਼ਨ ਵੱਖਰੀ ਨਹੀਂ ਉਹਦੀ ਤੇ ਆਪਾਂ ਬਿਲਡਿੰਗ ਵੱਖਰੇ ਤਰੀਕੇ ਨਾਲ ਉੱਤੇ ਬਣਾ ਹਦੇ ਜਿਸ ਤਰ੍ਹਾਂ ਦੀ ਫਾਊਂਡੇਸ਼ਨ ਬਣੀ ਹੈ ਉਸੇ ਤਰ੍ਹਾਂ ਦੀ ਉੱਤੇ ਬਿਲਡਿੰਗ ਬਣੇਗੀ ਠੀਕ ਹੈ ਨਾ ਸੋ ਕਨਸੈਪਟ ਇਜ਼ ਸੇਮ ਇਟਸ ਜਸਟ ਡਿਫਰੈਂਟ ਸਟੇजेस ਠੀਕ ਹੈ ਨਾ ਇਸ ਵਾਂਟ ਟੂ ਆਰ ਆਊਂਟ ਟੂ ਵਨ ਥਿੰਗ ਪਾਇਰਨ ਜੋਸਿੰਗ 디 ਸੈਡ ਜੀ ਗੁਰੂ ਸਾਹਿਬ ਮੇਡ ਦਾ ਪ੍ਰੋਸੈਸ ਲਾਈਕ ਦਾ ਦਾ ਬਿਦੀ ਔਰ ਦਾ ਮਰੀਆਦ ਦਬ ਨਮਸਨਚਾਰ If you look back in history, there was always um, people with Guru Sahib that used to make mistakes. And Guru Saib used mm. to. But Guru Sahib knew in the future that there needed to be a system, some sort of system to. So if anyone were to make a mistake, they can still come back into the Khalsa Panth Jee. and they can still be forgiven, right? Oftentimes we think that when we go into an in Amrit and we see we, Sadi Sadai Hundiya, that we're telling it to these individual people. But when we go in there, we should be in that mindset that this is Guru Gobind Singh Ji that we're admitting our we're telling our galti and to guru Gobind Singh Ji, and we're we're coming back into the khalsa bond so just to kind of add on it's guru Sahib made a process knowing in the future that this is how sikhs can forget uh, get their uh galtiyan, um, off in mm -hmm. the future yeah and talking specifically about the historical event that happened to the was chakaya and uh, i know that but i say even but if you want to like go on to that and kind of yeah. explain kidama eh Ji. ਗਿਆਸਗੜ ਦੀ ਧਰਤੀ ਤੇ ਅਨੰਦਪੁਰ ਸਾਹਿਬ ਜਿਹਨੂੰ ਖਾਲਸਾ ਜਨਮ ਭੂਮੀ ਆਪਉਣ ਕਹਿੰਦੇ ਆ ਜੀ ਤੇ ਉਸ ਟਾਈਮ ਦੇ ਉੱਤੇ 1699 ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਵੱਡਾ ਇਕੱਠ ਕੀਤਾ ਉਦੋਂ ਤਾਂ ਕੋਈ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ ਕੋਈ ਵਟਸਐਪ ਨਹੀਂ ਸੀ ਕੁਝ ਨਹੀਂ ਸੀ ਸੋ ਮੈਸੇजेस ਪਹਿਲਾਂ ਹੀ ਫਿਊ ਮੰਥਸ ਪਹਿਲਾਂ ਹੀ ਭੇਜ ਦਿੱਤੇ ਗਏ ਸੀ ਦੂਰ ਦੂਰ ਤੱਕ ਓਕੇ ਜੋ ਵੀ ਜਿੱਦ ਨਾਲ ਸਿੰਘਾਂ ਨੂੰ ਭੇਜਣਾ ਸੀ ਘੋੜਿਆਂ ਤੇ ਜਾਂ ਜਿਸ ਤਰ੍ਹਾਂ ਜੋ ਉਦੋਂ ਦਾ ਸਿਸਟਮ ਚੱਲਦਾ ਸੀ ਕਮਿਊਨੀਕੇਸ਼ਨ ਦਾ ਜੀ ਉਹਦੇ ਲਈ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਸੀਗਾ ਸੋ ਇਟ ਵਾਸ ਪਲਾਨਡ ਇਵੈਂਟ ਠੀਕ ਹੈ ਲੋਕਾਂ ਨੂੰ ਪਤਾ ਸੀਗਾ ਵੀ ਉਸ ਟਾਈਮ ਦੇ ਉੱਤੇ ਵਿਸਾਖੀ ਦਾ ਟਾਈਮ ਆ ਮੋਸਟਲੀ ਜਿਹੜੇ ਫਾਰਮਿੰਗ ਨਾਲ ਰਿਲੇਟਡ ਜਿਹੜੇ ਪੀਪਲ ਸੀ ਪੰਜਾਬ ਦੇ ਜ਼ਿਆਦਾਤਰ ਇਹੋ ਸੀਗੇ ਕਿਤਾ ਆਪਣਾ ਮੇਨ ਜਿਹੜਾ ਖੇਤੀਬਾੜੀ ਦਾ ਹੁੰਦਾ ਸੀਗਾ ਹਾਂਜੀ ਇਹ ਟਾਈਮ ਥੋੜਾ ਫ੍ਰੀ ਟਾਈਮ ਵੀ ਹੁੰਦਾ ਵਾ ਠੀਕ ਹੈ ਸੋ ਸਪਿਰਚੁਅਲੀ ਵੀ ਇਹਦੀ ਕੋਈ ਹਾਈ ਇੰਪੋਰਟੈਂਸ ਹੋਏਗੀ ਉਸ ਟਾਈਮ ਦੇ ਉੱਤੇ ਸెలਸਟਿਕਲ ਸਿਸਟਮ ਦੇ ਹਿਸਾਬ ਨਾਲ ਵੀ ਉਹਦੇ ਬਾਰੇ ਦਾਸ ਨੂੰ ਬਹੁਤਾ ਪਤਾ ਨਹੀਂ ਪਰ ਹੋਏਗੀ ਜ਼ਰੂਰ ਕਿਉਂਕਿ ਕੋਈ ਵੀ ਇਦਾਂ ਦਾ ਇਨਸੀਡੈਂਟ ਜਦੋਂ ਹੁੰਦਾ ਨਾ ਉਹਦੇ ਪਿੱਛੇ ਕੋਈ ਨਾ ਕੋਈ ਹੋਰ ਬੀਅਸ ਵੀ ਜ਼ਰੂਰ ਹੁੰਦਾ ਸੋ ਉਸ ਸਮੇਂ ਨੂੰ ਮਹਾਰਾਜ ਨੇ ਮੁੱਖ ਰੱਖ ਕੇ ਤੇ ਇਹਦੇ ਬਾਰੇ ਸਾਰੇ ਪਾਸੇ ਇਨਵਿਟੇਸ਼ਨਸ ਭੇਜਿਆ ਪਰ ਕਿਸੇ ਨੂੰ ਇਹਦਾ ਦਿੱਤਾ ਆਪਾਂ ਕੋਲ ਬਲੂਪ੍ਰਿੰਟ ਜਾਂ ਰੋਡਮੈਪ ਨਹੀਂ ਪਤਾ ਸੀਗਾ ਅਜੰਡਾ ਅਜੰਡਾ ਨਹੀਂ ਪਤਾ ਸੀ ਵੀ ਕੀ ਹੋ ਜਾਣਾ ਉੱਥੇ ਇੰਨਾ ਪਤਾ ਸੀ ਵੀ ਗੁਰੂ ਮਹਾਰਾਜ ਨੇ ਸੱਦਾ ਦਿੱਤਾ ਵਾ ਤੇ ਕੋਈ ਵੱਡਾ ਇਵੈਂਟ ਹੋਣਾ ਵਾ ਜੀ ਹਾਂਜੀ ਸੋ ਲੋਕ ਆਪਣੇ ਰਹਿਣ ਦਾ ਪ੍ਰਬੰਧ ਵੀ ਕਰਕੇ ਆਏ ਸੀਗੇ ਠੀਕ ਹੈ ਨਾ ਇਟ ਵਾਸ ਅ ਲਾਈਕ ਅ ਬਿਗ ਗੈਦਰਿੰਗ ਆਈ ਊਡ ਸੇ ਹਾਂਜੀ ਸੋ ਉਸ ਟਾਈਮ ਦੇ ਉੱਤੇ ਜਦੋਂ ਮਹਾਰੇ ਨੇ ਸਟੇਜ ਲਾਈ ਆ ਜਿਸ ਤਰ੍ਹਾਂ ਹੁਣ ਵੀ ਆਪਾਂ ਤਕਸਾਲਬ ਦੇ ਵੇਖਦੇ ਹਾਂ ਸਟੇਜ ਲੱਗਦੀ ਹੈ ਨਾ ਇਸੇ ਤਰ੍ਹਾਂ ਮਹਾਰੇ ਨੇ ਸਟੇਜ ਲਾਈ ਆ ਸ਼ਾਮਿਆਂ ਨਾਲ ਲੱਗਾ ਤੰਬੂ ਲੱਗਾ ਹੋਇਆ ਵਾ ਹਜ਼ਾਰਾਂ ਦੇ ਵਿੱਚ ਸੰਗਤਾਂ ਕੋਈ ਕੋਈ ਗਿਣਤੀ ਦੱਸਦਾ ਕੋਈ 10000 ਦੱਸਦਾ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ ਪਰ ਹਜ਼ਾਰਾਂ ਦੇ ਵਿੱਚ ਆਪਾਂ ਇੰਨਾ 100000 ਦੱਸਦਾ ਆਪਾਂ ਕਹਿੰਦੇ ਨਾ ਜੀ ਸੋ ਇੰਨੇ ਕੋ ਉੱਥੇ ਸੰਗਤ ਉੱਥੇ ਪਹੁੰਚੀ ਹੋਈ ਸੀਗੀ ਆਲਰੇਡੀ ਉੱਥੇ ਸੀ ਓਕੇ ਸੋ ਜਿਸ ਤਰ੍ਹਾਂ ਇਹ ਮਤਲਬ ਚੱਲ ਰਿਹਾ ਪ੍ਰੋਗਰਾਮ ਉਸ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਮਹਾਰਾਜ ਨੇ ਸ੍ਰੀ ਸਾਹਿਬ ਜਿਹੜੀ ਆ ਉਹ ਮਿਆਂ ਚੋਂ ਬਾਹਰ ਕੱਢ ਕੇ ਤੇ ਸੰਗਤ ਦੇ ਵਿੱਚ ਆ ਕੇ ਕਿਹਾ ਵੀ ਮੈਨੂੰ ਇੱਕ ਸੀਸ ਚਾਹੀਦਾ ਹਾਂਜੀ ਗੁਰੂ ਨੂੰ ਸੀਸ ਚਾਹੀਦਾ ਸੀਸ ਭੇਟਾ ਕਰੋ ਮੈਨੂੰ ਕਿਹੜਾ ਭੇਟਾ ਕਰਦਾ ਹੁਣ ਇੱਕਦਮ ਸੋ ਨਿਸ਼ਾਨਿਸ਼ ਆ ਗਈ ਉੱਥੇ ਸਾਰੇ ਹਾਂਜੀ ਵੀ ਕਿਸੇ ਨੂੰ ਸਮਝ ਨਹੀਂ ਲੱਗਦੀ ਪਈ ਵੀ ਮਹਾਰਾਜ ਦਾ ਕੀ ਪਹਾਣਾ ਵਰਤ ਗਿਆ ਏ ਵੀ ਕੀ ਲੌਜੀਕਲੀ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਨਾ ਪਹਿਲਾਂ ਵੀ ਤੁਹਾਡੇ ਲੌਜੀਕ 'ਚ ਇਹ ਚੀਜ਼ ਫਿੱਟ ਨਹੀਂ ਬੈਠਦੀ ਹੁੰਦੀ ਹਾਂਜੀ ਵੀ ਮਾਰੇ ਕਿੱਥੇ ਤੁਹਾਨੂੰ ਅਸੀਸਾਂ ਦਿੰਦੇ ਆ ਦੁੱਧ ਪੁੱਤਰ ਹਾਂਜੀ ਤੁਹਾਡੇ ਬਿਜ਼ਨਸ ਚੱਲਣਾ ਤੁਹਾਨੂੰ ਪੈਸਾ ਮਿਲੇ ਤੁਹਾਡੇ ਘਰ ਬਾਗਾ ਪੁੱਤਰ ਹੋਣ ਤੇ ਜਿਹੜੇ ਤੁਸੀਂ ਆਪ ਆਏ ਉਹਦਾ ਵੀ ਸਿਰ ਮੰਗੀ ਜਾਂਦੇ ਮਾਰੇ ਜੀ ਵੀ ਇਹ ਕੀ ਟੱਕਰ ਪੈ ਗਿਆ ਸੋ देयर वर लाइक ਆ ਬਿਗ ਕਨਫਿਊਜ਼ਨ ਆਈ वुड ਅਜ਼ਿਊਮ ਠੀਕ ਹੈ ਨਾ ਹੁਣ ਉਸ ਕਨਫਿਊਜ਼ਨ ਦੇ ਵਿੱਚ ਪਹਿਲਾਂ ਭਾਈ ਦਾਇਆ ਸਿੰਘ ਜੁੜਦੇ ਆ ਮਹਾਰਾਜ ਨੇ ਤਿੰਨ ਵਾਰੀ ਪੁੱਛਿਆ ਸੀਗਾ ਹਾਂਜੀ ਉਹ ਹੀ ਮੈਂ ਕਹਾਂ ਵੀ ਇਹ ਮਹਾਰਾਜ ਜਦੋਂ ਕਿਉਂਕਿ ਸਾਰੇ ਸਾਇਲੈਂਟ ਆ ਬਿਲਕੁਲ ਪੈਨਿਕ ਮੋਡ ਦੇ ਵਿੱਚ ਆ ਵੀ ਪਤਾ ਨਹੀਂ ਕੀ ਹੋ ਗਿਆ ਮਹਾਰਾਜ ਨੇ ਜੇ ਇੰਨੀ ਗੱਲ ਕਹਿ ਦਿੱਤੀ ਤੇ ਇਹਦਾ ਮਤਲਬ ਅਸੀਂ ਸੀਸ ਦੇ ਦਈਏ ਜਾਂ ਨਾ ਦੇ ਦਈਏ ਜਾਂ ਕੀ ਇਹਦਾ ਰੀਜ਼ਨ ਕੀ ਇਹਦੇ ਪਿੱਛੇ ਮਹਾਰੇ ਨੇ ਆਪਣੀ ਗੱਲ ਨੂੰ ਦੁਬਾਰਾ ਕਨਫੈਸ ਕੀਤਾ ਕਿ ਮੈਂ ਐਵੇਂ ਨਹੀਂ ਕਹਿ ਦਤਾ ਮੈਂ ਉਦਾਂ ਨਹੀਂ ਕਹਿ ਦਤਾ ਮਤਲਬ ਮੈਨੂੰ ਸੀਸ ਚਾਹੀਦਾ ਹੈਨਾ ਸੋ ਹੀ ਮਾਈਟ ਹੈਵ ਸੈਡ ਅਗੇਨ ਸੋ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਆ ਵੀ ਤਿੰਨ ਵਾਰੀ ਮਹਾਰੇ ਨੇ ਇਸ ਤਰ੍ਹਾਂ ਉਹ ਸੀਸ ਮੰਗਿਆ ਵਾ ਤੇ ਭਾਈ ਦਾਇਆ ਸਿੰਘ ਜੀ ਹੱਜੜ ਕੇ ਖੜੇ ਤੇ ਮਹਾਰਾਜ ਨੇ ਬੇਨਤੀ ਕੀਤੀ ਮਹਾਰਾਜ ਮੈਂ ਮਾਫੀ ਚਾਹੁੰਦਾ ਵੀ ਮੈਂ ਪਹਿਲੀ ਵਾਰੀ ਨਹੀਂ ਖੜਾ ਹੋ ਸਕਿਆ ਪਰ ਦਾਸ ਦਾ ਸੀਸ ਹਾਜਰ ਆ। ਸੋ ਮਹਾਰਾਜ ਨੇ ਲੈ ਲਿਆ ਉਹਨਾਂ ਨੂੰ ਜਦੋਂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚੇ ਆ ਸਟੇਜ ਤੇ ਪਹੁੰਚੇ ਆ ਮਹਾਰਾਜ ਦੱਸਦੇ ਵੀ ਅੰਦਰ ਲੈ ਗਏ ਆ ਤੇ ਅੰਦਰ ਲੈ ਕੇ ਤੇ ਜਦੋਂ ਉਹਨਾਂ ਦਾ ਸੀਸ ਉਤਾਰਿਆ ਵਾ ਸੋ ਉਸ ਤੋਂ ਬਾਅਦ ਬਿਲਕੁਲ ਉਹਨਾਂ ਦੇ ਖੂਨ ਨਾਲ ਭਿੱਜੀ ਸੀਰੀ ਸਾਹਿਬ ਜਿਹੜੀ ਉਹ ਬਾਹਰ ਲੈ ਕੇ ਆਏ ਆ ਹੁਣ ਉੱਤੋਂ ਬਾਅਦ ਚ ਨਟਾ ਹੋਰ ਜ਼ਿਆਦਾ ਛਾ ਗਿਆ ਹੁਣ ਲੋਕਾਂ ਨੂੰ ਹੋ ਗਿਆ ਵੀ ਸਮਥਿੰਗ ਰੋਂਗ ਗਿਆ ਕਿ ਜਿਉਂ ਹੀ ਅਸਿਊਮ ਕਰਦੇ ਸੀ ਨਾ ਵੀ ਸਾਨੂੰ ਲੱਗਦਾ ਵੀ ਸ਼ਾਇਦ ਅਜੇ ਮਹਾਰਾ ਕੋਈ ਅੰਦਰ ਜਾਏ ਕੋਈ ਗੱਲਬਾਤ ਕਰ ਦੇਣਗੇ ਜਾਂ ਸਮਝਾਉਣ ਦੇਣਗੇ ਜਾਂ ਕੋਈ ਇਹੋ ਜਿਹੀ ਗੱਲ ਕਰਨਗੇ ਸੱਚ ਨਿਕਲਿਆ ਹਾਂਜੀ ਪਰ ਜਦੋਂ ਹੁਣ ਉਹ ਦੁਬਾਰਾ ਉਹ ਰਿਪੀਟ ਹੋਣ ਲੱਗਾ ਪ੍ਰੋਸੈਸ ਹਾਂਜੀ ਸੋ ਹੁਣ ਲੋਕਾਂ ਨੂੰ ਜਿਹੜੇ ਹੁਣ ਉੱਠਣਾ ਸ਼ੁਰੂ ਕਰਤਾ ਮੇਰੇ ਵਰਗੇ ਜਿਹੜੇ ਪ੍ਰਸ਼ਾਸਕਣ ਆਏ ਉਹ ਹੌਲੀ ਹੌਲੀ ਪਿੱਛੇ ਪਿੱਛੇ ਪਛਾਣੂ ਹੋ ਗਏ ਉੱਥੋਂ ਵੀ ਇਹ ਨਹੀਂ ਕੰਮ ਸਹੀ ਚੱਲਣ ਦੇ ਹੁਣ ਠੀਕ ਹੈ ਨਾ ਹੁਣ ਤੇ ਮੰਗਣ ਦੇ ਮੁੜ ਸੋ ਇਸ ਤਰ੍ਹਾਂ ਦੇ ਉਥੇ ਕਨਫਿਊਜ਼ਨ ਹੋ ਗਈ ਦਿਮਾਗ 'ਚ ਵੀ ਇਹ ਕੋਈ ਖਾਸ ਹੀ ਕਾਰਾ ਵਰਤਨ ਦਿਆ ਔਰ ਫਿਰ ਮਹਾਰਾਜ ਨੇ ਪੰਜ ਵਾਰ ਰਿਪੀਟ ਕੀਤਾ ਇਹ ਨਹੀਂ ਵੀ ਇੱਕ ਵਾਰੀ ਕਰਕੇ ਤੇ ਫਿਰ ਛੱਡ ਦਿੱਤਾ ਚਲੋ ਉਸ ਤੋਂ ਬਾਅਦ ਕੋਈ ਆਇਆ ਨਹੀਂ ਤੇ ਮੈਂ ਡਨ ਕਰ ਦਿਆ ਪ੍ਰੋਸੈਸ ਮਹਾਰਾਜ ਨੂੰ ਪੰਜਾਂ ਸਿੱਖਾਂ ਦੀ ਲੋੜ ਸੀ ਹੁਣ ਆਪਾਂ ਥੋੜਾ ਜਾਣ ਸਕਦੇ ਪੰਜ ਸੀਸ ਕਿਉਂ ਲਏ ਆ 6 ਕਿਉਂ ਲਏ 4 ਕਿਉਂ ਲਏ ਆ ਵੀ ਡੋਨਟ ਨੋ ਨੋਬਾਡੀ ਵਿਲ ਐਵਰ ਨੋ ਠੀਕ ਹੈ ਨਾ ਮਹਾਰਾਜ ਨੇ ਪੰਜ ਸੀਸਾਂ ਦੇ ਸੀਸ ਜਿਹੜੇ ਲੈ ਕੇ ਨਾ ਤੇ ਜਦੋਂ ਉਥੇ ਮਤਲਬ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਇਹ ਕੰਪਲੇਂਟ ਵੀ ਗਈ ਆ ਮਾਤਾ ਜੀ ਕੋਲ ਵੀ ਜੀ ਕਿਆ ਆ ਕੇ ਦੇਖੋ ਕੀ ਵਰਤ ਵਰਤਾਰਾ ਵਰਤ ਗਿਆ ਉੱਥੇ ਠੀਕ ਹੈ ਨਾ ਮਹਾਰਾਜ ਨੂੰ ਤਾਂ ਪਤਾ ਨਹੀਂ ਅਜ ਕੀ ਹੋਇਆ ਮਹਾਰਾ ਸੀਸ ਲਈ ਜਾਂਦੇ ਸਿਕਾਂਦੇ ਹੁਣ ਇੱਕ ਦਾ ਲੱਥ ਗਿਆ ਦੂਜੇ ਦਾ ਲੱਥ ਗਿਆ ਤੀਜੇ ਦਾ ਲੱਥ ਗਿਆ ਚੌਥੇ ਦਾ ਲੱਥ ਗਿਆ ਪੰਜਵੇਂ ਦਾ ਲੋਕਾਂ ਨੂੰ ਥੋੜਾ ਪਤਾ ਹੈ 5+1 ਹੈਗਾ ਕਿ ਨਹੀਂ ਹੈਗਾ ਜੀ ਠੀਕ ਹੈ ਨਾ ਸੋ ਉਸ ਟਾਈਮ ਦੇ ਉੱਤੇ ਜਦੋਂ ਇੰਨਾ ਸਨਾਟਾਸ਼ ਆ ਗਿਆ ਇੰਨਾ ਸਾਰਾ ਕੁਝ ਹੋ ਗਿਆ ਤੇ ਫਿਰ ਮਹਾਰਾਜ ਨੇ ਅੰਦਰ ਜਾ ਕੇ ਸਿੰਘਾਂ ਦੇ ਸੀਸ ਜਿਹੜੇ ਹਨ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਨੂੰ ਉਹਨਾਂ ਨੂੰ ਦਿਮਾਲੇ ਸਜਾਏ ਆ ਉਹਨਾਂ ਨੂੰ ਬਸਤਰ ਪੁਆਏ ਆ ਉਨ੍ਹਾਂ ਦੇ ਸੀਸ ਦੁਬਾਰਾ ਉਹਨਾਂ ਦੇ ਸੀਸਾਂ ਦੇ ਉੱਤੇ ਲਾਏ ਆ ਠੀਕ ਹੈ ਨਾ ਹੁਣ ਕਈ ਇਹ ਵੀ ਕਹਿੰਦੇ ਆ ਵੀ ਸੀਸ ਵੀ ਸਵਿਚ ਕੀਤਾ ਪਰ ਦਾਸ ਨੂੰ ਬਹੁਤਾ ਪਤਾ ਨਹੀਂ ਇਹਨਾਂ ਨੂੰ ਸਾਨੂੰ ਜਰੂਰ ਪਤਾ ਵਾ ਕਿ ਮਹਾਰਾਜ ਨੇ ਸੀਸ ਉਹਨਾਂ ਦੇ ਸਿਰ ਤੇ ਬੈਗ ਲਾਏ ਆ ਹਾਂਜੀ ਹੁਣ ਕੋਈ ਕਵੇ ਸਰਜਰੀ ਕੀਤੀ ਜਾ ਕੋਈ ਕੁਝ ਕੀਤਾ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਰਹੇ ਮਹਾਰਾਜ ਜਾਣੇ ਜਾਣਿਆ ਠੀਕ ਨਾ ਮਹਾਰਾਜ ਦੇ ਕਰਤਬ ਮਹਾਰਾਜ ਜਾਂਦੇ ਆ ਹਾਂ ਪਰ ਹਾਂ ਇਸ ਗੱਲ ਨੂੰ ਮੈਟਾਫੋਰਿਕਲੀ ਲੈਣਾ ਇਹਨੂੰ ਕਨਸੈਪਚੁਅਲ ਲੈਣਾ ਇਹ ਸਿੱਖੀ ਦੇ ਸੂਲਾਂ ਦੇ ਹਿਸਾਬ ਨਾਲ ਫਿਰ ਪੂਰੀ ਨਹੀਂ ਉਤਰਦੀ ਆਪਾਂ ਪਹਿਲਾਂ ਵੀ ਗੱਲਬਾਤ ਕਰ ਚੁੱਕੇਗੇ ਜੇ ਤੁਹਾਨੂੰ ਸਿੱਖੀ ਦੇ ਸਿਧਾਂਤ ਤੇ ਉੱਤੇ ਡਾਊਟ ਹੈ ਨਾ ਸਿੱਖੀ ਦੇ ਉੱਤੇ ਤੁਹਾਨੂੰ ਕਲੈਰਿਟੀ ਆਏ ਨਹੀਂ ਸਕਦੀ ਕਦੀ ਜੀ ਠੀਕ ਹੈ ਨਾ ਸੋ ਇਸ ਕਰਕੇ ਜਦੋਂ ਮਹਾਰਾਜ ਨੇ ਸੀਸ ਲਏ ਉਹਨਾਂ ਦੇ ਉਹਨਾਂ ਨੇ ਸੀਸ ਵਾਪਸ ਲਾਤੇ ਆ ਉਹਨਾਂ ਨੂੰ ਖਾਲਸਾ ਜੀ ਬਾਣਾ ਪੈਰਾ ਕੇ ਆਪਣੇ ਵਰਗਾ ਬਾਣਾ ਬੇਸਿਕਲੀ ਪਹਿਨਾ ਕੇ ਉਹਨਾਂ ਨੇ ਜਦੋਂ ਬਾਹਰ ਲੈ ਕੇ ਆਂਦਾ ਨਾ ਤੇ ਉਦੋਂ ਲੋਕਾਂ ਨੂੰ ਥੋੜੀ ਥੋੜੀ ਸਮਝ ਆਉਣ ਲੱਗੀ ਵੀ ਇਹ ਤਾਂ ਮਹਾਰਾਜ ਨੇ ਕੋਤਕ ਵਰਤਾਇਆ ਅਸੀਂ ਤਾਂ ਡਰ ਗਏ ਸੀਗੇ ਠੀਕ ਹੈ ਨਾ ਫਿਰ ਮਹਾਰਾਜ ਨੇ ਉਸ ਟਾਈਮ ਉੱਤੇ ਖਾਲਸੇ ਦੀ ਮਹਿਮਾ ਬਿਆਨ ਕੀਤੀ ਆ ਵੀ ਇਹ ਖਾਲਸਾ ਜਿਹੜ ਇਹਦੀ ਮਹਿਮਾ ਬਹੁਤ ਜ਼ਿਆਦੀ ਆ ਇਹ ਮੇਰੇ ਰੂਪ ਆ ਠੀਕ ਹੈ ਜੀ ਫਿਰ ਮਾਰੇ ਨੇ ਜਿਹੜਾ ਆਪਾਂ ਨੂੰ ਪੰਜਾ ਬਾਣੀਆਂ ਦੀ ਜਿਹੜੀ ਪੌ ਲਿਆ ਉਹ ਵਿਧਾਨ ਤਿਆਰ ਕੀਤਾ ਉੱਥੇ ਬਾਟਾ ਮੰਗਾਇਆ ਨਾਲ ਜਿਹੜੇ ਮੇਰੇ ਖਾਲ ਸਤਲੁਜ ਉੱਥੇ ਹਾਂਜੀ ਹਾਂਜੀ ਉੱਥੋਂ ਜਲ ਮੰਗਵਾਇਆ ਖੰਡਾ ਮਾਰੇ ਨੇ ਆਪਣਾ ਚੰਗੀ ਵਰਤਿਆ ਹੁਣ ਅੱਜ ਕੱਲ ਤਾਂ ਆਪਾਂ ਛੋਟਾ ਖੰਡਾ ਵਰਤਨੇ ਆ ਇਹ ਦਾਸ ਨੂੰ ਪਤਾ ਲੱਗਾ ਵੀ ਜਿਹੜਾ ਛੋਟਾ ਖੰਡਾ ਅੱਜ ਆਪਾਂ ਵਰਤਨੇ ਆ ਅੰਗਰੇਜ਼ਾਂ ਦੇ ਟਾਈਮ ਤੋਂ ਸ਼ੁਰੂ ਹੋਇਆ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਆਪਣੇ ਸ਼ਸਤਰ ਬੈਗ ਲੈ ਲਏ ਆ ਆਪਾਂ ਨੂੰ ਅਸ਼ਸਤਾ ਧਾਰੀ ਨਹੀਂ ਰਹਿਣ ਦਿੱਤਾ ਤੇ ਖੰਡਾ ਵੀ ਇੱਕ ਸ਼ਸਤਰ ਸੀਗਾ ਔਰ ਬੜਾ ਮਤਲਬ ਬੜਾ ਪ੍ਰੋਮਿਨੈਂਟ ਸ਼ਸਤਰ ਮੰਨਿਆ ਜਾਂਦਾ ਸੀ ਉਸ ਟਾਈਮ ਦੇ ਉੱਤੇ ਸ੍ਰੀ ਸਾਹਿਬ ਵੀ ਉਹ ਖੰਡਾ ਕੇਸਕਰ ਸਾਹਿਬ ਹੈਗਾ ਹੈ ਹੈਗਾ ਜੀ ਅਜੇ ਵੀ ਹੈਗਾ ਉੱਥੇ ਵਿਸਾਖੀ ਦੇ ਉੱਤੇ ਅਜੇ ਵੀ ਉਸੇ ਖੰਡੇ ਨੇ ਅਮਰ ਸੰਚਾਰ ਹੁੰਦਾ ਓਕੇ ਸਾਈਜ਼ ਤੇ ਵੱਡਾ ਹੈ 3 ਫੁੱਟ ਦਾ ਖੰਡਾ ਜੀ ਉਹ 3 ਫੁੱਟ ਦਾ ਦੋ ਤਾਰਾ ਫਲਾਦੀ ਖੰਡਾ ਦਸ ਨੇ ਦਰਸ਼ਨ ਕੀਤੇ ਆ ਜੀ ਹਾਂਜੀ ਸੋ ਉਸ ਖੰਡੇ ਦੇ ਨਾਲ ਮਾਰੇ ਨੇ ਅਮਰਤ ਪੰਜਾਂ ਬਾਣੀਆਂ ਦਾ ਪੜ੍ਹ ਕੇ ਜਿਨ੍ਹਾਂ ਦੇ ਵਿੱਚ ਆ ਪੰਜਬਜੀ ਸਾਹਿਬ ਦਾ ਜਾਪ ਸਾਹਿਬ ਦਾ ਤਾਂ ਪ੍ਰਸਾਦ ਹੋਈਏ ਚੌਪਈ ਸਾਹਿਬ ਤੇ ਨਾਨਕ ਸਾਹਿਬ ਦਾ ਪੂਰੀਆਂ ਬਾਣੀਆਂ ਦਾ ਪਾਠ ਕੀਤਾ ਅਨੰਦ ਸਾਹਿਬ ਦੀ 40 ਪੌਰੀਆਂ ਪੂਰੀਆਂ ਤੇ ਤੋਂ ਪ੍ਰਸਸ ਹੋਈਏ ਸਰਾਵਕ ਸੁਦਵਾਂ ਹ ਸਰਾਵ ਸੁਸਮੋ ਸੁਧਾਨ ਕੇ ਸੋ ਇਹਨਾਂ ਪੰਜਾਂ ਬਾਣੀਆਂ ਦਾ ਲੜੀਵਾਰ ਇਸੇ ਤਰ੍ਹਾਂ ਪਾਠ ਕਰਕੇ ਪਹਿਲਾਂ ਜਪਜੀ ਸਾਹਿਬ ਦਾ ਫਿਰ ਜਪ ਸਾਹਿਬ ਦਾ ਫਿਰ ਸਈਏ ਦਾ ਫਿਰ ਚੌਪਈ ਸਾਹਿਬ ਦਾ ਫਿਰ ਅਨੰਦ ਸਾਹਿਬ ਦਾ ਇਹਨਾਂ ਪੰਜਾਂ ਬਾਣੀਆਂ ਦਾ ਸੀਕੁਐਂਸ ਵਾਈਜ਼ ਪਾਠ ਕਰਕੇ ਮਹਾਰਾਜ ਨੇ ਆਪਣੇ ਮੁੱਖੋਂ ਬਾਣੀ ਉਚਾਰੀ ਆ ਤੇ ਫਿਰ ਇਸੇ ਵਿੱਚ ਪਤਸੇ ਵੀ ਪਾਏ ਆ ਹੁਣ ਕਈਆਂ ਨੇ ਸਟੋਰੀ ਜੋੜੀ ਆ ਮੈਨੂੰ ਨਹੀਂ ਪਤਾ ਉਹ ਸਟੋਰੀ ਇਸ ਕਰਕੇ ਆ ਵੀ ਜੇ ਮਹਾਰਾਜ ਨੇ ਜੀ ਜਦੋਂ ਅਮਰ ਤਿਆਰ ਕਰ ਲਿਆ ਵਾ ਉਦੋਂ ਫਿਰ ਚਿੜੀਆਂ ਨੂੰ ਉੱਥੇ ਪਾਇਆ ਤੇ ਚਿੜੀਆਂ ਨੇ ਉੱਥੇ ਬਾਜ ਮਾਰ ਦਿੱਤਾ ਇੱਕ ਸੋ ਇਹ ਕਥਾਵਾਚ ਕਹੀ ਤੁਹਾਨੂੰ ਪਤਾ ਥੋੜਾ ਇੰਟਰਸਟਿੰਗ ਬਣਾਉਣ ਲਈ ਸਟੋਰੀ ਨੂੰ ਉਦਾਂ ਵੀ ਲਾ ਦਿੰਦੇ ਕਈ ਪਰ ਹੁਣ ਜੋ ਮਰਯਾਦਾ ਚੱਲ ਰਹੀ ਆ ਇਹਦੇ ਵਿੱਚ ਪਤਾਸੇ ਬਾਅਦ ਚ ਨਹੀਂ ਪਾਈ ਜਾਂਦੇ ਪਤਾਸੇ ਸਟਾਰਟਿੰਗ ਜੀ ਪਾਈ ਜਾਂਦੇ ਆ ਜਦੋਂ ਅਮਰ ਸੰਚਾਰ ਆਪਾਂ ਸ਼ੁਰੂ ਕਰਦੇ ਨਾ ਬਾਣੀ ਪੜ੍ਹਨੀ ਸ਼ੁਰੂ ਕਰਦੇ ਆ ਅਮਰ ਸੰਚਾਰ ਜਦੋਂ ਕਰਨ ਲੱਗਦੇ ਆ ਤੇ ਬਾਣੀ ਪੜ੍ਹਨ ਤੋਂ ਪਹਿਲਾਂ ਹੀ ਪਤਾਸੇ ਪਾ ਦਿੱਤੇ ਜਾਂਦੇ ਆ ਜਲ ਦੇ ਵਿੱਚ ਅੱਛਾ ਜੀ ਸੋ ਬਾਅਦ ਚ ਨਹੀਂ ਪਾਈ ਜਾਂਦੇ ਤੇ ਪਾਈ ਮਾਤਾ ਜੀ ਨੇ ਸੀ ਹਾਂ ਜੀ ਪਾਈ ਮਾਤਾ ਜੀ ਨੇ ਆ ਮਤਾ ਸਾਹਿਬ ਹਾਂਜੀ ਮਾਦਾ ਸਾਹਿਬ ਕੋਰ ਜੀ ਨੇ ਪਾਏ ਠੀਕ ਹੈ ਜੀ ਠੀਕ ਹੈ ਨਾ ਜੀ ਕਿਉਂਕਿ ਹੁਣ ਮਾਦਾ ਸਾਹਿਬ ਕੋਰ ਜੀ ਤੇ ਮਹਾਰਾਜ ਦੇ ਅੰਗ ਹੀ ਆ ਠੀਕ ਹੈ ਨਾ ਹੁਣ ਉਹ ਤਾਂ ਨਹੀਂ ਨੋ ਪੱਜਣ ਵਾਲਿਆ ਜਾਂਦੇ ਸੋ ਮਹਾਰਾਜ ਨੇ ਜੇ ਉਹਨਾਂ ਨੂੰ ਇਹ ਸੇਵਾ ਬਖਸ਼ੀ ਆ ਵੀ ਤੁਸੀਂ ਇਹ ਪਤਾਸੇ ਪਾ ਦਿਓ ਇਹਦੇ ਵਿੱਚ ਤੇ ਉਹਨਾਂ ਨੇ ਪਾ ਦਨੇ ਆ ਤੇ ਸੰਗਤ ਦੇ ਸਾਹਮਣੇ ਹੀ ਹੋਇਆ ਹਾਂਜੀ ਸੰਗਤ ਸਾਹਮਣੇ ਸਭ ਕੁਝ ਹੋਇਆ ਜੀ ਫਿਰ ਮਹਾਰੇ ਨੇ ਪੰਜਾਂ ਬਾਣੀਆਂ ਦਾ ਜਾਪ ਕਰਕੇ ਤੇ ਪੰਜ ਚੁਲੇ ਜਿਹੜੇ ਆ ਉਹ ਮੁਖ ਦੇ ਵਿੱਚ ਹਾਂਜੀ ਪੰਜ ਚੁਲੇ ਤੁਹਾਡੇ ਨਿਤਰਾਂ ਦੇ ਵਿੱਚ ਤੇ ਪੰਜ ਚੁਲੇ ਤੁਹਾਡੇ ਸੀਸ ਦੇ ਵਿੱਚ ਕੇਸਾਂ ਦੇ ਵਿੱਚ ਪਾਏ ਆ ओके okay, जी ਨਾਲ ਆਪਾਂ ਨੂੰ ਇਹਦੇ ਵਿੱਚ ਦੱਸਿਆ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਆਪਣਾ ਜੰਗੀ ਬੁਲਾਰਾ ਬੋਲਾ ਜਿਹੜਾ ਜੀ ਇਹ ਆਪਾਂ ਜਿਹੜੇ ਇੱਕ ਦੂਜੇ ਨੂੰ ਸਿੱਖ ਮਿਲਦੇ ਵੀ ਆ ਉਹਦੇ ਚ ਵੀ ਆਪਾਂ ਬੋਲਦੇ ਆ ਠੀਕ ਹੈ ਨਾ ਤੇ ਇਹ ਮਾਰੇ ਨੇ ਤੁਹਾਡੇ ਨਾਲ ਬੇਸਿਕਲੀ ਇੰਟਰੋਡਕਸ਼ਨ ਆਉਣੇ ਕਿ ਤੂੰ ਕੌਣ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਤੇਰਾ ਸਾਰਾ ਕੁਝ ਵਾਹਿਗੁਰੂ ਦਾ ਹੀ ਆ ਤੂੰ ਆਪ ਹੀ ਵਾਹਿਗੁਰੂ ਦਾ ਤੂੰ ਜਿਹੜੇ ਕਰ ਨੂੰ ਕਰਮ ਕਰੇਗਾ ਜਿੰਨੇ ਕਰਕੇ ਤੈਨੂੰ ਤੇਰਾ ਨਾਮ ਵਰਡ ਚ ਬਣੂਗਾ ਉਹ ਵੀ ਵਾਹਿਗੁਰੂ ਦੇ ਹੀ ਦੇਣਿਆ ਤੇਰੇ ਤੇ ਤੇਰਾ ਕੁਝ ਨਹੀਂ ਹੈਗਾ ਦੇਖਣਾ ਸੋ ਇਹਦਾ ਮਤਲਬ ਇਹ ਆ ਕਿ ਜਦੋਂ ਮਹਾਰੇ ਨੇ ਉਹ ਖੰਡੇ ਬਾਟੇ ਦੀ ਪੋਲ ਸਿਕਾਈ ਇਸ ਤਰ੍ਹਾਂ ਜਿਦਾਂ ਦੱਸਿਆ ਪੰਜ ਚੁਰੇ ਮੁਖ ਚ ਪਾਏ ਆ ਨਾਲ ਮਹਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਸਿੰਘਾਂ ਨੇ ਉਹ ਅਮਰਤ ਛਕਿਆ ਨਾਲ ਨਾਲ ਮਹਾਰੇ ਦੀ ਫਤਿਹ ਕੰਨਾਂ ਚ ਸਰਵਣ ਕੀਤੀ ਹੈ ਨਾਲ ਨਾਲ ਅਮਰਤ ਛਕਿਆ ਸੋ ਕੰਨਾਂ ਦੇ ਥਰੂ ਤੁਹਾਡੇ ਮਹਾਰੇ ਦੀ ਫਤਿਹ ਅੰਦਰ ਗਈ ਹੈ ਨਾਲ ਤੁਹਾਡੇ ਬਾਣੀਆਂ ਦਾ ਅਮਰਤ ਜਿਹੜਾ ਤਿਆਰ ਕੀਤਾ ਉਹ ਜਾਂਦਾ ਇਕੱਠਾ ਹੀ ਜਾਂਦਾ ਅੰਦਰ ਤੁਸੀਂ ਸਾਰਾ ਆਪਣੇ ਅੰਦਰ ਸਮਾ ਕੇ ਉਹਨੂੰ ਸੁਣ ਕੇ ਫਿਰ ਉਹਦਾ ਜਵਾਬ ਦਿੰਦੇ ਫਤਿਹ ਦੇ ਵਿੱਚ ਸੋ ਅੱਜ ਵੀ ਇਸ ਤਰ੍ਹਾਂ ਹੀ ਚੱਲਦਾ ਅੱਛਾ ਜੀ ਸੋ ਉਸ ਉਸ ਚੀਜ਼ ਤੋਂ ਬਾਅਦ ਜਦੋਂ ਮਹਾਰਾਜ ਨੇ ਪੰਜਾਂ ਨੂੰ ਅਮਰ ਛਕਾਇਆ ਵਾ ਫਿਰ ਮਹਾਰਾਜ ਨੇ ਆ ਪੰਜਾਂ ਕੋਲੋਂ ਅਮਰਦੀ ਦਾਤ ਮੰਗੀ ਆ ਹੂੰ ਵੀ ਤੁਸੀਂ ਹੁਣ ਗੁਰੂ ਵਾਲੇ ਬਣ ਗਏ ਜੇ ਤੇ ਇਹੋ ਹੀ ਵਿਧਾਨ ਲੱਗੇ ਚੱਲੇਗਾ ਹੁਣ ਤੁਸੀਂ ਗੁਰੂ ਜੇ ਆਉਣ ਵਾਲੇ ਸਮਝੋ ਹੁਣ ਤੁਸੀਂ ਗੁਰੂ ਹੋਵੋਗੇ ਠੀਕ ਹੈ ਨਾ ਸੋ ਉਸ ਟਾਈਮ ਤੇ ਫਿਰ ਮਹਾਰਾਜ ਨੇ ਵੀ ਪੌਲ ਮੰਗੀ ਪੰਜਾਂ ਕੋਲੋਂ ਵੀ ਇੰਨੀ ਵੱਡੀ ਪੌਲ ਇਹ ਤੋਂ ਬਿਨਾ ਮੇਰਾ ਵੀ ਹੁਣੇ ਚੱਲ ਰਹਿਣੀ ਆ ਠੀਕ ਹੈ ਨਾ ਇਹ ਮਹਾਰਾਜ ਨੇ ਖੁਦ ਕਰਕੇ ਦੇਖਿਆ ਜੇ ਅੱਜ ਕੋਈ ਸਿੱਖ ਪੁੱਛਦੇ ਆ ਨਾ ਆਪਾਂ ਨੂੰ ਤੇ ਉਹਦਾ ਜਵਾਬ ਇਹ ਆ ਵੀ ਜੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਮਰ ਸ਼ਕਨ ਦੀ ਲੋੜ ਹੈ ਨਾ ਤੇ ਤੁਸੀਂ ਜਿੰਨਾ ਮਰਜੀ ਮਨ ਸਾਫ਼ ਕਰ ਲੋ ਉਹ ਲੋੜ ਤੁਹਾਨੂੰ ਹੀ ਹੋਣੀ ਆ ਤੁਸੀਂ ਗੁਰੂ ਗੋਬਿੰਦ ਸਿੰਘ ਤੋਂ ਉੱਤੇ ਨਹੀਂ ਜੇ ਚਲੇਗੇ ਹੁਣ ਜੇ ਤੁਸੀਂ ਹਾਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਉੱਤੇ ਸਮਝਦੇ ਆਪਣਾ ਮਨ ਤੁਹਾਡਾ ਸਾਫ਼ ਹੈ ਮਹਾਰਾਜ ਦੇ ਤੁਮ ਕਿੰਨੇ ਮਾੜੀ ਮੋਟੀ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਨਾ ਲੱਗਦਾ ਹੋਊਗਾ ਪਰ ਤੁਹਾਡਾ ਮਨ ਉਹਨਾਂ ਤੋਂ ਵੀ ਸਾਫ਼ ਆ ਫਿਰ ਉਹ ਹਦ ਤੱਕ ਨਾ ਲੋੜ ਹੋਵੇ ਪਰ ਜੇ ਤੁਸੀਂ ਸੋਚਦੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪ ਅਮਰ ਸ਼ਕਨ ਦੀ ਲੋੜ ਹੈ ਨਾ ਤੇ ਫਿਰ ਤੁਸੀਂ ਉਸ ਨੀੜ ਤੋਂ ਬਾਹਰ ਨਹੀਂ ਜਾਗੇ ਇਹ ਭਾਵੇਂ ਕੁ ਜਿੰਨਾ ਮੱਜੀ ਤੁਹਾਡੇ ਨਾਲ ਵਿਦਵਾਨ ਗੱਲ ਕਰ ਲਿਆ ਵੀ ਮੇਰੀ ਰਿਹਤ ਬੜੀ ਆ ਮੈਂ ਕੁਛ ਖਾਂਦਾ ਪੀਂਦਾ ਨਹੀਂ ਬਾਹਰੋਂ ਮੇਰਾ ਮਨ ਬੜਾ ਸਾਫ਼ ਆ ਮੈਂ ਸੇਵਾ ਕਰਦਾ ਮੈਨੂੰ ਅਮਰ ਸਿੰਘ ਦੀ ਲੋੜ ਨਹੀਂ ਆ ਠੀਕ ਆ ਇਹ ਕਨਸੈਪਟ ਨਹੀਂ ਚੱਲਦਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪ ਲੋੜ ਆ ਨਾ ਜਿਹੜਾ ਕਿ ਸਰਬਕਲਾ ਸਮਰੱਥ ਆ ਅਕਾਲ ਪੁਰਖ ਦਾ ਆਪਣਾ ਉਤਾਰਿਆ ਤੇ ਫਿਰ ਤੁਸੀਂ ਉੱਤੋਂ ਬਾਹਰ ਨਹੀਂ ਜਾ ਸਕਦੇ ਉੱਤੋਂ ਉੱਤੇ ਕੋਈ ਨਹੀਂ ਜਾ ਸਕਦਾ ਸੋ ਪੰਜਾਂ ਨੂੰ ਅਮਰ ਛਕਾਉਣ ਤੋਂ ਬਾਅਦ ਜਦੋਂ ਮਾਰੇ ਨੇ ਪੰਜਾਂ ਕੋਲੋਂ ਆਪ ਦਾਤ ਮੰਗੀ ਆ ਤੇ ਫਿਰ ਉੱਥੇ ਪੰਜਾਂ ਨੇ ਵੀ ਇਹ ਦਾਤ ਦੇਣ ਤੋਂ ਪਹਿਲਾਂ ਕੁਐਸਚਨ ਕੀਤਾ ਵਾ ਦੇਖੋ ਖਾਲਸਾ ਜੁਰਤ ਉਹਦੇ ਨਹੀਂ ਭਰ ਦਿੱਤੀ ਮਾਰੇ ਨੇ ਜੇ ਲੋ ਤੁਹਾਡੇ ਅੰਦਰ ਪੰਜਾਂ ਦੀ ਪੰਜਾਂ ਬਾਣੀਆਂ ਦੀ ਪੌਲ ਅੰਦਰ ਚਲੇਗੀ ਨਾ ਅੰਬਰ ਦੇ ਬਾਟੇ ਤੋਂ ਤਿਆਰ ਹੋ ਕੇ ਉਹ ਖਾਲਸਾ ਉੱਥੇ ਸੁਰਜੀਤ ਹੋ ਗਿਆ ਆ ਇਟਸ ਅ ਨਿਊ ਐਗਜ਼ਿਸਟੈਂਸ ਨਾ ਤਾਂ ਆਪਾਂ ਕਹਿੰਦੇ ਵੀ ਪੁਰਾਣਾ ਖਾਲਸਾ ਖਤਮ ਹੋ ਜਾਂਦਾ ਥਾਰਾ ਕੋ ਤੁਹਾਡੀ ਜਾਤ ਪਾਤ ਤੁਹਾਡੀ ਇੰਟੈਲੈਕਚੁਅਲ ਬੁੱਧੀ ਉਹ ਤਾਂ ਖਤਮ ਹੁੰਦੀ ਜੇ ਤੁਸੀਂ ਸਭ ਕੁਝ ਪੇਟਾ ਕਰ ਦਿੱਤਾ ਗੁਰੂ ਨੂੰ ਹੁਣ ਗੁਰੂ ਹੀ ਬੋਲਦਾ ਪਿਆ ਬੇਸਿਕਲੀ ਹੂੰ ਗੁਰੂ ਹੀ ਮੰਗਦਾ ਪਿਆ ਤੇ ਗੁਰੂ ਦੇਣ ਵਾਲਾ ਆਪੇ ਗੁਰ ਆਪੇ ਚੇਲਾ ਠੀਕ ਹੈ ਨਾ ਸੋ ਉਹ ਕਨਸੈਪਟ ਉੱਥੇ ਤਿਆਰ ਹੋ ਗਿਆ ਹੈ ਬੇਸਿਕਲੀ ਸੋ ਜਦੋਂ ਮਹਾਰਾਜ ਉਹਨਾਂ ਕੋਲੋਂ ਪੰਜਾਂ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਦੀ ਦਾਦ ਮੰਗਦੇ ਆ ਹੁਣ ਸਿੰਘ ਵੀ ਕੁਐਸਚਨ ਕਰਦੇ ਮਹਾਰਾਜ ਤੁਸੀਂ ਸਾਡੇ ਸੀਸ ਲੈ ਕੇ ਸਾਡਾ ਸਾਨੂੰ ਉਮਰ ਦਿੱਤਾ ਫਿਰ ਹੀ ਨਹੀਂ ਆਇਆ ਹੂੰ ਤੁਸੀਂ ਸਾਨੂੰ ਓਦਾਂ ਨਹੀਂ ਆਵਾਜ਼ ਮਾਰ ਕੇ ਉਮਰ ਦਛਾਤਾ ਇੱਥੇ ਹਾਂਜੀ ਤੁਸੀਂ ਸਾਡੇ ਸੀਸ ਲੈ ਆ ਤੇ ਫਿਰ ਸਾਨੂੰ ਉਮਰ ਦੀ ਦਾਦ ਬਖਸ਼ੀ ਜੇ ਇਹ ਸੀਠ ਨਾ ਪੇੜ ਕਾਦੇ ਸਾਨੂੰ ਉਮਰ ਦੀ ਦਾਦ ਨਹੀਂ ਮਿਲੀ ਜੀ ਤੁਸੀਂ ਕੀ ਪਟਾ ਕਰੋਗੇ ਠੀਕ ਹੈ ਨਾ ਫਿਰ ਉਸ ਟਾਈਮ ਮਹਾਰਾਣੀ ਬਚਨ ਕੀਤਾ ਕਿ ਮੈਂ ਸਰਬੰਸ ਵਾਰ ਕਰਾਂਗਾ ਮਾਰੂੰਗਾ ਆਪਣਾ ਮੈਂ ਸਰਬੰਸ ਹੀ ਭਟਾ ਕਰੂੰਗਾ ਆਪਣਾ ਕੱਲਾ ਆਪਣਾ ਸੀਸ ਹੀ ਨਹੀਂ ਸਰਬੰਸ ਹੀ ਵਾਰੂੰਗਾ ਆਪਣਾ ਠੀਕ ਹੈ ਨਾ ਸੋ ਇਹ ਜਿਹੜੀ ਆਪਣੀ ਜਦੋਂ ਇਹ ਸਮਰ ਸੰਚਾਰ ਤੇ ਆਪਾਂ ਜਿਹੜਾ ਗੱਲ ਕਰਦੇ ਆਂਗੇ ਉਸ ਸਮੇਂ ਦੀ ਗੱਲ ਕਰ ਰਿਹਾ ਦੱਸ ਕਿ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦਾ ਵਰਤਾਰਾ ਵਰਤਿਆ ਫਿਰ ਮਹਾਰਾਣੀ ਅਮਰਤ ਦੀ ਮਹਿਮਾ ਬਿਆਨ ਕੀਤੀ ਖਾਲਸੇ ਦੀ ਮਹਿਮਾ ਬਿਆਨ ਕੀਤੀ ਆ ਤੇ ਉਸ ਦਿਨ ਦੱਸਦੇ ਆ ਵੀ ਜਿੰਨੇ ਵੀ ਆਲਮੋਸਟ ਪਰਾਣੀ ਜਾਂ ਸਾਰੇ ਆਏ ਹੀ ਆਲਮ ਸਾਰੇ ਨੇ ਜੰਮਰ ਚ ਗਿਆ ਉੱਥੇ ਅੱਛਾ ਜੀ ਹਾਂ ਜੀ ਤੋ ਇਹ ਨਹੀਂ ਹੁਣ ਪਤਾ ਲੱਗ ਸਕਦਾ ਵੀ ਆਪਾਂ ਨੂੰ ਵੀ ਇੱਕੋ ਵਾਰੀ ਬਾਟਾ ਤਿਆਰ ਹੋਇਆ ਜਾਂ ਕਿੰਨੀ ਵਾਰੀ ਬਾਟੇ ਤਿਆਰ ਹੋਏ ਆ ਕਿਉਂਕਿ ਜਰੂਰ ਸੰਗਤ ਜਾਇਦੀ ਨਹੀਂ ਜਿਆਦੀ ਵਾਰੀ ਵੀ ਆਪਾਂ ਬਾਟਾ ਤਿਆਰ ਕਰਦੇ ਆ ਹੂੰ ਠੀਕ ਹੈ ਨਾ ਅੱਜ ਵੀ ਜਿੱਥੇ ਕੋਈ ਵੱਡੇ ਵੱਡੇ ਅਮਰ ਸੰਚਾਰ ਹੁੰਦੇ ਆ ਉੱਥੇ ਬਾਟਾ ਇੱਕ ਵਾਰੀ ਅਮਰ ਸ਼ਿਕਾ ਲਿਆ ਜਦੋਂ ਫਿਰ ਦੂਜੀ ਦੂਜਾ ਸੈਕੰਡ ਲੋਟ ਆਪਾਂ ਇਸ ਤਰ੍ਹਾਂ ਕਰਕੇ ਬੈਚਸ ਦੇ ਵਿੱਚ ਵੀ ਸ਼ਿਕਾ ਸਕਦੇ ਆ ਅੱਛਾ ਜੀ ਉਸ ਟਾਈਮ ਤੇ ਦਾਸ ਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਵਰਤਾਰਾ ਵਰਤਿਆ ਇੱਕੋ ਵਾਰੀ ਹੋਇਆ ਅਮਰ ਸੰਚਾਰ ਕੇ ਇੱਕ ਵਾਰੀ ਜਾਂ ਦੋ ਵਾਰੀ ਹੋਇਆ ਪਰ ਸੰਗਤ ਬਹੁਤ ਜਰੀ ਵੱਡੀ ਗਿਣਤੀ ਦੇ ਵਿੱਚ ਉਸ ਦਿਨ ਅ ਪਰ ਕਿਸੇ ਨੇ ਕੋਈ ਕੁਐਸਚਨ ਨਹੀਂ ਕੀਤਾ ਮਾਰੇ ਨੂੰ ਕਿ ਮਾਰੇ ਤੁਸੀਂ ਸੀਸ ਕਿਦਾਂ ਲੈ ਲਏ ਜਿਹੜਾ ਤੁਸੀਂ ਸੀਸ ਲੈ ਮੈਟਾਫੋਰਿਕਲੀ ਲੈ ਆ ਕਿ ਐਕਚੁਅਲੀ ਲੈ ਆ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਈਡੀ ਸੰਗਤ ਸਾਹਮਣੇ ਬੈਠੀ ਸੀ ਉਹਨਾਂ ਸਾਰਿਆਂ ਨੇ ਵਰਤਾਰਾ ਵੇਖਿਆ ਜੀ ਔਰ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਹ ਇਹ ਜਿਹੜਾ ਸ਼ੰਕਾ ਆਪਣੇ ਸਿੱਖਾਂ 'ਚ ਆਉਂਦਾ ਜਦ ਕਿ ਇਸ ਗੱਲ ਦੀ ਜਿਹੜੀ ਪੂਰਤੀ ਆ ਜਿਸ ਗੱਲ ਦਾ ਜਿਹੜਾ ਪ੍ਰਮਾਣ ਆ ਉਹ ਕੌਣ ਦੇ ਰਿਹਾ ਜਿਹੜਾ ਉੱਥੇ ਇੱਕ ਮੁਸਲਮਾਨ ਕੌਮ ਦਾ ਬੰਦਾ ਜਿਹੜਾ ਉੱਥੇ ਸੁਈਆ ਵਾ ਮਤਲਬ ਜਿਹੜਾ ਜਸੂਸ ਆ ਜਿਹੜਾ ਮਤਲਬ ਖਬਰ ਲੈਣ ਆਇਆ ਹੋਵੇ ਤੇ ਸਿਪਾਈ ਆ ਮਤਲਬ ਜਿਹੜਾ ਉਹ ਦੱਸ ਰਿਹਾ ਵਾ ਕਿ ਮਹਾਰਾਜ ਨੇ ਸਾਰਾ ਕਾਰਾ ਕੀਤਾ ਮਹਾਰਾਜ ਨੇ ਸਾਰਾ ਵਰਤਾਰਾ ਵਰਤਾਇਆ ਉਹ ਆਪਣੇ ਵਰਡਾਂ ਦੇ ਵਿੱਚ ਲਿਖਦਾ ਹੁਣ ਉਹਨੂੰ ਦਾ ਕੋਈ ਮਤਲਬ ਨਹੀਂ ਨਾ ਸਿਕ ਕੌਮ ਦੇ ਨਾਲ ਕੀ ਮਤਲਬ ਆ ਹੁਣ ਉਹ ਇੱਕ ਥਰਡ ਪਾਰਟੀ ਬੰਦਾ ਉਹ ਸਾਰਾ ਵਰਤਾਰਾ ਆਪਣੇ ਆਪ ਉੱਥੇ ਉਸ ਕਲਮ ਦੇ ਆਪਣੀ ਨਾਲ ਲਿਖਦਾ ਉਸ ਟਾਈਮ ਦੇ ਉੱਤੇ ਲਿਖਿਆ ਉਹਨੇ ਫਿਰ ਆਪਾਂ ਉਹਨੂੰ ਵੀ ਨਹੀਂ ਮੰਨਦੇ ਹੁਣ ਉਹ ਤਾਂ ਨਹੀਂ ਕਹਿੰਦਾ ਵੀ ਅੰਦਰ ਮਹਾਰਾਜ ਬੱਕਰੇ ਲੈ ਗਏ ਸੀਗੇ ਉੱਥੇ ਬੱਕਰੇ ਝੜਕਾਤੇ ਤੇ ਕਿਸੇ ਨੂੰ ਆਵਾਜ਼ ਤੇ ਆਈ ਨਹੀਂ ਬੱਕਰਿਆਂ ਦੀ ਤੁਸੀਂ ਅੱਜ ਬੱਕਰਾ ਝੜਕਾ ਕੇ ਵੇਖੋ ਆਵਾਜ਼ ਆਉਂਦੀ ਕਿ ਨਹੀਂ ਹੁੰਦੀ ਉਹਦੀ ਉਹਨੂੰ ਪਹਿਲਾਂ ਪਤਾ ਲੱਜਦਾ ਮੇਰਾ ਸਿਰ ਲੱਥਨ ਲੱਗਾ ਉਹ ਚੁੱਪ ਹੀ ਨਹੀਂ ਕਰਦਾ ਤੇ ਪੰਜ ਬੱਕਰੇ ਲਿਆਂਦੇ ਕੇਸ ਸਿੰਘ ਨੂੰ ਭੇਜਿਆ ਹੀ ਹੋਊਗਾ ਨਾ ਪਜਾ ਭਾਈ ਪੰਜ ਸਿੰਘ ਪੰਜ ਬੱਕਰੇ ਲੈ ਗਿਆ ਉੱਥੇ ਮਗਰ ਬੰਦੇ ਹੈਨਾ ਤੇ ਨਾਲੇ ਬੱਕਰੇ ਮਾਰੇ ਨੇ ਬੰਨੇ ਉੱਥੇ ਮਾਰੇ ਦਾ ਪ੍ਰਕਾਸ਼ ਕੀਤਾ ਉੱਥੇ ਬੱਕਰੇ ਬੰਨੇ ਮਾਰੇ ਨੇ ਦੇਖੋ ਆਪਣੀ ਸੋਚ ਕਿੱਥੇ ਚੱਲੇਗੀ ਹੁਣ ਜੀ ਠੀਕ ਹੈ ਨਾ ਜਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜੂਰੀ ਆ ਜਿੱਥੇ ਮਹਾਰਾਜ ਆਪ ਬਰਾਜਮਣੇ ਉੱਥੇ ਪਹਿਲਾਂ ਬੱਕਰੇ ਬੰਨਣਗੇ ਉਹ ਸਟੇਜ ਦੇ ਉੱਤੇ ਹੈਨਾ ਫਿਰ ਬੱਕਰਿਆਂ ਦਾ ਸੀਜ ਲਾਉਣਗੇ ਤੁਹਾਨੂੰ ਕਿਸੇ ਨੂੰ ਵੀ ਕੋਈ ਐਵੀਡੈਂਸ ਨਹੀਂ ਮਿਲਦਾ ਵੀ ਕਿਹੜੇ ਸਿੰਘ ਨੂੰ ਮਾਰੇ ਨੇ ਬੱਕਰੇ ਲੈਣੇ ਭੇਜਿਆ ਕਿੱਥੋਂ ਬੱਕਰੇ ਲੈ ਕੇ ਆਇਆ ਨਹੀਂ ਤੇ ਇਹ ਵੀ ਚੀਜ਼ਾਂ ਆਪ ਨੂੰ ਜਿੱਦਾਂ ਪਤਾਸੇ ਨੇ ਪਤਾ ਲੱਗਿਆ ਇਹ ਮਾਤਾ ਜੀ ਪਤਾਸੇ ਲੈ ਕੇ ਆਏ ਆ ਪਾਣੀ ਕਿੱਥੋਂ ਆਇਆ ਤੇ ਬੱਕਰੇ ਦੇ ਤਾਂ ਮੇਨ ਇਨਗਰੀਡੀਅੰਟ ਹੋ ਗਿਆ ਇਹਦੇ ਵਿੱਚ ਉਹਨੂੰ ਉਹਦਾ ਵੀ ਪਤਾ ਲੱਗਣਾ ਚਾਹੀਦਾ ਇਹਦੇ ਆਪਣੇ ਬੱਕਰੇ ਕਿੱਥੋਂ ਆਏ ਆ ਠੀਕ ਹੈ ਨਾ ਉਹ ਆਪਾਂ ਬਾਈਪਾਸ ਹੀ ਕਰ ਦਿੰਨੇ ਆ ਜੀ ਠੀਕ ਹੈ ਨਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਇਹਨਾਂ ਸੋਚਾਂ ਦੇ ਵਿੱਚ ਆਪਣੇ ਆਪ ਨੂੰ ਖੜਾ ਰੱਖਣ ਦੇ ਨਾਲ ਤੁਸੀਂ ਉੱਥੇ ਖੜੇ ਰਹੋਗੇ ਤੁਸੀਂ ਅੱਗੇ ਮੂਵ ਇਨ ਨਹੀਂ ਕਰ ਸਕਦੇ ਜੇ ਮੂਵ ਇਨ ਕਰਨਾ ਵੱਡੇ ਕਨਸੈਪਟ ਨੂੰ ਸਮਝਣਾ ਵਾ ਤਾਂ ਗੁਰੂ ਜੀ ਬਖਸ਼ਿਸ਼ ਤੁਹਾਡੇ ਤੇ ਬਹੁਤ ਜ਼ਰੂਰੀ ਹੈ ਔਰ ਗੁਰੂ ਦਾ ਸਿਰ ਦੇਣ ਦਾ ਮਤਲਬ ਹੀ ਆਪ ਜੀ ਨੂੰ ਦੱਸ ਨੇ ਪਹਿਲਾਂ ਬੇਨਤੀ ਕੀਤੀ ਕਿ ਸਿਰ ਦੇਣ ਦਾ ਮਤਲਬ ਇਹ ਆ ਤੁਸੀਂ ਆਪਣੀ ਬੁੱਧੀ ਜਿਹੜੀ ਹੈ ਨਾ ਆਪਣੀ ਮਤ ਜਿਹੜੀ ਇਸ ਸਿਰ ਦੇ ਵਿੱਚ ਆ ਉਹ ਗੁਰੂ ਦੇ ਅਗੇ ਭੇਟਾ ਕਰ ਦਿੱਤੀ ਆ ਹੁਣ ਗੁਰੂ ਕੀ ਮਤ ਤੁਸੀਂ ਲਈ ਆ ਤਾਂ ਤੁਸੀਂ ਉਹ ਨਹੀਂ ਜੇਗੇ ਜੋ ਤੁਸੀਂ ਪਹਿਲਾਂ ਸੀਗੇ ਠੀਕ ਹੈ ਜੀ ਸੋ ਇਸ ਚੀਜ਼ ਤੋਂ ਬਾਅਦ ਜਦੋਂ ਅਮਰ ਸੰਚਾਰ ਹੋਇਆ ਵਾ ਉਸ ਟਾਈਮ ਦੇ ਉੱਤੇ ਕੇਸਗੜ ਤਖਤਰੇ ਸਾਹਿਬ ਦੇ ਉੱਤੇ ਫੇਰ ਮਾਰੇ ਨੇ ਇਹ ਜਿਹੜੀ ਸਿੱਖਾਂ ਨੂੰ ਮਰਿਆਦਾ ਦਿੜੜ ਕਰਾਈ ਆ ਤੇ ਮਹਾਰਾਜ ਨੇ ਉੱਥੇ ਜਦੋਂ ਬਰਤਾਰਾ ਵਰਤ ਰਿਹਾ ਉਦੋਂ ਮਰਿਆਦਾ ਦੱਸੀ ਸਾਰੀ ਹਾਂਜੀ ਹਾਂਜੀ ਇਹ ਇਸ ਚੀਜ਼ ਦੀ ਮਰਿਆਦਾ ਉੱਥੇ ਹੀ ਦਿੜ੍ਹ ਹੋਈ ਆ ਜੀ ਭਾਈ ਚੋਪਾ ਸਿੰਘ ਜੀ ਦੇ ਤੁਹਾਨੂੰ ਰਹਿਤ ਨੰਮੇ ਮਿਲਦੇ ਆ ਸਾਰਾ ਕੁਝ ਮਿਲਦੇ ਆ ਹਾਂ ਠੀਕ ਹੈ ਨੂੰ ਲੈਬੋਰੇਟ ਹੋ ਸਕਦਾ ਆਉਣ ਦਾ ਓਵਰ ਦਾ ਟਾਈਮ ਜਿਹੜਾ ਹੋਰ ਸਿੰਘਾਂ ਨੇ ਵੀ ਮਹਾਰਾਣੇ ਵੀ ਹੋਰ ਡੀਪਲੀ ਕੁਐਸਚਨ ਕੀਤੇ ਹੋਣਗੇ ਕੁਝ ਚੀਜ਼ਾਂ ਹੋਰ ਐਡ ਕੀਤੀਆਂ ਹੋਣਗੀਆਂ ਪਰ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਅਮਰ ਸੰਚਾਰ ਵੇਲੇ ਅਮਰਤ ਵੇਲੇ ਉੱਠਣ ਦੀ ਗੱਲ ਹਾਂਜੀ ਨਿਤਨੇਮ ਦੀਆਂ ਬਾਣੀਆਂ ਸੱਤ ਬਾਣੀਆਂ ਪੰਜ ਕਕਾਰਾਂ ਦੀ ਰਹਿਤ ਬੱਜਰ ਕ੍ਰਹਿਤਾਂ ਦੀ ਗੱਲ ਇਹ ਸਾਰੀ ਉਸੇ ਟਾਈਮ ਦਿੱਤੀ ਹੋਈ ਹੈ ਔਰ ਉਸੇ ਸਾ ਸਾਰੇ ਸੰਗਤ ਨੂੰ ਉਸੇ ਟਾਈਮ ਐਜੂਕੇਟ ਕੀਤਾ ਗਿਆ ਹੈ ਕਿ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਸੀਂ ਤਨਖਾਈ ਹੈ ਜੇ ਜੇ ਤੁਸੀਂ ਕਰਦੇ ਤੇ ਤੁਹਾਡੇ ਤੇ ਗੁਰੂ ਦੀ ਪੂਰੀ ਬਖਸ਼ਿਸ਼ ਹੈ ਔਰ ਉਸ ਤੋਂ ਬਾਅਦ ਵੀ ਇਹ ਦੱਸਿਆ ਗਿਆ ਵਾ ਕਿ ਇਹ ਪੰਜ ਸਿੰਘ ਉਹ ਨੰਬਰ ਸੰਚਾਰ ਕਰ ਸਕਦੇ ਆ ਇਹ ਪੰਜਾਂ ਸਿੰਘਾਂ ਕੋਲ ਸੇਮ ਅਥਾਰਟੀ ਹੈ ਜੋ ਮੇਰੇ ਕੋਲ ਹੈ ਅੱਜ ਤੋਂ ਬਾਅਦ ਚਰਨ ਪਾਲ ਨਹੀਂ ਚੱਲੇਗੀ ਅੱਜ ਤੋਂ ਬਾਅਦ ਇਹ ਚੱਲੇਗਾ ਸੋ ਇਹ ਸਾਰਾ ਜਿਹੜਾ ਵਰਤਾਰਾ ਉਸੇ ਦਿਨ ਹੀ ਵਾਪਰਿਆ ਤਾਂ ਹੀ ਸੰਗਤ ਇੰਨੀ ਐਜੂਕੇਟ ਹੋਈ ਹੈ ਉਸ ਤੋਂ ਬਾਅਦ ਤਾਂ ਹੀ ਇਹ ਪ੍ਰੋਸੈਸ ਚੱਲ ਸਕਿਆ ਕੰਟੀਨਿਊਸਲੀ ਸੋ ਅੱਜ ਵੀ ਉਸੇ ਤਰ੍ਹਾਂ ਹੀ ਨਿਰਵਿਘਨ ਚੱਲ ਰਿਹਾ ਸਿਰਫ ਠੀਕ ਹੈ ਅੱਜ ਆਪਣੇ ਕੁਐਸਚਨ ਚੇਂਜ ਹੋ ਗਏ ਆ ਠੀਕ ਹੈ ਅੱਜ ਕਿਉਂਕਿ ਆਪਾਂ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਕਿ ਆਪਾਂ ਸਿਆਣੇ ਬਹੁਤ ਆ ਤੇ ਗੁਰੂ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਸੀ ਉਸ ਟਾਈਮ ਤੇ ਜਾਂ ਉਸ ਟਾਈਮ ਤੇ ਇਹ ਕੰਮ ਚੱਲਦਾ ਹੋ ਅੱਜ ਕੱਲ੍ਹ ਨਹੀਂ ਚੱਲਣਾ ਠੀਕ ਹੈ ਨਾ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਜ ਕੱਲ੍ਹ ਦੇ ਬੱਚੇ ਜਿਹਦਾ ਸੋਚਦੇ ਵੀ ਜੇ ਜਿਹਦਾ ਸਿਰ ਲੱਤ ਗਿਆ ਤੇ 911 ਮਾਲ ਕਿੱਦਾਂ ਨਹੀਂ ਕਾਲ ਕਰੋਗੇ ਤੁਸੀਂ ਠੀਕ ਹੈ ਨਾ ਜੀ ਸੋ ਅੱਜ ਕੱਲ੍ਹ ਆਪਣੀ ਸੋਚ ਜਿਹੜੀ ਥੋੜੇ ਥੋੜੇ ਚੇਂਜ ਹੁੰਦੀ ਪਈ ਆ ਪਰ ਆਪਾਂ ਆਪਣੀ ਸੋਚ ਦੇ ਵਿੱਚ ਗੁਰੂ ਕੇ ਕਰਤੱਵ ਜਿਹੜੇ ਆ ਗੁਰੂ ਕੀਆ ਕਰਾਮਾਤਾਂ ਨੂੰ ਉਹਦੇ ਵਿੱਚ ਫਿੱਟ ਕਰਨਾ ਚਾਹੁੰਦੇ ਇਹ ਹੋਣਾ ਨਹੀਂ ਜੀ ਆਪਾਂ ਨੂੰ ਗੁਰੂ ਦਾ Guru ke उस, ओ, Just to kind of add on uh, one thing, they, they said some something really good that stuck out to me. They said we shouldn't change Sikhi to fit our life. We need to change our life to fit Sikhi. Right? Same thing when mm -hmm. we go and take Amrit and they give us a rat, we shouldn't change the red because we don't want to change our lifestyle. We need to change our lifestyle. Taking Amrit isn't something small. It's a huge. It's a huge step, Hali. right? And there is change required. There's change required in in anyone that takes Amrit, and they need to be they need to make that change in order for their life to fit Sikhi. So I want to add on to um, what Baisab was saying to stay. Yeah, definitely. Yeah. and if we talk about Amrit in specific, uh Mariya Da tosi vartara jada Maharaj ne dasiya. Te Amrit ਉਹ ਸਾਰਾ ਹੂ ਬਹੂ ਅਜ ਤੱਕ ਟਰੈਵਲ ਹੋ ਰਿਹਾ ਨਾ ਅੱਜ ਦਹੀਂ ਚਲਿਆ ਜਾਂਦਾ ਹੈ ਜੋ ਅੱਜ ਕੱਲ ਹੋ ਰਿਹਾ ਹੈ ਉਹਦੇ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਚੀਜ਼ਾਂ ਵਰਤੋਂ ਚ ਆਂਦੀਆਂ ਜਿੱਦਾਂ ਕੁੰਡਾ ਸਲੋਤਰ ਹੋ ਗਿਆ ਜਾਂ ਮਰਿਆਦਾ ਕਹਿ ਲੋ ਹਾਂ ਜੀ ਡੀਪਲੀ ਜਿਵੇਂ ਦੱਸਣਾ ਹੋਏ ਕਿਸੇ ਨੂੰ ਜਿਵੇਂ ਕਹਿ ਲੋ ਸਮਝਾਣਾ ਹੋਏ ਕਿ ਇਹ ਸਮਾਨ ਸਾਨੂੰ ਚਾਹੀਦਾ ਹੈ ਇਹ ਉੱਥੇ ਕਿਉਂਕਿ ਸੀ ਉਹਦੇ ਨਾਲ ਇਹ ਕਰਨਾ ਸੋ ਲਈ ਉਹ ਕਿਹੜੀ ਕਿਹੜੀ ਹੋਰ ਵਸਤੂਆਂ ਆ ਗਈਆਂ ਜਿਹੜੀ ਖੰਡੇ ਪਤਾਸੇ ਤੋਂ ਨਿਤਨੇਮ ਤੋਂ ਇਲਾਵਾ ਹੋਰ ਕੀ ਕੁਝ ਉੱਥੇ ਵਰਤੋਂ ਚ ਆਉਂਦਾ ਦੇਖੋ ਜੀ ਪਹਿਲੀ ਤੇ ਗੱਲ ਇਹ ਹੈ ਕਿ ਜਿੱਦ ਤੋਂ ਆਪਾਂ ਮਰਸਦਚਾਰ ਕਰਨਾ ਉਥੇ ਪ੍ਰੈਜ਼ੈਂਟ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਬਿਨਾ ਤੁਸੀਂ ਅਮਰ ਸੰਚਾਰ ਨਹੀਂ ਕਰ ਸਕਦੇ ਹੂੰ ਸੋ ਇਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਹੋਏਗਾ ਜੀ ਔਰ ਦਾਸ ਇਹ ਵੀ ਪਰਸਨਲ ਬੇਨਤੀ ਵੀ ਕਰਨਾ ਚਾਹੁੰਦਾ ਕਿ ਜਿੱਥੇ ਵੀ ਆਪਾਂ ਅਮਰ ਸੰਚਾਰ ਕਰਦੇ ਆਂ ਉਥੇ ਆਪਾਂ ਪੂਰੀ ਕੋਸ਼ਿਸ਼ ਕਰੀਏ ਕਿ ਮਹਾਰਾਜ ਦਾ ਜਿਹੜਾ ਲੜੀਦਾਰ ਸਰੂਪ ਹੈ ਨਾ ਉਹ ਪ੍ਰਕਾਸ਼ ਕੀਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਕਿ ਮਹਾਰਾਜ ਦਾ ਜਿਹੜਾ ਪਾਤਸ਼ਾਹ ਸਰੂਪ ਆ ਉਹ ਉਹਨੂੰ ਆਪਾਂ ਉਹਦਾ ਆਦਰ ਸਰਕਾਰ ਨਹੀਂ ਕਰਦੇ ਜੀ ਪਰ ਆਪਾਂ ਨੂੰ ਸੋਚਣੀ ਚਾਹੀਦੀ ਗੱਲ ਕਿ ਜਦੋਂ ਗੁਰਤਾ ਗੱਦੀ ਮਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਬਾਛ ਨੇ ਆਪ ਦਿੱਤੀ ਹੈ ਨਾ ਜੀ ਉਹ ਲੜੀ ਦਾਸ ਰੂਪ ਹੱਥ ਲਿਖਤ ਰੂਪ ਆ ਠੀਕ ਆ ਸੋ ਪਾਦਸ਼ੇ ਜਿਹੜਾ ਸਰੂਪ ਆ ਨਾ ਇਹ ਬੇਸਿਕਲੀ ਸੰਖਿਆ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਅੱਛਾ ਜੀ ਕਿਉਂਕਿ ਜਦੋਂ ਲੜੀ ਦਾਸ ਰੂਪ ਤੋਂ ਤੁਸੀਂ ਪਾਠ ਕਰਨਾ ਜਾਂ ਸੰਖਿਆ ਲੈਣੀ ਹੈ ਨਾ ਬਹੁਤ ਹਾਰਡ ਆ ਸੰਖਿਆ ਦੇਣ ਵਾਲਾ ਵੀ ਉਹਨਾਂ ਹੀ ਨੋਲੇਜੇਬਲ ਚਾਹੀਦਾ ਵਾ ਸੋ ਪਾਦਸ਼ੇ ਜਿਹੜੇ ਆਪਣੇ ਕੋ ਮਹਾਰਾਜ ਦੇ ਸਰੂਪ ਆ ਭਾਈ ਮਣੀ ਸਿੰਘ ਦਾ ਟਾਈਮ ਤੇ ਜਿਹੜੇ ਹੋਂਦ ਵਿੱਚ ਆਏ ਆ ਜੀ ਇਹਦਾ ਮਤਲਬ ਇਹ ਆ ਵੀ ਆਪਾਂ ਨੂੰ ਇੱਕ ਏਡ ਆ ਠੀਕ ਹੈ ਆਪਣੀ ਇੱਕ ਸਹਾਇਤਾ ਵਾ ਵੀ ਉਹਨਾਂ ਗੁਰਸਿੱਖਾਂ ਨੇ ਜਿਨ੍ਹਾਂ ਨੇ ਆਪ ਮਹਾਰਾਜ ਕੋਲੋਂ ਇਹਦੇ ਅਰਥ ਸਰਵਣ ਕੀਤੇ ਆ ਨਾ ਗੁਰਗੰਸਾਹ ਮਹਾਰਾਜ ਦੇ ਹੂੰ ਸੋ ਉਹਨਾਂ ਨੂੰ ਕਲੈਰਿਟੀ ਆ ਤੇ ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਪਤਾ ਹੋ ਆ ਵੀ ਇਹ ਜਿਹੜੇ ਸਾਰੇ ਸਿੰਘ ਆ ਉਹ ਸ਼ਿੱਧੀ ਜਾਂ ਪ੍ਰਾਪਤ ਕਰਨ ਦੇ ਆ ਕਿਉਂਕਿ ਸਮਾਂ ਬਹੁਤ ਉਸ ਟਾਈਮ ਤੇ ਵੀ ਘਾਤਕ ਚੱਲਦਾ ਸੀ ਅੱਜ ਵੀ ਉਤਰਾਂ ਦਾ ਹੀ ਲੱਗਦਾ ਤੁਸੀਂ ਵੀ ਦੇਖ ਰਹੇ ਹੋ ਕਿ ਜਿਹੜੇ ਕੋਈ ਬਹੁਤੇ ਚੜ੍ਹਦੀ ਕਲਾ ਦੇ ਸਿੰਘ ਆ ਹੂੰ ਉਹ ਜੀਵਨ ਬਹੁਤ ਥੋੜਾ ਰਹਿ ਜਾਂਦਾ ਕੋਈ ਗਵਰਨਮੈਂਟਾਂ ਦਾ ਕਹਿ ਲਓ ਕੋਈ ਹੋਰ ਚੱਕਰ ਕਹਿ ਲਓ ਉਹਨਾਂ ਨੂੰ ਸ਼ਿੱਧੀਆਂ ਦੇਣੀਆਂ ਪੈਂਦੀਆਂ ਆਪਣੀਆਂ ਕੌਮ ਦੀ ਖਾਤਰ ਹਾਂਜੀ ਸੋ ਫਿਰ ਇਹੋ ਜਿਹੜੇ ਸੂਰਬੀਰ ਆ ਸੰਤ ਆ ਵਿਦਵਾਨ ਆ ਉਹਨਾਂ ਦੇ ਕੌਮ ਦੇ ਵਿੱਚ ਘਾਟ ਵੀ ਹੋ ਜਾਂਦੀ ਕਈ ਵਾਰੀ ਠੀਕ ਹੈ ਨਾ ਉਹ ਥੋੜੇ ਰਹਿ ਜਾਂਦੇ ਆ ਸੋ ਉਸ ਟਾਈਮ ਦੇ ਉੱਤੇ ਉਹਨਾਂ ਨੇ ਡਿਸਾਈਡ ਕੀਤਾ ਭਾਈ ਸਾਹਿਬ ਉਹਨਾਂ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਨਾ ਉਹ ਸਾਨੂੰ ਨਹੀਂ ਪਤਾ ਕਿੱਦਾਂ ਨੂੰ ਜਾ ਸਕਦਾ ਤੇ ਸਾਡੇ ਕੋਲ ਅੱਜ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਅਰਥ ਸਰਵਣ ਮਹਾਰਾਜ ਦੇ ਆਪ ਸਨਮੁਖ ਬੈਠ ਕੇ ਸਰਵਣ ਕੀਤੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਅੱਛਾ ਹੈ ਨਾ ਧੰਨਵਾਦ ਸਾਹਿਬ ਸੋ ਉਹਨਾਂ ਨੇ ਇਹ ਸੇਵਾ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਦੇ ਗਲਤ ਅਰਥ ਕਰਵਾ ਦੇਵੇ ਹੁਣ ਤੁਸੀਂ ਲੜੀ ਦਾ ਸਨੂ ਤੋਂ ਪਾਠ ਕਰਦੇ ਜੇ ਉਹਨੂੰ ਕਿਸੇ ਤਰ੍ਹਾਂ ਵੀ ਤੁਸੀਂ ਡਿਵਾਈਡ ਕਰ ਦੋ ਅਰਥ ਦੇ ਅਨਰਥ ਹੋ ਜਾਂਦੇ ਹੂੰ ਠੀਕ ਹੈ ਜੇ ਤੁਸੀਂ ਪੂਰਨ ਪੰਕਤੀ ਪੜ੍ਹਦੇ ਜੇ ਉਹਦੇ ਵਿੱਚ ਤੁਸੀਂ ਪਦਸ਼ੇਦ ਨਹੀਂ ਹੈਗਾ ਤੇ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਅਰਥ ਕਰਨੇ ਤੁਸੀਂ ਡਿਫਰੈਂਟ ਡਿਫਰੈਂਟ ਵਰਡ ਬਣਾ ਸਕਦੇ ਹੋ ਤੇ ਪਿਕ ਐਂਡ ਚੂਜ਼ ਕਰ ਸਕਦੇ ਜੀ ਸੋ ਇਸ ਚੀਜ਼ ਨੂੰ ਐਲੀਮੀਨੇਟ ਕਰਨ ਵਾਸਤੇ ਅਰਥਾਂ ਨੂੰ ਜਾਰੀ ਪ੍ਰੋਨਨਸੀਏਸ਼ਨ ਨੂੰ ਜਾਰੀ অথেন্টিਕੇਸ਼ਨ ਨੂੰ ਸਟੈਂਡਰਡਾਈਜ਼ ਕਰਨ ਵਾਸਤੇ ਪਦਸ਼ੇਦ ਜਿਹੜਾ ਮਹਾਰਾਜ ਸਰੂਪ ਉਹ ਤਿਆਰ ਹੋਇਆ ਸੋ ਮੇਰੇ ਜਿਹੜਾ ਪਛੇਤ ਫਿਰ ਅੱਜ ਕੱਲ ਬਣੇ ਵੀ ਹੈ ਉਹਨਾਂ 'ਚ ਵੀ ਕਾਫੀ ਅਨਰਥ ਹੋਏ ਹੋਣਗੇ ਉਹਨਾਂ 'ਚ ਵੀ ਹੋ ਸਕਦੇ ਪਰ ਜੇ ਆਪਾਂ ਦੇਖੀਏ ਜੇ ਚਾਂਸ ਘਟਿਆ ਕਿਉਂਕਿ ਜੇ ਭਾਈ ਮਨੀ ਸਿੰਘ ਨੇ ਆਪ ਉਹਨਾਂ ਨੂੰ ਕੀਤਾ ਨਾ ਓਕੇ ਤੇ ਫਿਰ ਚਾਂਸਸ ਘਟਿਆ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂਗੇ ਉਹਨਾਂ ਦੇ ਵਿੱਚ ਰਲਆ ਪਾਇਆ ਜਾ ਰਿਹਾ ਹਾਂਜੀ ਹਾਂਜੀ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਕਿਉਂਕਿ ਪ੍ਰੈਸ ਜਿਹੜੀਆਂ ਵਾਂ ਉਹ ਛਾਪ ਰਹੀਆਂ ਵਾਂ ਬਹੁਤਾ ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਹੈ ਸ਼੍ਰੋਮਣੀ ਕਮੇਟੀ ਦਾ ਹੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਤੁਹਾਨੂੰ ਪਤਾ ਹੀ ਜਾਵੇ ਠੀਕ ਹੈ ਬੜਿਆਂ ਬੜੇ ਸਿਰ ਪਰ ਉਹ ਸਮੇਂ ਦੇ ਹਿਸਾਬ ਨਾਲ ਜਿੱਦਾਂ ਸੰਤ ਪਰੰਪਰਾਜ ਦੇ ਵਿੱਚ ਟੋਟਾਂ ਆ ਗਈਆਂ ਸੀਗੀਆਂ ਇਸੇ ਤਰ੍ਹਾਂ ਸੁਨੋਮਿਕ ਕਮੇਟੀ ਦੇ ਵਜੋਂ ਚੱਲਦੇ-ਚੱਲਦੇ ਸਮੇਂ ਦੇ ਨਾਲ ਟੋਟਾਂ ਆ ਗਈਆਂ ਕਾਫੀ ਠੀਕ ਹੈ ਨਾ ਸੋ ਇਹ ਤੋਂ ਆਪਾਂ ਨੂੰ ਵੇਅ ਰਹਿਣਾ ਪੈਣਾ ਸੋ ਦਾਸ ਨੇ ਇਹ ਬੇਨਤੀ ਕੀਤੀ ਵੀ ਜਦੋਂ ਆਪਾਂ ਗੱਲ ਕਰਦੇ ਆਂ ਵੀ ਸਮਗਰੀ ਦੀ ਮਾਹੌਲ ਦੀ ਰਿਕੁਆਇਰਮੈਂਟਸ ਕੀ-ਕੀ ਆ ਉਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜ਼ਰੂਰੀ ਆ ਜੀ ਪੂਰਨ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਚੰਦੂਆ ਸਾਹਿਬ ਲੱਗਾ ਸਾਰਾ ਕੁਝ ਲੱਗਾ ਹੈ ਨਾ ਸੋ ਫਿਰ ਇੱਕ ਗਰੰਥੀ ਸਿੰਘ ਦੀ ਲੋੜ ਆ ਓਕੇ ਜੀ ਹਾਂਜੀ ਉਹ ਵੀ ਰਹਿਤਵਾਨ ਅਮਰਧਾਰੀ ਬੁਰਨ ਗੁਰਸਖੋਵੇ ਜਿਹੜਾ ਲੜੇ ਦਾ ਸਰੂਪ ਤੋਂ ਵੀ ਜਿਹੜਾ ਮਾਰਗ ਦਾ ਮੁੱਖ ਵਾਕ ਲੈ ਸਕਦਾ ਹੋਵੇ ਠੀਕ ਹੈ ਸੋ ਲੜੇ ਦਾ ਸਰੂਪ ਬੇਸਿਕਲੀ ਚਾਹੀਦਾ ਇਹ ਆ ਕਿ ਕਿਸਾ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੀ ਪ੍ਰਕਾਸ਼ ਹੈ ਨਾ ਉੱਥੇ ਲੜੇ ਦਾ ਸਰੂਪ ਦਾ ਹੀ ਪਾਠ ਚਾਹੀਦਾ ਪ੍ਰਕਾਸ਼ ਹੋਣਾ ਚਾਹੀਦਾ ਮਾਰਗ ਦੇ ਪਦਸ਼ੇ ਜਿਹੜੇ ਸਰੂਪ ਆ ਮਾਰਗ ਦਾ ਆਪਾਂ ਘਰ 'ਚ ਆਪਣੇ ਪ੍ਰਕਾਸ਼ ਕਰ ਸਕਦੇ ਆ ਆਪਣੇ ਸੰਥਿਆਵਾਦ ਤੇ ਆਪਣੀ ਅੰਡਰਸਟੈਂਡਿੰਗ ਵਾਸਤੇ ਪਰ ਹੁਣ ਹੋ ਕੀ ਰਿਹਾ ਵਾ ਕਿ ਜਦੋਂ ਤੁਸੀਂ ਪਦਸ਼ੇ ਸਰੂਪ ਤੋਂ ਮਾਰਗ ਦੇ ਬਾਣੀ ਪੜਨੀ ਸਿੱਖ ਲੈਂਦੇ ਜੇ ਤੁਸੀਂ ਆਪਣੇ ਆਪ ਨੂੰ ਬੜਾ ਪਾਠੀ ਸਮਝਦੇ ਜੇ ਅਲੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਵੀ ਇਹ ਜੇ ਅਰਥ ਡਿਫਰੈਂਸ਼ੀਏਟ ਕੀਤੇ ਪਦ ਕੀਤੇ ਗਏ ਆ ਉਹ ਕੇਸ ਹਿਸਾਬ ਨਾਲ ਕੀਤੇ ਗਏ ਆ ਤੁਸੀਂ ਉਤਨਾ ਇਹਨਾਂ ਨੂੰ ਪੜਨਾ ਪੰਜਾਬੀ ਵਾਂਗ ਸਿੱਖ ਲਿਆ ਤੇ ਹੁਣ ਤੁਸੀਂ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ 'ਚ ਬੈ ਕੇ ਤੇ ਪਾਠ ਕਰਨਾ ਪੈਂਦੇ ਜੀ ਤੁਸੀਂ ਇੱਕ ਮਰਿਆਦਾ ਜਿਹੜੀ ਬਣੀ ਸੀ ਟਕਸਾਲੀ ਕਿ ਕਿਸੇ ਕੋਲ ਸੰਥਿਆ ਲੈਣੀ ਆ ਉਹਨੂੰ ਓਵਰ ਦਾ ਟਾਈਮ ਲਰਨ ਕਰਨਾ ਅਰਥਾਂ ਸਮੇਤ ਤੇ ਫਿਰ ਤੁਹਾਨੂੰ ਲੜੀ ਦਾ ਸਰੂਪ ਤੋਂ ਪਾਠ ਕਰਨ ਦਾ ਆਨੰਦ ਬੜਾ ਆਉਂਦਾ ਹੁਣ ਜਦੋਂ ਆਪਾਂ ਸੰਥਿਆ ਲੈ ਲਈ ਨਹੀਂ ਆ ਠੀਕ ਹੈ ਨਾ 10 ਨੇ ਸੰਥਿਆ ਨਹੀਂ ਲਈ ਜੀ ਤੇ ਸੰਥਿਆ ਲਈ ਨਹੀਂ ਆਪਾਂ ਜਦੋਂ ਫਿਰ ਲੜੀ ਦਾ ਸਰੂਪ ਤੋਂ ਤੁਹਾਨੂੰ ਪਾਠ ਕਰ ਤੇ ਤੁਹਾਡੇ ਕੋ ਕੀਤਾ ਨਹੀਂ ਜਾਣਾ ਬਹੁਤ ਹਾਰਡ ਆ ਠੀਕ ਹੈ ਨਾ ਤੇ ਇਸ ਕਰਕੇ ਉਹ ਵੀ ਸਰੂਪ ਜਿਹੜਾ ਮਹਾਰਾਜ ਦਾ ਵਾ ਉਹ ਵੀ ਆਪਾਂ ਕੋਸ਼ਿਸ਼ ਕਰੀਏ ਜਿੱਥੇ ਅਵੇਲੇਬਲ ਆ ਕਿ ਲੜੀ ਦਾ ਸਰੂਪ ਨੂੰ ਪ੍ਰੌਰਟੀ ਦਿੱਤੀ ਜਾਵੇ ਅਮਰ ਸੰਚਾਰ ਦੇ ਐਟਲੀ ਸਮਾਗਨ ਦੇ ਵਿੱਚ ਠੀਕ ਹੈ ਨਾ ਦਾਸ ਦੀ ਇਹ ਵੀ ਬੇਨਤੀ ਹੈ ਕਿ ਜਿੱਥੇ ਕਿਤੇ ਗੁਰਦੁਆਰੇ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸੰਗਤ ਦੀਆਂ ਪਲੇਸਿਸ ਜਿੱਥੇ ਸੰਗਤ ਇਕੱਠਾ ਇਕੱਠੀ ਹੁੰਦੀ ਆ ਜਿੱਥੇ ਇੱਕ ਤੁਸੀਂ ਗ੍ਰੰਥੀ ਅਪਾਇੰਟ ਕੀਤਾ ਹੋਇਆ ਵਾ ਉਹ ਪ੍ਰੋਪਰ ਗ੍ਰੰਥੀ ਲਰਨਡ ਹੋਵੇ ਮਤਲਬ ਐਜੂਕੇਟਿਡ ਹੋਵੇ ਜਿਹਨੂੰ ਜਿਹਨੇ ਮਹਾਰਾਜ ਦੀ ਸੰਥਿਆ ਕੀਤੀ ਆ ਲ ਇਹਨਾਂ ਦਾ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਜਿਹਨਾਂ ਅਰੇਂਜਮੈਂਟ ਮਿਲੇਗੀ ਕਿ ਆਪਾਂ ਸੰਥਿਆ ਕਿਉਂ ਲੈਣੀ ਹੈ ਹੁਣ ਆਪਾਂ ਪਾਦਸ਼ਾਹ ਜਦੋਂ ਮਹਾਰਾਜ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਆ ਆਪਾਂ ਸੋਚਦੇ ਵੀ ਸਾਨੂੰ ਸੰਥਿਆ ਲੈਣ ਦੀ ਲੋੜ ਨਹੀਂ ਬਾਣੀ ਤਾਂ ਹੀ ਪੜ੍ਹ ਲੈਣੇ ਆ ਜੀ ਪਰ ਜਦੋਂ ਤੁਸੀਂ ਸੰਥਿਆ ਨਹੀਂ ਲਈ ਤੁਹਾਨੂੰ ਪਤਾ ਨਹੀਂ ਪਾਦਸ਼ਾਹ ਕਿਦਾਂ ਕੀਤੇ ਗਏ ਆ ਕੀ ਅਰਥ ਬੰਦੇ ਆ ਤੇ ਕੀ ਅਰਥ ਨਹੀਂ ਬੰਦੇ ਜੀ ਸਾਨੂੰ ਨਾ ਪਤਾ ਹੋਵੇ ਤੇ ਸੋ ਉਹ ਐਜੂਕੇਸ਼ਨ ਜਿਹੜੀ ਆ ਆਪਣੇ ਵਿੱਚੋਂ ਮਿਸਿੰਗ ਹੈ ਠੀਕ ਹੈ ਸੋ ਇੱਕ ਮਹਾਰਾਜ ਦਾ ਗੁਰੂ ਗੰਗ ਸਾਹਿਬ ਦਾ ਸਰੂਪ ਚੰਦੂਆ ਸਾਹਿਬ ਚੌਰ ਸਾਹਿਬ ਇਸ ਤੋਂ ਨਾਲ ਜਿਹੜੇ ਅਮਰ ਸੰਚਾਰ ਵਾਸਤੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਉਹਦੇ ਵਿੱਚ ਸਰਬ ਲੋਹ ਦਾ ਜਿਹੜਾ ਆਪਾਂ ਨੂੰ ਬਾਟਾ ਚਾਹੀਦਾ ਸੋ ਇਹ ਆਪਾਂ ਨੂੰ ਖਾਸ ਗੱਲ ਰੱਖਣੀ ਪਣੀ ਵੀ ਕੋਈ ਸਟੀਲ ਦਾ ਜਾਂ ਕਿਸੇ ਹੋਰ ਮੈਟਲ ਦਾ ਆਪਾਂ ਬਾਟਾ ਨਹੀਂ ਯੂਜ਼ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਇਹ ਸਰਬ ਲੋਹ ਦਾ ਬਾਟਾ ਇੰਡੀਆ ਤੋਂ ਮਿਲਦੇ ਆ ਉਹ ਜੇ ਦਾਸ ਦੀ ਲੋਹ ਹੈ ਕਿਸੇ ਨੂੰ ਤੇ ਮੈਂ ਕੰਟੈਕਟ ਵੀ ਦੇ ਸਕਦਾ ਹਾਂ ਸੋ ਸਰਬ ਲੋਹ ਦੇ ਖੰਡਾ ਠੀਕ ਹੈ ਜੀ ਹਾਂ ਜੀ ਕਿਸੇ ਹੋਰ ਤਾਦਰਾਂ ਕੋਈ ਸਟੀਲ ਦਾ ਨਿਕਲ ਕੀਤਾ ਖੰਡਾ ਨਹੀਂ ਆਪਾਂ ਆਪਾਂ ਵਰਤ ਸਕਦੇ ਜੀ ਸਰਬ ਲੋਹ ਦੇ ਖੰਡਾ ਸਰਬ ਲੋਹ ਦਾ ਬਾਟਾ ਥੱਲੇ ਪੱਥਰ ਦਾ ਇੱਕ ਹੁੰਡਾ ਹੁੰਦਾ ਠੀਕ ਹੈ ਜੀ ਸੁਨਹਿਰਾ ਜਿਹਨੂੰ ਕਹਿੰਦੇ ਆਪਾਂ ਤੇ ਉਹ ਸੁਨਹਿਰਾ ਆਪਾਂ ਥੱਲੇ ਐਜ਼ ਅ ਬੇਸ ਵਰਤਨੇ ਆ ਓਕੇ ਬਾਟੇ ਦੇ ਥੱਲੇ ਰੱਖਣ ਲਈ ਤੇ ਉਹਦੇ ਥੱਲੇ ਵੀ ਵਸਤੂ ਛਾਣ ਹੁਣ ਉਸ ਤੋਂ ਥੱਲੇ ਇੱਕ ਆਪਾਂ ਕੰਬਲ ਵਿਛਾਉਂਦੇ ਆ ਉਹਨੂੰ ਪੂਰਾ ਕਹਿੰਦੇ ਆਪਾਂ ਸੋ ਹਾਂਜੀ ਸੋ ਉਹ ਜਿਤਨਾ 19 ਆ ਉਲਣੇ ਆ ਕੋਈ ਵੀ ਇਸ ਤਰ੍ਹਾਂ ਦਾ ਉਹ ਆਪਾਂ ਸਾਫ਼ ਸੁਥਰਾ ਜਿਹੜਾ ਥੱਲੇ ਪੂਰਾ ਵਿਛਾਉਂਦੇ ਆ ਉਸ ਤੋਂ ਉੱਤੇ ਨੇ ਸੁਨਹਿਰਾ ਆਪਾਂ ਜਿਹਨੂੰ ਕੁੰਡਾ ਕਹਿੰਦੇ ਆ ਉਹ ਸੁਨਹਿਰਾ ਰੱਖੀਦਾ ਸੁਨਹਿਰੇ ਦੇ ਉੱਪਰ ਬਾਟਾ ਰੱਖੀਦਾ ਸਰਮਲੋ ਦਾ ਤੇ ਜਿਹੜਾ ਆਪਾਂ ਪਾਣੀ ਯੂਜ਼ ਕਰਦੇ ਆਂ ਪੁਰਾਣੇ ਸਮੇਂ ਦੇ ਵਿੱਚ ਤੇ ਖੂਹ ਤੋਂ ਜਾਂ ਚੱਲਦੇ ਦਰਿਆ ਦੇ ਵਿੱਚੋਂ ਆਪਾਂ ਲੈਂਦੇ ਸੀਗੇ ਸੋ ਹੁਣ ਵੀ ਆਪਾਂ ਨੂੰ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਪਾਣੀ ਦਾ ਸੋਰਸ ਜਿਹੜਾ ਆਪਣਾ ਉਹ ਸਾਫ਼ ਹੋਵੇ ਠੀਕ ਹੈ ਜੀ ਜੀ ਇਹ ਨਹੀਂ ਬਿਜੇ ਕਿਸੇ ਜਗ੍ਹਾ ਦਾ ਪਾਣੀ ਪੀਣ ਵਾਲਾ ਨਹੀਂ ਆ ਭਾਰਾ ਪਾਣੀ ਆ ਜਾਂ ਉਹਦੇ ਵਿੱਚ ਮਿਨਰਲਸ ਬਹੁਤ ਐਡ ਕੀਤੇ ਹੈ ਕਲੋਰੀਨ ਬਹੁਤ ਜਿਆਦਾ ਆ ਉਹ ਆਪਾਂ ਪਾਣੀ ਅਵੋਇਡ ਕਰੀਏ ਆਪਾਂ ਸਾਫ਼ ਸੁਥਰਾ ਪਾਣੀ ਉਸ ਅਮਰਤ ਤਿਆਰ ਕਰਨ ਵਾਸਤੇ ਵਰਤਣਾ ਠੀਕ ਹੈ ਪਤਾਸੇ ਜਿਤਨਾ ਹਰ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਇਹ ਸੇਵਾ ਆਪ ਹੀ ਕਰਦੇ ਪਤਾਸੇ ਤਿਆਰ ਕਰਨ ਦੀ ਹੁਣ ਅੱਛਾ ਉਸ ਤਰ੍ਹਾਂ ਅਸੀਂ ਵੈਸੇ ਪਹਿਲਾਂ ਇੱਥੇ ਪਤਾਸੇ ਜਿਹੜੇ ਆਪਾਂ ਨੂੰ ਸਟੋਰਾਂ ਚੋਂ ਮਿਲਦੇ ਆ ਉਹ ਡੱਬਿਆਂ ਦੇ ਵਿੱਚ ਹੀ ਆਉਂਦੇ ਆ ਕਿਉਂਕਿ ਇੱਥੇ ਆਪਾਂ ਬਣਾਉਂਦੇ ਨਹੀਂ ਹਣ ਸਿੰਘ ਸਾਹਿਬ ਨੇ ਸੇਵਾ ਆਪ ਲਈ ਆ ਨਾਲ ਇਹਨਾਂ ਨੇ ਸਿੰਘਣੀ ਸੇਵਾ ਕਰਦੇ ਆ ਸੋ ਇਹ ਸਾਨੂੰ ਬੜਾ ਫਾਇਦਾ ਹੋ ਗਿਆ ਇਸ ਚੀਜ਼ ਦਾ ਤੇ ਤੁਸੀਂ ਆਪਣੇ ਜਿਹੜਾ ਮਰਿਆਦਾ ਦੇ ਹਿਸਾਬ ਨਾਲ ਕੋਈ ਚੀਜ਼ ਤਿਆਰ ਕਰ ਸਕਦੇ ਜੀ ਸੋ ਜੇ ਤੁਸੀਂ ਨਹੀਂ ਵੀ ਪਤਾਸੇ ਆਪ ਤਿਆਰ ਕਰ ਸਕਦੇ ਪਤਾਸੇ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦੇ ਆ ਪਰ ਉਹਨਾਂ ਨੂੰ ਇੱਕ ਵਾਰੀ ਆਪਣੇ ਕਵਾਲਿਟੀ ਚੈੱਕ ਪਾਸ ਕਰਨਾ ਜ਼ਰੂਰੀ ਆ ਕਿਉਂਕਿ ਉਹਦੇ ਵਿੱਚ ਕੋ ਤੁਸੀਂ ਦੇਖੋਗੇ ਕੋਈ ਇਹੋ ਜਿਹੀ ਕੋਈ ਕੰਟੈਮੀਨੇਸ਼ਨ ਜਾਂ ਕੋਈ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਨੂੰ ਸੌਟ ਆਊਟ ਕਰ ਲੈਣਾ ਜਿਹਦਾ ਯੂਜ਼ ਕਰਨ ਤੋਂ ਪਹਿਲਾਂ ਅੱਛਾ ਜੀ ਸੋ ਇਹ ਚੀਜ਼ਾਂ ਤੇ ਇੰਨੀਆਂ ਜ਼ਰੂਰੀ ਬਾਕੀ ਸਿੰਘਾਂ ਦੇ ਜਿਹੜੇ ਸ਼ਸਤਰ ਆ ਉਹ ਆਪਣੇ ਕੋਲ ਉਹਨਾਂ ਦੇ ਹੋਣੇ ਚਾਹੀਦੇ ਆ ਤੇ ਗੱਤਰੇ ਆ ਜਿਹੜੀਆਂ ਕ੍ਰਪਾਨਾਂ ਪਈਆਂ ਉਹ ਤੇ ਪਲੱਸ ਤਿੰਨ ਤਿੰਨ ਫੁੱਟੀਆਂ ਸਿੰਘਾਂ ਕੋ ਸਾਰਿਆਂ ਕੋ ਪੰਜਾ ਸਿੰਘਾਂ ਕੋਲ ਤੇ ਗੰਟੀ ਸਿੰਘ ਦੀ ਇੱਕ ਮਹਾਰਾਜ ਜੀ ਹਜ਼ੂਰੀ ਰੱਖਣ ਵਾਸਤੇ ਇਹ ਸੀਰੀਜ਼ ਸਭ ਚਾਹੀਦੀ ਆ ਓਕੇ ਜੀ ਸੋ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜੇ ਕਿਸੇ ਨੇ ਅਰੇਂਜਮੈਂਟ ਕਰਾਉਣਾ ਹੋ ਜਿੱਥੇ ਆਪਾਂ ਮੰਨ ਲਓ ਉਹਨਾਂ ਕੋਲ ਪਹਿਲਾਂ ਇਦਾਂ ਦਾ ਕੋਈ ਅਰੇਂਜਮੈਂਟ ਹੈ ਨਹੀਂਗਾ ਤੇ ਉਹਨਾਂ ਵਾਸਤੇ ਮੈਂ ਦੱਸ ਰਿਹਾ ਬਾਕੀ ਜਿਹੜੇ ਸਿੰਘ ਤਿਆਰ ਪਰ ਤਿਆਰ ਆਲਰੇਡੀ ਜੀ ਅਮਰ ਸੰਚਾਰ ਕਰਦੇ ਦੇ ਨੂੰ ਆਲਰੇਡੀ ਐਵਰੀਥਿੰਗ ਦੇ ਹੈਵ ਐਵਰੀਥਿੰਗ ਠੀਕ ਹੈ ਸੋ ਇਹ ਜੇ ਕੋਈ ਅਮਰ ਸੰਚਾਰ ਕਰਵਾਉਣਾ ਚਾਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਵੀ ਇਹ ਮਿਨੀਮਮ ਰਿਕੁਆਇਰਮੈਂਟਸ ਹੈਗੀਆਂ ਓਕੇ ਔਰ ਦੂਸਰੀ ਗੱਲ ਇਹ ਹੈ ਕਿ ਜਿੱਥੇ ਵੀ ਅਮਰ ਸੰਚਾਰ ਹੋਣਾ ਮਾਰਾ ਇਦਾਂ ਉਹ ਗੇਟਡ ਚਾਹੀਦੀ ਆ ਕੀ ਚੀਜ਼ ਦੀ ਗੇਟ ਮਤਲਬ ਉਹਨੂੰ ਉਹ ਕਲੋਜ਼ਡ ਹਾਂ ਕਲੋਜ਼ਡ ਐ ਜੇ ਉਹ ਪੰਜ ਕਰਨਾ ਵੀ ਆ ਤੇ ਆਸੇ ਪਾਸੇ ਜਿੱਦਾਂ ਆਪਾਂ ਕਨਾਤਾਂ ਲਾਉਨੇ ਆ ਜਾਂ ਕੋ ਪਹਿਰੇਦਾਰ ਤੁਸੀਂ ਉਹਨੇ ਲਾਓ ਇਹ ਨਹੀਂ ਵੀ ਜਿਹੜਾ ਮਰਜ਼ੀ ਬੰਦਾ ਐਂਟਰ ਕਰ ਜਾਵੇ ਜਿਹੜਾ ਮਰਜ਼ੀ ਬੰਦਾ ਉਥੋਂ ਬਾਹਰ ਨਿਕਲ ਜਾਵੇ ਸੋ ਇਹ ਕੰਟਰੋਲਡ ਜਿਹੜਾ ਹੈ ਨਾ এনवायरमेंट ਦੇ ਵਿੱਚ ਹੋਣਾ ਚਾਹੀਦਾ ਤੇ ਤੁਸੀਂ ਕਿਹਾ ਕਿ ਟੋਟਲ ਜਿਵੇਂ 6 ਸਿੰਘ ਹੋਗੇ ਨਾ ਇੱਕ ਤਾਬਿਆਂ ਦੀ ਵੀ ਜ਼ਰੂਰਤ ਹੈ ਤੇ ਪੰਜ ਪਿਆਰੇ ਹੋਗੇ ਹਾਂਜੀ ਤੇ ਉਹ ਇੰਟਰਚੇਜੇਬਲ ਹੈਗੇ ਕਿ ਪੱਕਾ ਪਤਾ ਹੁੰਦਾ ਹੈ ਪੰਜ ਨੇ ਨਹੀਂ ਇਹ ਦੇਖੋ ਜੀ ਜਦੋਂ ਆਪਾਂ ਸਿਧਾਈ ਕਰਾਉਨੇ ਆ ਜਦੋਂ ਅਮਰ ਸੰਚਾਰ ਸ਼ੁਰੂ ਹੋਣ ਲੱਗਦਾ ਨਾ ਹਾਂਜੀ ਉਦੋਂ ਇੱਕ ਸਿੰਘ ਦੀ ਡਿਊਟੀ ਲੱਗ ਜਾਂਦੀ ਗਰੰਤੀ ਸਿੰਘ ਦੀ ਓਕੇ ਜੀ ਉਹ ਪਹਿਲਾਂ ਤੇ ਪੰਜਾ ਸਿੰਘਾਂ ਨੂੰ ਵਾਰੋ ਵਾਰੀ ਉਹਨਾਂ ਨੂੰ ਪੁੱਛਦਾ ਵੀ ਭਾਈ ਤੁਸੀਂ ਆ ਜਮਰ ਸੰਚਾਰ ਵਾਸਤੇ ਤਿਆਰ ਹੋ ਕੇ ਆਏ ਜੀ ਤੇ ਤੁਸੀਂ ਤਿਆਰ ਪਰ ਤਿਆਰ ਜੀ ਸੋ ਤਿਆਰ ਪਰ ਤਿਆਰ ਦਾ ਮਤਲਬ ਇਹ ਹੁੰਦਾ ਵੀ ਉੱਥੇ ਥੋੜੀਆਂ ਗੱਲਾਂ ਪੁੱਛੀ ਜਾਂਦੀਆਂ ਐ ਹੁਣ ਕੱਲੇ ਚ ਗੱਲ ਹੋ ਰਹੀ ਹੈ ਕਿ ਨਹੀਂ ਪੰਜ ਸੰਡ ਬਾਰੇ ਬਾਕੀ ਪੰਜ ਸੰਡ ਰਹੇ ਆ ਪੰਜ ਸੰਡ ਰਹੇ ਆ ਓਕੇ ਜੀ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗ੍ਰੰਥੀ ਸਿੰਘ ਕੱਲੇ ਨੇ ਕੱਲੇ ਨੂੰ ਕਰਕੇ ਪੁੱਛਦਾ ਪਰ ਇਹਦੇ ਵਿੱਚ ਬਾਕੀ ਸੰਗਤ ਨਹੀਂ ਹੁੰਦੀ ਹੂੰ ਇਹਦੇ ਵਿੱਚ ਬਾਕੀ ਸੰਗਤ ਨੂੰ ਬਾਹਰ ਜਾਣਾ ਪੈਂਦਾ ਜਾਂ ਆਪਾਂ ਸੰਗਤੇ ਆਉਣ ਤੋਂ ਪਹਿਲਾਂ ਇਹ ਸਦਾ ਹੀ ਕਰ ਲਈਦੀ ਆ ਓਕੇ ਜੀ ਸੋ ਜਦੋਂ ਆਪਣੇ ਕੋ ਸਾਰੀ ਸਮਗਰੀ ਤਿਆਰ ਆ ਆਪਣੇ ਕੋਲ ਜਲ ਤਿਆਰ ਆ ਆਪਣੇ ਕੋਲ ਪਤਾਸੇ ਤਿਆਰ ਆ ਆਪਣੇ ਕੋਲ ਸੁਨਹਿਰਾ ਤਿਆਰ ਆ ਆਪਣੇ ਕੋਲ ਕੰਬਲ ਤਿਆਰ ਆ ਪੂਰਾ ਤਿਆਰ ਆ ਖੰਡਾ ਤਿਆਰ ਵਰ ਤਿਆਰ ਆ ਇਹਨਾਂ ਸਾਰੀਆਂ ਵਸਤਾਂ ਦੀ ਸੁਧਾਈ ਹੋਣੀ ਜ਼ਰੂਰੀ ਆ ਈਵਨ ਤੁਹਾਡੇ ਜਿਹੜੀਆਂ ਪਹਿਨੀਆਂ ਐ ਸ੍ਰੀ ਸਾਭਾਂ ਤੇ ਤਿੰਨ ਫੁੱਟੀਆਂ ਸ੍ਰੀ ਸਾਭਾਂ ਸਾਰਿਆਂ ਨੂੰ ਸੋਧਾ ਲੱਜਦਾ ਮਤਲਬ ਸੋਧਾ ਲਾਉਣ ਦਾ ਮਤਲਬ ਜਲ ਨਾਲ ਧੋਈਦਾ ਇਹਨਾਂ ਨੂੰ ਅੱਛੀ ਜਿਹਾ ਠੀਕ ਹੈ ਨਾ ਜੇ ਬਾਟਾ ਆਪਾਂ ਨੂੰ ਮਾਜਣਾ ਪੈਂਦਾ ਤੇ ਬਾਟਾ ਆਪਾਂ ਸਾਬਣ ਨਾਲ ਵੀ ਮਾਜ ਦਿੰਦੇ ਆ ਸਵਾਹ ਨਾਲ ਵੀ ਮਾਜ ਦਿੰਦੇ ਆ ਰੇਤਾ ਨਾਲ ਵੀ ਮਾਜ ਦਿੰਦੇ ਆ ਅੱਛਾ ਜੀ ਠੀਕ ਹੈ ਸੋ ਇਸ ਤਰ੍ਹਾਂ ਇਹਨਾਂ ਚੰਗੀ ਤ ਤੇ ਬਸਤਰ ਵੀ ਤੁਹਾਡੇ ਜਿਹੜੇ ਸਾਫ ਸੁਥਰੇ ਚਾਹੀਦੇ ਆ ਪੰਜਾਬ ਸਿੰਘਾਂ ਨੂੰ ਤੇ ਮੋਸਟਲੀ ਇੱਥੇ ਆ ਵੀ ਉਹਨਾਂ ਦੇ ਵੱਖਰੇ ਧੋਤੇ ਹੋਏ ਬਸਤਰ ਆਉਂਦੇ ਆ ਜੀ ਹਾਂਜੀ ਉਹੋ ਹੀ ਅਸੀਂ ਉਹਲੇ ਪਹੁੰਦੇ ਆਪਣੇ ਬਸਤਰ ਜਿਹੜੇ ਉਤਾਰ ਕੇ ਰੱਖ ਦਿੱਤੇ ਸਾਈਡ ਦੇ ਉੱਤੇ ਤੇ ਜਿਹੜਾ ਆਹ ਜੀ ਪ੍ਰੋਸੈਸ ਦਾ ਸਿਰ ਉਹਨੂੰ ਸੁਧਾਈ ਕਹਿੰਦੇ ਹਾਂਜੀ ਉਹਨੂੰ ਸੁਧਾਈ ਕਹਿੰਦੇ ਆ ਸੋ ਇਹ ਸੁਧਾਈ ਜਦੋਂ ਸ਼ੁਰੂ ਹੁੰਦੀ ਆ ਇਹਦੇ ਵਿੱਚ ਗੰਧੀ ਸਿੰਘ ਚੂਜ਼ ਕਰ ਲਿਆ ਜਾਂਦਾ ਹੂੰ ਸੋ ਗੰਧੀ ਸਿੰਘ ਮਾਰੇ ਦੇ ਇਹ ਜੂਰੀ ਦੇ ਵਿੱਚ ਖੜਾ ਹੋ ਕੇ ਪੰਜ ਸਿੰਘ ਜਿਹੜੇ ਹੁਣ ਜਾਂ ਹੋਰ ਵੀ ਜੇ ਕਿਸੇ ਸਿੰਘ ਤੇ ਸੇਵਾ ਚ ਲੱਗਣਾ ਨਾਲ ਪਹਿਰੇਦਾਰ ਕੋਈ ਦੇਖਦੀ ਸੇਵਾ ਚ ਲੱਗਣਾ ਚਾਹੁੰਦਾ ਸੋ ਪਹਿਰੇਦਾਰ ਵੀ ਕਿਹਾ ਜਾ ਸਕਦਾ ਕਿ ਵਨ ਆਫ ਦ ਹੋਲੇ ਸਿੰਘ ਜਿਹੜੇ ਲੋਡ ਹੈਗੀ ਜਨ ਹਾਂਜੀ ਹਾਂਜੀ ਸੋ ਅਸੀਂ ਸੋੜਦੇ ਇੱਥੇ ਕੈਨੇਡਾ ਦੇ ਵਿੱਚ ਅਸੀਂ ਜ਼ਿਆਦਾਤਰ ਅੱਠ ਸਿੰਘ ਹੁੰਦੇ ਆ ਓਕੇ ਜੀ ਹਾਂਜੀ ਛੇ ਸਿੰਘ ਤੇ ਹੋ ਗਏ ਇੱਕ ਗਰੰਥੀ ਸਿੰਘ ਤੇ ਪੰਜ ਸਿੰਘ ਤੇ ਇੱਕ ਸਿੰਘ ਦੇਖ ਤੇ ਦੇਖ ਤੇ ਠੀਕ ਹੈ ਜੀ ਭੋਗ ਲਾਉਣ ਵਾਸਤੇ ਹੂੰ ਤੇ ਇੱਕ ਸਿੰਘ ਪਹਿਰੇ ਦੇ ਉੱਤੇ ਅੱਛਾ ਜੀ ਠੀਕ ਹੈ ਜੀ ਅਸੀਂ ਮੋਸਟਲੀ ਅੱਠ ਸਿੰਘ ਹੁੰਦੇ ਮਹਾਰਾਜ ਦੀ ਬੜੀ ਕਿਰਪਾ ਹੁੰਨਾ ਅੱਠ ਵੀ ਹੁੰਦੇ 10 ਵੀ ਹੋ ਜਾਂਦੇ ਕਈ ਵਾਰੀ अच्छा जी ठीक है कोई दो पैरे ਤੇ ਲੱਗ ਜਾਂਦੇ ਆ ਕੋਈ ਹੋਰ ਨਾਲ ਬਸਤਰ-ਬੁਸਤਰ ਕੋਈ ਜਿਹੜੇ ਨਿਊ ਟ੍ਰੇਨਿੰਗ ਜਿੰਨੂੰ ਆਪਾਂ ਕਹਿੰਨੇ ਆ ਉਹਨਾਂ ਨੂੰ ਵੀ ਐਡ ਇਨ ਕਰ ਲੇਤਾ ਵੀ ਸੇਵਾ ਚ ਲੱਗਣਾ ਨਹੀਂ ਆ ਪਰ ਸਿਧਾਈ ਕਰਵਾ ਲੈਂਦੇ ਆ ਜੀ ਤੇ ਫਿਰ ਉਹ ਸੇਵਾ ਦਾ ਸਾਰਾ ਪ੍ਰੋਸੈਸ ਅੰਦਰ ਰਹਿ ਕੇ ਵੇਖ ਸਕਦੇ ਆ ਦੇ ਆਰ ਅਥੋਰਾਈਜ਼ਡ ਨਾਓ ਬੇਸਿਕਲੀ ਠੀਕ ਹੈ ਨਾ ਜਿੱਦਾਂ ਆਪ ਐਕਸਾਈਜ਼ ਨਹੀਂ ਦੇਣੇ ਕਿਸ ਨੂੰ ਕਿਉਂਕਿ ਤੁਹਾਨੂੰ ਸੇ ਕੰਟਰੋਲਡ এনवायरमेंट ਦੇ ਹੋਣਾ ਤੇ ਕੰਟਰੋਲਡ এনवायरमेंट ਚ ਉਹ ਹੀ ਬੰਦਾ ਰਹਿਦਾ ਜਿਹੜਾ অথেন্টিਕੇਟਡ ਹੈਗਾ ਠੀਕ ਹੈ ਨਾ ਸੋ ਪਹਿਰੇਦਾਰ ਦਾ ਇੱਕ ਕੰਮ ਹੋ ਗਿਆ ਕਿ ਅੰਦਰ ਨੂੰ ਵੜਨਾ ਜਿਹੜਾ ਜਿਹੜਾ ਵੈਲਿਡ ਹੋਏ ਹ ਕੰਟੀ ਸਿੰਘ ਕੱਲੇ ਕੱਲੇ ਸਿੰਘ ਨੂੰ ਉਹਦੇ ਸਿੱਧਾ ਹੀ ਪਰਦੇ ਪੁੱਛਦੇ ਆ ਕਿ ਤੁਸੀਂ ਅਮਰ ਸੰਚਾਰ ਵਾਸਤੇ ਆਏ ਜੋ ਤੇ ਦੱਸੋ ਕਿ ਤੁਸੀਂ ਤਿਆਰ ਬਰ ਤਿਆਰ ਜੀ ਸੋ ਤਿਆਰ ਬਰ ਤਿਆਰ ਦੇ ਵਿੱਚ ਬੜੀ ਖਾਸ ਗੱਲ ਨੋਟ ਕਰਨ ਵਾਲੀ ਹੈ ਇਹਦੇ ਵਿੱਚ ਰਿਕੁਆਇਰਮੈਂਟਸ ਆ ਜਾਂਦੀਆਂ ਬੇਸਿਕਲੀ ਓਕੇ ਜੀ ਪੰਜਾਂ ਲਈ ਹਾਂਜੀ ਸੋ ਪੰਜਾਂ ਅਮਰ ਸੰਚਾਰ 'ਚ ਲੱਗਣ ਵਾਸਤੇ ਬੇਸਿਕਲੀ ਰਿਕੁਆਇਰਮੈਂਟਸ ਆ ਜਾਂਦੀਆਂ ਸੋ ਤੁਹਾਨੂੰ ਪੁੱਛਦੇ ਆ ਜੀ ਉਹਦੇ ਵਿੱਚ ਜਦੋਂ ਤੁਸੀਂ ਦੱਸਦੇ ਜੀ ਆਪਣਾ ਫਿਰ ਤੁਹਾਨੂੰ ਦੱਸਣਾ ਪੈਂਦਾ ਵੀ ਦਾਸ ਸੱਤਾਂ ਬਾਣੀਆਂ ਦਾ ਨਿਤਨੇਮੀ ਆ ਪੰਜਾਂ ਗਕਾਰਾਂ ਦਾ ਧਾਰਨੀ ਆ ਚਾਰ ਬੱਜਰ ਕਰਾਤਾਂ ਤੋਂ ਮਾਰੇ ਨੇ ਆਪ ਹੱਥ ਦੇ ਕੇ ਬਚਾ ਕੇ ਰੱਖਿਆ ਤੁਸੀਂ ਕੋਈ ਬੱਜਰ ਕਰਾਇ ਨਹੀਂ ਕੀਤੀ ਜਿਹਦੇ ਕਰਕੇ ਤੁਸੀਂ ਪਤਿਤ ਹੋ ਗਏ ਜੀ ਹੁਣ ਠੀਕ ਹੈ ਤੇ ਇੱਕ ਦਸਵੰਦ ਦੀ ਸੇਵਾ ਠੀਕ ਹੈ ਸੋ ਦਸਵੰਦ ਕਰਨਾ ਚਾਰ ਬੱਜਰ ਕਰਾਤਾਂ ਤੋਂ ਬਜਣਾ ਪੰਜਾਂ ਕਕਾਰਾਂ ਦੀ ਧਾਰ ਨਹੀਂ ਹੋਣਾ ਸੱਤਾਂ ਬਾਣੀਆਂ ਦੇ ਨਿਤਨੇਮ ਹੀ ਹੋਣਾ ਠੀਕ ਹੈ ਜੀ ਤੇ ਇਹ ਜੇ ਤੁਸੀਂ ਗ੍ਰਿਸ਼ਤੀ ਜੇ ਤੇ ਤੁਹਾਨੂੰ ਆਪਣੇ ਸਿੰਘਣੀ ਵਾਸਤੇ ਵੀ ਇਹ ਸਾਰੀਆਂ ਗੱਲਾਂ ਕਹਿਣੀਆਂ ਪੈਂਦੀਆਂ ਅੱਛਾ ਜੀ ਐਜ ਪਰ ਤੁਹਾਡੀ ਨੌਲੇਜ ਠੀਕ ਹੈ ਜਿੰਨਾ ਤੁਸੀਂ ਜਾਣਦੇ ਜੇ ਸਿੰਘਣੀ ਵੀ ਤੁਹਾਡੀ ਪੰਜਾਂ ਕਕਾਰਾਂ ਦੀ ਧਾਰਨੀ ਆ ਸਤਾਂ ਬਾਣੀ ਦੀ ਨਿਤਨੇਮੀ ਆ ਬਜਰ ਕਰਾਤਾਂ ਤੋਂ ਬਚੀ ਹੋਈ ਆ ਨਿਤਨੇਮ ਆਪਣਾ ਦਸਬੰਦ ਅਸੀਂ ਰਲ ਕੇ ਕੱਢਦੇ ਜਾਂ ਕੱਲਾ-ਕੱਲਾ ਕੱਢਦੇ ਆ ਇਹ ਤੁਹਾਨੂੰ ਚਾਰਜ ਜਾਂ ਅਡਵਿਸਟ ਡਿਫਾਈਨ ਕਰਨੀਆਂ ਪੈਂਦੀਆਂ ਕੱਲੇ-ਕੱਲੇ ਨੂੰ ਆਪਣੇ ਆਪ ਸਰਟੀਫਾਈ ਕਰਨਾ ਪੈਂਦਾ ਅੱਛਾ ਜੀ ਕਿ ਹਾਂਜੀ ਦਾਸ ਇੱਥੇ ਖੜਾ ਜੇ ਜੇ ਇਹਦੇ ਵਿੱਚ ਗਰੰਤੀ ਸਿੰਘ ਨੂੰ ਕੋਈ ਡਾਊਟ ਲੱਗੇ ਜੇ ਕੋ ਕਵੇ ਵੀ ਮੈਂ ਦਸਬੰਦ ਨਹੀਂ ਕੱਢ ਸਕਿਆ ਜਾਂ ਮੈਂ ਇਦਾਂ ਨਹੀਂ ਕਰ ਸਕਿਆ ਜਾਂ ਮੇਰੇ ਕੋਲ ਮਿਲਦਾ ਵੀ ਇੱਕ ਦਿਨ ਨਿਤਨੇਮ ਸ਼ਾਇਰ ਅੱਗੇ ਪਿੱਛੇ ਹੋ ਗਿਆ ਜਾਂ ਮੈਂ ਮੈਨੂੰ ਅਗਲੇ ਦਿਨ ਜਾ ਕੇ ਦੋ ਵਾਰੀ ਕਰਨਾ ਪਿਆ ਵਾ ਉਹ ਫਿਰ ਗਰੰਤੀ ਸਿੰਘ ਆਥੋਰਾਈਜ਼ ਕਰ ਸਕਦਾ ਤੁਹਾਨੂੰ ਵੀ ਉਹ ਪ੍ਰਵਾਨ ਕਰਦਾ ਕਿ ਤੁਹਾਨੂੰ ਕੋਈ ਸੇਵਾ ਲੱਗ ਜਾਂਦੀ ਉੱਥੇ ਹੂੰ ਸੋ ਇਸ ਤਰ੍ਹਾਂ ਆਪਣੀ ਸਿਹਾਈ ਕਰਦੇ ਆ ਜੇ ਕਿਸੇ ਨੂੰ ਵੀ ਕੋਈ ਵਿੱਚੋਂ ਪ੍ਰੋਬਲਮ ਆ ਗਈ ਆ ਕਿਸੇ ਦਾ ਕਿਸ਼ਾਰਾ ਵਿਸਰ ਗਿਆ ਸੀ ਕੋਈ ਬੱਜਰ ਕਰਾਇਤ ਨਹੀਂ ਹੋਈ ਪਰ ਅਜੇ ਪੰਜ ਪਾਠ ਨਹੀਂ ਕੀਤੇ ਸੀਗੇ ਹੂੰ ਹੁਣ ਉਹ ਗਰੰਥੀ ਸਿੰਘ ਦੀ ਮਰਜ਼ੀ ਆ ਉਹਨੇ ਲਾਉਣਾ ਸਿੰਘ ਨੂੰ ਵਿੱਚ ਸੇਵਾ ਦੇ ਕੇ ਨੇ ਲਾਉਣਾ ਸੋ ਇਦਾਂ ਵੀ ਕਿ ਉਸੇ ਦਿਨ ਸੇਵਾ ਤੇ ਲਾ ਕੇ ਜਾਂ ਕੋਈ ਤਨਖਾਹ ਦੇ ਕੇ ਸਟਿਲ ਲਗਾਇਆ ਵੀ ਜਾ ਸਕਦਾ ਉਸੇ ਦਿਨ ਦੀ ਸੇਵਾ ਲਈ ਡਿਪੈਂਡ ਕਰਦਾ ਜੀ ਕਿਸ ਤਰ੍ਹਾਂ ਦੀ ਤਨਖਾਹ ਆ ਗਈ ਇਹ ਤਾਂ ਕੋਈ ਛੋਟੀ ਮੋਟੀ ਗਲਤੀ ਆ ਹਾਂਜੀ ਤੇ ਉਹ ਤਾਂ ਚਲੋ ਉੱਥੇ ਵੀ ਕਰੈਕਸ਼ਨ ਹੋ ਸਕਦੀ ਆ ਪਰ ਜੇ ਤੁਹਾਡੇ ਕੋ ਕੋਈ ਮੇਜਰ ਗਲਤੀ ਹੋ ਗਈ ਤੇ ਫਿਰ ਤੁਸੀਂ ਮਤਲਬ ਅਮਤ ਸ ਚਾਰਜ ਨਹੀਂ ਲੱਗ ਸਕਦੇ ਸੋਹੀ ਗੱਲ ਹੈ ਕਿ ਜਿਹੜੇ ਐਕਸਟਰਾ ਸਿੰਘ ਜਿਹੜੇ ਹੈਗੇ ਫਿਰ ਉਹ ਉਹ ਜਿਵੇਂ ਦੀ ਜਗ੍ਹਾ ਤੇ ਕੰਮ ਆ ਜਾਂਦੇ ਬਿਲਕੁਲ ਬਿਲਕੁਲ ਠੀਕ ਹੈ ਸੋ ਸਿੰਘਾਂ ਦੇ ਵਿੱਚ ਅਸੀਂ ਇਹ ਵੀ ਰੱਖਿਆ ਹੋਇਆ ਕਿ ਚਲੋ ਇੱਥੇ ਸਿੰਘ ਕਈ ਵੀ ਥੋੜੇ ਹੁੰਦੇ ਆ ਜਿੰਨੇ ਅਮਰ ਸੰਚਾਰ ਤੇ ਡਿਊਟੀ ਲੱਗਦੀ ਆ ਭਾਈ ਹਰਦੀਪ ਸਿੰਘ ਦੀ ਸਾਡੇ ਵਿੱਚ ਓਕੇ ਜੀ ਤੇ ਬ੍ਰਾਂਟਨ ਤੋਂ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਵੀ ਹਾਂਜੀ ਹਾਂਜੀ ਉਹ ਇਹੋ ਸੇਵਾ ਕਰਦੇ ਮੇਨ ਉਹ ਸਾਰਾ ਆਰਗੇਨਾਈਜ਼ ਕਰਦੇ ਆ ਸਾਰੇ ਸਿੰਘਾਂ ਨੂੰ ਇਕੱਲੇ ਇਕੱਲੇ ਨੂੰ ਕਾਲ ਕਰਦੇ ਆ ਭਾਈ ਤੇਰੀ ਸੇਵਾ ਲੱਗੀ ਭਾਈ ਤੇਰੀ ਸੇਵਾ ਲੱਗੀ ਆ ਓਕੇ ਤੋਂ ਜੇ ਫਿਰ ਜੇ ਕੋਈ ਸਿੰਘ ਹਾਂ ਕਰਦਾ ਵਾ ਵੀ ਹਾਂਜੀ ਜੀ ਮੈਂ ਪ੍ਰੈਜ਼ੈਂਟ ਹੋ ਸਕਦਾ ਮੈਂ ਆ ਸਕਦਾ ਵਾਂ ਤੇ ਜੇ ਸਾਨੂੰ ਕੋਈ ਮੇਜਰ ਪ੍ਰੋਬਲਮ ਹੋਵੇ ਹਾਂਜੀ ਜੇ ਤੁਹਾਡੇ ਕੋਲ ਕੋਈ ਮੰਨ ਲਓ ਕੋਈ ਸਰਜਰੀ ਹੋ ਗਈ ਆ ਜਾਂ ਤੁਹਾਡੇ ਕੋਲ ਵੱਧ ਘੱਟ ਕੁਝ ਖਾਦਾ ਪੀਤਾ ਗਿਆ ਕੋਈ ਕਰਿਆਦ ਹੋ ਗਈ ਇਹੋ ਜੀ ਫਿਰ ਤੁਹਾਨੂੰ ਦੱਸਣਾ ਚਾਹੀਦਾ ਉੱਥੇ ਉਹਨਾਂ ਨੂੰ ਕਿ ਭਾਈ ਮੈਂ ਆਇਆ ਅਸਲ ਅਮਰ ਸੰਚਾਰ ਚ ਸਿੰਘਾਂ ਦੀ ਸੇਵਾ ਜਿਹੜੀ ਲੱਗ ਸਕਦਾ ਕਿ ਮੈਨੂੰ ਸਿਧਾਈ ਕਰਾਉਣੀ ਪੈਣੀ ਪਹਿਲਾਂ ਠੀਕ ਹੈ ਸੋ ਉਹਨਾਂ ਦਾ ਟਾਈਮ ਸੇਵ ਹੋ ਜਾਂਦਾ ਤੇ ਇੱਕਦਮ ਜਿਹੜਾ ਉਹ ਤਾਂ ਅਰੇਂਜਮੈਂਟ ਕਰਦਾ ਕਿ ਜਿਹੜਾ ਕਨਫਿਊਜ਼ਨ ਉਹ ਥੋੜੀ ਘਟ ਜਾਂਦੀ ਹੈ ਨਹੀਂ ਵਧੀਆ ਚੀਜ਼ ਤਾਂ ਵੀ ਕਿਉਂਕਿ ਜਿਹੜਾ ਕਿ ਸੁਨਰ ਦੇ ਮਨ ਚ ਇਦਾਂ ਨਾ ਹੋਏ ਕਿ ਜਿਹੜੇ ਪੰਜ ਪੈਰੀ ਦੀ ਸੇਵਾ ਕਰਦੇ ਆ ਸਿਰਫ ਉਹਨਾਂ ਦਾ ਹੀ ਨਾਮ ਦਰੜ ਹੋਣਾ ਚਾਹੀਦਾ ਉਹਨਾਂ ਨੂੰ ਵੀ ਨਿਤਨੇ ਮੰਨਦਾ ਹੋਏ ਸਾਰੇ ਸਿੰਘਾਂ ਦਾ ਅਨੁਸ਼ਾਸਨਤਾਰੀ ਹੋਣਾ ਪਏਗਾ ਸਾਰੀ ਚੀਜ਼ਾਂ ਜਿਹੜੀ ਆਪ ਜੀ ਨੇ ਮੈਂਸ਼ਨ ਕੀਤੀਆਂ ਉਹ ਸਾਰੇ ਸਿੰਘਾਂ ਲਈ ਹੈ ਕਿ ਸਾਰਿਆਂ ਨੂੰ ਕੰਟ ਪਾਣੀ ਆ ਕਿ ਜਿਨ੍ਹਾਂ ਨੇ ਪੰਜਾਂ ਸਿੰਘਾਂ ਨੇ ਬਾਟੇ ਤੇ ਲੱਗਣਾ ਨਾ ਓਕੇ ਉਹਨਾਂ ਵਾਸਤੇ ਰਿਕੁਆਇਰਮੈਂਟ ਹੈ ਹੁਣ ਜੇ ਕਿਸੇ ਸਿੰਘ ਨੇ ਆ ਕੇ ਦੇਖ ਦੀ ਸੇਵਾ ਕਰਨੀ ਆ ਠੀਕ ਹੈ ਜੀ ਜਾਂ ਉਹਨੇ ਕੋਈ ਹੋਰ ਸੇਵਾ ਕਰਨੀ ਆ ਜੀ ਉਹਦਾ ਮਾੜਾ ਮੋਟਾ ਘਟਵਾਦ ਵੀ ਹੋਵੇ ਤਾਂ ਚੱਲ ਜਾਂਦਾ ਵਾ ਅੱਛਾ ਜੀ ਹਾਂ ਜੀ ਜੇ ਉਹ ਬੱਜਰ ਕਰਾ ਨਾ ਕੀਤੀ ਹੋਵੇ ਪਰ ਜੇ ਕੁਝ ਮਾੜਾ ਮੋਟਾ ਅਗੇ ਜੇ ਕੋਈ ਸਿੰਘ ਕਹ ਲੋ ਕੋਈ ਨਵਾਂ ਨਵਾਂ ਆਇਆ ਅਜੇ ਬਾਣੀਆਂ ਕੰਠ ਨਹੀਂ ਆ ਜੀ ਠੀਕ ਹੈ ਪਰ ਸੇਵਾ ਚ ਲੱਗਣ ਦਾ ਬਹੁਤ ਸ਼ੌਂਕ ਹੈ ਸੋ ਉਹਨੂੰ ਆਪਾਂ ਲਾ ਲੈਂਦੇ ਆ ਮੈਂ ਤਾਂ ਕਹਿ ਰਿਹਾ ਸੀ ਕਿ ਜੇ ਅਸੀਂ ਸੁਧਾਈ ਦੀ ਗੱਲ ਕੀਤੀ ਨਾ ਤੇ ਜੇ ਤੇ ਜੇ ਕਿਸੇ ਨੂੰ ਕਿਹਾ ਗਿਆ ਕਿ ਤੁਸੀਂ ਅੱਜ ਸੇਵਾ ਨਹੀਂ ਕਰ ਸਕਦੇ ਫਿਰ ਅੱਗੇ ਫਿਰ ਪੰਜਾਂ ਚ ਲੰਗਣ ਵਾਸਤੇ ਉਹੀ ਆ ਸਕਦਾ ਜਿਹਦਾ ਗੇਨ ਜਿਹਦੀ ਫਿਰ ਜਿਹਦੀ ਰਿਕੁਆਇਰਮੈਂਟ ਉਹਦੀ ਸੁਧਾਈ ਫਿਰ ਉਸੇ ਤਰ੍ਹਾਂ ਹੀ ਹੋਣੀ ਆ ਉਹੀ ਕੁਐਸਚਨ ਉਹਨੂੰ ਪੁੱਛੇ ਜਾਣੇ ਆ ਠੀਕ ਹੈ ਹਾਂਜੀ ਹਾਂਜੀ ਮਤਲਬ ਕੋਈ ਇੱਥੇ ਲਕਟਣ ਨਹੀਂ ਹੈ ਗਿਆ ਆਪਾਂ ਵੀ ਹਾਂਜੀ ਵੀ ਠੀਕ ਹੈ ਜੀ ਉਹ ਜੇ ਹੁਣ ਲੋਡ ਹੈ ਤੇ ਜਿੰਨੂੰ ਮਰਜ਼ੀ ਲਾ ਲੋ ਵਿੱਚ ਇਦਾਂ ਨਹੀਂ ਚੱਲਣਾ ਠੀਕ ਹੈ ਨਾ ਸੋ ਜਿਹੜੀ ਰਿਕੁਆਇਰਮੈਂਟ ਆ ਕਿਉਂਕਿ ਆਪਣਾ ਕਾਰਜ ਨਹੀਂ ਨਾ ਹੈ ਇਹ ਪੰਥ ਦਾ ਕਾਰਜ ਆ ਤੇ ਗੁਰੂ ਸਾਹਿਬ ਦਾ ਆਪਣਾ ਬਣਾਇਆ ਕਾਰਜ ਆ ਜੀ ਸੋ ਆਪਾਂ ਨੂੰ ਆਪਣੇ ਹਿਸਾਬ ਨਾਲ ਲਿਮਟ ਨਹੀਂ ਕਰ ਸਕਦੇ ਹੋ ਸਕਦਾ ਤੁਹਾਨੂੰ ਅੰਮ੍ਰਿਤ ਸੰਚਾਰ ਕਿਸੇ ਵੇਲੇ ਨਾ ਪੋਸੀਬਲ ਹੋਵੇ ਤੇ ਪੋਸਟਪੋਨ ਵੀ ਕਰਨਾ ਪੈ ਸਕਦਾ ਅੱਛਾ ਠੀਕ ਨਹੀਂ ਜੀ ਸਿੰਘ ਤਿਆਰਪਰ ਤਿਆਰ ਨਹੀਂ ਹੈਗੇ ਸਾਰੇ ਮੈਂ ਪੁੱਛਣੇ ਲੱਗਾ ਸੀ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ ਕਿ ਤੁਸੀਂ ਮਰਿਆਦਾ ਭੰਗ ਕਰਕੇ ਤੇ ਤੁਸੀਂ ਅੰਮ੍ਰਿਤ ਸੰਚਾਰ ਕਰ ਦਿਓ ਇਹ ਤਾਂ ਨਹੀਂ ਹੋਏਗਾ ਮਰਿਆਦਾ ਉੱਪਰ ਹਾਂਜੀ ਮਰਿਆਦਾ ਪਹਿਲਾਂ ਨੰਬਰ 1 ਤੇ ਮਰਿਆਦਾ ਹੀ ਆਏਗੀ ਤੇ ਆਪ ਜੀ ਨੇ ਹੁਣ ਮੈਂਸ਼ਨ ਕੀਤਾ ਕਿ ਜਿਹੜੇ ਗਰੰਤੀ ਸਿੰਘ ਜੀ ਹੈਗੇ ਆ ਹਾਂਜੀ ਉਹਨਾਂ ਨੇ ਉਸ ਦਿhai ਕਰਨੀ ਕਰਨੀ ਆ ਅਜਾਦੀ ਤੇ ਉਹ ਦੇਖਦੇ ਹਰ ਇੱਕ ਨੂੰ ਸਵਾਲ ਪੁੱਛ ਜਾਂਦੇ ਆ ਹਾਂਜੀ ਹਾਂਜੀ ਤੇ ਗਰੰਤੀ ਸਿੰਘ ਜੀ ਦਾ ਮਤਲਬ ਮਾਫ਼ ਕਰਿਓ ਨੋ ਫੈਂਸ ਜਿੱਦਾਂ ਬਟ ਗਰੰਤੀ ਸਿੰਘ ਜੀ ਦਾ ਜੀਵਨ ਕਿਦਾਂ ਕੰਟਰੋਲ ਕਰਦੇ ਕਿ ਕੌਣ ਉਹਨਾਂ ਨੂੰ ਫਿਰ ਪੰਸ ਸਿੰਘ ਇਕੱਠੇ ਹੋ ਕੇ ਪੁੱਛਦੇ ਆ ਬਾਅਦ ਚੋਂ ਕਿ ਪਹਿਲੇ ਪਹਿਲਾਂ ਆਪਾਂ ਪਹਿਲਾਂ ਪੁੱਛਦੇ ਹਾਂ ਹਾਂਜੀ ਪਹਿਲਾਂ ਪੰਸ ਸਿੰਘ ਉਹਨਾਂ ਨੂੰ ਜਦੋਂ ਗਰੰਤੀ ਸਿੰਘ ਚੂਜ਼ ਕਰ ਲੈਨੇ ਆਪਾਂ ਹੂੰ ਤੇ ਫਿਰ ਗਰੰਤੀ ਸਿੰਘ ਨੂੰ ਪੰਸ ਸਿੰਘ ਪਹਿਲਾਂ ਮਹਾਰਾਜ ਦੇ ਤਾਬਿਆਂ 'ਚ ਖੜੇ ਹੋ ਕੇ ਗੰਤੀ ਸਿੰਘ ਨੇ ਪੁੱਛਦੇ ਵੀ ਤੁਸੀਂ ਸੇਵਾ 'ਚ ਲੱਗਣ ਵਾਸਤੇ ਆਏ ਜੇ ਤਿਆਰ ਬਰ ਤਿਆਰ ਜੀ ਜੋ ਗੰਤੀ ਸਿੰਘ ਤਿਆਰ ਬਰ ਤਿਆਰ ਹੋ ਕੇ ਕਹਿ ਦਿੰਦੇ ਮੈਂ ਆਇਆ ਹਾਂ ਫਿਰ ਉਹ ਗੰਧੀ ਵਾਲੀ ਉਹ ਮਹਾਰਾਜ ਦੀ ਤਾਬਾ 'ਚ ਪਹੁੰਚ ਜਾਂਦੇ ਆ ਤੇ ਪੰਜ ਪੈਰੇ ਸਾਹਮਣੇ ਆ ਜਾਂਦੇ ਆ ਫਿਰ ਗੰਤੀ ਸਿੰਘ ਇਕੱਲੇ ਇਕੱਲੇ ਨੂੰ ਸਿੰਘ ਨੂੰ ਉਹ ਉਹ ਉਹਨਾਂ ਬਾਰੇ ਪੁੱਛਦਾ ਵਾ ਵੀ ਤੁਸੀਂ ਤੁਹਾਨੂੰ ਕੋਈ 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 ਡਾਊਟ ਤਾਂ ਨਹੀਂ ਆ ਜਾਂ ਤੁਸੀਂ ਪੂਰੇ ਜੇ ਅਮਰ ਸੰਚਾਰ ਦੀ ਸੇਵਾ ਲੱਗਣ ਆਏ ਜੇ ਤੁਹਾਡੇ ਕੋਈ 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 ਕ੍ਰਿਆਤ ਤਾਂ ਨਹੀਂ ਹੋਈ ਤੁਹਾਡੇ ਕੋਲੋਂ ਜੇ ਤੁਹਾਡੇ ਬਾਣੇ 'ਚ ਕੋਈ ਢਿੱਲ ਤਾਂ ਨਹੀਂ ਆਈ ਜਾਂ ਕੋਈ ਤੁਹਾਡੇ ਜੀਵਨ 'ਚ ਢਿੱਲ ਤਾਂ ਨਹੀਂ ਆਈ ਇਸ ਤਰ੍ਹਾਂ ਜਿਹਦੇ ਕਰਕੇ ਤੁਸੀਂ ਬਾਟੇ ਤੇ ਨਹੀਂ ਲੱਗ ਸਕਦੇ ਪੰਜ ਪਹਿਲਾਂ ਪੁੱਛ ਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਆਪਾਂ ਗੱਲ ਕਰ ਰਹੇ ਵੀ ਗਰੰਥੀ ਸਿੰਘ ਨੂੰ ਕਿਤਾ ਪਤਾ ਲੱਗਦਾ ਦੇ ਉਹਦਾ ਕਿਤਾ ਪਤਾ ਲੱਗਾ ਕਿਉਂਕਿ ਆਪਾਂ ਪਹਿਲਾਂ ਡਿਸਾਈਡ ਕਰ ਲੈਂਦੇ ਵੀ ਐਸ ਸਿੰਘ ਨੇ ਗਰੰਥੀ ਸਿੰਘ ਦੀ ਸੇਵਾ ਕਰਨੀ ਤੇ ਆ ਬਾਕੀ 5 ਸਿੰਘ ਲੱਗਣੇ ਆ ਸੋ ਗਰੰਥੀ ਸਿੰਘ ਦੀ ਸਿਧਾਈ ਹੋਣ ਤੋਂ ਬਾਅਦ ਗਰੰਥੀ ਸਿੰਘ ਸਾਰੇ ਸਿੰਘਾਂ ਦੀ ਕੱਲੇ ਕੱਲੇ ਦੀ ਸਿਧਾਈ ਕਰਦਾ ਠੀਕ ਹੈ ਸੋ ਜਦੋਂ ਸੰਗਤਦੇਵ ਆਪਾਂ ਪੰਜਾਂ ਸਿੰਘਾਂ ਦੀ ਗਰੰਥੀ ਦੀ ਹੋਰ ਸੇਵਾ 'ਚ ਲੱਗਣ ਵਾਲੇ ਸਿੰਘਾਂ ਦੀ ਸਿਧਾਈ ਹੋ ਜਾਂਦੀ ਆ ਫਿਰ ਆਪਾਂ ਮਹਾਰਾਜ ਚੰਨਾ ਜੀ ਅਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਸਿੰਘਾਂ ਨੇ ਆਪਣੀ ਆਪਣੀ ਸਿਧਾਈ ਕਰਾਈ ਆ ਜੇ ਸਾਡੇ ਕੋ ਕੋਈ ਹੋਰ ਸੁਖਮ ਪੁੱਲਾ ਹੋ ਜਾਂਦੀਆਂ ਵਿਚਰਦੇ ਆ ਇੱਥੇ ਦੁਨੀਆ ਦੇ ਵਿੱਚ ਤੇ ਤੁਸੀਂ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਜਿਹੜੀ ਪੁੱਤਰ ਸੇਵਾ ਆਪ ਲਓ ਸਾਡੇ ਕੋਲ ਕਿਉਂਕਿ ਇਹ ਐਸੀ ਗੰਮੀ ਸੇਵਾ ਜੀ ਕੋਈ ਵੀ ਆਪਣਾ ਹੁਣ ਸਰਟੀਫਾਈ ਨਹੀਂ ਕਰ ਸਕਦਾ ਇਸ ਕੰਮ ਦੇ ਵਿੱਚ ਠੀਕ ਹੈ ਨਾ ਇਹ ਗੁਰੂ ਕੀ ਬਖਸ਼ਿਸ਼ ਆ ਤੇ ਤਾਂ ਹੀ ਤੁਸੀਂ ਇਹ ਸੇਵਾ ਕਰ ਸਕਦੇ ਜੇ ਬਖਸ਼ਿਸ਼ ਨਹੀਂ ਹੈਗੀ ਤਾਂ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ ਬਹੁਤ ਇੱਥੇ ਸਿੰਘ ਇਹੋ ਜਿਹੇ ਵੀ ਹੈਗੇ ਆ ਜਿਹੜੇ ਬੜੀਆਂ-ਬੜੀਆਂ ਬਾਣੀਆਂ ਕੰਠੇ ਆ ਪਰ ਕਦੀ ਸੁਭਾਗ ਨਹੀਂ ਪ੍ਰਾਪਤ ਹੋਇਆ ਇਹੋ ਜਿਹਾ ਵੀ ਜਾ ਕੇ ਪੰਨਾ ਸਿੰਘਾਂ ਸੇਵਾ ਕਰ ਸਗੀ ਠੀਕ ਹੈ ਨਾ ਕੋਈ ਨਾ ਕੋਈ ਜਾਂ ਆਪਣੇ ਮਨ ਚ ਕਨਫਿਊਜ਼ਨ ਆ ਜਾਂਦੀ ਆ ਜਾਂ ਕੋਈ ਮਨ ਚ ਡਾਊਟ ਰਹਿ ਜਾਂਦਾ ਵਾ ਇਹ ਸੇਵਾ ਵੀ ਜਦੋਂ ਮਹਾਰਾਜ ਲੈਂਦੇ ਆ ਆਪ ਹੀ ਲੈਂਦੇ ਆ ਠੀਕ ਹੈ ਜੀ ਸੋ ਭੋਲੰਦਰ ਸਭ ਕੋ ਭੋਲ ਗੁਰੂ ਕਰਤਾਰ ਮਹਾਰਾਜ ਆਪ ਹੀ ਭੋਲਿਆ ਉਹ ਹੀ ਕਰਤਾਰ ਆ ਉਹ ਹੀ ਗੁਰੂ ਆ ਉਹ ਹੀ ਸਭ ਕੁਝ ਆਪ ਆ ਬਾਕੀ ਅਸੀਂ ਆਪਣੇ ਉਹਨੂੰ ਕੌਮ ਦੀ ਸੇਵਾ ਸਮਝ ਕੇ ਆਪਣਾ ਫਰਜ਼ ਸਮਝ ਕੇ ਹਾਜ਼ਰ ਹੁੰਨੇ ਆ ਠੀਕ ਹੈ ਨਾ ਜੀ ਤੇ ਕਮੀਆਂ ਸਾਡੇ ਚ ਵੀ ਬਹੁਤ ਆ ਤੇ ਮਹਾਰਾਜ ਆਪ ਹੀ ਸੇਵਾ ਲੈਂਦੇ ਆ ਅਸੀਂ ਵੀ ਅਰਦਾਸ ਬੇਨਤੀ ਮਹਾਰਾਜ ਦੇ ਅੱਗੇ ਉਹ ਹੀ ਕਰਦੇ ਆ ਤੇ ਇਹ ਸੇਵਾ ਸਾਡੇ ਕੋਲ ਅਤਰੇ ਲੈਂਦੇ ਰਹਿਣ ਠੀਕ ਹੈ ਜੀ ਤੋਂ ਇਨੀ ਕੇ ਰਿਕੁਆਇਰਮੈਂਟ ਤੋਂ ਬਾਅਦ ਜਿਸ ਤਰ੍ਹਾਂ ਫਿਰ ਆਪਾਂ ਕੋਈ ਹੋਰ ਜਿਹੜੀ ਬਹੁਤੀ ਗੱਲ ਕਰਨੀ ਆ ਉਹਦੇ ਵਿੱਚ ਫਿਰ ਅੱਗੇ ਸਾਰਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਵਾ ਕਿ ਮਹਾਰਾਜ ਦਾ ਹੁਕਮਨਾਮਾ ਲੈ ਕੇ ਹਾਂਜੀ ਤੇ ਫਿਰ ਆਪਾਂ ਪਤਾਸੇ ਪਾ ਕੇ ਪੰਜਾਂ ਬਾਣੀਆਂ ਦਾ ਜਿਹੜਾ ਨਿਤਨੇਮ ਆਪਾਂ ਪਾਠ ਜਿਹੜਾ ਬਾਅਦ ਚ ਕਰਦੇ ਆ ਇਕੱਲਾ ਇਕੱਲਾ ਸਿੰਘ ਖੰਡਾ ਵਿੱਚ ਰੱਖ ਕੇ ਖੱਬੇ ਮੋਢੇ ਦੇ ਉੱਤੇ ਸਿਰੀ ਸਾਹਿਬ ਲਾ ਕੇ ਹਾਂਜੀ ਉਹ ਵੀ ਸਰਬਲੋਹ ਦੀ ਸਿਰੀ ਸਾਹਿਬ ਹਾਂ ਉਹ ਦਾ ਮੁੱਠਾ ਥੱਲੇ ਬਾਟੇ ਨਾਲ ਲੱਗਾ ਹੁੰਦਾ ਅੱਛਾ ਜੀ ਠੀਕ ਹੈ ਜੀ ਸੋ ਮੁਠਾ ਹੀ ਬਾਟਣਾਂ ਲਗਾ ਉਹਦਾ ਤੁਹਾਡਾ ਮਤਲਬ ਜਿਹੜਾ ਹੱਥ ਆ ਠੀਕ ਹੈ ਨਾ ਉਹ ਹੀ ਬਾਟੇ ਦੇ ਤੇ ਰਿੰਦਾ ਨਾਲ ਮੁਠੇ ਦੇ ਤੇ ਤੁਸੀਂ ਸੱਜੇ ਹੱਥ ਰੇ ਨਾਲ ਖੰਡਾ ਫੇਰਦੇ ਜੇ ਤੇ ਨਾਲ ਨਾਲ ਤੁਸੀਂ ਬਾਣੀਆਂ ਦਾ ਜਾਪ ਕਰਦੇ ਜੇ ਪਹਿਲਾਂ ਜਪਜੀ ਸਾਹਿਬ ਦਾ ਬਾਣੀ ਦਾ ਪੂਰਾ ਜਾਪ ਇੱਕ ਸਿੰਘ ਬਾਟਾ ਨਾਲ ਖੰਡਾ ਫੇਰਦਾ ਔਰ ਇਸ ਜੀ ਦੇ ਵਿੱਚ ਰਿਕੁਆਇਰਮੈਂਟ ਇਹ ਆ ਕਿ ਪੰਜਾਂ ਸਿੰਘਾਂ ਦੇ ਜਿਹੜੀ ਨਿਗਾਹ ਨਾ ਤੇ ਜਿਹੜਾ ਧਿਆਨ ਹੈ ਉਹ ਉਹ ਗਰੰਤੀ ਸਿੰਘ ਸਮੇਤ ਹਾਂਜੀ ਉਹ ਬਾਟੇ ਦੇ ਵਿੱਚ ਹੀ ਰਹਿਣਾ ਚਾਹੀਦਾ ਇਹ ਤਾਂ ਕਾਰਨ ਹੈ ਜੀ ਕਿ ਇਹਦਾ ਕਾਰਨ ਇਹ ਹੈ ਕਿ ਜੋ ਦੇਖੋ ਜਿਸ ਤਰ੍ਹਾਂ ਇਹ ਪਾਣੀ ਦਾ ਇਹ ਤੇ ਰਿਸਰਚ ਵੀ ਹੋ ਚੁੱਕੀ ਆ ਕਿ ਤੁਸੀਂ ਪਾਣੀ ਦੀ ਇੱਕ ਇਹੋ ਜਿਹੀ ਪ੍ਰੋਪਰਟੀ ਆ ਕਿ ਇਹਦੇ ਲਾਗੇ ਤੁਸੀਂ ਬੈਠੇ ਜੋ ਵੀ ਸੋਚਦੇ ਜਣਾ ਪਾਣੀ ਉਹਨੂੰ ਬੜੀ ਛੇਤੀ ਅਬਜ਼ੌਰਬ ਕਰ ਲੈਂਦਾ એનર્ਜੀ ਨੂੰ ਹਾਂਜੀ ਹਾਂਜੀ એનર્ਜੀ ਆ ਤੁਹਾਡੀ ਥਾਟ ਆ ਤੁਹਾਡੀ ਕੁਝ ਵੀ ਆ ਨਾ ਇਹ ਕਿ ਦਾਸ ਨੇ ਪੜਿਆ ਜੀ ਵਾਈਬਸ ਜਿਹੜੀਆਂ ਨੇ ਤੁਹਾਡੀਆਂ ਥਾਟ ਪ੍ਰੋਸੈਸ ਤੁਹਾਡੀਆਂ ਵਾਈਬਸ ਜੜੀਆਂ ਜਿਹੜੀਆਂ ਹਨਾ ਉਸ ਚੀਜ਼ ਨੂੰ ਇਹ ਜਲ ਬਹੁਤ ਛੇਤੀ ਅਬਜ਼ੌਰਬ ਕਰਦਾ ਔਰ ਇੱਥੇ ਬਹੁਤ ਜਰੇ ਪ੍ਰੈਕਟੀਕਲੀ ਜਿਹੜੇ ਨਾ ਉਸ ਦੇ ਵਿੱਚ ਹਾਂਜੀ ਜਿਹੜੇ ਉਹ ਪ੍ਰੋਸੈਸ ਕੀਤੇ ਗਏ ਅਜਿਹੇ ਕਰਕੇ ਸਰਟੀਫਾਈ ਕੀਤਾ ਇਹਨਾਂ ਨੇ ਖਾਸ ਕਰਕੇ ਸਰਬਲੋ ਦੇ ਵਿੱਚ ਸਰਬਲੋ ਦੇ ਵਿੱਚ ਸਰਬਲੋ ਦੇ ਵੀ ਮਹਾਤਮਾ ਵੀ ਐਬਸੋਰਬਸ ਵਾਈਬਸ ਵੈਰੀ ਫਾਸਟ ਯਾ ਐਸਪੈਸ਼ਲੀ ਵਿਦ ਵਾਟਰ ਹਾਂਜੀ ਸੋ ਪੋਤਾਸਿਅਮ ਦਾ ਵੀ ਉਹ ਹੀ ਫੰਕਸ਼ਨ ਹੋਏਗਾ ਹਾਂਜੀ ਕਿ ਇਹ ਵੀ ਜਦੋਂ ਕੋਈ ਕੰਡੈਂਸ ਕਰ ਦਿੰਦੇ ਨਾ ਆ ਮਤਲਬ ਜੇ ਡੈਂਸਿਟੀ ਵਧਾਣੇ ਆ ਉਹ ਹੋਰ ਜ਼ਿਆਦਾ ਐਬਜ਼ਰਬ ਕਰਦਾ ਅੱਛਾ ਜੀ ਠੀਕ ਹੈ ਨਾ ਸੋ ਇਸ ਚੀਜ਼ ਦਾ ਬੇਸਿਕਲੀ ਉਹ ਤੁਹਾਡੀ ਇੱਕ ਮੈਮਰੀ ਕ੍ਰੀਏਟ ਹੋ ਜਾਂਦੀ ਹੈ ਉੱਥੇ ਠੀਕ ਹੈ ਸੋ ਗੁਰੂ ਸਾਹਿਬ ਤਾਂ ਪ੍ਰਤੱਖ ਉੱਥੇ ਵਰਤਦੇ ਆ ਮਤਲਬ ਕਿਉਂਕਿ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਸੋ ਜਦੋਂ ਬਾਣੀ ਉਹ ਜਲ ਤੇ ਪਹਿਲਾਂ ਉਹ ਹੀ ਆਪਾਂ ਟੂਟੀ ਚੋਂ ਲੈ ਲਿਆ ਆਪਾਂ ਦਰਿਆ ਚੋਂ ਲੈ ਲਿਆ ਖੂਹ ਤੋਂ ਲੈ ਲਿਆ ਕਿਤੋਂ ਲੈ ਲਿਆ ਜਲ ਤੇ ਉਹ ਹੀ ਆ ਹੁਣ ਸ਼ਕਤੀ ਉੱਥੇ ਕਿੱਥੇ ਵਰਤਣੀ ਆ ਇੱਕ ਤੇ ਬਾਣੀ ਦੀ ਸ਼ਕਤੀ ਇੱਕ ਤੁਹਾਡੇ ਸਿੰਘਾਂ ਦਾ ਆਪਣਾ ਜੀਵਨ ਆ ਠੀਕ ਹੈ ਨੇ ਤੇ ਜਦੋਂ ਤੁਸੀਂ ਫੁੱਲੀ ਫੋਕਸਡ ਹੋ ਕੇ ਉਸ ਪਰਮਾਤਮਾ ਨੂੰ ਉਸ ਗੁਰੂ ਗੋਬਿੰਦ ਸਿੰਘ ਨੂੰ ਜਿਨ੍ਹਾਂ ਨੇ ਆਪਣੇ ਚਾਰੇ ਸਾਹਿਬ ਜਦੇ ਆਪਣੇ ਲਈ ਵਾਰ ਕੇ ਤੇ ਫਿਰ ਆਪਾਂ ਨੂੰ ਇਸ ਗੱਦੀ ਤੇ ਲੈ ਕੇ ਆਂਦਾ ਇਸ ਇਸ ਪਰੰਪਰਾ ਤੇ ਲੈ ਕੇ ਆਂਦਾ ਆਪਣੇ ਵਾਸਤੇ ਮਤਲਬ ਸਾਰਾ ਕੁਝ ਕੁਰਬਾਨ ਕਰ ਦਿੱਤਾ ਨਹੀਂ ਤੇ ਅੱਜ ਅੱਜ ਵੀ ਉਹ ਪਰਸਾ ਚੱਲ ਸਕਦੀ ਸੀ ਅੱਜ ਵੀ ਸਹਿਬਜ਼ਾਦੇ ਮਹਾਰਾਜ ਕਿਸੇ ਨੂੰ ਰੱਖ ਲੈਂਦੇ ਤੇ ਚਰਨਪਾਲ ਚੱਲਣੀ ਸੀ ਅੱਗੇ ਪਰ ਮਹਾਰਾ ਨੇ ਸਾਰੇ ਸਹਿਬਜ਼ਾਦੇ ਸ਼ਹੀਦ ਕਰਾ ਕੇ ਚਾਰੇ ਦੇ ਚਾਰੇ ਸ਼ਹੀਦ ਕਰਾ ਕੇ ਫਿਰ ਸਿੱਖਾਂ ਨੂੰ ਗੁਰਗੱਦੀ ਦਿੱਤੀ ਆ ਫਿਰ ਗੁਰੂ ਗੰਗ ਸਾਹਿਬ ਮਹਾਰਾ ਨੂੰ ਗੁਰਗੱਦੀ ਦੇ ਕੇ ਆਪਾਂ ਨੂੰ ਇਹ ਸੇਵਾਦਾਰ ਲਾਇਆ ਨਹੀਂ ਤੇ ਅੱਜ ਵੀ ਚਰਨਪਾਲ ਚੱਲਣੀ ਸੀ ਠੀਕ ਨਾ ਉਹ ਪੀੜੀ ਗਾਂਧੀਆਂ ਤੁਰ ਹੀ ਹੋਣੀ ਸੀ ਜੇ ਵੀ ਸੋ ਜੇ ਸਿੱਖਾਂ ਨੇ ਮਹਾਰਾ ਨੂੰ ਆਪਣਾ ਸਰੂਪ ਦਿੱਤਾ ਨਾ ਤੇ ਆਪਾਂ ਨੂੰ ਵੀ ਉਸੇ ਇੰਟੈਂਸ਼ਨ ਦੇ ਨਾਲ ਉਸੇ ਭਾਵਨਾ ਦੇ ਨਾਲ ਹੀ ਉਹ ਸੇਵਾ ਕਰਨੀ ਚਾਹੀਦੀ ਹੈ। ਉਹ ਹੀ ਅੰਦਰ ਮੰਦਰ ਆਪਣੇ ਅੰਦਰ ਮਤਲਬ ਉਹ ਜज्ਬਾ ਰੱਖ ਕੇ ਉਹ ਹੀ ਮਹਾਰਾਜ ਦੇ ਪਤੀ ਪਿਆਰ ਸਤਕਾਰ ਰੱਖ ਕੇ ਤੇ ਫਿਰ ਸੇਵਾ ਕਰਨੀ ਚਾਹੀਦੀ ਬਾਟ ਦੇ ਉੱਤੇ। ਤੇ ਉਹ ਹੀ ਤੁਹਾਡੀਆਂ ਵਾਈਵਸ ਜਿਹੜੀਆਂ ਉਹ ਬਾਣੀ ਦੀ ਜਿਹੜੀ ਆ ਪਾਵਰ ਆ ਉਹ ਹੀ ਸਮਰੱਥਾ ਬਾਣੀ ਦੀ ਉਹ ਅੱਗੇ ਡਿਸਟ੍ਰੀਬਿਊਟ ਹੋਏ ਕਿ ਦੇਖੋ ਸਿੰਘ ਨੇ ਤੇ ਕਿਸੇ ਨੇ ਕੁਝ ਕਰਨਾ। ਅੱਗੇ ਕਿਸੇ ਦੇ ਮੁਖ ਚ ਕੀ ਪਾਉਣਾ ਆਪਾਂ? ਅਮਰਦੀ ਪਾਉਣਾ। ਉਹਦੇ ਕੇਸਾਂ 'ਚ ਵੀ ਅਮਰਦੀ ਪਾਉਣਾ ਆਪਾਂ। ਉਦੇ ਨਿਤਰਾ ਜੀ ਨੂੰ ਅਮਰਤ ਦਾ ਛੱਟਾ ਦੇਣਾ ਹਾਂਜੀ ਸੋ ਵਰਕ ਅਮਰਤ ਨਹੀਂ ਕਰਨਾ ਸੋ ਇਹ ਇੱਕ ਐਕਟਿਵ ਇੰਗਰੀਡੀਅੰਟ ਤਿਆਰ ਹੋ ਜਾਂਦਾ ਤੁਹਾਡੇ ਲਈ ਜਿਹੜਾ ਆਪ ਕੰਮ ਕਰੇਗਾ ਹੂੰ ਹੂੰ ਠੀਕ ਹੈ ਨਾ ਕਿਸੇ ਨੂੰ ਨਹੀਂ ਕਰਨਾ ਪਣਾ ਆਪ ਕੰਮ ਕਰੇਗਾ ਸੋ ਐਕਟਿਵ ਚੀਜ਼ ਜਿਹੜੋ ਆਪਾਂ ਤਿਆਰ ਕਰਨੀ ਆ ਕੋਈ ਲਾਈਵ ਚੀਜ਼ ਜਿਹੜੋ ਆਪਾਂ ਤਿਆਰ ਕਰਨੀ ਆ ਜਿਵੇਂ ਆਪਾਂ ਘਰ 'ਚ ਵੀ ਮਾੜਾ-ਮੋਡਾ ਕੋਈ ਕੁਕਿੰਗ ਕਰਦੇ ਹੋਈ ਹੈ ਨਾ ਜੇ ਆਪਣਾ ਧਿਆਨ ਕੁਕਿੰਗ ਦੇ ਵਿੱਚ ਨਹੀਂ ਹੈਗਾ ਤੇ ਉਹ ਚੀਜ਼ ਉਸ ਤਰ੍ਹਾਂ ਦੀ ਬਣ ਨਹੀਂ ਸਕਦੀ ਠੀਕ ਹੈ ਨਾ ਤੁਸੀਂ ਨਾਲ ਨਾਲ ਟੀਵੀ ਵੇਖੀਓ ਨਾਲ ਨਾਲ ਤੜਕਾ ਲਾਈਓ ਅੱਧੇ ਗੰਡੇ ਛੱਡ ਜਣਦੇ ਅੱਧੇ ਰਹਿਣ ਠੀਕ ਹੈ ਨਾ ਸੋ ਇਸ ਤਰ੍ਹਾਂ ਜਿਹੜਾ ਵੀ ਤੁਸੀਂ ਪ੍ਰੋਸੈਸ ਕਰਨਾ ਜੋ ਮਹਾਰਾਜ ਦੇ ਵਿਧਾਨ ਬਣਾਇਆ ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਤੁਸੀਂ ਫੁੱਲ ਟਾਈਮ ਜਿੰਨਾ ਚਿਰ ਬਾਕੀ ਪਾਣੀ ਵੀ ਪੜਦੇ ਸਿੰਘ ਤੁਹਾਡਾ ਧਿਆਨ ਬਾਟੇ ਦੇ ਵਿੱਚ ਹੋਣਾ ਚਾਹੀਦਾ ਤੁਹਾਡਾ ਧਿਆਨ ਇਧਰ ਉਧਰ ਨਹੀਂ ਜਾਣਾ ਚਾਹੀਦਾ ਤੁਹਾਡੇ ਮਨ 'ਚ ਕੋਈ ਹੋਰ ਪੁੱਠੇ ਸਿੱਦੇ ਵਿਚਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਉਹਦਾ ਫੈਟ ਪਾਏਗਾ ਠੀਕ ਹੈ ਨਾ ਸੋ ਗੰਤੀ ਸਿੰਘ ਸਮੇਤ ਪੰਜੇ ਸਿੰਘ ਜਿਹੜਾ ਕੱਲੇ ਕੱਲਾ ਜਿਰੋ ਸਿੰਘ ਬਾਣੀ ਪੜਦੇ ਇੱਕ ਚੀਜ਼ ਮੈਂ ਆਪ ਜੀ ਨੂੰ ਹੋਰ ਦੱਸਾਂ ਕਿ ਇਹ ਮर्यादा ਦੇ ਵਿੱਚ ਹੀ ਹੁੰਦਾ ਕਿ ਜਦੋਂ ਆਪਾਂ ਬਾਟੇ ਦੇ ਵਿੱਚ ਜਦੋਂ ਆਪਾਂ ਕੰਡਾ ਫੇਰਦੇ ਹਨਾ ਤੇ ਖੱਬੇ ਮੋੜੇ ਦੇ ਨਾਲ ਤੁਹਾਡੇ ਸਿਰਿ ਸਾਹਿਬ ਲੱਗੀ ਸਰਬਲੋਹ ਦੀ ਉਹਦਾ ਮੁੱਠਾ ਵੀ ਬੱਟ ਦੇ ਨਾਲ ਲੱਗਾ ਆ ਥੱਲੇ ਓਕੇ ਠੀਕ ਹੈ ਜੀ ਉਹਨੂੰ ਜਦੋਂ ਆਪਾਂ ਦੂਸਰੇ ਸਿੰਘ ਨੂੰ ਪਾਸ ਆਨ ਕਰਦੇ ਹਾਂ ਨਾ ਤੇ ਬਾਟੇ ਨਾਲ ਉਹਨੂੰ ਚੁੱਕਦੇ ਨਹੀਂ ਤੁਸੀਂ ਸਿਰਿ ਸਾਹਿਬ ਨੂੰ ਹੂੰ ਓਏ ਰੇ ਪਿਛੇ ਕੁਰੀਸਨ ਹੋਏਗਾ ਠੀਕ ਹੈ ਨਾ ਇਲੈਕਟ੍ਰੋ ਇਕੋ ਸਿਰਿ ਸਾਹਿਬ ਜਾ ਰਹੀ ਹੈ ਅੱਜ ਇਕੋ ਸਿਰਿ ਸਾਹਿਬ ਹੋਉਂਦੀ ਹੈ ਭਾਵੇਂ ਇਲੈਕਟ੍ਰੋ ਮੈਗਨੇਟਿਕਲੀ ਤੁਸੀਂ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਲਓ ਪਰ ਮੈਂ ਉਹ ਰეკਮੈਂਡ ਨਹੀਂ ਕਰਦਾ ਕਿਉਂਕਿ ਫਿਰ ਆਪਣੇ ਇੰਟੈਲੈਕਟ ਜਿਹੜੀ ਅੱਗੇ ਹੁੰਦੀ ਜਾ ਫਿਰ ਆਪਾਂ ਇੱਕ ਜਸਟ ਇੱਕ ਥੌਟ ਹੈ ਵੀ ਜਦੋਂ ਤੁਸੀਂ ਸੋਚ ਸਕਦੇ ਜੇ ਮਾਰੇ ਜਾਂਦੇ ਦੇ ਬਾਰੇ ਪਰ ਹੈ ਇਸ ਤਰ੍ਹਾਂ ਵਾ ਕਿ ਜਦੋਂ ਤੁਸੀਂ ਉਹਨੂੰ ਮੂਵ ਕਰਨਾ ਨਾ ਦੂਜੇ ਸਿੰਘ ਨੂੰ ਉਹਨੂੰ ਡਿਸਕਨੈਕਟ ਨਹੀਂ ਕਰਦਾ ਉਥੋਂ ਉਹਨੂੰ ਸੈਪਰੇਟ ਨਹੀਂ ਕਰਦਾ ਉਹਨੂੰ ਉਦਾਂ ਰੱਬ ਕਰਕੇ ਉਹਦੇ ਨਾਲ ਨਾਲ ਹੀ ਤੇ ਦੂਜੇ ਸਿੰਘ ਨੂੰ ਪਾਸ ਹੌਨ ਕਰੀਦੀ ਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਖੰਡਾ ਆਪਣੇ ਹੱਥ ਦੇ ਵਿੱਚ ਬਾਟੇ ਦੇ ਵਿੱਚ ਹੀ ਰਹਿਣਾ ਜਿਹਨਾਂ ਨੂੰ ਬਾਹਰ ਨਹੀਂ ਕੱਢਦਾ ਨਾਲ ਉਸ ਸਿੰਘ ਨੂੰ ਅੱਗੇ ਖੰਡਾ ਫੜਾਈਦਾ ਤੇ ਫਿਰ ਸ੍ਰੀ ਸਾਹਿਬ ਦੇ ਲਈ ਜੇ ਇਸ ਤਰ੍ਹਾਂ ਇਹ ਵਿਧੀ ਹੁੰਦੀ ਹੈ ਵੀ ਸਿੰਘਾਂ ਨੇ ਦੱਸ ਸੀ ਵੀ ਇੱਕ ਹੱਥ ਬਾਟੇ ਤੇ ਨਾਲ ਲੱਗਣਾ ਚਾਹੀਦਾ ਆ ਜਿੱਦੋਂ ਕਿਰਪਾਨ ਫਰੀਦੀਆ ਸਿੰਘ ਇਹ ਤੁਹਾਡੇ ਚੀਜ਼ੀ ਕੋਈ ਨਾਲ ਜਾਂ ਕੋਈ ਤੁਹਾਡੇ ਹੱਥ ਨਾਲ ਨਾ ਨਾ ਤੁਹਾਡੇ ਬਾਟੇ ਨਾਲ ਟੱਚ ਕਰਨਾ ਚਾਹੀਦਾ ਇਵਨ ਟੂ ਕੈਨ ਵੀ ਸੇਂ ਖੰਡਾ ਫਰੋਂਦੇ ਆ ਪਹਿਲਾ ਖੰਡਾ ਫਰੋਂਦੇ ਆ ਫਿਰ ਦੂਜਾ ਸਿੰਘ ਇਹਦਾ ਫੜ ਲਿੰਦਾ ਖੰਡੇ ਦੇ ਨਾਲ ਫਿਰ ਕਿਰਪਾਨ ਫੜ ਲਿੰਦਾ ਫਿਰ ਦੂਜੇ ਸਿੰਘ ਦੀ ਇਹਨੂੰ ਮੰਨ ਲਓ ਇਹਦੇ ਵਿੱਚ ਵੇਖੋ ਤੁਸੀਂ ਕਿੱਡੀ ਗੱਲ ਆ ਵੀ ਡਿਸਕਨੈਕਸ਼ਨ ਨਹੀਂ ਹੈਗਾ ਦੇ ਸੰਗ ਐਂਡ ਡੂ ਯੂ ਗੋ ਲਾਈਕ ਸਾਈਡ ਬਾਈ ਸਾਈਡ ਕਿ ਕੋਈ ਵੀ ਵਾਣੀ ਫੜ ਸਕਦਾ ਨਹੀਂ ਨਹੀਂ ਇੱਕ ਸੇ ਲੈਫਟ ਸਾਈਡ ਤੋਂ ਫਰੋਂਦਾ ਹਾਂਜੀ ਲੈਫਟ ਟੂ ਰਾਈਟ ਹਾਂਜੀ ਲੈਫਟ ਟੂ ਰਾਈਟ ਚੱਲਦਾ ओके ਤੇ ਜਿਹੜੇ ਸਿੰਘ ਜਿਤਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਤਾਬੇ ਸਾਹਮਣੇ ਬੈਠੇ ਹਨ ਸੋ ਉਹਨਾਂ ਵਿੱਚ ਜਿਹੜਾ ਆਪਾਂ ਮਹਾਰਾਜ ਦੇ ਵਾਲ ਦਰਸ਼ਨ ਕਰ ਰਹੇ ਹਾਂ ਤੇ ਲੈਫਟ ਸਾਈਡ ਤੇ ਜਿਹੜਾ ਪਹਿਲਾ ਸਿੰਘ ਆ ਉਹ ਪਹਿਲੀ ਬਾਣੀ ਜਪਜੀ ਸਾਹਿਬ ਦੀ ਪੜਦਾ ਉਹ ਵੀ ਗਰੰਥ ਸਿੰਘ ਤੋਂ ਅੱਗੇ ਲੈ ਕੇ ਪੜਦੇ ਆ ਅਚਾ ਗਰੰਥ ਸਿੰਘ ਨੂੰ ਦੱਸਦੇ ਹੋ ਜੀ ਭਾਈ ਤੁਸੀਂ ਅਮਰ ਸੰਚਾਰ ਹੈਪ ਤਿਆਰ ਕਰਨ ਲੱਗੇ ਆ ਅੱਗੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਬੈਠਾ ਜਿਹੜਾ ਗਰੰਥੀ ਸਿੰਘ ਆ ਉਹ ਫਿਰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੀ ਅੱਗੇ ਆ ਤੇ ਫਿਰ ਉਹਨਾਂ ਨੂੰ ਆਪਾਂ ਬੇਨਤੀ ਵੀ ਕਰੀਦੀ ਆ ਕਿ ਤੁਸੀਂ ਵੀ ਬਾਣੀ ਨਾਲ-ਨਾਲ ਪੜਨੇ ਮੂੰਹ ਤਾ ਜੋ ਕਿਸੇ ਵੇਲੇ ਕੋਈ ਬਾਣੀ ਸਿੰਘ ਕੋਲੋਂ ਪੜਦਾ ਅੱਗੇ ਪਿੱਛੇ ਹੋ ਜਾਏ ਤੇ ਗਰੰਦੀ ਸਿੰਘ ਕੋਲੋਂ ਉਹਨੂੰ ਪਤਾ ਹੋਵੇ ਉਹ ਫੁੱਲ ਫੋਕਸਡ ਕਰ ਰਿਹਾ ਉੱਥੇ ਤੋਂ ਮਾੜੀ ਮੋੜੇ ਆਪਣਾ ਹਿੰਟ ਵੀ ਦੇ ਸਾਦੇ ਉੱਥੇ ਠੀਕ ਹੈ ਸੋ ਬਾਕੀ ਵੀ ਜਿਹੜੇ ਸਿੰਘ ਆ ਜੇ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਤੇ ਨਾਲ ਦਾ ਸਿੰਘ ਜਪ ਸਾਹਿਬ ਹੈ ਉਹਨੂੰ ਕੰਠਿਆ ਤੇ ਜਪਜੀ ਸਾਹਿਬ ਵੀ ਉਹਨੂੰ ਕੰਠਿਆ ਸੋ ਜੇ ਕੋਈ ਜਪ ਸਾਹਿਬ ਦੇ ਵਿੱਚ ਪ੍ਰੋਬਲਮ ਆਈ ਜਪਜੀ ਸਾਹਿਬ ਨੂੰ ਕਿਸੇ ਵੇਲੇ ਪੜਦਾ ਪੌੜੀ ਅੱਗੇ ਪਿੱਛੇ ਆਪਣੇ ਕੋਲ ਹੋ ਸਕਦੀ ਸਕਿਪ ਹੋ ਜਾਂਦੀ ਕਿਸੇ ਵੇਲੇ ਤੋ ਨਾਲ ਦੇ ਸਿੰਘ ਕਰੈਕਟ ਕਰਾਉਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਤੁਰ ਪੈਣੀ ਅੱਗੇ ਇਸ ਤਰ ਉਸੇ ਤਰ੍ਹਾਂ ਬਾਟਾ ਵੀ ਨਾ ਰਹਿਣ ਦੇਣਾ ਵਿੱਚ ਇਹ ਖੰਡਾ ਰਹਿਣ ਦੇਣਾ ਤੇ ਸਾਰੇ ਸਿੰਘ ਇਕੱਠੇ ਖੜੇ ਹੁੰਦੇ ਆ ਇਕੱਠੇ ਖੜੇ ਹੋ ਕੇ ਤੇ ਜਿਹੜੇ ਸਿੰਘ ਨੇ ਨਨਸਾਹਬ ਦਾ ਪਾਠ ਕੀਤਾ ਵਾ ਉਹਨੇ ਪਾਠ ਕਰਨ ਤੋਂ ਬਾਅਦ ਅਰਦਾਸ ਜਿਹੜੀ ਆਪਾਂ ਆਪਣੀ ਜਿਹੜੀ ਮਰਦਾ ਦੇ ਵਿੱਚ ਆਪਾਂ ਅਰਦਾਸ ਪੜ੍ਹਦੇ ਆ ਜੀ ਉਹ ਸਾਰੀ ਅਰਦਾਸ ਕਰਨੀ ਤਾਂ ਉਦੋਂ ਵੀ ਬਾਟਾ ਬਾਟੇ ਦੇ ਵਿੱਚ ਖੰਡਾ ਫੇਰੀ ਜਾਣਾ ਅਰਦਾਸ ਦੇ ਅਰਦਾਸ ਦੇ ਵਿੱਚ ਵੀ ਬਾਣੀ ਵਾਂਗੂੰ ਹੀ ਹਾਂਜੀ ਇੰਨੀ ਮਹਾਨਤ ਅਰਦਾਸ ਦੀ ਵੀ ਹੈਗੀ ਆ ਸੋ ਉਦੋਂ ਬਾਣੀ ਪੜਦਿਆਂ ਬਾਣੀ ਪੜਨ ਤੋਂ ਬਾਅਦ ਅਰਦਾਸ ਕਰਦਿਆਂ ਕਰਦਾਂ ਤਾਂ ਖੰਡਾ ਫੇਰੀ ਜਾਣਾ ਤੇ ਫਿਰ ਮਹਾਰਾਜ ਦੇ ਚਰਨਾਂ 'ਚ ਆਪਰ ਅਰਦਾਸ ਬੇਨਤੀ ਕਰਕੇ ਵੀ ਮਹਾਰਾਜ ਚਰਨ ਅਸੀਂ ਖੰਡਾ ਬਾਟੇ ਦੀ ਪੋਲ ਤਿਆਰ ਕੀਤੀ ਜੋ ਆਪ ਜੀ ਨੇ ਮੇਰੇ ਨਾਲ ਦੱਸੀ ਆ ਹਾਂਜੀ ਉਹਦੇ ਅਕੋਰਡਿੰਗਲੀ ਹੀ ਵੀ ਟ੍ਰਾਈਡ ਆਵਰ ਬੈਸਟ ਪਰ ਫਿਰ ਵੀ ਮਹਾਰਾਜ ਤੁਹਾਨੂੰ ਪਤਾ ਬਖਸ਼ਣਾ ਹਰ ਤੇ ਹੋਈ ਹੈ ਅਸਿੰਗਰ ਨੇ ਜੀ ਮੂ ਬਣਿਆ ਉਹ ਆਪਣਾ ਟੱਕਿਆ ਹੁੰਦਾ ਜਦੋਂ ਹਾਂਜੀ ਅਸੀਂ ਬੰਦ ਦੇਣੀ ਆ ਜੀ ਉਸ ਤਰ੍ਹਾਂ ਤੁਹਾਡੇ ਕੋਲ ਜਿਹੜਾ ਹਜੂਰੀ ਆ ਇਹਨੂੰ ਇਸ ਤਰ੍ਹਾਂ ਹੀ ਬਸ ਆਪਣੇ ਅੱਗੇ ਇਤਾ ਕਰ ਲਈਦੇ ਵੀ ਤੁਹਾਡੇ ਕੇਸ ਜਿਹੜੇ ਆ ਨਾਂ ਅੱਗੇ ਆਉਣ ਮਤਲਬ ਹਾਂ ਝੁੱਕਾ ਨਾ ਪੈਣ ਹਾਂਜੀ ਤਾਂ ਅੱਜ ਇਸ ਤਰ੍ਹਾਂ ਦੀ ਕੋਈ ਬਦਬੀ ਨਾ ਹੋਵੇ ਤੁਹਾਡੇ ਕੋਲੋਂ ਠੀਕ ਹੈ ਨਾ ਸੋ ਬਾਕੀ ਆਪਣੇ ਬਸਤਰਾਂ ਦੇ ਉੱਤੇ ਵੀ ਤੁਸੀਂ ਇੱਕ ਜਿੱਤ ਤਰ੍ਹਾਂ ਸਾਈਡ ਆ ਹਜੂਰੀ ਦੀ ਉਹਨੂੰ ਇਸ ਤਰ੍ਹਾਂ ਉੱਤੇ ਆਪਣੇ ਖਿਦਾਰ ਲੈਂਦੇ ਜੇ ਅੱਛਾ ਜੀ ਠੀਕ ਹੈ ਨਾ ਵੀ ਤੁਹਾਡੇ ਝੂਠੇ ਮਿਠੇ ਹੱਥ ਉਤਰ ਕੇ ਦੇ ਨਾਲ ਲੱਗਣ ਹੂੰ ਸੋ ਇਸ ਕਰਕੇ ਗੱਲ ਤੇ ਜਿੰਨੇ ਵੀ ਤੁਸੀਂ ਕੋਸ਼ਿਸ਼ ਕਰੋਗੇ ਸਚਤਾ ਦੀ ਅਦਰ ਥਿੰਗ ਫਾਈ ਸੋ ਇਟ ਸਟਾਰਟਡ ਐਡ ਇਨ ਵੀ ਜੀ ਦੇ ਸਿੰਘ ਬੈਠੇ ਹੋ ਬੀਰਾ ਸੰਜੀ ਬੈਠੇ ਹੁੰਦੇ ਆ ਐਂਡ ਬੀਰਾ ਸਿੰਘ ਦੇ ਇੰਗਲਿਸ਼ ਟ੍ਰਾਂਸਲੇਸ਼ਨ ਯੂ ਕੈਨ ਸੇ ਇਜ਼ ਇਜ਼ ਦ ਵਾਰੀਅਰਸ ਪੋਜ਼ ਯੂ ਨੋ ਕਾਰਨ ਕਰਕੇ ਵੀ ਵੀ ਅਮਰਤ ਜੰਗ ਇਟਸ ਇਜ਼ ਜੰਗੀ ਹੁੰਦਾ ਆ ਰਾਈਟ ਖਾਸਾ ਇੰਦਾ ਹੀ ਪ੍ਰਗਟ ਹੁੰਦਾ ਆ ਐਂਡ ਦੈਨ ਖਾਸਾ ਇਜ਼ ਦ ਸੰਤ ਸਪਾਈ ਸੋ ਕਰਕੇ ਵੀ ਸਿੰਘ ਬੀਰਾ ਸੰਜੀ ਬੈਠੇ ਹੁੰਦੇ ਆ ਤੇ ਫਿਰ ਸੋ ਬੀਰਾ ਸੰਜੀ ਦਾ ਮਤਲਬ ਇਹ ਆ ਵੀ ਜਿੱਦਾਂ ਆਪਾਂ ਖੱਬਾ ਗੋਡਾ ਖੱਬਾ ਗੋਡਾ ਆਪਾਂ ਪੁੰਜ ਲੱਗ ਰੱਖਦੇ ਆ ਓਕੇ ਤੇ ਸੱਜਾ ਗੋਡਾ ਆਪਾਂ ਉੱਪਰ ਰੱਖਦੇ ਆ ਠੀਕ ਹੈ ਜੀ ਸੋ ਉਹਨੂੰ ਬੀਰਾ ਸੰਜੀ ਕਹਿੰਦੇ ਆਪਾਂ ਸੋ ਜਿੱਦ ਤਰ੍ਹਾਂ ਆਰਚਰਸ ਪੋਜ਼ ਵੀ ਇਹਨੂੰ ਕਹਿੰਦੇ ਆਪਾਂ ਜਦੋਂ ਆਪਾਂ ਆਰਚੀ ਕਰਦੇ ਆ ਨਾ ਉਹਦੇ ਵਿੱਚ ਸੇਮ ਪੋਜ਼ ਰੱਖਦੇ ਤੁਸੀਂ ਇੱਕ ਗੋਡਾ ਥੱਲੇ ਰੱਖ ਰੱਖਦੇ ਸੱਜਾ ਗੋਡਾ ਆਪਾਂ ਉੱਪਰ ਰੱਖ ਰੱਖਦੇ ਜੀ ਹਾਂਜੀ ਸੱਜਾ ਗੋਡਾ ਤੁਹਾਡਾ ਇਹਦਾ ਪਰਪੈਂਡਿਕਲ ਹੁੰਦਾ ਤੇ ਖੱਬਾ ਗੋਡਾ ਤੁਹਾਡਾ ਦਾ ਫਲੈਟ ਹੁੰਦਾ ਸੋ ਇਸ ਨੂੰ ਇਹਨੂੰ ਵੀ ਰਾਸਨ ਕਹਿੰਦੇ ਆ ਸੋ ਜਿਹੜਾ ਸਿੰਘ ਵੀ ਪਾਠ ਕਰ ਰਿਹਾ ਉਹਨੂੰ ਵੀ ਰਾਸਨ ਦੇ ਵਿੱਚ ਹੋ ਕੇ ਪਾਠ ਕਰਨਾ ਪੈਂਦਾ ਸੋ ਪੰਜੋ ਵੀਰਾਸਨ ਚ ਹੀ ਹੁੰਦੇ ਹਾਂ ਪਰ ਜਿਹੜਾ ਮੇਨ ਜਿਹਨੂੰ ਪਾਠ ਕਰ ਰਿਹਾ ਵਾ ਜਿਹੜੇ ਬਾਣੀ ਚ ਜਾਪ ਕਰ ਰਿਹਾ ਉਸ ਟਾਈਮ ਦੇ ਉੱਤੇ ਉਹਨੂੰ ਪਰਫੈਕਟਲੀ ਵੀਰਾਸ ਠੀਕ ਹੈ ਜੀ ਫਿਰ ਉਹ ਖੰਡਾ ਜਿਹੜਾ ਫੇਰ ਰਿਹਾ ਨਾ ਸਿੰਘ ਉਹ ਉਸ ਟਾਈਮ ਤੇ ਵੀਰਾ ਸੰਝਉਂਦਾ ਠੀਕ ਹੈ ਸੋ ਹਾਂ ਜੀ ਮੈਂ ਵੀਰ ਜੀ ਨੂੰ ਇੱਕ ਸਵਾਲ ਪੁੱਛਣਾ ਸੀ ਵੀਰ ਜੀ ਲਾਈਕ ਗਰੋਇੰਗ ਅਪ ਇਨ ਦਾ ਵੈਸਟ ਹੈ ਨਾ ਲੈਕ ਸਪੈਸੀਫਿਕਲੀ ਸਪੈਸੀਫਿਕਲੀ ਫॉर ਯੂ ਵੀ ਡੋਨਟ ਰੀਲੀ ਸੀ ਕਿਡਸ ਟੇਕਿੰਗ ਅਪ ਅਮਰਿਤ ਐਂਡ ਬਿਕਮਿੰਗ ਵਨ ਆਫ ਦਾ ਪੰਜ ਪਿਆਰੇ ਹੈ ਨਾ ਤੇ ਤੁਹਾਡੇ ਲਈ ਉਹ ਜਰਨੀ ਕਿਵੇਂ ਦੀ ਰਹੀ ਹੈ ਕਿ ਯੂ ਚੋਸ ਟੂ ਬੀ ਵਨ ਆਫ ਦਾ ਪਿਆਰੇ Uh, I can't say I chose to be one. <laughs> <laughs> like The way I always see it is like, this is Guru Sahib's sidir, right? We don't own this body, right? Guru Sahib owns his body and they can use this body for whatever seva they need. Whether mm -hmm. that's Amr Sanchar seva, whether that's doing Pandya di seva, Vrtaing langar, right? So it's, it's, uh, it's Guru Sahib's body and they can use it for whatever seva, um, Sorry, just to get back to you, your main question was, is is, it like, how was the journey uh, of becoming a Panch Paira, of becoming one of the Pairas? Uh It's, it's hard to, or what uh, were the feelings when you were told to uh, do the Seva? The first time it was I uh, think And then uh, I, I'll be honest. It was nervous, right? Like you don't know what, what's going to happen. Cause obviously most people, when they take Amrit, they only see the process once they see it multiple times so they know everything how it how everything's going to go from a to z Ji. so for me i like once or twice and then in grade three so okay. that it wasn't i wasn't everything was new okay. to me so i was very nervous i was very confused on what's going to happen but then again it's the way uh, one thing explained about what's they're going to make sure that it stays complete they're going to mm -hmm. just take the seva from you and get it done Right. And if it's not done by you, it's going to get done by someone else. Right. So it's, it's a seva I that's know. always been going. Um, so those are kind of the feelings, but then obviously there's like, um, there's a lot of older things, um, that have been doing seva for a long time. And they were there to explain the process, right? the I remember the first time we bought it legacy, he was, he was the one that explained everything. He's like, you're going to hold the, uh, the khanda like this. You're going to hold the kirpan like this. This is what you're going to do. So it, it was good to have older things there that explained the process as well. So that kind of was, uh, I guess, And again at that point you're not really you either right uh, I think this <laughs> is yeah his motherage is, is going to take care of the seva themselves that, that's the <laughs> way I always see it if I should wanna so add more ek to that So I think main aap jinnu gal puchhanga ke jis tarah hun vi asi dekh rahe hain jase de vich zyada tar oh hi singh hai jehde India nu belong karde hain chahe immigrant yeah. ya chahe oh older hai chahe, old chahe younger hai haani das vi jadon seva ch lagna shuru aaya udon 25 26 saal di age si ji haan ji main 2000 de vich Canada te aaya si ga okay te das bhau tarantan saab ton hi aa ਪਰ ਕਦੀ ਇਸ ਤਰ੍ਹਾਂ ਦਾ ਮੌਕਾ ਨਹੀਂ ਸਾਨੂੰ ਮਿਲਿਆ ਸੀ ਵੀ ਇਹੀ ਪੰਜਾਂ ਸਿੰਘਾਂ ਦੇ ਵਿੱਚ ਲੱਗ ਸਕਦੇ ਸਾਨੂੰ ਵੀ ਇਦਾਂ ਲੱਗਦਾ ਹੁੰਦਾ ਵੀ ਇਹ ਜਿਹੜੇ ਪੰਜਾਂ ਸਿੰਘਾਂ ਲੱਗਦੇ ਨੇ ਵੀ ਜਾਂ ਅਦਿ ਸ਼੍ਰੋਮਣੀ ਕਮੇਟੀ ਦੇ ਜਿਹੜੇ EMPLOYEES ਉਹ ਲੱਗ ਸਕਦੇ ਆ ਹਾਂਜੀ ਤੇ ਜਾਂ ਮਨੋ ਕੋਈ ਬਹੁਤ ਸਿੰਘ ਕੋਈ ਚੜ੍ਹਦੀ ਕਲਾ ਹੈ ਕਿ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਉਹ ਹੀ ਪੰਜਾਂ ਸਿੰਘਾਂ ਦੇ ਲੱਗ ਸਕਦੇ ਆ ਸਾਡੇ ਦਿਮਾਗ 'ਚ ਵੀ ਇਹੋ ਹੀ ਕਨਸੈਪਟ ਸੀ ਅੰਟਿਲ ਆਈ ਮੂਵ ਟੂ ਕੈਨੇਡਾ ਸੋ ਇੱਥੇ ਆ ਕੇ ਮੈਂ ਦੇਖਿਆ ਕਿ ਸਿੰਘ ਜਿਹੜੇ ਸੇਵਾ ਕਰਦੇ ਨੇ ਉਹ ਸਾਰੇ JOBS ਕਰਦੇ ਪਏ ਆ ਦੇ ਆਰ ਨਾਟ ਪੇਡ ਦੇ ਆਰ ਨਾਟ EMPLOYEES ਲਾਈਕ ਕੋ ਗੁਰਦੁਆਰਾ ਕਮੇਟੀ ਦੇ ਕੋਈ ਮੈਂਬਰ इंडिपेंडेंटली सारे वॉलंटियर ਵਰਕਰ ਦੇ ਪਏ ਆ। ਔਰ ਫਿਰ ਮੈਨੂੰ ਇਹ ਵੇਖ ਕੇ ਬੜੀ ਖੁਸ਼ੀ ਵੀ ਹੋਈ ਵੀ ਇਹ ਮਤਲਬ ਇਹ ਵੀ ਸਿੰਘ ਹੀ ਆ ਬੜੇ ਸੇਵਾ ਕਰਦੇ ਆ ਤੇ ਅਸੀਂ ਵੀ ਗੁਰਸੇਖ ਫੈਮਲੀ ਨੂੰ ਬਿਲੋਂਗ ਕਰਦੇ ਆ। ਛੋਟੇ ਹੁੰਦੇ ਤੋਂ ਲੈ ਕੇ ਮੈਨੂੰ ਯਾਦ ਵੀ ਨਹੀਂ ਉਹ ਅਮਰਧਰੋਂ ਦੇ ਸ਼ਕਾ ਪਹਿਲੀ ਵਾਰੀ ਹੈ ਨਾ ਕਿਉਂਕਿ ਘਰ ਮਾਤਾ ਪਿਤਾ ਜੀ ਨਹੀਂ ਅਮਰਧਰ ਹੀ ਆ ਤੇ ਸ਼ੁਰੂਤ ਹੋਵੇ ਗੁਰੂ ਘਰ ਦੇ ਸੇਵਾ ਕਰਦੇ ਆ ਸਾਨੂੰ ਉਸ ਤਰ੍ਹਾਂ ਹੀ ਹੀ ਪਲੇ ਆ। ਠੀਕ ਹੈ ਬਚਪਨ ਦੀ ਗਲਤੀਆਂ ਬਹੁਤ ਕੀਤੀਆਂ ਪਰ ਉਹ ਉਹਨਾਂ ਬਚਪਨ ਦੀਆਂ ਗਲਤੀਆਂ ਨੂੰ ਤੁਸੀਂ ਅੱਗੇ ਨਹੀਂ ਕੰਟੀਨਿਊ ਕਰਦੇ ਨਾ ਲਾਈਫ ਵਾਸਤੇ ਉਹ ਇੱਕ ਟਾਈਮ ਹੁੰਦਾ ਉਹ ਨਿਕਲ ਜਾਂਦਾ ਹਾਂਜੀ ਤੇ ਜਿਸ ਤਰ੍ਹਾਂ ਦਾਸ ਸਾਹਿਬ ਨੇ ਪਹਿਲਾਂ ਵੀ ਗੱਲ ਕਰਿਆ ਵੀ ਅਸੀਂ ਦਰਬਾਰ ਸਾਹਿਬ ਜਾਣੇ ਉੱਥੇ ਵੀ ਗੁਡੀਆਂ ਡਾਈ ਜਾਣੀਆਂ ਹਾਂਜੀ ਕੋਈ ਬਿੱਲੀ ਨਿਕਲੀ ਫੜ ਲੈਣੀ ਉਹਦੇ ਮਗਰ ਭੱਜ ਜਾਣਾ ਉਦੋਂ ਨਹੀਂ ਪਤਾ ਹੁੰਦਾ ਸੀਗਾ ਜੀ ਪਰ ਇੱਥੇ ਆ ਕੇ ਪਤਾ ਲੱਗਾ ਕਿ ਅਸੀਂ ਧਾਮ ਤੋਂ ਆਏ ਹਾਂ ਤਰਨਤਨ ਸਾਹਿਬ ਇੱਕ ਧਾਮ ਆ ਜਿੱਦਾਂ ਤਖਤ ਹੈ ਨਾ ਆਪਣੇ ਇਸ ਤਰ੍ਹਾਂ ਇੱਕ ਧਾਮ ਆ ਜਿੱਦਾਂ ਹਰਮੰਦਰ ਚਾਰ ਧਾਮ ਹੈ ਆਪਣੇ ਹਾਂਜੀ ਪੰਜ ਧਾਮ ਹੈ ਚਾਰ ਤਖਤ ਹੈ ਤੇ ਜਾਂ 5 ਤੱਕ ਸੋਰੀ ਧਾਰਤਾਂ ਆਮਨੇ ਤੇ ਉਹਦੇ ਵਿੱਚ ਸਾਨੂੰ ਨਹੀਂ ਪਤਾ ਇੰਨੀ ਇੰਨੀ ਇੰਪੋਰਟੈਂਸ ਹੈਗੀ ਮਤਲਬ ਧਾਮ ਦੀ ਇੰਨੀ ਇੰਪੋਰਟੈਂਸ ਹੁੰਦੀ ਉਹ ਸਾਰਾ ਕੁਝ ਸਾਨੂੰ ਇੱਥੇ ਬਾਹਰ ਆ ਕੇ ਪਤਾ ਲੱਗਾ ਧਾਮ ਦੀ ਡਿਫੀਨੇਸ਼ਨ ਦੱਸੋਗੇ ਜੀ ਕੀ ਹੁੰਦੀ ਧਾਮ ਦਾ ਅਰਥ ਕੀ ਹੈ ਧਾਮ ਜਿੱਦਾਂ ਆਪਾਂ ਕਿਸੇ ਬਹੁਤ ਸੇਕ੍ਰੀਟ ਪਲੇਸ ਨੂੰ ਕਹਿੰਦੇ ਨਾ ਆਪਾਂ ਉਹਨੂੰ ਧਾਮ ਕਹਿੰਦੇ ਆਪਾਂ religiously yeah, religious sacred جنن پلیس ਕਹਿੰਨੇ ਆਪਾਂ ਜਿਹਦੇ ਬਹੁਤ ਹੀ ਮਹਾਨਤਾ ਜਿਆਦੀ ਹੈ ਜਿੱਥੇ ਕੁਝ ਖਾਸ ਹੀ ਵਰਤਾਰਾ ਵਰਤਦਾ ਕੋਈ ਕਸ਼ਮਾ ਹੁੰਦਾ ਜਿੱਥੇ ਉਹਨੂੰ ਆਪਾਂ ਧਾਮ ਕਹਿੰਨੇ ਆਂ مین ਕਿ ਉਹਦੀ ਉਹਦੇ ਉਹਦੇ ਜੀਓਗ੍ਰਾਫਿਕਲੀ ਕੋਆਰਡੀਨੇਟਸ ਉੱਤੇ ਵੀ ਸਮਥਿੰਗ ਹੈਪਨਡ ਆਲਰੇਡੀ ਟੂ ਮਨੀ ਟਾਈਮਸ ਜਿੱ ਤਰ੍ਹਾਂ ਮੰਦਿਰ ਸਾਹਿਬ ਹੈ ਨਾ ਇੱਕ ਧਾਮ ਆ ਸੋ ਇੱਥੇ ਇੱਥੇ ਹੁਣ ਹੀ ਨੀ ਸ਼ੁਰੂ ਹੋਇਆ ਕੰਮ ਇਥੇ ਪਹਿਲਾਂ ਵੀ ਬੜੇ ਮਹਾਂਪੁਰਖ ਬੜੇ ਰਿਸ਼ੀ ਮੁਨੀ ਆ ਕੇ ਭਗਤੀ ਕਰਦੇ ਰਹੇ ਇਸ ਜਗ੍ਹਾ ਦੇ ਉੱਤੇ ਹਾਂਜੀ ਸੋ ਇਸ ਤਰ੍ਹਾਂ ਦੇ ਜਿਹੜੇ ਜਗ੍ਹਾ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਜੀਓਗ੍ਰਾਫਿਕਲੀ ਕੋਆਰਡੀਨੇਟਸ ਦੇ ਹਿਸਾਬ ਨਾਲ ਦੇਖੋਗੇ ਲੌਂਗੀਟਿਊਡ ਲੈਟੀਟਿਊਡ ਦੇ ਹਿਸਾਬ ਨਾਲ 2000 ਦਾ ਸਪੈਸਿਸ ਔਰ ਪਲੇਸਿਸ ਵੇਅਰ ਸੋ ਮੈਨੀ ਥਿੰਗਸ ਹੈਵ ਹੈਪਨਡ ਆਲਰੇਡੀ ਆਫ ਏਰੀ ਹਾਈ ਆਲਟੀਟਿਊਡ ਠੀਕ ਨਾ ਕਿ ਇਸ ਤਰ੍ਹਾਂ ਦੇ ਜਦੋਂ ਮਤਲਬ ਚੀਜ਼ਾਂ ਇੱਥੇ ਆਪਣ ਹੁੰਦੀਆਂ ਨਾ ਸੋ ਇਹ ਧਰਤੀ ਜਿਹਨੂੰ ਆਪਾਂ ਕਹਿੰਦੇ ਬਖਸ਼ਿਸ਼ ਆ ਹੈਨਾ ਪਾਵਨ ਧਰਤੀਆਂ ਆਪਾਂ ਨੂੰ ਕਹਿੰਦੇ ਉਹਨੂੰ ਆਪਾਂ ਸੋ ਦਾਸ ਚਾਂਜੀ ਚਾਰ ਧਾਮ ਆ ਤੇ ਪੰਜ ਤਖਤ ਆ ਜੀ ਸੋ ਦਾਸ ਬੇਨਤੀ ਕਰ ਰਿਆ ਸੀ ਕਿ ਉਦੋਂ ਜਦੋਂ ਮੈਂ ਕੈਨੇਡਾ ਤੋਂ ਕੈਨੇਡਾ ਆਇਆ ਇੱਥੇ ਸਾਨੂੰ ਵੀ ਨਹੀਂ ਪਤਾ ਛਣ ਵੀ ਪੰਜਾਂ ਸਿੰਘਾਂ ਦੀ ਸੇਵਾ ਚ ਤੁਸੀਂ ਲੱਗ ਸਕਦੇ ਜੇ ਫਿਰ ਇੱਥੇ ਸਾਨੂੰ ਸਿੰਘਾਂ ਨੇ ਭਾਈ ਹਰਦੀਪ ਸਿੰਘ ਜੀ ਆ ਭਾਈ ਓਂਕਾਰ ਸਿੰਘ ਜੀ ਬਾਬਾ ਕੁਲਦੀਪ ਸਿੰਘ ਜੀ ਹਾਂਜੀ ਭਾਈ ਚਰਨਜੀਤ ਸਿੰਘ ਜੀ ਹੋਰ ਵੀ ਸਿੱਖ ਜਿਹੜੇ ਇੱਥੋਂ ਦੇ ਇਹ ਮਤਲਬ ਸਾਡਾ ਇਹਨਾਂ ਨਾਲ ਬਹੁਤ ਹੀ ਫੈਮਿਲੀ ਵਰਗਾ ਹੀ ਪਿਆਰ ਆ ਹਮ ਤੇ ਮੇਰੀ ਬਹੁਤ ਸਪੋਰਟ ਕੀਤੀ ਸਾਰੇ ਸਿੰਘਾਂ ਨੇ ਜਿਹੜੋਂ ਦਾ ਸੀ ਕੈਨੇਡਾ ਆ ਨਾ ਮੈਂ ਤੇ ਇੱਕ ਵਾਰ ਆਪਣਾ ਬੋਰੀ ਬਿਸਤਰਾ ਬੰਨ ਲ ਕੇ ਤੇ ਚੱਲ ਚੱਲੇ ਬੈਗ ਅਜਾ ਜੀ ਵੀ ਇੱਥੇ ਕੈਨੇਡਾ ਚ ਗਲਤ ਥਾਂ ਤੇ ਆ ਗਏ ਸਾਨੂੰ ਨਹੀਂ ਇਹ ਸੂਟ ਕਰਦਾ ਵੀ ਤੰਤਾਂ ਤਾਂ ਸਭ ਤੋਂ ਆ ਕੇ ਤੇ ਇੱਥੇ ਸਾਰੇ ਸ਼ਰਾਬਾਂ ਪੀ ਜਾਂਦੇ ਨੇ ਟਰੱਕ ਚ ਲਾਈ ਜਾਂਦੇ ਤੇ ਹੋਰ ਤਰ੍ਹਾਂ ਦਾ ਕੰਮ ਲੱਗਦਾ ਇੱਥੇ ਫਿਰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਕੋਈ ਹਿਸਾਬਤਾ ਬਣਾਇਆ ਕਿ ਇਨਾ ਸਿੰਘਾਂ ਨਾਲ ਮੇਲ ਹੋਇਆ ਐਨ ਮਾਈ ਲਾਈਫ ਚੇਂਜਡ ਟੋਟਲੀ ਠੀਕ ਹੈ ਨਾ ਸੋ ਇਨਾ ਸਿੰਘਾਂ ਦੀ ਸੰਗਤ ਦੇ ਵਿੱਚ ਆਉਣ ਕਰਕੇ ਫਿਰ ਸਾਨੂੰ ਪਤਾ ਲੱਗਾ ਵੀ ਸਿੰਘਾਂ ਨੇ ਮੈਨੂੰ ਬੜਾ ਇਨਕਰੇਜ ਕੀਤਾ ਕਿ ਭਾਈ ਤੂੰ ਲੱਗਿਆ ਕਰ ਸੇਵਾ ਦੇ ਵਿੱਚ ਹਨਾ ਮੈਂ ਸਿੰਘਾਂ ਨੂੰ ਦੱਸਣਾ ਵੀ ਮੈਂ ਮਿੰਤ ਬਾਣੀਆਂ ਕੰਠ ਨਹੀਂ ਆ ਹਨੀ ਦਾ ਨੂੰ ਇਹ ਵੀ ਬਾਣੀਆਂ ਬਹੁਤਾਂ ਕੰਠ ਨਹੀਂ ਹੈਗੀਆਂ ਪਾ ਸਿੰਘਾਂ ਦਾ ਦਿਲ ਬਹੁਤ ਖੁੱਲਾ ਸੀਗਾ ਸਿੰਘਾਂ ਨੇ ਵੇਖਿਆ ਵੀ ਮਨ 'ਚ ਜज्ਬਾ ਹੈਗਾ ਵਾ ਤੇ ਵੀ ਸੇਵਾ 'ਚ ਲਾਉਣਾ ਚਾਹੀਦਾ ਸਿੰਘ ਨੂੰ ਫਿਰ ਮੈਨੂੰ ਰਿਆਦ ਵੀ ਮਿਲੀ ਆ ਠੀਕ ਹੈ ਨਾ ਬਾਣੀਆਂ ਪੂਰੀਆਂ ਵੀ ਕੰਠਨੀ ਸੀਗੀਆਂ ਤੇ ਤਾਂ ਵੀ ਸਿੰਘਾਂ ਨੇ ਮੈਨੂੰ ਵਿੱਚ ਸੇਵਾ 'ਚ ਲਾਇਆ ਪਰ ਜਿੱਦਾਂ ਭਾਈ ਗੁਰਦੀਪ ਸਿੰਘ ਦਾਦੇ ਪਹਿਲਾਂ ਤੁਸੀਂ ਛੋਟੇ ਛੋਟੇ ਸਾਈਡ ਤੇ ਸੇਵਾ ਜਿੱਤਾਂ ਪਹਿਰੇਦਾਰ ਹੋ ਗਏ ਅੰਦਰ ਆ ਗਏ ਚਲੋ ਉਤਰਾਏ ਕੋਈ ਹੈਲਪ ਕਰ ਲਈ ਐਟ ਲੀਸਟ ਯੂ ਗੈਟ ਯੂਸ ਟੂ ਇਟ ਤੁਹਾਨੂੰ ਬਾਰ-ਬਾਰ ਬਾਰ-ਬਾਰ ਤੁਹਾਨੂੰ ਓਪਰਚੁਨਿਟੀ ਮਿਲਦੀ ਆ ਵੀ ਪ੍ਰੋਸੈਸ ਚੱਲਦਾ ਕਿਦਾਂ ਇਵੇਂ ਤਾਂ ਕੋਈ ਵੇਖੇਗਾ ਕਿ ਅੰਦਰ ਖੜੇ ਕੋਈ ਦੇਖ ਸਕਦਾ ਕੋਈ ਸਿੱਖਣ ਨੂੰ ਨਹੀਂ ਦੇਖੋ ਜੀ ਜਿਨ੍ਹਾਂ ਨੇ ਸਦਾਈ ਨਹੀਂ ਨਾ ਕਰਵਾਈ ਦਾ ਜਿਹੜਾ ਅਮਰ ਸ਼ਕਨ ਨਹੀਂ ਆਇਆ ਆਪਾਂ ਜਨਰਲ ਆਡੀਅנס ਦੇ ਵਿੱਚ ਉਹਨੀਆਂਵੇਂ ਕੋਈ ਬੰਦਾ ਪਿੱਛੇ ਆ ਲੈ ਵੀ ਤੂੰ ਇਹਦੇ ਖੜਾ ਹੋ ਜਾ ਕਿ ਇਦਾਂ ਨਹੀਂ ਅਲਾਉਟ ਕਰਦੇ ਕਿਸੇ ਨੂੰ ਵੀ ਬਟ ਅਮਰਤਾਰੀ ਕੋਈ ਸਿੱਖਣਾ ਆ ਸਕਦਾ ਹੁੰਦਾ ਹਾਂਜੀ ਜਿਨ੍ਹਾਂ ਨੇ ਅਮਰਤਾਰੀ ਸਿੱਖਿਆ ਜਿਨ੍ਹਾਂ ਕੋਈ ਕਰੈਟ ਨਹੀਂ ਕੀਤੀ ਉਹ ਮੈਂਬਰ ਬਣ ਕੇ ਜਿਸ ਤਰ੍ਹਾਂ ਮਤਲਬ ਆਪਾਂ ਟ੍ਰੇਨਿੰਗ ਕਰਦੇ ਜਿੱਦਾਂ ਆਪਾਂ ਕੋਆਪ ਜੌਬਸ ਨਹੀਂ ਕਰਦੇ ਹਾਂਜੀ ਆਪਾਂ ਉਹਨਾਂ ਨਾਲ ਕੋਰਿਲੇਟ ਕਰ ਸਕਦੇ ਹਾਂ ਜਿੱਦਾਂ ਤੁਸੀਂ ਫੁੱਲ ਟਾਈਮ ਜੌਬ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਕੰਪਨੀ ਆਪਰਚੂਨਿਟੀ ਦੇ ਦੇ ਹੁਣ ਜੇ ਆਪਾਂ ਕਹੀਏ ਵੀ ਤੁਹਾਨੂੰ ਐਕਸਪੀਰੀਅੰਸ ਕਿੰਨਾ ਹੈ ਜੀ ਇਹਦਾ ਇਹ ਵੀ ਕੁਐਸਚਨ ਆ ਸਕਦਾ ਬਾਅਦ ਵੀ ਤੁਹਾਨੂੰ ਕਿੰਨਾ ਕ ਐਕਸਪੀਰੀਅੰਸ ਹੈ ਕਿੰਨਾ ਐਕਸਪੀਰੀਅੰਸ ਰਿਕਵਾਇਰਡ ਹੈ ਅਮਰਿਸ਼ਕਾਉਣ ਵਾਸਤੇ ਹੁਣ ਐਕਸਪੀਰੀਅੰਸ ਕਰਾ ਹੈਗਾ ਐਕਸਪੀਰੀਅੰਸ ਕੋਈ ਗੱਲ ਤੋਂ ਉੱਥੇ ਹੀ ਹੁੰਦੀ ਹੈ ਵੀ ਜਿੰਨੂੰ ਸਿਰ ਦੇਣਾ ਜਿਹਨੇ ਸਿਰ ਦਿੱਤਾ ਨਾ ਉਹ ਰਾਈਟ ਆਪਾਂ ਪੰਜਾਂ ਪਿਆਰਿਆਂ ਦੀ ਗੱਲ ਸੁਣ ਕੇ ਵੇਖੀ ਨਾ ਐਕਸਪੀਰੀਅੰਸ ਥੋੜਾ ਗੇਨ ਕਰਨ ਨੂੰ ਮਾਰਿਆਂ ਨੇ ਘਰ ਭੇਜਤਾ ਸੀ ਉਹਨਾਂ ਨੂੰ ਫਿਰ ਤੁਸੀਂ ਹੁਣ 5-7 ਸਾਲ 6 ਮਹੀਨੇ ਐਕਸਪੀਰੀਅੰਸ ਗੇਨ ਕਰਕੇ ਆਇਆ ਫਿਰ ਆਇਓ ਮੇਰੇ ਕੋ ਫਿਰ ਮੈਂ ਤੁਹਾਡੇ ਕੋ ਮਰਛਕੂੰਗਾ ਰਾਈਟ ਔਨ ਦਾ ਸਪੌਟ ਦੇ ਵਰ ਓਕੇ ਕਿਉਂ ਕਿ ਸੀਸ 'ਤੇ ਟੱਕਰ ਕਰ ਸਕਦੇ ਸੀ ਸੋ ਐਕਸਪੀਰੀਅੰਸ ਮੇਰੇ ਅਕੋਰਡਿੰਗਲੀ ਇਹ ਆ ਕਿ ਜਿਹਨੂੰ ਸੀਸ 'ਤੇ ਟੱਕਰ ਕਰਨਾ ਆ ਗਿਆ ਉਸ ਤੋਂ ਬਾਅਦ ਐਕਸਪੀਰੀਅੰਸ ਸਮਝੇ ਆਪਣੇ ਅਨੁਭਵ ਠੀਕ ਹੈ ਜੀ ਇਹ ਮੇਨ ਰਿਕੁਆਇਰਮੈਂਟ ਹੈ ਬਾਕੀ ਐਗਜ਼ਾਮਪਲ ਵੀ ਇੱਚ ਦਿੱਤੀ ਕਿ ਜਿੱਦਾਂ ਕੰਮ ਦਾ ਹੁੰਦਾ ਹਾਂਜੀ ਬਟ ਕੰਮ ਤੇ ਇਦਾਂ ਵੀ ਹੁੰਦਾ ਨਾ ਕਿ ਕੰਮ ਤੇ ਅਸੀਂ ਕਿਸੇ ਨੂੰ ਰਿਪੋਰਟ ਕਰਦੇ ਹਾਂ ਜਿੱਦਾਂ ਜਾਂ ਕੋਈ ਹਾਇਰ ਅਥਾਰਟੀ ਹੁੰਦੀ ਹੈ ਹਾਂਜੀ ਹਾਂਜੀ ਹੁਣ ਸਾਡੇ ਲਈ ਉਹ ਪੰਜ ਪਿਆਰੇ ਨੇ ਆਫਕੋਰਸ ਹਾਂਜੀ ਹਾਂਜੀ ਬਟ ਪੰਜ ਪਿਆਰੇ ਅਮਰ ਸੰਚਾਰ ਦੇ ਸਾਰੇ ਉਹਲੇ ਕੀ ਇਵੈਂਟ ਕਹਾਵਾਂਗੇ ਉਹਲੇ ਉਹਲੇ ਸੰਚਾਰ ਤੋਂ ਬਾਅਦ ਉਸ ਦਿਨ ਤੋਂ ਬਾਅਦ ਆਪਸ ਵਿੱਚ ਕੋਈ ਗੱਲ ਕਰਦੇ ਜਾਂ ਕਿਸੇ ਹੋਰ ਕਿਸੇ ਸਾਡਾ ਇੱਥੇ ਪੰਨਾ ਸਿੰਘਾਂ ਦੇ ਵਿੱਚ ਸਾਡਾ ਸਿਰਫ ਅਮਰ ਸੰਚਾਰ ਦਾ ਕਿੰਨਾ ਜਿਹਾ ਰਿਸ਼ਤਾ ਹੈਗਾ ਮੈਂ ਮਤਲਬ ਜਦੋਂ ਸਾਡਾ ਫੈਮਿਲੀ ਵਾਂਗੂੰ ਜੀ ਕਿ ਮੈਨੂੰ ਇਹ ਸਾਰੇ ਸਿੰਘ ਮੇਰੇ ਭਰਾਵਾਂ ਵਾਂਗੂੰ ਮੇਰੇ ਪਿਤਾ ਵਾਂਗੂੰ ਮੇਰੇ ਮਤਲਬ ਜਿ ਤਰ੍ਹਾਂ ਰੀਅਲ ਬਰਦਰ ਹੁੰਦੇ ਨਾ ਤੁਹਾਡੇ ਜਿਤਨਾ ਮੈਨੂੰ ਉਤਰਾਂ ਦਾ ਹੀ ਪਿਆਰ ਆ ਭਾਈ ਗੁਰਦੇਵ ਸਿੰਘ ਵੀ ਸਾਹਮਣੇ ਬੈਠੇ ਹਨ ਉਹਨਾਂ ਨੂੰ ਜਿਤਨਾ ਹੀ ਫੀਲ ਹੋਏਗਾ ਕਿ ਸਾਡੀ ਫੈਮਿਲੀ ਉਹ ਲਿਮਟਡ ਨਹੀਂ ਰਹਿ ਗਈ ਹੁਣ ਕਿ ਸਾਡਾ ਬਲੱਡ ਰਿਲੇਸ਼ਨ ਨਹੀਂ ਰਹਿ ਗਿਆ ਸਿਰਫ ਫੈਮਿਲੀ ਦੇ ਨਾਲ ਵੀ ਹਾਂਜੀ ਇਹ ਮੇਰੇ ਜੀ ਇਹਨਾਂ ਨੇ ਮੈਨੂੰ ਜਨਮ ਦਿੱਤਾ ਹੈ ਮੇਰੇ ਪਿਤਾ ਜੀ ਹੈ ਇਹ ਮੇਰਾ ਸੱਚਾ ਭਰਾ ਹੈ ਮੇਰਾ ਬਲੱਡ ਰਿਲੇਸ਼ਨ ਹੈ ਤੇ ਇਹੋ ਹੀ ਮੇਰਾ ਭਰਾ ਹੈ ਇਹ ਬਾਕੀ ਮੇਰੇ ਫਰੈਂਡ ਆ ਇਦਾਂ ਦਾ ਨਹੀਂ ਠੀਕ ਹੈ ਨਹੀਂ ਇਹ ਸੋ ਬਹੁਤ ਇੱਕ ਬੜਾ ਵਧੀਆ ਕਨੈਕਸ਼ਨ ਬਣ ਜਾਂਦਾ ਸਿੰਘਾਂ ਦੇ ਵਿੱਚ ਜਿਹੜੇ ਸੇਵਾ 'ਚ ਲੱਗਦੇ ਆ ਕਿ ਤੁਹਾਨੂੰ ਇੱਕ ਹੀ ਫੈਮਿਲੀ ਲੱਗਦੀ ਆ ਕੋਈ ਤੁਹਾਡੇ ਵਿੱਚ ਆਪਸ 'ਚ ਮੜਾ ਮੋਟਾ ਵਿਚਾਰਾਂ ਦਾ ਕੁਝ ਹੋਏ ਵੀ ਜਿਤਨਾ ਆਪ ਜੀ ਕਹ ਰਹੇ ਅਮਰ ਸੰਚਾਰ ਤੋਂ ਬਾਅਦ ਵੀ ਅਸੀਂ ਵਿਚਾਰ ਕਰਨ ਬੈਠ ਜੀਦਾ ਕੋਈ ਮੇਰਾਦਾ 'ਚ ਕੋਈ ਕੁਐਸਚਨ ਆ ਗਿਆ ਹਾਂਜੀ ਹੁਣ ਸਾਨੂੰ ਪਤਾ ਬੜਾ ਹੌਟ ਡਿਬੇਟ ਰਹੀ ਹੈ ਇਥੇ ਫਿਊ ਯੀਅਰਸ ਪਹਿਲਾਂ ਕਿ ਜੀ ਇਹ ਜਥੇ ਦੇ ਵਿੱਚ ਪਹਿਲਾਂ ਅਮਰਤ ਜਿਤਨਾ ਪ੍ਰਾਤਨ ਮੇਰਾਦਾ ਸੀਗਾ ਕਿ ਵੀ ਜੇ ਕੋਈ ਮੈਰਿਡ ਕਪਲ ਆ ਜੀ ਸੋ ਉਹਨੂੰ ਆਪਾਂ ਦੋਵਾਂ ਨੂੰ ਅਮਰ ਸ਼ਿਕਾਈਦਾ ਸੀਗਾ ਹਾਂਜੀ ਹੁਣ ਕੈਨੇਡਾ ਜਿੱਥੇ ਆ ਕੇ ਦੇਖਿਆ ਸੀ ਓਵਰ ਦਾ イヤਸ ਕੇ ਬੜਿਆ ਥੋੜੇ ਬੜ ਡਿਫਰੈਂਸਿਸ ਹੈਗੇ ਮਤਲਬ ਹਾਂਜੀ ਵਾਈਫ ਛਪਣਾ ਚਾਹੁੰਦੀ ਜਾਂ ਅਮਰਤ ਅਜੇ ਸਿੰਘ ਤਿਆਰ ਨਹੀਂ ਆ ਜਾਂ ਸਿੰਘ ਛਪਣਾ ਚਾਹੁੰਦਾ ਅਜੇ ਵਾਈਫ ਤਿਆਰ ਨਹੀਂ ਜਾਂ ਸਿੰਘਣੀ ਤਿਆਰ ਨਹੀਂ ਅਮਰ ਛਕ ਨੂੰ ਸੋ ਉਹਨਾਂ ਦੇ ਵਿੱਚ ਇਹ ਚੀਜ਼ ਬੜੀ ਕਨਫਿਊਜ਼ਨ ਰਹਿੰਦੀ ਸੀ ਕਿ ਅਸੀਂ ਹੁਣ ਕਿਸ ਤਰ੍ਹਾਂ ਕਰੀਏ ਕਿਉਂਕਿ ਮਰਿਆਦਾ ਦੇ ਹਿਸਾਬ ਨਾਲ ਜੋ ਪ੍ਰਤਨ ਮਰਿਆਦਾ ਉਹਦੇ ਵਿੱਚ ਜਦੋਂ ਤੁਸੀਂ ਹਸਬੰਡ ਵਾਈਫ ਜੇ ਮੀਨਸ ਕਿ ਤੁਸੀਂ ਇੱਕ ਜੇ ਹਾਂਜੀ ਸੋ ਇਹ ਜੋਤ ਹਾਂਜੀ ਦੋਏ ਮੂਰਤੀ ਧਨਪਿਰ ਕਈ ਐਸੋਏ ਮਾਰੇ ਕਹਿੰਦੇ ਤੁਹਾਡੇ ਜੋਤ ਜਿੱਤੇ ਕੋਈ ਹੋ ਗਈ ਇਹਨਾਂ ਨੂੰ ਤੇ ਫਿਰ ਤੁਸੀਂ ਹਸਬੈਂਡ ਵਾਈਫ ਦਾ ਰਿਲੇਸ਼ਨ ਤੁਹਾਡਾ ਪਤੀ ਪਤਨੀ ਦਾ ਰਿਲੇਸ਼ਨ ਫੇਰ ਬੰਦਾ ਸੋ ਹੁਣ ਇੱਥੇ ਆ ਕੇ ਸਾਨੂੰ ਉਹ ਡਿਫਰੈਂਸ਼ੀਏਟ ਕਰਨਾ ਪੈਂਦਾ ਪਿਆ ਇਹਦੇ ਵਾਸਤੇ ਬੜੀ ਡਿਬੇਟ ਚੱਲਦੀ ਰਹੀ ਸਿੰਘਾਂ ਦੇ ਵਿੱਚ ਵੀ ਅਮਰ ਸੰਜਾਤ ਤੋਂ ਬਾਅਦ ਵੀ ਅਮਰ ਸੰਜਾਤ ਤੋਂ ਪਹਿਲਾਂ ਵੀ ਘਰਾਂ ਦੇ ਵਿੱਚ ਵੀ ਕਿੱਦਾਂ ਕੀਤਾ ਜਾਏ ਹਾਂਜੀ ਇੱਕ ਬੀਬੀ ਜੀ ਨੇ ਸਾਨੂੰ ਕੁਐਸਚਨ ਵੀ ਇਹ ਪਾਤਾ ਵੀ ਤੁਸੀਂ ਮੈਨੂੰ ਵਾਪਸ ਭੇਜਣ ਲੱਗੇ ਜੇ ਕਿਉਂਕਿ ਮੇਰਾ ਸਿੰਘ ਤਿਆਰ ਨਹੀਂ ਅਜੇ ਅਮਰ ਸ਼ਕਣ ਵਾਸਤੇ ਹੂੰ ਤੇ ਜੇ ਮੈਂ ਚੜ੍ਹਾਈ ਕਰ ਗਈ ਤੇ ਤੁਸੀਂ ਮੇਰੀ ਗਰੰਟੀ ਲਓਗੇ ਹਾਂਜੀ ਇਟ ਵਾਸ ਅ ਬਿਗ ਕੁਐਸਚਨ ਟੂ ਅਸ ਐਟ ਦੈਟ ਟਾਈਮ ਜੀ ਕਿ ਅਸੀਂ ਵੀ ਸੋਚੀ ਲਾਪੇ ਵੀ ਇਹੀ ਗਰੰਟੀ ਕਿਦਾਂ ਲੈ ਸਕਦੇ ਹਾਂ ਜਿੰਦਾ ਆਪਾਂ ਨੂੰ ਕਹਿੰਨੇ ਵੀ ਹੁਣ ਜੇ ਬੇਅਮਰਤੀਆ ਪੱਤੇ ਤੇ ਬੰਦਾ ਜਿਹੜਾ ਉਹ ਚੜ੍ਹਾਈ ਕਰ ਜਵੇ ਤੇ ਉਹਦੀ ਕੋਈ ਗਰੰਟੀ ਲੈਣ ਨੂੰ ਦੁਨੀਆਂ ਤਿਆਰ ਹੈ ਹੁਣ ਠੀਕ ਹੈ ਨਾ ਗਰੰਟੀ ਤਾਂ ਆਪਾਂ ਮਾਰੇ ਵੀ ਉਸੇ ਦੀ ਲੈਂਦੇ ਆ ਜਿਹੜਾ ਮਾਰੇ ਦੇ ਆਸ਼ੇ ਅਨੁਸਾਰ ਚੱਲਿਆ ਜਿੰਨੇ ਮਾਰੇ ਦੀ ਮਰਿਆਦਾ ਫਾਲੋ ਕੀਤੀ ਹੈ ਮਾਰੇ ਕਹਿੰਦੇ ਆ ਵੀ ਉਹਦਾ ਹੀ ਮੈਂ ਪੈਜ ਰੱਖਦਾ ਠੀਕ ਹੈ ਨਾ ਜਿਹੜਾ ਆਪਣੇ ਹਿਸਾਬ ਨਾਲ ਚੱਲਿਆ ਉਹ ਤਾਂ ਮਾਰੇ ਕਹਿੰਦੇ ਵੀ ਜਿੱਥ ਤਾਨੂੰ ਮੁੜ ਗੁਰੂ ਧਾਰਨਾ ਹੀ ਪਾਣਾ ਇੱਕ ਵਾਰੀ ਠੀਕ ਹੈ ਨਾ ਗੁਰੂ ਦੇ ਲੜ ਲੱਗਣਾ ਹੀ ਪਾਣਾ ਨਹੀਂ ਤੇ ਤੁਸੀਂ ਜਿੰਨੀ ਵਾਰੀ ਮਰਜੀ ਘੁੰਮ ਘੁੰਮ ਕੇ ਆ ਜਾਓ ਬੈਗ ਜਦੋਂ ਮਰਨ ਦੇ ਗੇੜੇ ਚ ਪਈ ਜਾਓਗੇ ਆਈ ਜਾਓਗੇ ਪਰ ਛੜਕਾਰਾ ਤੁਹਾਡਾ ਉਦੋਂ ਹੀ ਆ ਜਦੋਂ ਗੁਰੂ ਵਾਲੇ ਬਣੋਗੇ ਤੇ ਸੋ ਜਦੋਂ ਸਾਨੂੰ ਇਹ ਕੁਐਸਚਨ ਆਇਆ ਕਿ ਜੀ ਮੈਂ ਜੇ ਹੁਣ ਚੜ੍ਹਾਈ ਕਰ ਜੰਨੀ ਆ ਹਾਂ ਹਾਂਜੀ ਤੇ ਮੇਰੇ ਤੁਸੀਂ ਗਰੰਟੀ ਲਾਓ ਕਿ ਮੈਂ ਇਹ ਤਾਂ ਨਰਕਾਂ ਚ ਨਹੀਂ ਪਾਵਾਂਗੀ ਜਾਂ ਮੈਂ ਜੂਨਾ ਚ ਨਹੀਂ ਪਾਵਾਂਗੀ ਕਿਉਂਕਿ ਮੈਨੂੰ ਤੁਸੀਂ ਤਾਂ ਅਮਰ ਸਿਖਾਉਂਦੇ ਨਹੀਂ ਪਏ ਹੁਣ ਤੇ ਮੇਰੇ ਤੇ ਕੋਈ ਗਰੰਟੀ ਨਹੀਂ ਆ ਮੈਂ ਕਿਨਾ ਚਿਰ ਹੈ ਗਈ ਆ ਸੋ ਉਸ ਤੋਂ ਬਾਅਦ ਥੋੜਾ ਜਿਹਾ ਇਹ ਵਿਚਾਰ ਚੱਲਦੇ ਰਹੀ ਜਿ세 ਬੰਦਿਆਂ ਨਾਲ ਹੋਰ ਨਾਲ ਵੀ ਡਿਸਕਸ ਕੀਤਾ ਗਿਆ ਕਿ ਕਿਦਾਂ ਕੀਤਾ ਜਾਵੇ ਤਾਂ ਫਿਰ ਇਹਨੂੰ ਥੋੜਾ ਜਿਹਾ ਆਪਾਂ ਜਿੱਦਾਂ ਕਹ ਲਵੋ ਵੀ ਪੋਲਾ ਜਾ ਕਰਤਾ ਕੰਮ 10% ਲਾਇਕ ਤਾਂ ਨਹੀਂ ਕਰਦਾ ਵੈਸੇ ਪਰ ਜਿੱਦਾਂ ਕਹ ਲਵੋ ਤੁਹਾਡੇ ਕੋਲ ਚੁਆਇਸ ਕੋਈ ਨਹੀਂ ਕੰਪਰੋਮਾਈਜ਼ ਕਰਨਾ ਪੈਂਦਾ ਕਿਉਂਕਿ ਹੁੰਦਾ ਇਹ ਵੀ ਸੀਗਾ ਕਿ ਜੇ ਅੱਜ ਉਸ ਬੀਬੀ ਜੀ ਨੂੰ ਅਸੀਂ ਇੱਥੋਂ ਮਨਾ ਕਰਦੇ ਆਂ ਇਸ ਜੱ세 ਦੇ ਵਿੱਚੋਂ ਵੀ ਇਹੀ ਪ੍ਰਾਤਨ ਮਿਆਦਾ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹ ਕਿਸੇ ਹੋਰ ਥਾਂ ਤੋਂ ਕਿਸੇ ਹੋਰ ਜੱ세 ਬੰਦੇ ਜਾ ਕੇ ਅਮਰਸ਼ਾਕ ਆਉਂਦੇ ਆ ਸੋ ਔਨਨ ਆਪਾਂ ਇਦਾਂ ਤਾਂ ਨਹੀਂ ਕਹਿ ਸਕਦੇ ਵੀ ਗੁਰੂ ਵਾਲੇ ਨਹੀਂ ਬਣੇ ਗੁਰੂ ਵਾਲੇ ਤੇ ਫਿਰ ਵੀ ਬਣ ਗਏ ਸੋ ਫਿਰ ਤੁਸੀਂ ਆਪਣਾ ਬ੍ਰਾਂਡ ਇੱਕ ਵੱਖਰਾ ਜਿਹਾ ਕ੍ਰੀਏਟ ਕਰ ਲਿਆ ਇੱਕ ਵੱਖਰਾ ਬ੍ਰਾਂਡਿੰਗ ਜੀ ਸ਼ੁਰੂ ਹੋ ਜਾਂਦੀ ਹੈ ਤਦਾਂ ਸੋ ਫਿਰ ਇਹਦੀ ਵੀ ਇਹ ਵਿਚਾਰ ਕੀਤਾ ਸਿੰਘਾਂ ਦੇ ਵਿੱਚ ਵੀ ਜਿਹੜਾ ਅਮਰਤ ਇਦਾਂ ਛਕਾਰ ਦਿੱਤਾ ਜਾਵੇ ਪਰ ਅਸੀਂ ਨਾਲ ਇਹ ਰਿਕਵੈਸਟ ਕਰੀ ਦੀ ਆ ਚਾਹੇ ਕੋਈ ਸਿੰਘਣੀ ਆ ਚਾਹੇ ਸਿੰਘ ਆ ਭਾਈ ਜਦੋਂ ਤੁਸੀਂ ਤੁਹਾਡੇ ਸਿੰਘ ਦਾ ਸਿੰਘਣੀ ਜਿਹੜਾ ਵਾ ਉਹ ਤਿਆਰ ਪਰ ਤਿਆਰ ਹੋ ਗਿਆ ਅਮਰ ਛਕਣਗੇ ਤੁਸੀਂ ਨਾਲ ਲੈਣਾ ਦੋਵੇਂ ਉਹਦਾ ਉਹਦਾ ਰੀਜ਼ਨ ਇਹ ਆ ਕਿ ਜਿਸ ਤਰ੍ਹਾਂ ਹੁਣ ਆਪਾਂ ਘਰਾਂ ਦੇ ਵਿੱਚ ਭਾਂਡੇ ਧੁੰਦੇ ਆ ਹਾਂਜੀ ਉਹ ਭਾਂਡੇ ਸੁੱਚੇ ਵੀ ਆ ਝੂਠੇ ਵੀ ਆ ਆਪਣੇ ਮੋਸਟਲੀ ਸਿੰਕ ਦੇ ਵਿੱਚ ਦੋ ਹਿੱਸੇ ਬਣੇ ਹੁੰਦੇ ਆ ਇੱਕ ਪਾਸੇ ਆਪਾਂ ਸੁੱਚੇ ਭਾਂਡੇ ਰੱਖੀ ਜਾਂਦੇ ਆ ਇੱਕ ਪਾਸੇ ਆਪਾਂ ਧੋਣ ਵਾਲੇ ਭਾਂਡੇ ਰੱਖੇ ਹੁੰਦੇ ਆ ਸੋ ਜੇ ਸੁੱਚੇ ਭਾਂਡਿਆਂ ਦੇ ਵਿੱਚ ਆਪਾਂ ਝੂਠਾ ਭਾਂਡਾ ਰੱਖਦੇ ਨੇ ਇੱਕ ਵੀ ਤਾਂ ਸਾਰੇ ਭਾਂਡੇ ਆਪਾਂ ਨੂੰ ਦੁਬਾਰਾ ਧੋਣੇ ਪੈਂਦੇ ਬੇਸਿਕਲੀ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੀ ਝੂਠ ਜਿਹੜੇ ਕਿੰਨਾਕ ਨੂੰ ਲੱਗੀ ਨਾਲ ਠੀਕ ਹੈ ਨਾ ਸੋ ਇਸ ਤਰ੍ਹਾਂ ਜੇ ਜਿਹੜੇ ਹਸਬੰਡ ਵਾਈਫ ਜਿਹੜੇ ਪਤੀ ਪਤਨੀ ਯੰਗ ਏਜ ਦੇ ਵਿੱਚ ਆਉਂਦੇ ਆ ਅਮਰ ਸ਼ਕਨ ਵਾਸਤੇ ਤੇ ਉਹਨਾਂ ਦੇ ਵਿੱਚੋਂ ਇੱਕ ਜਣਾ ਤਿਆਰ ਨਹੀਂ ਅਜੇ ਹਾਂਜੀ ਜੇ ਕੋਈ ਬੀਬੀ ਆ ਉਹਨੂੰ ਹਜੇ ਲਾਉਣ ਪਾਉਣ ਦਾ ਸ਼ੌਂਕ ਆ ਪਾਰਟੀਆਂ-ਬੋਟੀਆਂ ਜਾਣਾ ਨਵੇਂ-ਨਵੇਂ ਕੈਨੇਡਾ ਆਈ ਆ ਤੇ ਉਹਨੂੰ ਲੱਗਦਾ ਵੀ ਮੈਂ ਤਾਂ ਵਰਤ ਨਹੀਂ ਮੱਲੇ ਇਸ ਤਰ੍ਹਾਂ ਤੇ ਜੇ ਕੋਈ ਸਿੰਘ ਆ ਤੇ ਬੀਬੀ ਅਮਰ ਸਖਣਾ ਚਾਹੁੰਦੀ ਉਹ ਕਹਿੰਦਾ ਮੈਂ ਤਾਂ ਹੁਣੇ ਕੈਨੇਡਾ ਆਇਆ ਮੈਂ ਥੋੜਾ ਹੀ ਰੂਰ ਬਣ ਕੇ ਵੇਖਾਂ ਜੇ ਮੜਾ ਜਾ ਜਾਂ ওভারਟਾਈਮ ਲਾਉਣਾ ਜੇ ਮੈਂ ਬੜਾ ਕੁਝ ਕਰਨਾ ਮੇਰੇ ਕੋ ਕਿੱਥੇ ਟਾਈਮ ਬਾਣੀਆਂ ਪੜਨ ਦਾ ਜੇ ਠੀਕ ਹੈ ਨਾ ਸੋ ਇਸ ਤਰ੍ਹਾਂ ਦੀ ਸੋਚ ਜਿਹੜੀ ਆਉਂਦੀ ਆ ਉਹਦੇ ਵਿੱਚ ਕੰਟਰਡਿਕਸ਼ਨ ਕ੍ਰੀਏਟ ਹੋ ਜਾਂਦੀ ਆ ਵੀ ਹੁਣ ਤੁਸੀਂ ਬਾਕੀ ਸਾਰੇ ਕੰਮ ਤੇ ਇਕੱਠੇ ਕਰੋਗੇ ਠੀਕ ਹੈ ਜੀ ਮਾਰਗੇਜਾਂ ਪਰ ਅਮਰ ਤੋਂ ਤੁਸੀਂ ਵੱਖੋ ਵੱਖਰਾ ਛਕੋਗੇ ਸੋ ਬੇਸਿਕਲੀ ਪ੍ਰੈਕਟੀਕਲ ਤੇ ਨਹੀਂ ਹੈਗਾ ਇਹ ਜੀ ਠੀਕ ਹੈ ਨਾ ਜਿੱਦਾਂ ਝੂਠੇ ਭਾਂਡੇ ਦੀ ਮੈਂ ਐਗਜ਼ਾਮਪਲ ਦਿੱਤੀ ਆ ਵੀ ਹੁਣ ਇੱਕ ਜਣਾ ਜਿਹੜਾ ਖਾਸ ਕਰਕੇ ਯੰਗ ਕਪਲ ਆ ਉਹਨਾਂ ਦੇ ਵਿੱਚੋਂ ਇੱਕ ਜਣਾ ਜੇ ਅਮਰ ਛਕਦਾ ਹੁਣ ਉਹਨਾਂ ਦਾ ਗ੍ਰਸਥ ਵੀ ਚੱਲਦਾ ਪਿਆ ਹਾਂਜੀ ਉਹਨਾਂ ਦਾ ਸੌਣ ਉੱਠਣ ਵੀ ਇਕੱਠਿਆ ਖਾਣ ਪੈਣ ਵੀ ਇਕੱਠਿਆ ਹੁਣ ਹੁਣ ਆਪਾਂ ਜੇ ਅਮਰਤਾ ਲਈ ਸਿੱਖਿਆ ਉਹ ਬੇਅਮਰਤੀ ਦੇ ਝੂਠਾ ਨਹੀਂ ਖਾ ਸਕਦਾ ਉਹ ਬੇਅਮਰਤੀ ਇਹਨਾਂ ਸੰਗ ਨਹੀਂ ਕਰ ਸਕਦਾ ਹਾਂਜੀ ਆਪਣੇ ਪਤੀ ਪਤਨੀ ਦੇ ਵਿੱਚ ਜੇ ਆਪਾਂ ਸਿਰਫ ਕਰ ਸਕਦੇ ਆ ਹੁਣ ਭਾਵੇਂ ਪਤੀ ਪਤਨੀ ਹੈ ਵੀ ਆ ਪਰ ਇੱਕ ਅਮਰਦਾਰ ਇੱਕ ਇੱਕ ਨਾਨ ਅਮਰਦਾਰੀ ਹੈ ਹਾਂਜੀ ਉਹ ਪੱਤੇ ਦੀ ਵੀ ਉਹ ਹਦਾ ਉਹ ਖਾਂਦਾ ਪੀਂਦਾ ਵੀ ਉਹ ਹਦਾ ਸ਼ਰਾਬ ਵੀ ਪੀਂਦਾ ਹੁੰਦਾ ਹੁਣ ਇੱਕ ਜਣੇ ਨੇ ਅਮਰ ਛਕ ਲਿਆ ਦੂਜਾ ਜਣਾ ਸਭ ਕੁਝ ਕਰਨ ਰਿਆ ਪਰ ਤੁਸੀਂ ਉਹ ਤਾਂ ਜਿਹੜੇ ਝੂਠਾ ਵੀ ਖਾਂਦੇ ਜੇ ਉਹਦੇ ਨਾਲ ਸੰਗ ਵੀ ਕਰਦੇ ਪਏ ਜੇ ਫਿਜ਼ੀਕਲੀ ਵੀ ਹਨਾ ਤੇ ਗ੍ਰਸਥ ਵੀ ਤੁਹਾਡਾ ਜੀਵਨ ਚੱਲਦਾ ਪਿਆ ਹੁਣ ਤੁਸੀਂ ਕਿਤਨਾ ਨੂੰ ਕਨਸੈਪਟ ਨੂੰ ਕਲੀਅਰ ਕਰੋਗੇ ਵੀ ਤੁਸੀਂ ਦੋਵੇਂ ਓਕੇ ਹੈਗੇ ਫਿਰ ਉਸ ਕਰਕੇ ਉਹਨਾਂ ਨੂੰ ਕਹੇ ਦੋ ਭਾਈ ਠੀਕ ਹੈ ਜੇ ਤੂੰ ਅੱਜ ਤਿਆਰ ਆ ਤੂੰ ਅਮਰ ਛਕ ਲਾ ਪਰ ਜਦੋਂ ਤੇਰਾ ਸਿੰਘ ਜਸ ਸਿੰਘ ਨੇ ਤਿਆਰ ਹੋ ਗਏ ਤੁਹਾਨੂੰ ਦੁਬਾਰਾ ਅਮਨ ਛਕਣਾ ਪੈਣਾ ਦੁਆਣ ਵਾਗੇ। ਅੱਛਾ ਜੀ। ਹਾਂ ਜੀ ਇੰਨੀ ਕ ਆਪਸ਼ਨ ਦੇ ਦਿੱਤੀ ਆ। ਹਾਂ ਜੇ ਕੋਈ ਇਹ ਕਹਿ ਦਵੇ ਹਸਬੰਡ ਵਾਈਫ ਦੇ ਵਿੱਚੋਂ ਕੋਈ 올ਡ ਕਪਲ ਆ 올ਡ ਏਜ ਕਪਲ ਆ ਉਹ ਇੰਨੀ ਗੱਲ ਕਹਿਂਦਾ ਵੀ ਸਾਡਾ ਹੁਣ ਖਾਣ ਪਾਣ ਸਾਡਾ ਸੌਣ ਪ੍ਰਾਣ ਵੱਖਰਾ ਵਾ। ਠੀਕ ਹੈ ਨਾ? ਵੀ ਸਾਡੀ ਹੁਣ ਕੋਈ ਅਹੀਂ ਮਤਲਬ ਯੰਗ ਨਹੀਂ ਆ ਜਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਡਿਪੈਂਡੈਂਸੀ ਨਹੀਂ ਇੱਕ ਦੂਜੇ ਦੇ ਉੱਤੇ। ਅਸੀਂ ਆਪਣਾ ਖਾਣੇ ਪੀਣੇ ਆਪਣਾ ਸੌਣੇ ਕਰਦੇ ਆ ਤੇ ਫੇਰ ਉਹਨਾਂ ਨੂੰ ਇਹ ਛਕਾ ਦਿੱਤਾ। ਉਹਨਾਂ ਨੂੰ ਫੇਰ ਦੁਬਾਰਾ ਆਉਣ ਦੀ ਲੋੜ ਨਹੀਂ ਕਿਉਂ ਠੀਕ ਹੈ ਪਰ ਉਹਰੇ ਚ ਵੀ ਉਹਨਾਂ ਨੇ انकरेज ਕਰੀਦਾ ਵਾ ਕਿ ਭਾਈ ਤੁਸੀਂ ਜੇ ਬੀਬੀ ਜੀ ਆਏ ਆ ਉਹਨਾਂ ਨੂੰ ਕਹ ਰ ਮਾਤਾ ਜੀ ਤੁਸੀਂ ਵੀ ਭਾਈ ਸਾਹਿਬ ਦੇ ਪਰਥਾਏ ਐਕਸਟਰਾ ਪਾਠ ਕਰ ਲਿਆ ਕਰੋ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰ ਲਿਆ ਕਰੋ ਕਿ ਮਹਾਰਾਜ ਉਹਨਾਂ ਨੂੰ ਵੀ ਸਮੱਤ ਬਖਸ਼ਣ ਉਹ ਵੀ ਤੁਹਾਡੇ ਨਾਲ ਇਸ ਕੰਮ ਦੇ ਵਿੱਚ ਚੱਲਣ ਕਿਉਂਕਿ ਜਿਹੜਾ ਗ੍ਰਸਥ ਧਰਮ ਹੈ ਦੋ ਪਹੀਏ ਆ ਹਸਬੰਡ ਵਾਈਫ ਹੈਨਾ ਹਾਂਜੀ ਹੁਣ ਜਦੋਂ ਸਕੂਟਰ ਦੀ ਆਪਾਂ ਗੱਲ ਕਰਦੇ ਆ ਹੁਣ ਇੱਕ ਪਹੀਆ ਆਪਾਂ ਲਾਧੀਏ ਤੇ ਇੱਕ ਪਹੀਏ ਨਾਲ ਚੱਲਦਾ ਨਹੀਂ ਸਦਾ ਉਹ ਠੀਕ ਹੈ ਨਾ ਸੋ ਇਸੇ ਕਰਕੇ ਇਹ ਇਹੋ ਹੀ ਬੇਨਤੀ ਕਰੀ ਦੀਏ ਕਿ ਜਦੋਂ ਵੀ ਕੋਈ ਛਕਣ ਆਉਂਦਾ ਅੰਮ੍ਰਿਤ ਉਹ ਇਕ ਕਿ ਜਦੋਂ ਆਪਾਂ ਸਾਰੇ ਦੁਨੀਆ ਦੇ ਕੰਮ ਇਕੱਠੇ ਕਰਨੇ ਆ ਤੇ ਇੱਕ ਅਮਰਤ ਸਿਕੰਦਰ ਦੇ ਜਹਾਜ਼ ਚੜ੍ਹਨ ਦੇ ਬਰਾਬਰ ਆ ਠੀਕ ਹੈ ਨਾ ਤੇ ਇੱਕ ਜਣਾ ਮੂੰਹ ਵਾਲੇ ਬੰਦਾ ਰਵੇ ਇੱਕ ਜਣਾ ਟਿਕਟ ਲੈ ਕੇ ਜਹਾਜ਼ ਚੜ੍ਹ ਜੂਏ ਤੋਂ ਫਿਰ ਚੰਗਾ ਨਹੀਂ ਲੱਗਦਾ ਮਨ ਨੂੰ ਸੋ ਇਹ ਵੀ ਇੱਥੇ ਥੋੜਾ ਜਿਹਾ ਆਪਾਂ ਨੂੰ ਨਕਾਰੇਜ ਕਰਨਾ ਚਾਹੀਦਾ ਕਿ ਜਦੋਂ ਕਿਸੇ ਦੇ ਇੱਕ ਤਾਂ ਮਨ ਬਣਿਆ ਦੂਜੇ ਨੇ ਨਹੀਂ ਵੀ ਮਨ ਬਣਿਆ ਸਿੰਘ ਵੱਖਰਾ ਟਾਈਮ ਕੱਢਦੇ ਇਹਦੇ ਵਾਸਤੇ ਇੱਥੇ ਮੈਨੂੰ ਇੰਡੀਆ ਦਾ ਨਹੀਂ ਪਤਾ ਪਰ ਇੱਥੇ ਸਾਰੇ ਸਿੰਘ ਇਸ ਕੰਮ ਲਈ ਵੱਖਰਾ ਟਾਈਮ ਕੱਢਦੇ ਆ ਕਿ ਉਸ ਬੰਦੇ ਨੂੰ ਜਾਂ ਬੀਬੀ ਨੂੰ ਐਜੂਕੇਟ ਕਰਨ ਵਾਸਤੇ ਵੀ ਪਾਈ ਤੇਰਾ ਮਨ ਕਿਉਂ ਨਹੀਂ ਬਣਿਆ ਇਹ ਜ਼ਰੂਰੀ ਚੀਜ਼ ਵੀ ਹੈ ਹਾਂਜੀ ਉਹ ਜ਼ਰੂਰੀ ਆ ਕਿਉਂਕਿ ਕਈ ਵਾਰੇ ਕਈਆਂ ਨੂੰ ਡਾਊਟ ਹੁੰਦਾ ਹਾਂਜੀ ਮੈਂ ਜੇ ਸ਼ਰਾਬ ਨਹੀਂ ਛੱਡ ਸਕਦਾ ਮੈਂ ਟਰਾਈ ਕਰਦਾ ਪਿਆ ਮੈਂ ਜੇ ਕੇਸ ਰੱਖਣੇ ਮੈਂ ਰੱਖਦਾ ਪਿਆ ਹਾਂਜੀ ਜਾਂ ਮੇਰਾ ਕੰਮ ਇਸ ਤਰ੍ਹਾਂ ਦਾ ਮੈਂ ਕੰਮ ਨਹੀਂ ਕਰ ਸਕਦਾ ਸੋ ਉੱਥੇ ਉਹਨਾਂ ਨੇ ਵਜਨ ਕਰ ਲਏਦੇ ਆ ਭਾਈ ਦੱਸ ਤਾ ਅਸੀਂ ਤਰੀਕੀ ਕੀ ਹੈਲਪ ਕਰ ਸਕਦੇ ਆ ਤੇ ਬਾਕੀ ਭਾਈ ਜੀ ਹਾਂਜੀ ਕਿਸੇ ਵੀ ਉਸ ਸਮੇਂ ਵੀ ਕਈ ਵਾਰੀ ਜਿਹੜਾ ਪ੍ਰਾਣੀ ਉਹਦਾ ਵੀ ਅਮਰਤ ਨਹੀਂ ਸਕਣਾ ਉਹਦਾ ਮਨ ਵੀ ਉੱਥੇ ਕਈ ਵਾਰੀ ਬੰਜਦਾ ਵੀ ਹਾਂਜੀ ਕਈ ਵਾਰੀ ਬੰਜਦਾ ਸੋ ਥੇ On the spot on the spot right ਇਹ ਕੱਗਲ ਇਹ ਜ਼ਰੂਰ ਕਰੀ ਦੀ ਆ ਭਾਈ ਜੇ ਤੂੰ ਤਿਆਰ ਹੋ ਕੇ ਆਉਣਾ ਤੂੰ ਸਾਨੂੰ ਦੱਸਦਾ ਤੇਰੇ ਕੋ ਕਿੰਨਾ ਕ ਸਮਾਂ ਹੈਗਾ ਜੋ ਕਹਿੰਦੇ ਮੈਂ 2-4 ਮਹੀਨੇ ਹਾਂ ਤੈਨੂੰ ਪੁੱਛ ਲਈਦਾ ਤੇ ਤੈਨੂੰ ਗਰੰਟੀ ਹੈਗੀ 2-4 ਮਹੀਨੇ ਹੈਗਾ ਤੂੰ ਹੂੰ ਮਾਰੇ ਤੇ ਕਹਿੰਦੇ ਇੱਕਦਮ ਦਾ ਨਹੀਂ ਪਤਾ ਜੇ ਤੈਨੂੰ ਕੋਈ ਗਰੰਟੀ ਹੈਗੀ ਆ ਤੇ ਫਿਰ ਅਜੀ ਜਰੋ ਤੇਰਾ ਜੀ ਕਰੂਗਾ ਤੇ ਜੇ ਤੂੰ ਫੀਲ ਕਰਦਾ ਮੇ ਮਾਰੇ ਤੇ ਆਪਾਂ ਨੂੰ ਇੱਕਦਮ ਦਾ ਵੀ ਗਰੰਟੀ ਦਿੰਦੇ ਕੋਈ ਵੀ ਤੇ ਹੁਣ ਤੇ ਤੇਰੇ ਲਈ ਆਪਰਚੂਨਿਟੀ ਹੈਗੀ ਆ ਤਿਆਰ ਬਾਤ ਤਿਆਰ ਆ ਸਾਰਾ ਕੰਮ ਸਿੰਘ ਨੇ ਤੇਰਾ ਤੇਰੀ ਤਿਆਰ ਜਾਂ ਸਿੰਘ ਤੇਰਾ ਤਿਆਰ ਆ ਹੁਣ ਕਿਨੂੰ ਡਿਕਣਿਆ ਠੀਕ ਹੈ ਨਾ ਜਿਹੜਾ ਤੂੰ ਜਿਹੜਾ ਤੂੰ ਕੰਮ ਕਰਨਾ ਵਾ ਉਹ ਤੇ ਤੈਨੂੰ ਹੁਣੇ ਹੀ ਕਹਿਣਾ ਜੇ ਵੀ ਤੂੰ ਕਰ ਤੇ ਫਿਰ ਸਾਡੇ ਕਹਿੰਦੇ ਕਰਨੀ ਫਰਕ ਕੀ ਪੈ ਜਾਊਗਾ ਠੀਕ ਹੈ ਨਾ ਇੰਨਾ ਹੀ ਫਰਕ ਹਨ ਬਸ ਹਾਂਜੀ 10 ਮਨ ਚਾਰੇ ਸੀ ਸਵਾਲ ਤੁਸੀਂ ਮੈਂਸ਼ਨ ਕੀਤਾ ਨਾ ਕਿ ਜੇ ਉਹ ਇਦਰੋਂ ਨਹੀਂ ਚਖਦੇ ਤੇ ਕਿ ਮੈਂ ਵੀ ਕਿਤੇ ਹੋਰ ਜਾ ਕੇ ਚਖ ਸਕਦੇ ਆ ਹਾਂਜੀ ਹਾਂਜੀ ਤੇ ਜੱਥੇ ਬੰਦੀਆਂ ਦੀ ਗੱਲ 'ਚ 10 ਨੂੰ ਆਇਆ ਕਿ ਪਹਿਲੇ ਕਹਿਆ ਜਾਂਦਾ ਸੀ ਜਿੱਦਾਂ ਬੁੱਢਾ ਦਲ ਚਖਾਂਦਾ ਸੀ ਅੰਮ੍ਰਿਤ ਹਾਂਜੀ ਤੇ ਬੁੱਢਾ ਦਲ ਹੀ ਚਖਾਂਦਾ ਸੀ ਇਦਾਂ ਬੜੀ ਵਾਰ ਸੁਣਿਆ ਹੋਇਆ ਹੈ ਤੇ ਉਹਲੀ ਚੀਜ਼ ਬਦਲੀ ਹੈ ਕਿ ਸ਼ੁਰੂ ਚ ਵੀ ਇਦਾਂ ਹੁੰਦਾ ਸੀ ਕਿ ਬੁੱਢਾ ਦਾਲ ਵਿੱਚ ਖਾਂਦਾ ਤੇ ਹੋਰ ਵੀ ਛੋਟੀ ਜਿਹੀ ਜਥੇਬੰਦੀਆਂ ਕਿਤੇ ਹੋਰ ਚੁਕਾਉਂਦੀਆਂ ਨੇ ਦੇਖੋ ਜੀ ਦਾਸ ਦੀ ਨੌਲੇਜ ਇਹਦੇ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਮੈਂ ਮਾਫੀ ਚਾਹੁੰਦਾ ਵੀ ਇੱਕੋ ਹੀ ਦਾਲ ਸ਼ਕਾਉਂਦਾ ਸੀਗਾ ਸੋ ਉਹ ਸਦਾਬ ਜੀ ਨੂੰ ਕਿਤੇ ਪਤਾ ਲੱਗਾ ਪਰ ਮੇਰੇ ਖਿਆਲ ਚ ਇਹੋ ਹੀ ਆਇਆ ਵੀ ਜਿੱਥੇ ਵੀ ਪੰਜ ਸਿੰਘ ਤਿਆਰ ਬਰ ਤਿਆਰ ਹੈ ਨਾ ਜੀ ਉਹ ਦੇ ਆ ਜੈਸੇ ਬੰਦੀ ਇਟਸੈਲਫ ਠੀਕ ਹੈ ਨਾ ਜੀ ਉਹ ਗੁਰੂ ਦਾ ਸਰੂਪ ਹੀ ਆ So and the other thing to just add on to is like they all like I've heard often say that we talk that the But we also have to look now that there are so many like there's been a lot of six in the diaspora, maybe right? North America, we um, have Europe, which and for some it may not be feasible to go back to Punjab for whatever reason, right? Or, may, or, make, a taq taq or make the duck outside, right? So that's not feasible. So that's why like the the biddies there right, the Mariyat does there that Amrish, Amrish outside for those that can't go back to the doctor to take Amrit. Mm -hmm. yeah. And Vijay, when, when a Bilakis come to take Amrit, mm -hmm. hai na, mm -hmm. uh, since you're young and you have older things with you, yeah. do, you do you feel any difference uh, in the perspective when somebody's uh, taking Amrit? Because you obviously yeah. talk to them as well, right? Yeah, do yeah, do so you feel that different uh, age groups help uh, the person who's like, who who showed yeah, yeah. up? I think so. Like I've, I've had a lot of younger, uh, younger kids. They, they'll often come to me Right, okay. they'll hear me speak English and be like, okay, like he can speak English. And some of them, just like myself, the Punjabi right? They may not understand. And then we've often we had a lot, we there's a lot of like non-Punjabis that come to take Amrit too. G. So it's it's always good to have when the, a lot of things speak English, but when they see someone younger, they're able to connect to them a lot better. So they can ask them questions, right, about the process. I even had a lot of things come up to me, a lot of like younger kids come up to me after Amrit's entire, maybe a couple of weeks after, and they'll be like, Oh yeah, you were there, I had a few questions for you right okay. can you can you ask my qu they have questions about that that they just forgot right so it's, it's always good to have that connection there and then from there you can kind of help them guide guide them back into the right path or guide them on the right path true yeah so it just helps build that that report that connection with them And I think maybe it helps uh, when when you guys like when panch payre sit together and you are supposed to like bring out a matter or you're discussing about a problem it really helps out because you have different groups from jay. different backgrounds yeah, with yeah. their different uh, mindsets 100% hanji hanji Asi shuruaat to dekhe ji ye diversity shuru to hai ji singha de vich Hm jadon sing jadon main odo main bahut young si I was just 25 hanji baaki sing older lagde si mainu apne ton ਹੁਣ ਮੈਨੂੰ ਭਾਈ ਗੁਰਦੇਵ ਸਿੰਘ ਜੀ ਕਹਿੰਦੇ ਤੁਸੀਂ ਹੋਲਡਰ ਜੀ ਠੀਕ ਹੈ ਉਹ ਇਹ ਦਾ ਵਰਤੀ ਸ਼ੁਰੂ ਹੋ ਗਈ ਹਾਂਜੀ ਤੇ ਜਦੋਂ ਏਦਾਂ ਫਿਰ ਜਦੋਂ ਕੋਈ ਬਿਲਕੀ ਜਾਂਦਾ ਐ ਐਂਡ ਅਸੀਂ ਹੁਣ ਗੱਲ ਕੀਤੀ ਕਿ ਮਹਾਰਾਜ ਜੀ ਕਿੰਨਾ ਅੱਛਾ ਇੱਕ ਸਿਸਟਮ ਸਾਨੂੰ ਬਖਸ਼ਿਆ ਜਿੱਤੇ ਜੀ ਜੇ ਕਿਸੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਉਹ ਸ਼ੋਅ ਅਪ ਕਰ ਸਕਦਾ ਹੈ ਨਾ ਤੇ ਹੁਣ ਦਾ ਇੱਥੇ ਗੱਲ ਆਉਂਦੀ ਹੈ ਕਿ ਇੱਕ ਹੁੰਦੀ ਜਿੱਦਾਂ ਕਿ ਅਸੀਂ ਤਨਖਾਹ ਲਗਾਨੇ ਪੰਜਾ ਕੋ ਲਾ ਕੇ ਜਿਹੜੀ ਸਾਨੂੰ ਜਿਵੇਂ ਪਨਿਸ਼ਮੈਂਟ ਅਸਵੀਤਨਖਾ ਕਹਿੰਨੇ ਆ ਵੱਡੇ ਕਹਿੰਦੇ ਕਿ ਜਦੋਂ ਅਸੀਂ ਕੋਈ ਬੱਜਰ ਕਰਿਆਤ ਕਰਦੇ ਆ ਤੇ ਉਦੋਂ ਤੁਸੀਂ ਇੱਕ ਪੇਸ਼ ਹੋਣਾ ਤੇ ਸਵਾਲ ਇਹ ਹੈ ਕਿ ਆਪ ਜੀ ਜੇ ਦੇ ਕਾਰਨ ਪੇਸ਼ ਹੋਣਾ ਪੈਂਦਾ ਐਨੀ ਵਨ ਸੋ ਦ ਪਿੰਡਵ ਦੇ ਟੁਕ ਕਾ ਜਮਤ ਹਲਾਲ ਹਰਾਮ ਤੇ ਸ਼ਰਾਬ ਅਮ ਸੋ ਜਸਟ ਟੂ ਇੰਗਲਿਸ਼ ਟ੍ਰਾਂਸਲੇਟ òm ਇੰਗਲਿਸ਼ ਅਮ ਅਡਲਟਰੀ ਦੈਟਸ ਵਨ ਅਮ ਗੇਸ ਕਟਨੇ ਨਸ਼ਾ ਕੋਈ ਵਰਤਨਾ ਅਮ ਸ਼ਰਾਬ ਵਰਤਨ ਤੇ ਹੁਕਾ ਹਜਮਤ ਹਲਾਲੋ ਹਰਾਮ ਹਲਾਲ ਤੇ ਆਸਤਾ ਹਾਂਜੀ ਹਾਂਜੀ ਸੋ ਪੰਜ ਹੋ ਗਈਆਂ ਉਹ ਦੋਸਰ ਦੇ ਬਜਾ ਕਰਤਨ ਦੇ ਹਾਂਜੀ ਅਚਾਰ ਨਹੀਂ ਸੀ ਸੋ ਇਤਰਾ ਆਪਾਂ ਜਿੱਤਾ ਹੁੱਕਾ ਹਜਾਮਤ ਹਾਂਜੀ ਇਹ ਸਿੰਘਾ ਨੇ ਕੋਡਵਰਡ ਬਣਾਇਆ ਸ਼ਾਰਟਕਟ ਜਿੱਤਾ ਬਣਾਇਆ ਹੈ ਨਾ ਇਰਤ ਨਾਵੇਂ ਚੰਦਾ ਜੀ ਹੁੱਕਾ ਹਜਾਮਤ ਹਲਾਲੋ ਹਰਾਮ ਸੋ ਹੁਕਾ ਦੇ ਵਿੱਚ ਆਉਂਦਾ ਮੈਂ ਇਹ ਹੁਕਾ ਜਿਹਦਾ ਹੁਕਾ ਪੀਂਦੇ ਸੀ ਨਾ ਮੁਸਲਮਾਨ ਲੋਕ ਸੋ ਹੁੱਕੇ ਦਾ ਮਤਲਬ ਟੋਟਲੀ ਆਪਾਂ ਲੋਣੇ ਤੰਬਾਕੂ ਨਾਲ ਰਿਲੇਟਡ ਕੋਈ ਵੀ ਪ੍ਰੋਡਕਟ ਨਸ਼ਾ ਹਾਂਜੀ ਹਾਂਜੀ ਤੇ ਜਿਤਨਾ ਆਪਾਂ ਸਿਗਰਟ ਆ ਹੁੱਕਾ ਵਾ ਕੋਈ ਇਸ ਤਰ੍ਹਾਂ ਦਾ ਕੋਈ ਨਸ਼ਾ ਜਿਹੜਾ ਆਪਾਂ ਨੂੰ ਵਰਜਿਤ ਆ ਜੀ ਸੋ ਉਹਦੀ ਮਨਾਈ ਆ ਹਾਂਜੀ ਸੋ ਹੁਕਾ ਉਹ ਕੌਨ ਨੂੰ ਰਿਪਰਿਜ਼ੈਂਟ ਕਰਦਾ ਹੈ ਕਿ ਜਿਹੜਾ ਜਿਹੜਾ ਲੋਕ ਤਮਾਕੂ ਪੀਂਦੇ ਹਨ ਸੋ ਬੇਸਿਕਲੀ ਹੁ ਕਹਿਣਾ ਪਹਿਲਾ ਨੰਬਰ ਤੇ ਜਿਹੜਾ ਕਨੈਕਟ ਕਰਦੀ ਨਾ ਚੀਜ਼ ਇੱਕ ਮਤਲਬ ਇੰਗਰੀਡੀਐਂਟ ਦੇ ਵਿੱਚੋਂ ਉਹ ਤਮਾਕੂ ਕਰਦੀ ਹੈ ਓਕੇ ਜੀ ਸੋ ਤਮਾਕੂ ਸ਼ਕਤੀ ਨਾਲ ਬਣਾਈ ਆ ਠੀਕ ਹੈ ਸੋ ਇਹਦੇ ਨਾਲ ਹੁਣ ਸਮੇਂ ਦੇ ਹਿਸਾਬ ਨਾਲ ਹੋਰ ਨਸ਼ੇ ਐਡ ਹੋ ਗਏ ਹਾਂਜੀ ਕੋਈ ਸਿੰਥੈਟਿਕ ਹੈਰੋਨ ਵਗੈਰਾ ਹੋ ਗਈ ਜਾਂ ਹੋਰ ਚੀਜ਼ਾਂ ਐਡ ਹੋ ਜਾਂਦੀਆਂ ਇਹ ਸਾਰੀਆਂ ਉਸੇ ਕੈਟਾਗਰੀ ਥੱਲੇ ਹੁੰਦੀਆਂ ਉਸੇ ਉਸੇ ਟਾਈਟਲ ਥੱਲੇ ਹੁੰਦੀਆਂ ਹੁਕੇ ਥੱਲੇ ਅੱਛਾ ਜੀ ਠੀਕ ਹੈ ਕੋਈ ਵੀ ਕਿਸਮ ਦਾ ਨਸ਼ਾ ਹੁਕੇ ਥੱ ਦੇ ਜਿਹੜੇ ਤਮਾਕੂ ਦੀ ਪੁੱਠ ਚੜੀ ਆ ਜਿਹਦੇ ਵਿੱਚ ਕੋਈ ਏਦਾਂ ਦਾ ਸਬਸਟੈਂਸ ਪਾਇਆ ਆ ਜਿਹੜਾ ਤੁਹਾਨੂੰ ਤੁਹਾਡੀ ਬੁੱਧੀ ਕੰਮ ਨਹੀਂ ਕਰਦੀ ਜਾਂ ਨਹੀਂ ਮੁਰੁੱਤ ਪਰ ਠੀਕ ਹੈ ਰਿਸਟ ਟੁ ਕਲੀਅਰਫਾਈ ਦਾ ਰੀਜ਼ਨ ਆਈ ਆ ਵਕਰੇ ਸ਼ਰਾਬ ਗਿੰਦੇਸ ਸਮ ਟਾਈਮਸ ਪੀਪਲ ਆਸਕ ਵੀ ਉਹ ਨਾ ਵੀ ਆ ਕੈਨਟ ਯੂਜ਼ ਐਨੀ ਡਰੱਗਸ ਬਟ ਕੈਨ ਡਰਿੰਕ ਐਲਕੋਹਲ ਸੋ ਫੋਰ ਆਈ ਆਲਵੇਸ ਸੇ ਦੈਟ ਵੀ ਸ਼ੁੱਡ ਆਲੋ ਵਕਰੇ ਮੈਂ ਕੰਮ ਕਰਦਾ ਮੈਂ ਬਲੈਕਬੈਰੀ ਵੀ ਕੰਮ ਕਰਦਾ ਰਿਹਾ ਉੱਥੇ ਵੀ ਜਿੱਤਰਾ ਕੋਈ ਗੋਰੇ ਆ ਜਾਂ ਕੋਈ ਹੋਰ ਆ ਉਹ ਦੇਖਦੇ ਵੀ ਇਹ ਸਿੰਘ ਬੈਠਾ ਉਹਨਾਂ ਨੇ ਤਾਂ ਪਤਾ ਪੰਜਾਬ ਤੋਂ ਆ ਉਹ ਮੈਨੂੰ ਹੁਣ ਵਾਈਨ ਦੇ ਬ੍ਰਾਂਡ ਪੁੱਛਣ ਹੁੰਦੇ ਨੇ ਮੈਂ ਨਾ ਆਪਣੀ ਹੱਦ ਵਿੱਚ ਹੀ ਦੱਸ ਦਿਆ ਹਾਂ ਤੇ ਮੈਂ ਹੁਣ ਆਫੈਂਸਿਵ ਨਹੀਂ ਹੁੰਦਾ ਮੈਨੂੰ ਪਤਾ ਵੀ ਚਲੋ ਅਗਲਾ ਕੁਝ ਸਿੱਖ ਕਰਦਾ ਪਿਆ ਕੋਈ ਐਜੂਕੇਸ਼ਨ ਗੇਨ ਕਰਨ ਆਇਆ ਹੋਇਆ ਤੇ ਮੇਰਾ ਫਰਜ਼ ਬੰਦਾ ਮੈਨੂੰ ਐਜੂਕੇਟ ਕਰਾਣਾ ਨਾ ਗੱਲ ਪੈ ਜਾਉ ਮਤਲਬ ਹਣਾ ਸੋ ਮੈਂ ਉਹ ਪਹਿਲਾ ਕੁਐਸਚਨ ਇਹ ਪੁੱਛਦਾ ਵੀ ਤੈਨੂੰ ਕਦੋਂ ਲੱਗਾ ਮੈਨੂੰ ਬ੍ਰਾਂਡ ਪਤਾ ਵਾ ਉਹ ਕਹਿੰਦਾ ਵੇਰ ਐ ਵੇ ਸੀ ਗਾਇ ਯੂ ਲਾਈਕ ਹੂ ਹੈਵ ਦਿਸ ਤਰਬਨ ਓਨ ਹੈਡ ਐਂਡ ਦੇ ਨੋ ਆਲ ਦ ਬ੍ਰਾਂਡਸ they have lot of them in the, the, like a big lots in their trunk <laughs> yeah, you know yeah. in car trunks so i thought you might have a very good experience so feru nu samjhana painda ve nahi bhai oh vi sade bhai hi a par assi ohna nu eh nahi kende ve maade ya par oh ajje nahi chhad sake inna chizaan nu par unje sade manai hai assi 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 je sikkh jehda hoya na jehda sikkh jero tusi baptized sikkh ban jande je jado ikatra paunde fir ohnu dassida ve panch ka kar me paaye ohna ne panch ka kar nahi paaye hoye ਹਾਂਗੇ ਸਾਡੇ ਉਹ ਭਰਾ ਹੀ ਆ ਸਾਨੂੰ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਕੋਈ ਦੁਸ਼ਮਣੀ ਨਹੀਂ ਆ ਪਰ ਦੇ ਆਰ ਨਾ ਜਸਟ ਨਾਟ ਔਨ ਦਾ ਪਾਥ ਏਟ ਠੀਕ ਹੈ ਠੀਕ ਹੈ ਨਾ ਜਿੱਦਾਂ ਤੁਸੀਂ ਕੋਈ ਦੋ ਭਰਾ ਤੁਰੇ ਜਾਂਦੇ ਨੇ ਇੱਕ ਘਰ ਪਹਿਲਾਂ ਪਹੁੰਚਣ ਵਾਲਾ ਇੱਕ ਪਿੱਛੇ ਜਾਂਦਾ ਤੁਸੀਂ ਇਥੇ ਕਿ ਪਿੱਛੇ ਰਹਿ ਗਿਆ ਮੇਰਾ ਭਰਾ ਨਹੀਂ ਏ ਉਹ ਵੀ ਆ ਹੀ ਜਾਏਗਾ ਘਰ ਕਿਸ ਦਿਨ ਪਰ ਤੁਸੀਂ ਆਸਤ ਰੱਖਣਾ ਆਉਣ ਦਾ ਤੁਹਾਡੇ ਵੱਲ ਨਹੀਂ ਉਹ ਤੁਸੀਂ ਉਹਦੇ ਲਈ ਵੇਟ ਤੇ ਕਰੋ ਨਾ ਥੋੜੀ ਜੀ ਉਹਨੂੰ ਰਾਹ ਤੇ ਦਿਖਾਓ ਨਾ ਭਾਈ ਮੈਂ ਇਧਰ ਨੂੰ ਜਾਣ ਦਾ ਘਰ ਨੂੰ ਜਾਣ ਦਾ ਮੈਂ ਤਾਂ ਆ ਜਾ ਤੂੰ ਵੀ ਸੋ ਕਲ ਡਰੱਗਸ ਦੀ ਆ ਪਰ ਸ਼ਰਾਬ ਹਾਂਜੀ ਸੋ ਸ਼ਰਾਬ ਨੂੰ ਨਾਲ ਅਟੈਚ ਕੀਤਾ ਜਾਂਦਾ ਕਿਉਂਕਿ ਸ਼ਰਾਬ ਨੂੰ ਇਦਾਂ ਸੋਚਦੇ ਵੀ ਤਮਾਕੂ ਨਾਲੋਂ ਇੱਕ ਡਿਫਰੈਂਟ ਸਬਸਟੈਂਸ ਹੈ ਕੰਪਲੀਟਲੀ ਕਿਉਂਕਿ ਤਮਾਕੂ ਨੇਚਰਲ ਹੈ ਜੀ ਜੀ ਠੀਕ ਹੈ ਨਾ ਹੁਣ ਆਪਾਂ ਨੇਚਰਲ ਸਿੰਥੈਟਿਕ ਵਾਟ ਐਵਰ ਉਹਨਾਂ ਨੂੰ ਆਪਾਂ ਇਕੱਠੇ ਕਰ ਦਿੰਨੇ ਆ ਵੀ ਕਿਸੇ ਕਿਸਮ ਦਾ ਨਸ਼ਾ ਠੀਕ ਹੈ ਨਾ ਆਪਾਂ ਨੂੰ ਮੰਨਾ ਇਹ ਹੋ ਗਿਆ ਪਹਿਲਾਂ ਸੋ ਜੇ ਤੁਸੀਂ ਇਹ ਕਰੈਚ ਕੀਤੇ ਹੁੱਕੇ ਥੱਲੇ ਆ ਗਈ ਇਹ ਬੱਜਰ ਕਰੈਚ ਹੋਣਾ ਠੀਕ ਹੈ ਕਿਸੇ ਕਿਸਮ ਦਾ ਕੋਈ ਨਸ਼ਾ ਤਮਾਕੂ ਸ਼ਰਾਬ ਕੋਈ ਸਿੰਥੈਟਿਕ ਨਸ਼ਾ ਕੋਈ ਇਸ ਤਰ੍ਹਾਂ ਦਾ ਕਰਦੇ ਜੇ ਹਨਾ ਇਹ ਇਹ ਤੁਸੀਂ ਨਸ਼ਾ ਜੇ ਨਸ਼ਾ ਸਮਝ ਕੇ ਕਰਦੇ ਜੀ ਤੇ ਹੁਣ ਆਪਾਂ ਟੈਨਲ ਵੀ ਖਾਣੇ ਉੱਚ ਵੀ ਸਬਸਟੈਂਸ ਤੇ ਮਾੜੀ ਮੁੱਢੇ ਪਈ ਹੁੰਦੀ ਆ ਪਰ ਉਹਨੂੰ ਆਪਾਂ ਇਗਨੋਰ ਕਰਦੇ ਆ ਠੀਕ ਆ ਜੀ ਠੀਕ ਆ ਪਰ ਜੇ ਤੁਸੀਂ 10 ਗੋਲੀਆਂ ਰੋਇ ਟੈਨਲ ਦੇ ਖਾਂਦੇ ਆ ਐ ਟੱਲੀ ਹੋਣ ਵਾਤੇ ਉਹ ਮਨਾ ਗਿਆ ਠੀਕ ਹੈ ਨਾ ਉਹ ਵੀ ਤੁਹਾਨੂੰ ਦੱਸ ਦਈਏ ਪਹਿਲਾਂ ਵੀ ਟੈਨਲ ਦਾ ਮਤਲਬ ਇਹ ਨਹੀਂ ਵੀ ਟੈਨਲ ਲਾਊਡਰ ਟੈਨਲ ਦਾ 10 ਗੋਲੀਆਂ ਖਾ ਕੇ ਲੰਮੇ ਪੈ ਜਾਗੇ ਹਾਂ ਜੀ ਠੀਕ ਉਹ ਵੀ ਨਸ਼ਾ ਹੀ ਆ ਫਿਰ ਉਹ ਵੀ ਫਿਰ ਬਣਾਵਾ ਹਾਂ ਪਰ ਜੇ ਤੁਸੀਂ ਉਤਰਾ ਖਾਧੀ ਉਤਰਾ ਸਿਰ ਦੋਦਾ ਜ ਕਿਸੇ ਵੇਲੇ ਕੱਦੀ ਖਾਲੀ ਆ ਤੇ ਕੋਈ ਗੱਲ ਨਹੀਂ ਠੀਕ ਹੈ ਸੋ ਹੁਕਾ ਹਜਾਮਤ ਹਜਾਮਤ ਦਾ ਮਤਲਬ ਹੁੰਦਾ ਸ਼ੇਵ ਕਰਨੀ ਕੇਸ ਕੱਟਨੇ ਕੇਸਾਂ ਦੀ ਬਿਦਬੀ ਕਰਨੀ ਹੁਣ ਇਹਨੂੰ ਵੀ ਅਸੀਂ ਬੜਾ ਵਾਈਡ ਲੈ ਗਏ ਆ ਥਰੋਲੀ ਮਤਲਬ ਇਹਨੂੰ ਕਿਉਂਕਿ ਹੁਣ ਤੋ ਇਹਦਾ ਨਹੀਂ ਵੀ ਨਾਈ ਤੁਹਾਡੇ ਘਰ ਆਊਗਾ ਤੋ ਉਹ ਹੀ ਕੇਸ ਕੱਟ ਸਕਦਾ ਬਸ ਠੀਕ ਹੈ ਨਾ ਹੁਣ ਤੁਸੀਂ ਬੜਿਆਂ ਤਰੀਕੇ ਦੇ ਨਾਲ ਕੇਸਾਂ ਦੀ ਬਿਦਬੀ ਕਰ ਸਕਦੇ ਜੇ ਇਹਦੇ ਵਿੱਚ ਲੇਜ਼ਰ ਵੀ ਹੁੰਦੀ ਆ ਇਹਦੇ ਵਿੱਚ ਡਾਈ ਕਰਨਾ ਆਉਂਦਾ ਵਾ ਇਹਦੇ ਵਿੱਚ ਟ੍ਰਿਮਿੰਗ ਕਰਨੀ ਆਉਂਦੀ ਆ ਇਹਦੇ ਵਿੱਚ ਥ੍ਰੈਡਿੰਗ ਕਰਨੀ ਆਉਂਦੀ ਆ ਉਹ ਸਾਰੀਆਂ ਟਾਈਪਸ ਸਾਨੂੰ ਦੱਸਣੀਆਂ ਪੈਂਦੀਆਂ ਸਾਨੂੰ ਹੁਣ ਬੀਬੀ ਨਾਲੋਂ ਜ਼ਿਆਦਾ ਪਤਾ ਲੱਗਿਆ ਵੀ ਕੀ ਕੀ ਚੱਲਦਾ ਠੀਕ ਹੈ ਨਾ ਓਵਰ ਦਾ ਟਾਈਮ ਉਹਨਾਂ ਨੂੰ ਪੁੱਛੀ ਜਾਂਦਾ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਤੇ ਕੋਈ ਬੇਰਬੀ ਤਾਂ ਨਹੀਂ ਕੀਤੀ ਪਰ ਅਸੀਂ ਬਿਊਟੀ ਪਾਰਲਰ ਜਾਂਦੇ ਹਾਂ ਸੋ ਬਿਊਟੀ ਪਾਰਲਰ ਜਾਂਦੇ ਉਹ ਥ੍ਰੈਡਿੰਗ ਕਰਾਉਂਦੇ ਸਾਨੂੰ ਪਹਿਲਾਂ ਪਤਾ ਨਹੀਂ ਸੀ ਥ੍ਰੈਡਿੰਗ ਕੀ ਹੁੰਦੀ ਆ ਹਨਾ ਉਹ ਧਾਗੇ ਜਿਹੜਾ ਇਦਾਂ ਦਾ ਕਰਕੇ ਤੁਹਾਡੇ ਕੇਸ ਸਾਰੇ ਪੁੱਟ ਦਿੰਦੇ ਆ ਫਿਰ ਸਾਨੂੰ ਪਤਾ ਲੱਗਿਆ ਥ੍ਰੈਡਿੰਗ ਕੋਈ ਚੀਜ਼ ਹੈਗੀ ਆ ਫਿਰ ਉਹ ਵੀ ਅਕਾਊਂਟ ਕਰ ਲਈ ਵਿੱਚ ਇਹ ਵੀ ਨਹੀਂ ਕਰਨੀ ਹਨਾ ਥ੍ਰੈਡਿੰਗ ਆ ਲੇਜ਼ਰ ਆ ਕੋਈ ਵੀ ਤਰੀਕਾ ਜਿੰਨਾ ਤੁਹਾਡੇ ਕੇਸ ਰਿਮੂਵ ਕੀਤੇ ਜਾਂਦੇ ਤੁਹਾਡੇ ਸਰੀਰ ਤੋਂ ਠੀਕ ਹੈ ਨਾ ਜੇ ਤੁਸੀਂ ਜੇ ਤੁਸੀਂ ਕੇਸ ਕਤਲ ਕਹਿੰਦੇ ਪਏ ਆ ਉਹ ਸਿਰਫ ਕੇਸ ਕਤਲ ਐ ਜਾਂ ਸਿਰਫ ਕੇਸ ਕਤਲ ਨਹੀਂ ਐ ਜੇ ਰੰਗੇ ਵੀ ਐ ਹਾਂਜੀ ਉਹ ਵੀ ਹੁੰਦਾ ਹੀ ਹੈ ਕਿਉਂਕਿ ਦੇਖੋ ਕੇਸਾਂ ਦੀ ਸੰਭਾਲ ਵਾਸਤੇ ਆਪਾਂ ਕੇਸਾਂ ਨੂੰ ਰੱਖਣਾ ਨਾ ਫਿਰ ਬੇਦਬੀ ਨਹੀਂ ਕਰਨੀ ਕਿਸੇ ਤਰ੍ਹਾਂ ਵੀ ਨਹੀਂ ਕਰਨੀ ਕੇਸਾਂ ਦੀ ਬੇਦਬੀ ਦੇ ਨਾਲ ਕੇਸ ਕਤਲ ਦਾ ਮਤਲਬ ਇਹਦਾ ਅਖਰ ਸੀ ਹਜਾਮਤ ਇਹਦਾ ਅਖਰ ਹਜਾਮਤ ਹਾਂਜੀ ਕਾ ਹਜਾਮਤ ਹੱਲਾ ਫਸਾ ਇਜ਼ ਵਨ ਥਿੰਗ ਫਰ ਮੂਵ ਨੈਕਸਟ ਵਨ ਇਜ਼ ਆਫਨ ਟਾਈਮਸ ਪੀਪਲ ਥਿੰਕ ਦੈ ਉਹ ਲਾਈਕ ਆਈ ਡਿਡਨਟ ਕੱਟ ਮਾਈ ਹੈਅ ਆ राइट बट इट्स नॉट जस्ट आवर केस आर नॉट जस्ट ऑन आवर हेड ਸਾਰੇ ਸਰੀਰ ਤੇ ਕੇਸ ਆ फ्रॉम हेड ਟੂ ਟੋ ਹਾਂ ਜੀ ਜਿੰਨੇ ਵੀ ਤੁਹਾਡੇ ਰੂਮ ਆ ਨਾ ਜਿੱਥੇ ਕਿਤੇ ਵੀ ਕੇਸ ਤੁਹਾਨੂੰ ਨਜ਼ਰ ਆ ਰਹੇ ਕਿਤੇ ਵੀ ਰੂਮਾਂ ਦੀ ਬੇਦਬੀ ਨੂੰ ਆਪਾਂ ਕੇਸਾਂ ਦੀ ਬੇਦਬੀ ਨਹੀਂ ਬੇਸਿਕਲੀ ਕਹਿੰਦੇ ਹਾਂ ਪਰ ਰੂਮਾਂ ਦੀ ਬੇਦਬੀ ਕਹਿੰਦੇ ਹਾਂ ਸੋ ਰੂਮ ਜਿਹੜੇ ਤੁਹਾਡੇ ਸਰੀਰ ਤੇ ਸਾਰੇ ਜਗ੍ਹਾ ਹੈਗੇ ਠੀਕ ਹੈ ਜੀ ਕਿਤੇ ਵੀ ਆ ਚਾਹੇ ਓਪਨ ਸਪੇਸ ਤੇ ਚਾਹੇ ਹਿਡਨ ਸਪੇਸ ਤੇ ਆ ਠੀਕ ਹੈ ਨਾ ਤਾਂ ਦੇ ਪ੍ਰਾਈਵੇਟ ਪਾਰਟਸ ਤੇ ਆ ਡਸਨਟ ਮੈਟਰ ਰੂਮ ਰੂਮ ਹੀ ਆ ਜੀ ਠੀਕ ਹੈ ਨਾ ਸੋ ਨੋ ਆਈ ਬਰੋਸ ਨਾਥਿੰਗ ਲਾਈਕ ਦੈਟ ਸੋ ਕਈ ਹੁਣ ਸਿੰਘ ਇਹ ਵੀ ਇੱਥੇ ਆਉਂਦੇ ਆ ਵੀ ਅਹੀਂ ਜੀ ਆਪਣੇ ਦਾੜਾ ਜਿਹੜਾ ਨੂੰ ਅ ਗਰਮ ਜਲ ਲਾ ਕੇ ਉਹ ਕੀ ਉਹਨੂੰ ਕਹਿੰਦੇ ਆ ਕਰਲਿੰਗ ਕਰਦੇ ਹਨ ਉਹ ਵੀ ਕਰਦੇ ਆ ਅਸੀਂ ਉਹ ਵੀ ਡਿਸਕਰੇਜ ਕਰਦੇ ਆ ਭਾਈ ਕਿਸਾਂ ਦੀ ਬੇਬੀ ਹੁੰਦੀ ਹੈ ਕੇਸ ਜਿਹੜੇ ਤੁਹਾਨੂੰ ਮਾਰੇ ਨੇ ਦਾੜਾ ਪ੍ਰਕਾਸ਼ ਕਰਨ ਨਹੀਂ ਦਿੰਦਾ ਤੇਲ ਲਾ ਕੇ ਵਧੀਆ ਤਰ੍ਹਾਂ ਸਵਾਰ ਸੂਰ ਕੇ ਰੱਖੋ ਇਹਨੂੰ ਇਹਨੂੰ ਐਦਾਂ ਕਿਉਂ ਤੁਸੀਂ ਇਹ ਦਿੰਦੇ ਜੀ ਠੀਕ ਹੈ ਨਾ ਇਹ ਵੀ ਤੁਹਾਡੇ ਬੋਡੀ ਦਾ ਪਾਰਟ ਹੈ ਇੱਕ ਮੂਰ ਤੁਹਾਡੇ ਹੱਥ ਦੇ ਲਾਇਆ ਹੋਇਆ ਚਿੰਗਤਾਰਾ ਗਰਮ ਕਰਕੇ ਉਹਨੂੰ ਕਰ ਲੈ ਗਾ ਤੁਹਾਨੂੰ ਪਤਾ ਲੱਗ ਜਾਵੇ ਮਤਲਬ ਹੈ ਨਾ ਕੀ ਕੀ ਫੀਲ ਹੁੰਦਾ ਸੋ ਕਿਸਾਂ ਨੂੰ ਆਪਾਂ ਤੁਸੀਂ ਇਹ ਨਹੀਂ ਦੇਖਦੇ ਇਸ ਤਰ੍ਹਾਂ ਉਹ ਵੀ ਆਪਣੀ ਬੋਡੀ ਦਾ ਪਾਰਟ ਹੈ ਸੋ ਉਹਨਾਂ ਨੂੰ ਜਿੰਨਾ ਇਹ ਗੁਰੂ ਕੀ ਮੋਹਰ ਆ ਠੀਕ ਹੈ ਜੀ ਸੋ ਜਿੱਥਾਂ ਸਟੈਂਪ ਦੀ ਆਪਾਂ ਕੇਅਰ ਕਰਦੇ ਨਾ ਕਿਸੇ ਪ੍ਰੈਜ਼ੀਡੈਂਟ ਦੀ ਸਟੈਂਪ ਆ ਕਿਸੇ ਹੋਰ ਦੀ ਸਟੈਂਪ ਇਹਦਾ ਕਾਲਪੁਰਸ਼ ਦੀ ਆਪਣੀ ਮੋਹਰ ਆ ਸੋ ਜੇ ਤੁਸੀਂ ਮੋਹਰ ਦਾ ਸਤਿਕਾਰ ਨਹੀਂ ਨਾ ਕਰਦੇ ਉਹਨੂੰ ਕਦੀ ਮਤਲਬ ਇੱਥੇ ਰਗੜ ਕੇ ਉਹਨੂੰ ਉਂਝੀ ਰਗੜਦੇ ਹੋ ਕਿਤੇ ਪੁੰਜੇ ਘਸਾ ਦੇ ਮੋਹਰ ਨੂੰ ਉਮੋਰ ਉਮੋਰ ਤਾਂ ਨਹੀਂ ਰਹੇਗੀ ਉਹ ਉਤਰ ਨਹੀਂ ਪ੍ਰਿੰਟ ਕਰੇਗੀ ਉਹ ਜੀ ਸੋ ਜੇ ਤੁਸੀਂ ਕਿਸੇ ਤਰ੍ਹਾਂ ਵੀ ਵਿਧਵੀ ਕਰਦੇ ਇਹਨਾਂ ਤੇ ਮਾਰੇ ਨੇ ਇਹਨਾਂ ਮੋਹਰ ਕਿਹਾ ਆ ਵਾ ਤੇ ਜੇ ਤੁਸੀਂ ਰਗੜੇ ਜਾਂ ਮੁੰਨੇ ਆ ਉਹ ਕਰਲ ਕੀਤੇ ਆ ਤੇ ਇਸ ਟੈਂਪ ਬਣੀ ਲਗਣੀ ਉਤਰਾਂ ਦੀ ਇਸ ਟੈਂਪ ਅਥੈਂਟਿਕ ਨਹੀਂ ਰਹਿੰਦੀ ਐਨੀ ਮੋਹਰ ਹੂੰ ਸਮਝ ਗਏ ਮੇਰੀ ਗੱਲ ਸੋ ਇਹ ਇਹਦੇ ਪਿੱਛੇ ਲੌਜੀਕ ਹਾਂਜੀ ਇਹ ਹੁੱਕਾ ਹਜਾਮਤ ਹੋ ਗਿਆ ਇਹ ਵਾਲਾ ਹਲਾਲੋ ਹੁਣ ਹਲਾਲ ਦਾ ਮਤਲਬ ਇਹ ਆ ਵੀ ਜਿਹੜੇ ਮੁਸਲਮਾਨ ਆਪਣੇ ਵੀਰੇ ਆ ਉਹ ਜਦੋਂ ਮਾਸ ਛੱਕਦੇ ਆ ਤੇ ਉਹ ਹਲਾਲ ਕਰਦੇ ਆ ਹਾਂਜੀ ਹਾਲਾਂਕਿ ਆਪਣੇ ਬਾਣੀ ਚ ਬੜੀਆਂ ਜਗ੍ਹਾ ਤੇ ਆਉਂਦਾ ਵਾ ਵੀ ਹਲਾਲ ਕਰਨ ਦਾ ਮਤਲਬ ਵੀ ਤੇ ਜਾਨ ਤਾਂ ਚਲੇਗੀ ਨਾ ਉਹਦੀ ਹੂੰ ਠੀਕ ਹੈ ਨਾ ਸੋ ਮਹਾਰਾਜ ਦਾ ਸ਼ਬਦ ਹੋਇਆ ਕਾਹੋ ਮੁੱਲਾ ਤੇ ਨਿਆਇ ਖੁਦਾਈ ਕਾਹੋ ਨਿਆਇ ਖੁਦਾਈ ਹੈ ਨਾ ਸੋ ਇਤਹਾ ਕਰਕੇ ਸ਼ਬਦ ਹੈਗਾ ਮਹਾਰਾਜ ਮੈਨੂੰ ਪੂਰਾ ਕੰਠ ਨਹੀਂ ਹੋਇਆ ਸ਼ਬਦ ਸੋ ਮਹਾਰਾ ਨੇ ਦੇਖਿਆ ਵੀ ਉੱਥੇ ਵੀ ਜੇ ਮੁਰਗੀ ਤੇ ਤੂੰ ਜਾਨ ਲੈ ਲਈ ਆ ਜਾਨ ਤੇਰੀ ਚਲੇਗੀ ਹੁਣ ਤੂੰ ਹਲਾਲ ਹਲਾਲ ਕਿੰਨੂੰ ਕਹਿਣ ਡਿਆ ਉਹ ਤਾਂ ਜਾਨ ਤਾਂ ਹੱਥ ਤੋਂ ਬੈਠੀ ਆਪਣੇ ਤੂੰ ਉਹਦੀ ਜਾਨ ਕੱਢ ਕੇ ਜੇ ਤੂੰ ਜਾਨ ਉਹ ਚ ਪਾ ਨਹੀਂ ਸਕਦਾ ਤੇ ਤੈਨੂੰ ਹੱਕ ਨਹੀਂ ਹੈਗਾ ਜਾਨ ਲੈ ਆਂਦਾ ਉਹਦੀ ਠੀਕ ਹੈ ਨਾ ਸੋ ਇਸ ਕਰਕੇ ਆਪਾਂ ਨੇ ਫਿਰ ਝਟਕਾ ਚੱਲਦਾ ਸੋ ਇਹ ਬਹੁਤਾਂ ਕੰਟਰੋਵਰਸ਼ੀਅਲ ਟਾਪਿਕ ਮੈਂ ਜਿਆਦਾ ਡਿਟੇਲ ਚ ਨਹੀਂ ਜਾਵਾਂਗਾ ਤੇ ਇਹਦੇ ਵਿੱਚ ਉਹਨਾਂ ਝਟਕਾ ਤੇ ਹਲਾਲ ਦੇ ਵਿੱਚ ਆਪਾਂ ਗੱਲ ਕਰਦੇ ਆ ਭਾਵੇਂ ਮੈਂ ਮੇਨ ਡਿਫਰੈਂਸ ਦੱਸ ਦੋ ਮੈਂ ਕੀਗਾ ਦੋਨੇ ਸੋ ਮੇਨ ਡਿਫਰੈਂਸ ਇਹ ਆ ਵੀ ਇੱਕ ਹਲਾਲ ਜਿਹੜੇ ਮੁਸਲਮਾਨ ਲੋਕ ਕਰਦੇ ਆ ਉਹ ਹੌਲੀ-ਹੌਲੀ ਬੱਕਰੇ ਦੀ ਜਾਂ ਕਿਸੇ ਜਾਨਵਰ ਦੀ ਜਿਹੜੇ ਸ਼ਾਹ ਰਗ ਹੁੰਦੀ ਆ ਉਹਨੂੰ ਹੌਲੀ-ਹੌਲੀ ਕਰਕੇ ਕੱਢਦੇ ਆ ਦੇ ਲੈਟ ਦਾ ਬਲੱਡ ਡ੍ਰੇਨ ਅੱਛਾ ਜੀ ਠੀਕ ਹੈ ਜੀ ਪਰ ਉਹਦੇ ਨਾਲ ਮੰਨਿਆ ਇਹ ਜਾਂਦਾ ਵਾ ਕਿ ਉਹ ਜਾਨਵਰ ਬਹੁਤ ਉਹ ਮੰਨਦੇ ਆ ਵੀ ਜਾਨਵਰ ਦੀ ਜਾਨ ਅਸਲ ਤੇ ਇਹ ਮੰਨਿਆ ਜਾਂਦਾ ਹੋਵੇ ਕਿ ਜਾਨਵਰ ਦੇ ਵਿੱਚੋਂ ਖੂਨ ਜਿਹੜਾ ਉਹ ਰਿਲੀਜ਼ ਹੋਿੰਦਾ ਬਹੁਤ ਜ਼ਿਆਦਾ ਔਰ ਜਾਨਵਰ ਜਦ ਤੱਕ ਉਹ ਜਾਨ ਆਪਣੀ ਜਿੰਦਾ ਨਹੀਂ ਨਾ ਮਤਲਬ ਜਦ ਤੱਕ ਸਹੱਕਦਾ ਉਹ ਉਹਦੇ ਵਿੱਚ ਡਰ ਬਹੁਤ ਪੈਦਾ ਹੋ ਜਾਂਦਾ ਔਰ ਡਰ ਪੈਦਾ ਹੁੰਨ ਨਾ ਤੁਹਾਡੇ ਬਲੱਡ ਦੇ ਵਿੱਚ ਜਿਹੜੇ ਇਹਨਾਂ ਕੋ ਕੈਮੀਕਲ ਜਨਰੇਟ ਹੋ ਜਾਂਦੇ ਤਰ੍ਹਾਂ ਜਿਹੜੇ ਤੁਹਾਡੇ ਤੁਹਾਡ ਲਈ ਉਂਜੀ ਗੁੱਡ ਨਹੀਂ ਹੈਗੇ ਸੇਵ ਮਤਲਬ ਸ਼ੁਰੂ ਕਰਨ ਨੂੰ ਸੋ ਟੌਰਚਰ ਕਰਕੇ ਮਾਰ ਰਹੇ ਜਾਂ ਹਾਂਜੀ ਹਾਂਜੀ ਸੋ ਉਹਨੂੰ ਉਸ ਚੀਜ਼ ਤੋਂ ਇੱਕ ਝਟਕਾ ਚੱਲਿਆ ਸੀਗਾ ਓਕੇ ਠੀਕ ਹੈ ਝਟਕੇ ਦੇ ਵਿੱਚ ਹੁਣ ਇਹ ਹੁੰਦਾ ਵੀ ਤੁਸੀਂ ਕਿਸੇ ਜਾਨਵਰ ਦੇ ਜਿਹਨੂੰ ਬਲੀ ਦੇਣੀ ਉਦੀ ਜਾਂ ਨੂੰ ਛਕਣ ਲਈ ਤਿਆਰ ਤੇ ਉਹਨੂੰ ਇੱਕੋ ਛਟਕੇ ਦੇ ਵਿੱਚ ਸੀਸ ਲਾਇਆ ਜਾਂਦਾ ਹੈ ਉਹਦਾ ਜਿੱਦ ਤੱਕ ਅੱਜ ਵੀ ਆਪਣੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਉਹਨਾਂ ਦੇ ਵਿੱਚ ਇਹ ਚੱਲਦੀ ਆ ਜੀ ਸੋ ਹਲਾਲ ਉਹਦਾ ਮਤਲਬ ਇਹ ਵੀ ਕੋਈ ਵੀ ਕਿਸੇ ਕਿਸਮ ਦਾ ਵੀ ਹਲਾਲ ਮੀਟ ਠੀਕ ਹੈ ਜਿੰਨੂੰ ਮੁਸਲਮਾਨਾਂ ਦੇ ਤਰੀਕੇ ਦੇ ਨਾਲ ਹਲਾਲ ਕੀਤਾ ਗਿਆ ਉਹ ਸਖਤੀ ਨਾਲ ਮੰਨਾ ਹੁਣ ਇਹ ਤੋਂ ਥੋੜਾ ਜਿਹਾ ਇੱਕ ਸੌਫਟ ਕੋਰਨਰ ਉੱਠਦਾ ਵਾ ਕਿ ਛਟਕਾ ਲਾਉੜਿਆ ਹੁਣ ਛਟਕੇ ਦੇ ਬਾਰੇ ਸਾਡੇ ਜਿਹੜੇ ਜਥੇਬੰਦੀ ਜਿਹੜੇ ਸਿੰਘ ਕੰਮ ਸੇਵਾ 'ਚ ਲੱਗਦੇ ਆ ਸਾਨੂੰ ਇਸ ਗੱਲ ਦੇ ਉੱਤੇ ਕਲੈਰਿਟੀ ਆ ਵੀ ਕਿਸੇ ਕਿਸਮ ਦਾ ਵੀ ਮੀਟ ਅਸੀਂ ਨਾਉੜ ਨਹੀਂ ਕਰਦੇ ਚਾਹੇ ਉਹ ਝਟਕੇ ਵਾਲਾ ਚਾਹੇ ਉਹ ਹਲਾਲ ਵਾਲਾ ਹੁਣ ਕੌਮ ਦੇ ਵਿੱਚ ਕੰਟਰਾਡਿਕਸ਼ਨ ਹੁੰਦੀ ਹੈ ਵੀ ਪਰਾਤਮ ਜਿਹੜੇ ਸਿੰਘ ਸੀ ਹਾਂਜੀ ਜੰਗਾ ਜੁੱਧਾਂ ਦੇ ਵਿੱਚ ਜਿਹੜੇ ਜੰਗਲਾਂ 'ਚ ਰਹਿੰਦੇ ਸੀਗੇ ਉਹ ਮਾਸ ਛੱਕਦੇ ਸੀਗੇ ਸੋ ਅਸੀਂ ਉਹਨੂੰ ਨਾ ਨਹੀਂ ਕਰਦੇ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਛੱਕਦੇ ਸਿੰਘਾਂ ਨੂੰ ਮਾਸ ਲਾਉਡ ਨਹੀਂ ਆ ਖਾਲਸਾ ਪੂਰਨ ਤੌਰ ਤੇ ਵੈਸ਼ਨੂ ਨਹੀਂ ਗਿਣਿਆ ਜਾਂਦਾ ਠੀਕ ਹੈ ਪਰ ਇਹ ਇੱਕ ਮਰਿਆਦਾ ਵਾ ਜੇ ਤੁਸੀਂ ਕੌਮ ਵਾਸਤੇ ਆਪਣੀ ਜਾਨ ਤਲੀ ਤੇ ਧਰੀ ਹੋਈ ਆ ਘਰ ਬਾਹਰ ਛੱਡੇ ਹੋਏ ਆ ਤੁਹਾਡਾ ਜੀਣਾ ਜਿਹੜਾ ਕੌਮ ਵਾਸਤੇ ਆਸ ਵੇਲੇ ਕਿਸੇ ਜਾਨਵਰ ਦੀ ਤਰੀਰ ਨਾਲੋਂ ਜ਼ਿਆਦਾ ਇੰਪੋਰਟੈਂਸ ਰੱਖਦਾ ਵਾ ਹਮ 온ਲੀ ਐਂਡ 온ਲੀ THEN ਯੂ ਮਾਈਟ ਬੀ ਏਬਲ ਟੂ ਡੂ ਦੈਟ ਠੀਕ ਹੈ ਜੀ ਆਦਰਵਾਇਜ਼ ਘਰ ਚ ਬੈਠੇ ਜਿਹੜੇ ਤੁਹਾਡੇ ਕੋ 36 ਪ੍ਰਕਾਰ ਦੇ ਭੋਜਨ ਹੈ ਗਰੋਸਰੀਆਂ ਤੁਹਾਡੇ ਟੇਬਲ ਤੇ ਆਉਣੀਆਂ ਵਾ ਇੱਥੇ ਤੁਸੀਂ ਜੇ ਹੁਣ ਝੜਕਾ ਕਰ ਲੋ ਜੋ ਮਰਜ਼ੀ ਕਰ ਲੋ ਡਸਨਟ ਮੈਟਰ ਡਸਨਟ ਮੇਕ ਐਨੀ ਡਿਫਰੈਂਸ ਤੁਸੀਂ ਆਪਣੇ ਮੂੰਹ ਤੇ ਸਵਾਦ ਲਿਖਾ ਰਹੇ ਜੀ ਯੂ ਆਰ ਨਾਟ ਵਰਕਿੰਗ ਫੋਰ ਐਨੀ ਜਥੇਬੰਦੀ ਯੂ ਆਰ ਨਾਟ ਵਰਕਿੰਗ ਫੋਰ ਐਨੀ ਮਿਸ਼ਨ ਠੀਕ ਹੈ ਤੁਸੀਂ ਕੰਮਾਂ ਤੋਂ ਘਰ ਆ ਰਹੇ ਘਰੋਂ ਕੰਮਾਂ ਤੇ ਜਾ ਰਹੇ ਜੇ ਹਾਂ ਜਿੱਦਾਂ ਤੁਸੀਂ ਹਥਿਆਰ ਬੰਦ ਹੋ ਜਾਓਗੇ ਛੇਤਰ ਪਾਓਗੇ ਆਪਣੇ ਮੋਢੇ ਦੇ ਉੱਤੇ ਜਾ ਕੇ ਕਿਸੇ ਮੈਦਾਨੇ ਜੰਗ ਦੇ ਵਿੱਚ ਜਾਂ ਕਿਸੇ ਜੰਗਲਾਂ ਦੇ ਵਿੱਚ ਰਹੋਗੇ ਉੱਥੇ ਸਭ ਕੁਝ ਸੱਚੇ ਪਾਸ਼ਾ ਆਪੇ ਬਖਸ਼ਿਸ਼ ਕਰਨਗੇ ਤੁਹਾਨੂੰ ਸੋਝੀ ਬਖਸ਼ ਦੇਣਗੇ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ ਜੋ ਤੁਹਾਡੇ ਕੋਲ ਹੋਏਗਾ ਅਵੇਲੇਬਲ ਚਾਹੋਗੇ ਉੱਥੇ ਤੁਸੀਂ ਹੁਣ ਉੱਥੇ ਆਪਾਂ ਨੂੰ ਕਿਸੇ ਨੇ ਪ੍ਰਸ਼ਾਦੇ ਤਿਆਰ ਕਰਕੇ ਦੇਣੇ ਨੇ ਨਾ ਕਿਸੇ ਨੇ ਮਟਰ ਉਹਨਾਂ ਤੋਂ ਜਾ ਕੇ ਕੁਝ ਲੈ ਆਉਣਾ ਉੱਥੋਂ ਠੀਕ ਹੈ ਨਾ ਉਥਰੇ ਜੋ ਤੁਰਦਾ ਫਿਰਦਾ ਨਜ਼ਰ ਆਇਆ ਪਰ ਉਹ ਵੀ ਚੱਲੂਗਾ ਦੇਖਣਾ ਸੋ ਪਰ ਉਸ ਸਿਨੈਰੀਓ ਦੇ ਵਿੱਚ ਇਹ ਗੱਲ ਜਾ ਕੇ ਹੁੰਦੀ ਆ ਆਪਣੇ ਡੇਲੀ ਲਾਈਫ ਤੇ ਇੰਪਲੀਮੈਂਟ ਨਹੀਂ ਹੁੰਦੀ ਜੇ ਐਜ਼ ਅ ਰੈਗੂਲਰ ਸਿੱਖ ਤੁਸੀਂ ਜਿਹੇ ਜਾਂਦੇ ਪਰ ਇਹਦਾ 파ਟ ਨਹੀਂ ਜੇ ਕਿਸੇ ਮਿਸ਼ਨ ਦੇ ਉੱਤੇ ਨਹੀਂ ਜੇ ਹੈਗੇ ਤੇ ਇਹ ਸ਼ਕਤੀ ਨਾਲ ਮਣਾ ਹ ਹਲਾ ਲੋ ਹ ਹਲਾ ਲੋ ਦੇ ਥਲੇ ਆਉਂਦਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਮੀਟ ਜਿਹੜਾ ਵਾ ਉਹ ਸਿੱਖ ਨੂੰ ਮਣਾ ਉਹ ਮੈਂ ਐਕਸੈਪਸ਼ਨ ਤਾਂ ਹੁੰਦਾ ਸੱਤੀ ਵਿੱਚੋਂ ਜੀ ਕਿ ਐਕਸੈਪਸ਼ਨ ਇਜ਼ देयर ਬਟ ਓਨਲੀ ਇਟਸ ਐਕਸੈਪਸ਼ਨ ਐਕਸੈਪਸ਼ਨ ਆਪਾਂ ਉਹਦੀ ਇੰਪਲੀਮੈਂਟ ਸਮਝਦੇ ਹੁੰਦੀ ਆ ਜਦੋਂ ਉਹਦੀ ਐਗਜ਼ਿਸਟੈਂਸ ਹੈਗੀ ਆ ਤੁਹਾਡੇਸ਼ਨ ਦਾ ਮਤਲਬ ਹੈ ਜੇ ਤੁਸੀਂ ਵਾਕਈ ਧਰਮ ਯੁੱਧ ਦੇ ਮੋਰਚੇ ਦੇ ਉੱਤੇ ਹੈਗੇ ਜੇ ਤੁਹਾਨੂੰ ਖਾਣ ਪੀਣ ਦੇ ਕੋਈ ਪਦਾਰਥ ਨਹੀਂ ਤੁਹਾਡੇ ਬਾਤ ਰਿਹਾ ਗਿਆ ਪ੍ਰਾਤਨ ਸਟੋਰੀ ਵਿੱਚ ਆਪਾਂ ਵੀ ਪੜ੍ਹਦੇ ਹਾਂ ਕਿ ਜਦੋਂ ਸਾਰਾ ਕੁਝ ਹੀ ਵੈਨਿਸ਼ ਹੋ ਗਿਆ ਈਵਨ ਦਰਖਤਾਂ ਦੇ ਪੱਤੇ ਵੀ ਖਤਮ ਹੋ ਗਏ ਦਰਖਤਾਂ ਨੇ ਛਾਲ ਵੀ ਖਤਮ ਹੋ ਗਈ ਆ ਥੈਨ ਦੇ ਵੈਂਟ ਇਨਟੂ ਦਿਸ ਸਟੈਪ ਕਿ ਖਾਲਸਾ ਕੌਮ ਨੂੰ ਅੱਗੇ ਜੀਵਿਤ ਰੱਖਣ ਵਾਸਤੇ ਖਾਲਸੇ ਦੇ ਅੱਗੇ ਪਹਿਰਾ ਰੱਖਣ ਵਾਸਤੇ ਜੇ ਉਹਨਾਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਨਾ ਪਿਆ ਦੇ ਮਾਈਟ ਹੈਵ ਡਨ ਠੀਕ ਹੈ ਨਾ ਪਰ ਆਪਣੀ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਦੇਰ ਇਜ਼ ਨੋ ਨੋ ਰੈਲੇਵੈਂਸ ਠੀਕ ਹੈ ਨਾ ਹਾਂ ਅੱਗੇ ਫਿਊਚਰ ਦੇ ਵਿੱਚ ਆ ਜੂਏ ਕਿਤੇ ਸੱਚ ਕੋ ਸੱਚੇ ਪਾਸਾ ਆਵ ਜਣੇ ਜਾਣ ਮਾਰੇ ਬਖਸ਼ਿਸ਼ ਕਰਕੇ ਤੁਮੇ ਨੇ ਕਿਸ ਮੱਤ ਕਾਲਸੇ ਨੇ ਬਖਸ਼ਾ ਦੇ ਵੀ ਕੀ ਕਰਨਾ ਕਾਲਸੇ ਨੇ ਪਰ ਰਾਈਟ ਨਾਓ ਪਰ ਮर्याਦਾ ਦੇ ਹਿਸਾਬ ਨਾਲ ਇਹ ਅਲਾਉਡ ਨਹੀਂ ਜਗਾ ਤੇ ਇਹ ਵੀ ਆਈ ਡੋਨਟ ਸੋਰੀ ਇੱਕ ਡਾਕੂਮੈਂਟਰੀ ਨਿਕਲੀ ਸੀਗੀ 1984 ਵਨ ਤੇ ਅਮ ਆਈ ਥਿੰਕ ਪੰਜਾਬ ਹਾਂਜੀ ਉਹ ਮੀਨ ਮੂਵੀ ਇਟ ਵਾਸ ਅ ਮੂਵੀ ਇਟ ਵਾਸ ਰੀਸੈਂਟਲੀ ਕੇਮ ਆਊਟ ਵੇਰ ਦੇ ਹੈਡ ਲਾਈਕ ਇੰਟਰਵਿਊ um style and one one of the things uh um, battle of amritsar, battle of amritsar Hanji, okay. that was the one Hanji. so the the one of the things by mohan singh i think his name was from california he was explaining how the babbar sings were fighting mm -hmm. at the war side and he was saying that then then all they were eating was a right that's all they ate for three days right Ji. and if we were to eat that for three days we would not survive right True. but the re reason they were able to do it is because they had such a high Jeevan. Right and uh, and uh, one of the things I just want to add on to uh, what to to what Biden Jilson was saying was we should take our avasta to a point so high that that kind of stuff doesn't even matter to us, right? Mm -hmm. Um, oftentimes you always hear people saying, "Oh, like, are we allowed to eat moss? Are we not allowed to eat moss?" But those are not the questions that we should be asking. We should be asking, you know, what does Gurbani tell us, or you know, like, how do I increase my jivan? right we should those are the questions that we should be asking so i just want to add on okay, that yeah. our avasta should get to a point where none of this up should matter anyways it's mm, yeah. a third point yeah. so dusra ye bhi a ke jis tarah hun apna meat di gall kar rahe haa ede vich hun anda vi a jda hun tusi airplane te jaoge je tusi ohna nu kaho vegetarian haa oh fish le a ke tade agge rakh dende haa hun mainu nahi pata ohnu vegetable kithon lagdi ho theek hai na ohna de apne logic de hisab nal apne kai pindaj jal tori keh dende ne haan ye jal tori hi ek tarah di ugi fedi hai par edda nahi huga koi vi jeev jantu jehda ho na ਕਿ ਨਾ ਸੋ ਉਹਨੂੰ ਆਪਾਂ ਉਹਦਾ ਮਾਸ ਅੰਡਾ ਕਿਸੇ ਕਿਸਮ ਦਾ ਵੀ ਆਪਾਂ ਨੂੰ ਬਣਾਉ ਠੀਕ ਉਸ ਤੋਂ ਬਾਅਦ ਹਲਾਲੋ ਹਰਾਮ ਹਰਾਮ ਦਾ ਮਤਲਬ ਡਾਕਟਰ ਜੀ ਤਾਂ ਭਾਈ ਸਾਨੂੰ ਦੱਸਿਆ ਕਿ ਅਮਰਤਾਰੀ ਜਿਹੜਾ ਸਿੰਘ ਆ ਸਿੰਘਣੀ ਆ ਜਿੰਨੇ ਅਮਰ ਛਕਿਆ ਆ ਉਹਦਾ ਆਪਣੇ ਸਿੰਘ ਜਾਂ ਸਿੰਘਣੀ ਤੋਂ ਬਣਾ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਸਬੰਧ ਨਹੀਂ ਹੁੰਦਾ ਚਾਹੇ ਉਹ ਤੁਹਾਡਾ ਗੱਲ ਫਰੈਂਡ ਬਣੇ ਚਾਹੇ ਕੋਈ ਬਾਈਫਰੈਂਡ ਬਣੇ ਇਹ ਕਨਸੈਪਟ ਆਪਣੇ ਨਹੀਂ ਹੈਗੇ ਜੀ ਜਦ ਤੱਕ ਤੁਹਾਡਾ ਮਹਾਰੇ ਦੇ ਹਜੂਰੇ ਦੇ ਵਿੱਚ ਚਾਰ ਲਾਵਾਂ ਦਾ ਪਾਠ ਨਹੀਂ ਹੁੰਦਾ ਚਾਰ ਲਾਵਾਂ ਦਾ ਆਪਾਂ ਕੀਰਤਨ ਕਰਦੇ ਆ ਲਾਵਾਂ ਫੇਰ ਲੈਣੇ ਆ ਮਹਾਰੇ ਦੇ ਹਜੂਰੇ ਜਦ ਤੱਕ ਤੁਹਾਨੂੰ ਐ ਜੇ ਹਸਬੰਡ ਵਾਈਫ ਐਸੇ ਪਤੀ ਪਤਨੀ ਜੈ ਅਪਰੂਵਲ ਨਹੀਂ ਨ ਮਿਲਦੀ ਦੇ ਸ਼ੁੱਡ ਨਾਟ ਬੀ ਐਨੀ ਫਿਜ਼ੀਕਲ ਰਿਲੇਸ਼ਨ ਬੀਟਵੀਨ ਠੀਕ ਹੈ ਜੀ ਸੋ ਇਹ ਗੱਲ ਇੱਥੇ ਵੀ ਮੈਂ ਥੋੜੀ ਤਾਂ ਕਲੀਅਰ ਕਰਨਾ ਚਾਹੁੰਦਾ ਕਿ ਬੱਚੇ ਇੱਥੇ ਮੋਸਟਲੀ ਅਮਰਤਰੀ ਆ ਸੋ ਜੇ ਮੈਰਿਜਸ ਨਹੀਂ ਹੋਈਆਂ ਉਹਨਾਂ ਦੇ ਅੰਡਰਸਟੈਂਡਿੰਗ ਹੋਏ ਕੋ ਇਕੱਠੇ ਪੜਦੇ ਇਕੱਠੇ ਜਾਂਦੇ ਆ ਸੋ ਉਹ ਕਈ ਵਾਰੀ ਫਿਜ਼ੀਕਲੀ ਟੂ ਕਲੋਜ਼ ਹੋ ਜਾਂਦੇ ਆ ਹਾਂਜੀ which is not good ਜੀ ਠੀਕ ਹੈ ਸੋ ਇਹ ਉਹ ਵੀ ਇਹ ਰਹਿਤ ਨਹੀਂ ਜਾਂਦੀ ਹੈ ਇਹ ਰਹਿਤ ਉਦੋਂ ਨਹੀਂ ਹੁੰਦੀ ਜਦੋਂ ਆਪਾਂ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ ਉਦੋਂ ਇਹ ਕਰਹਿਤ ਨਹੀਂ ਮੰਨੀ ਜਾਂਦੀ ਤੇ ਜਦੋਂ ਆਪਾਂ ਗ੍ਰਸਥ ਧਰਮ 'ਚ ਅਜੇ ਪ੍ਰਵੇਸ਼ ਨਹੀਂ ਕੀਤਾ ਆਪਾਂ ਇਹ ਕੰਮ ਨਹੀਂ ਕਰ ਸਕਦੇ ਠੀਕ ਹੈ ਚਾਹੇ ਉਹਨੇ ਅਮਰਤ ਛਕਿਆ ਕਿਸੇ ਨੇ ਚਾਹੇ ਉਹਨੇ ਅਮਰਤ ਨਹੀਂ ਛਕਿਆ ਚਾਹੇ ਉਹ ਤੁਹਾਡੇ ਤੋਂ ਵੱਡਾ ਚਾਹੇ ਤੋਂ ਛੋਟਾ ਚਾਹੇ ਤੋਂ ਤੁਹਾਡਾ ਕੋਈ ਵੀ ਐਟ ਡੋਜ਼ਨਟ ਮੈਟਰ ਠੀਕ ਹੈ ਜੀ ਸੋ ਇਹ ਚਾਰ ਜਿਹੜੀਆਂ ਚੀਜ਼ਾਂ ਆ ਇੱਕ ਭਾਈ ਸਾਹਿਬ ਨੇ ਸ਼ਰਾਬ ਵਿੱਚ ਫਿਰ ਐਡ ਕਰ ਦਿੱਤੀ ਆ ਪਰ ਉਹ ਨਿਸ਼ਾਨ ਥੱਲੇ ਜਾ ਜਾਂਦੀ ਆ ਹਾਂਜੀ ਠੀਕ ਸੋ ਚਾਰ ਪ੍ਰਾਤਨ ਜਿਹੜੀਆਂ ਮਰਿਆਦਾ ਉਹਦੇ ਵਿੱਚ ਹੁੱਕਾ ਹਜਾਮਤ ਹਲਾਲੋ ਹਰਾਮ ਇਹ ਚਾਰ ਬੱਜਰ ਕਰਤਾ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰੋਗੇ ਤੁਹਾਨੂੰ ਦੁਬਾਰਾ ਅਮਰਸ਼ਕਣਾ ਪੈਣਾ No question asked ਹਾਂ ਤੇ ਆਪ ਜੀ ਹੁਣ ਦੋਨੋ ਪੰਜਾ ਪਿਆਰੇ ਦੀ ਸੇਵਾ ਕਰਦੇ ਹੋ ਹਾਂਜੀ ਤੇ ਆਪ ਜੀ ਜਦੋਂ ਸੇਵਾ ਕਰਨ ਲੱਗਦੇ ਹੋ ਆਬਵੀਅਸਲੀ ਕਿਤੇ ਹੋ ਗਿਆ ਨਾਰਮਲ ਸੰਚਾਰ ਮਿਲ ਸੰਚਾਰ ਕਰਨਾ ਹੈ ਉਹਨਾਂ ਬਿਲਾਖਿਆ ਲਈ ਜਿਹਨਾਂ ਨੇ ਕਦੀ ਛਕਿਆ ਨਹੀਂ ਹੈ ਹਾਂਜੀ ਤੇ ਉਹਲੇ ਸਜਣਾ ਪਰਾਨੀਆਂ ਲਈ ਉਹਲੀ ਬੀਬੀਆਂ ਲਈ ਉਹਲੇ ਸਿੰਘਾਂ ਲਈ ਜਿਹੜੇ ਹੁਣ ਪੇਸ਼ ਹੋਏ ਉਹਨਾਂ ਦਾ ਪ੍ਰੋਸੈਸ ਥੋੜਾ ਜਿਦਾਂ ਦੱਸੋ ਕਿਵੇਂ ਦਾ ਨਾਟ ਗੋਇੰਗ ਇਨਟੂ ਕਿ ਪੇਸ਼ੀ ਕਿਸ ਬਸਤੇ ਆਬਵੀਅਸਲੀ ਉਹ ਆਏ ਨੇ ਉਹ ਤੇ ਗੱਲਾਂ ਗੁੱਜੀਆਂ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ ਕਿ ਤੁਸੀਂ ਕਿਦਾਂ ਉਹਨੂੰ ਅ ਸੰਕੋਚ ਕੇ ਰੱਖਦੇ ਹੋ ਆਪਣੀ ਲਾਈਫ ਵਿੱਚ ਬਟ ਪ੍ਰੋਸੈਸ ਆਫ ਪੇਸ਼ੀ ਕਿਦਾਂ ਵਰਕ ਆਊਟ ਕਰਦੀ ਹੈ ਦੇਖੋ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਬੱਜਰ ਕਰਤਾਂ ਆਪਾਂ ਚਾਰ ਗਿਣੀਆਂ ਜੀ ਚਾਰਾਂ ਬੱਜਰ ਕਰਤਾਂ ਜੇ ਤੁਹਾਡੋ ਕਿਸੇ ਕਿਸਮ ਦੀ ਕੋਈ ਵੀ ਹੋ ਗਈ ਆ ਤੁਹਾਨੂੰ ਦੁਬਾਰਾ ਅਮਰਸ਼ ਕਰਨਾ ਪੈਂਦਾ ਜੀ ਸੋ ਦੁਬਾਰਾ ਅਮਰਸ਼ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਹੁਣ ਤਨਖਾਹ ਲੱਗੇਗੀ ਨਾਲ ਓਕੇ ਫ੍ਰੀ ਨਹੀਂ ਹੈਗਾ ਜਿੱਦਾਂ ਆਪਾਂ ਤਨਖਾਹ ਕਹਿੰਦੇ ਆ ਪੈਨਿਸ਼ਮੈਂਟ ਆ ਪਰ ਆਪਾਂ ਉਹਨੂੰ ਵੀ ਤਨਖਾਹ ਕਹਿੰਦੇ ਖਾਲਸੇ ਦੇ ਬੋਲੇ ਹਿਸਾਬ ਨਾਲ ਜੀ ਸੋ ਇਹ ਤੁਹਾਨੂੰ ਬਾਣੀ ਲਈ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਬਾਕੀ ਬਾਣੀ ਲਾਉਣ ਦੇ ਨਾਲ ਤੁਹਾਨੂੰ ਸੇਵਾ ਵੀ ਲਈ ਜਾਂਦੀ ਆ ਓਕੇ ਠੀਕ ਹੈ ਅੱਧੀ ਸੇਵਾ ਕਰਨੀ ਭਾਂਡਿਆਂ ਦੀ ਸੇਵਾ ਕਰਨੀ ਸੇਵਾ ਸਿਮਰਨ ਹਾਂਜੀ ਕਿਸੇ ਤਰ੍ਹਾਂ ਦੀ ਸੇਵਾ ਸੋ ਇਹਦੇ ਵਿੱਚ ਮੋਸਟਲੀ ਇਹ ਦੇਖੀਦਾ ਕਿ ਜਿਹੜਾ ਪੁਰਾਣੀ ਪਾਠ ਕਰ ਸਕਦਾ ਵਾ ਉਹਨੂੰ ਬਾਣੀ ਦੀ ਸੇਵਾ ਲਈਦੀ ਆ ਜਿਹੜਾ ਬਾਣੀ ਨਹੀਂ ਪੜ ਸਕਦਾ ਕੋਈ ਬਜ਼ਾਰਾ ਬਜ਼ੁਰਗ ਆ ਜਾਂ ਕੋਈ ਜਰਾ ਛੋਟਾ ਜਾਂ ਜੋ ਪੰਜਾਬੀ ਚ ਪੜ ਨਹੀਂ ਸਕਦਾ ਜੇ ਉਹਨੂੰ ਫੇਰ ਸਿਮਰਨ ਦੀ ਸੇਵਾ ਵੀ ਲੜਦੀ ਆ ਬੇਤੁ ਜਿਵੇਂ ਗੁਰੂ ਸਿਮਰਨ ਮੂਲ ਮੰਤਰ ਦਾ ਸਿਮਰਨ ਪਾਠ ਕਰ ਲੋ ਹਾਂ ਐਂਡ ਆਫ ਸਟੋਰੀ ਉਹਨਾਂ ਨੂੰ ਪੁੱਛਿਆ ਜਾਂਦਾ ਹਾਂਜੀ ਸੋ ਉਹਨਾਂ ਨੂੰ ਫਿਰ ਦਸੀਦਾ ਕਿ ਤੁਸੀਂ ਇੰਨੇ ਪਾਠ ਕਰਨੇ ਆ ਡਿਪੈਂਡਿੰਗ ਅਪਨ ਹਾਊ ਮਨੀ ਮਿਸਟੇਕਸ ਦੇ ਹੈਵ ਡਨ ਜੇ ਤਰ੍ਹਾਂ ਮੰਨ ਲਓ ਕੇਸ ਕੱਪਲ ਕੀਤੇ ਆ ਜਾਂ ਕੋਈ ਬਾਹਰੋਂ ਵੱਧ ਘਟ ਖਾ ਲਿਆ ਜਾਂ ਕੋਈ ਹੋਰ ਗਲਤ ਕੰਮ ਕਰ ਲਿਆ ਇੱਕ ਕੀਤਾ ਉਹਦੇ ਪਾਠ ਵੱਖਰੇ ਆ ਦੋ ਕੀਤਾ ਉਹਦੇ ਵੈਡ ਹੋਏ ਨੇ ਤਿੰਨ ਕੀਤਾ ਉਹਦੇ ਆ ਜਿੱਦਾਂ ਆਪਣੇ ਧਾਰਨ ਲੱਗਦੀਆਂ ਕੋਰਟ ਦੇ ਵਿੱਚ ਇੱਕ ਬੰਦਾ ਮਾਰਿਆ ਨਹੀਂ ਦੋ ਮਾਰੇ ਤਿੰਨ ਮਾਰੇ ਚਾਰ ਮਾਰੇ ਬੰਦਾ ਕੁੱਟਿਆ ਕੀ ਕੀਤਾ ਉਹ ਇਹ ਸਾਵਨਾ ਪ੍ਰੇਤਰਾ ਲੱਗਦਾ ਸਿਸਟਮ ਸੋ ਜਦੋਂ ਕੋਰਟ ਸਾਰੇ ਬੈਠੇ ਵਿੱਚ ਸੁਣ ਰਹੇ ਅਤੇ ਸੰਗਤ ਬੈਠੀ ਹੁੰਦੀ ਉਦੋਂ ਨਹੀਂ ਇਹ ਸੰਗਤ ਨੂੰ ਸੈਪਰੇਟ ਨਹੀਂ ਕਰੀਦਾ ਓਕੇ ਹਾਂਜੀ ਇਹਦੇ ਵਿੱਚ ਇੱਕ ਕੰਡੀਸ਼ਨ ਰੱਖੀ ਸੀ ਸਾਰੇ ਸਿੰਘਾਂ ਨੂੰ ਵਾਪਸ ਵੀ ਇਹ ਗੱਲ ਤੇ ਮਤਲਬ ਕਮਿਟਮੈਂਟ ਹੁੰਦੀ ਸਾਡੀ ਅੰਡਰਸਟੈਂਡਿੰਗ ਵੀ ਆ ਵੀ ਜਦੋਂ ਤੁਸੀਂ ਪੰਜਾ ਸਿੰਘਾਂ ਦੀ ਸੇਵਾ ਦੇ ਵਿੱਚ ਖੜੇ ਜੀ ਨਾ ਉੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੀ ਯੂ ਆਰ ਨਾਟ ਦਾ ਸੇਮ ਪਰਸਨ ਤੁਸੀਂ ਉਹ ਰੰਜੋਤ ਸਿੰਘ ਨਹੀਂ ਜੀ ਹੈਗੇ ਉੱਥੇ ਠੀਕ ਹੈ ਤੁਸੀਂ ਉਹ ਹੀ ਗੁਰਦੀਪ ਸਿੰਘ ਨਹੀਂ ਹੈਗੇ ਉੱਥੇ ਤੁਹਾਡੇ ਕੋ ਮਹਾਰਾਜ ਇਸ ਸ੍ਰੀ ਦੀ ਸੇਵਾ ਲੈ ਰਹੇ ਆ ਯੂ ਆਰ ਪਾਰਟ ਆਫ ਫਾਈਵ ਨਾਓ ओके सो ਆਪਣੀ ਆਈਡੀ ਖਤਮ ਕਰਨੀ ਪੈਣੀ ਤੁਹਾਨੂੰ ਹੂੰ ਸੋ ਤੁਸੀਂ ਮੇਰੇ ਕੋਲ ਆਏ ਮੈਂ ਹੁਣ ਤੁਹਾਨੂੰ ਜਾਣਦਾ ਵੀ ਹਾਂ ਹੁਣ ਤੁਸੀਂ ਮੈਨੂੰ ਕੋ ਆਪਣੀ ਪਰਸਨਲ ਗੱਲ ਦੱਸ ਦਿੱਤੀ ਵੀ ਮੇਰੇ ਕੋਲ ਭਾਈ ਆ ਗਲਤੀ ਹੋ ਗਈ ਹੁਣ ਮੈਂ ਇਹ ਨਹੀਂ ਵੀ ਮੈਂ ਉਹਦਾ ਫੈਲਾਠਾਵਾ ਮੈਂ ਹੁਣ ਤੁਹਾਨੂੰ ਬਲੈਕਮੇਲ ਕਰਾਂ ਜੇ ਮੈਂ ਤੁਹਾਡੀ ਗੱਲ ਜਾਏ ਕਿ ਤੇ ਗਾਂ ਘਰ ਆ ਭਾਈ ਕਿ ਦੀਸਾ ਉਹ ਯਾਰਾ ਉਹ ਵੇਖ ਬੰਦਾ ਇਸ ਤਰ੍ਹਾਂ ਦਾ ਜੋ ਮੈਨੂੰ ਦੱਸ ਦੱਸ ਕੇ ਗਿਆ ਹੀ ਉਹ ਵੀ ਨਾਟ ਸੁਪੋਜ਼ ਟੂ ਸ਼ੇਅਰ ਇਵਨ ਵਿਦ ਆਰ ਓਨ ਫੈਮਿਲੀਜ਼ ਅੱਛਾ ਜੀ ਹਾਂ ਜੀ ਅਸੀਂ ਆਪਣੇ ਘਰ ਆ ਕੇ ਫੈਮਿਲੀ ਦੇ ਵਿੱਚ ਭਾਵੇਂ ਤੁਹਾਡੇ ਧਰਮ ਪਤਨੀ ਆਉਣ ਭਾਵੇਂ ਪਤਨੀ ਭਾਵੇਂ ਬੱਚੇ ਆ ਆ ਕੇ ਇਦਾਂ ਦੀ ਕਿਸ ਠੀਕ ਹੈ ਨਾ ਜੀ ਸੋ ਜਿਵੇਂ ਹੁਣ ਕਾਉਂਸਲਿੰਗ ਵਿੱਚ ਨਾਰਮਲੀ ਕਹਿੰਦੇ ਕਿ ਜਦੋਂ ਸਾਡੇ ਕੋਲ ਕੋਈ ਕੇਸ ਆਂਦਾ ਨਾ ਜਿਵੇਂ ਕਿਸੇ ਕੋਲ ਕੋਈ ਗਲਤੀ ਹੋ ਗਈ ਨਾਰਮਲ ਕਾਉਂਸਲਿੰਗ ਦੀ ਗੱਲ ਕਰ ਰਹੇ ਹਾਂ ਪੰਜਾਂਤਿਚ ਨਹੀਂ ਸੋ ਨਾਰਮਲੀ ਕੀ ਕਰਦੇ ਕਿ ਕੇਸ ਡਿਸਕਸ਼ਨਸ ਕਰਦੇ ਜੋ ਜੋ ਅਸੀਂ ਕੀਤਾ ਸੀ ਪੋਡਕਾਸਟ ਪੀਚ ਪੀਚਐਸ ਵਾਲਿਆਂ ਨਾਲ ਵੀ ਉਹਨਾਂ ਨੇ ਵੀ ਦੱਸਿਆ ਸੀ ਕਿ ਕਾਉਂਸਲਰਸ ਬੈਠ ਕੇ ਬਾਤ ਨੂੰ ਡਿਸਕਸ ਕਰਦੇ ਸੋ ਤੁਸੀਂ ਕਹਿ ਰਹੇ ਹੋ ਕਿ ਆਪਸੇ ਪੰਜ ਪੰਜ ਪਿਆਰੇ ਵੀ ਕਿਸੇ ਦੀ ਪੇਸ਼ੀ ਨੂੰ ਡਿਸਕਸ ਨਹੀਂ ਕਰਦੇ ਬਾਅਦ ਚ ਨਹੀਂ ਨਹੀਂ ਕਿਉਂ ਕਰ ਸਕਦੇ ਜੀ ਪੰਜ ਪਿਆਰੇ ਉੱਥੇ ਵੀ ਸੁਣ ਸਕਦੇ ਸਾਰਾ ਕੁਝ ਇਕੱਠਾ ਪੰਜ ਪਿਆਰੇ ਬਾਅਦ ਚ ਵੀ ਨੂੰ ਡਿਸਕਸ ਕਰਦੇ ਠੀਕ ਹੈ ਜੀ ਜੇ ਕੋਈ ਮੰਨ ਲਓ ਆਪਾਂ ਜੇ ਕੋਈ ਬੰਦਾ ਹੁਣ ਪਹਿਲੀ ਵਾਰੀ ਉਹਨੇ ਗਲਤੀ ਕੀਤੀ ਆ ਉਹਨੂੰ ਆਪਾਂ ਸਜ਼ਾ ਲਾਤੀ ਆ ਹੁਣ ਮੰਨ ਲਓ ਹਾਈ ਪ੍ਰੋਫਾਈਲ ਬੰਦਾ ਸੀ ਉਹ ਪੰਜਾਂ ਦੀ ਸੇਵਾ ਜੇ ਲਗਦਾ ਸੀ ਜਾਂ ਗਰੰਤੀ ਸਿੰਘ ਸੀ ਜਾਂ ਰਿਪਰੈਜ਼ੈਂਟ ਕਰ ਰਿਹਾ ਵਾ ਉਹਨੇ ਹੁਣ ਗਲਤੀ ਦੁਬਾਰਾ ਕੀਤੀ ਆ ਜੀ ਆ ਡੈਫੀਨਿਟਲੀ ਵੀ ਨੀਡ ਟੂ ਡਿਸਕਸ ਠੀਕ ਹੈ ਨਾ ਕਿਉਂਕਿ ਉਹਦਾ ਥੋੜਾ ਜਾਣਦਾਂਗੇ ਉਹਨੂੰ ਤੇ ਉਦੋਂ ਖੜੇ ਹੋ ਕੇ ਮਤਾਂ ਪਕਾਇਆ ਜਾਂਦਾ ਬੰਦਾ ਹਾਈ ਪ੍ਰੋਫਾਈਲ ਬੰਦਾ ਜਿਹੜਾ ਉਹ ਦੁਬਾਰਾ ਦੁਬਾਰਾ ਗਲਤੀਆਂ ਕਰ ਰਿਹਾ ਵਾ 댓 ਮੀਨਸ ਵੀ ਨੀਡ ਸਮ ਡਿਫਰੈਂਟ ਐਕਸ਼ਨ ਆਲਸੋ ਠੀਕ ਹੈ ਨਾ ਅੱਗੇ ਤੋਂ ਗਲਤੀ ਕਰ ਸਕਦਾ ਕਿ ਨਹੀਂ ਕਰ ਸਕਦਾ ਸਾਨੂੰ ਇਹ ਵੀ ਜੱਜ ਕਰਨਾ ਪੈਂਦਾ ਠੀਕ ਹੈ ਨਾ ਜੇ ਹੁਣ ਕੋਈ ਆ ਗਿਆ ਯਾਰ ਮੈਂ ਵਿਆਹ ਤੇ ਗਿਆ ਸੀ ਮੈਂ ਤੇ ਉੱਥੇ ਫਿਰ ਪਕੌੜੇ ਖਾ ਲਈ ਮਚੀ ਵਾਲੇ ਬੜਾ ਲਾਈਟਲੀ ਜਾਇਆ ਤੁਹਾਡੇ ਕੋਲ ਤੈਹੀ ਹੁਣ ਭੇਜ ਦੇਦਾ ਵਾਪਸ ਵੀ ਜਾ ਕੋਈ ਨਹੀਂ ਸ਼ਾਕ ਜੀ ਹੋਰ ਓਕੇ ਤੈਨੂੰ ਇਹ ਸੈਂਸ ਨਹੀਂ ਆਈ ਤੇ ਤੂੰ ਗੁਰੂ ਕੋਲੋਂ ਮਾਫ਼ੀ ਮੰਗਣ ਆਇਆ ਤੂੰ ਰਾਈਟ ਸਮਝ ਕੇ ਆਇਆ ਆਪਣਾ ਮੈਂ ਤੇ ਮੈਂ ਤੇ ਬਖਸ਼ਾ ਹੀ ਜਾਣਾ ਇਦਾਂ ਨਹੀਂ ਚੱਲਦਾ ਤੇ ਆਨ ਦਿਸ ਸਪੌਟ ਕੋਣ ਸੁਣਾਉਂਦਾ ਕਿ ਤੁਹਾਡੀ ਤਨਖਾਹ ਕਿਹੋਣ ਹੈ ਪੰਜ ਆਪਸ ਹੀ ਪੰਜਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਅਸੀਂ ਡਿਸਾਈਡ ਕਰ ਲੈਂਦਾ ਵਾ ਓਕੇ ਕਿ ਇਹਨੂੰ ਕੀ ਤਨਖਾਹ ਹੋਣੀ विदाउट एग्रीमेंट ਨਹੀਂ ਉਹ ਜ਼ਰੂਰੀ ਹੈ ਉਹ ਮਸਟ ਹੈ ਠੀਕ ਹੈ ਸੋ ਕੁਝ ਚੀਜ਼ਾਂ ਸਾਡੀਆਂ ਸਪੈਸੀਫਾਈ ਕੀ ਆ ਇੱਕ ਬੱਜਰ ਕਿਰਾਇਆ ਤੇ ਇੰਨੇ ਬਾਣੀਆਂ ਦਾ ਪਾਠ ਲਾਉਣਾ ਇੰਨੇ ਘੰਟੇ ਸੇਵਾ ਲਾਉਣੀ ਆ ਹਾਂ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਕਿਸੇ ਨੇ ਉਹ ਕਿਹੜੀ ਕੰਡੀਸ਼ਨ ਥੱਲੇ ਆ ਕੇ ਕੀਤਾ ਵਾ 댓 ਆਲਸੋ ਮੈਟਰਸ ਕਿ ਜੇ ਤੋ ਉਹਦੇ ਕੋਲੋਂ ਕਰਵਾਈ ਗਈ ਹੈ ਕਿ ਰਹਿਤ 댓 ਆਲਸੋ ਮੈਟਰਸ ਸਾਨੂੰ ਉਹ ਡੀਪਲੀ ਜਾਣਾ ਪੈਂਦਾ ਵੀ ਇਹ ਜੇ ਕਿਸੇ ਨੇ ਮਤਲਬ ਇਹ ਕੰਮ ਕਿਸੇ ਬੀਬੀ ਨਾਲ ਜਾਂ ਭੈਣ ਨਾਲ ਕੋਈ ਜ਼ਬਰਦਸਤੀ ਹੋ ਗਈ ਆ ਹੁਣ ਉਹਨੂੰ ਤੇ ਪੇਸ਼ ਹੋਣਾ ਹੀ ਪੈ ਗਿਆ ਪਰ ਸਾਨੂੰ ਪਤਾ ਤਾਂ ਲੱਗੇ ਨਾ ਵੀ ਕਿਉਂ ਹੋ ਗਿਆ ਇਦਾਂ Mm. so that's stop or it's social Maybe now, when we see, like from on our aspect, like we do Seva with experience key as well, right? Or now, when we see, you know, common issues that are coming amongst youth, we know that we as the youth need to do purja of that more. That's a very good point. Right? So it's like uh, when we see a lot of people coming in, they're doing case handi be and then we know mm -hmm. okay, we need to do more prachad on case. We need to explain what the importance of case is and why case so, is so important. And even amongst the things, like um I know Paisabah, like by Hardeep Singh always, always says that, you know, we need to do more prachar on this, we need to do more prachar of this. And then he always says youth need to do prachar of this too, right? Because mm -hmm. youth are gonna connect with youth, youth aren't gonna connect with adults. Right. So it's it's a good way to see where our pont is and how we well, how we can fix the pont going yeah. forward as well. 100%. 100%. <laughs> ਕ੍ਰੈਡਿਟ ਨਹੀਂ ਭਾਈ ਹਰਦੀਪ ਸਿੰਘ ਨੂੰ ਦਵਾਂਗੇ ਹਾਂਜੀ ਕਿ ਜਿਤਨਾ ਆਪਣੇ ਸੈਲਫੋਨਾਂ ਤੇ ਅੱਜਕੱਲ ਐਪਸ ਆ ਗਈਆਂ ਆਪਾਂ ਪਾਠ ਦੀਆਂ ਐਪਸ ਲੋਡ ਕੀਤੀਆਂ ਆਈਆਂ ਗੁਰਬਾਣੀ ਦੇ ਐਪਸ ਲੋਡ ਕੀਤੇ ਆਈਆਂ ਹਾਂਜੀ ਸੋ ਹੁਣ ਆਪਾਂ ਨਿਤਨੇਮ ਇਹਨਾਂ ਤੋਂ ਸ਼ੁਰੂ ਕਰਨਾ ਕਰਤਾ ਹੂੰ ਠੀਕ ਹੈ ਨਾ ਇੱਕ ਤਾਂ ਆਪਾਂ ਇਹ ਫੀਲਿੰਗ ਕਰਦੇ ਆ ਵੀ ਆਪਾਂ ਨੂੰ ਹੱਥ ਸੁੱਚੇ ਕਰਨੇ ਪੈਣੇ ਆ ਕਿਉਂਕਿ ਉਹ ਫੋਨ ਤਾਂ ਆਪਾਂ 24 ਘੰਟੇ ਅੱਜ ਫੜਿਆ ਹੁੰਦਾ ਉੱਤੇ ਆਪਾਂ ਬਾਣੀ ਖੋਲਦੇ ਆ ਤੇ ਆਪਾਂ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਜੇ ਆਪਾਂ ਹੋਰ ਥੋੜੇ ਲਈ ਦੀ ਹੋਈ ਨੇ ਫਿਰ ਆਪਾਂ ਸੁਨਾ ਸ਼ੁਰੂ ਕਰ ਦਿੰਦੇ ਆ ਪੜਨਦੇ ਵੀ ਲੋੜ ਨਹੀਂ ਪੜਨਦੇ ਵੀ ਬਣਾ ਪਣਾ ਤੁਹਾਨੂੰ ਹਨਾ ਫਿਰ ਤੁਰਦੇ ਫਿਰਦੇ ਬਾਣੀ ਲਾ ਲਓ ਨਾਲ ਗੱਲਾਂ ਕਰੀ ਜਾਓ ਪਾਠ ਹੋ ਗਿਆ ਉਹ ਹੁਣ ਪਾਠ ਜਿਹੜਾ ਉਹ ਭਾਈ ਜਰਨਲਿਸਟ ਨੂੰ ਨਹੀਂ ਕਰ ਰਹੇ ਆ ਜਾਂ ਤਾਂ ਉਹਨਾਂ ਨੂੰ ਦੇ ਦਿਓ ਕਰੈਡਿਟਰ ਦਾ ਨਿਤਨੇ ਉਹਨਾਂ ਦਾ ਐਡ ਹੋ ਜਾਵੇ ਹਨਾ ਜਿੱਦਾਂ ਆਪਾਂ ਰਾਈਟਸ ਹੀ ਦੇਨੇ ਤੁਹਾਨੂੰ ਜਿਹੜੇ ਕਿਹੜੇ ਰਾਈਟਸ ਉਹਨਾਂ ਲਾਇਲਟੀ ਰਾਈਟਸ ਤੇ ਹੁੰਦੇ ਆ ਮੰਨ ਲਾ ਹਨਾ ਉਹ ਪਾਠ ਉਹਨਾਂ ਨੇ ਕੀਤਾ ਆ ਉਹਨਾਂ ਦਾ ਨੇਮ ਕਿੰਨਾ ਹੋਏਗਾ ਫਿਰ ਉਹਨਾਂ ਦਾ ਨੇਮ ਐਡ ਹੋਏਗਾ ਇਹਦੇ ਠੀਕ ਹੈ ਨਾ ਤੁਸੀਂ ਤਾਂ ਸੋਹਣਾ ਪਰ ਕੀਤਾ ਤੇ ਉਹਨਾਂ ਨੇ ਆ ਜਾਦੋਨ ਰਿਡ ਐਡ ਕਰੀ ਜਾਓ 5 ਮਹੀਨੇ ਰੋਈ ਦੇ ਆਪਣੇ ਵੱਲ ਠੀਕ ਹੈ ਨਾ ਉਹ ਤਰ੍ਹਾਂ ਨਹੀਂ ਆਪਾਂ ਕਰਨਾ ਕਲੇਮ ਵੀ ਆਪਾਂ ਕਰਨਾ ਉਹਨੂੰ ਪਰ ਕੀਤਾ ਤਾਂ ਆਪ ਹੈ ਨਹੀਂ ਠੀਕ ਹੈ ਨਾ ਸੋ ਇਹ ਸ਼ੋਰਟ ਦਿੱਤੀ ਗਈ ਸੀ ਉਹਨਾਂ ਨੂੰ ਜਿਹੜੇ ਬਜ਼ੁਰਗ ਆ ਜਿਹੜੇ ਕੋਈ ਹਸਪੀਟਲ ਦੇ ਵਿੱਚ ਆ ਜਿਹੜੇ ਬੱਚੇ ਛੋਟੇ ਇੱਥੇ ਕਿਉਂਕਿ ਹੁਣ ਪੰਜਾਬੀ ਨਹੀਂ ਬੱਚੇ ਨੂੰ ਆਉਂਦੀ ਹੁਣ ਜਿਹੜੇ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਆਪਾਂ ਉਹਨੂੰ ਡਿਸਕਰੇਜ ਤਾਂ ਨਹੀਂ ਕਰ ਸਕਦੇ ਵੀ ਮਰਨ ਦਾ ਸ਼ੱਕ ਪਾਈ ਤੂੰ ਚਲੋ ਜਿਹੜੀ ਰਾਈਟ ਏਜ ਆ ਗਈ ਆ ਉਹ ਸੈਂਸੇਬਲ ਬੱਚਾ ਵਾ ਕੌਮ ਦਾ ਕੋਈ ਬਹੁਤ ਵਧੀਆ ਮੈਂਬਰ ਬਣ ਸਕਦਾ ਕਿ ਆ ਕੇ ਹੈਨਾ ਸੋ ਉਸ ਵੇਲੇ ਉਸ ਤਨ ਨੂੰ ਨਹੀਂ ਗੱਲ ਕਹੀ ਸੀ ਕਿ ਚਲੋ ਤੁਸੀਂ ਬਾਣੀ ਸੁਣ ਲਿਆ ਕਰੋ ਜੀ ਹੁਣ ਉਹ ਬਾਣੀ ਅਸੀਂ ਸੁਣਨ ਦਾ ਵੇਖਣੇ ਸਾਡੇ ਆਪਣੇ ਘਰਾਂ ਦੇ ਵਿੱਚ ਆ ਠੀਕ ਹੈ ਜੀ ਮੈਂ ਬਾਹਰ ਨਹੀਂ ਗੱਲ ਕਰਦਾ ਕਿ ਬਾਹਰਲੇ ਬੱਚੇ ਸਾਡੇ ਬੱਚੇ ਇੱਥੇ ਬੌਰਨ ਹੋਏ ਆ ਅਸੀਂ ਆਪਣੇ ਘਰਾਂ ਦੀ ਵੀ ਗੱਲ ਕਰਦੇ ਪਏ ਵੀ ਉਹ ਹੁਣ ਵੀਡੀਓ ਆਡੀਓ ਚੱਲੀ ਜਾਂਦੀ ਆ ਹੂੰ ਕਿਸੇ ਬੱਚੇ ਨੇ ਪੁੱਛ ਲਓ ਵੀ ਤੇਰਾ ਨਿਤਨੇਮ ਹੋ ਗਿਆ ਹੁੰਦਾ ਪਿਆ ਵਾ ਹੁਣ ਮੈਨੂੰ ਨਹੀਂ ਪਤਾ ਕੀ ਹੁੰਦਾ ਵਿਆਹ ਵਾ ਠੀਕ ਹੈ ਨਾ ਪਰ ਦੇਰ ਨੋ ਕੀ ਹੁੰਦਾ ਵਿਆਹ ਪਾਣੀ ਸੁੰਦੇ ਪਿਆ ਠੀਕ ਹੈ ਨਾ ਸੋ ਇਹ ਭਾਈ ਹਰਦੀਪ ਸਿੰਘ ਨੇ ਸਾਨੂੰ ਉਹ ਬੜੇ ਚਿਰ ਪਹਿਲਾਂ ਹੀ ਸਲਾਹ ਦਿੱਤੀ ਸੀ ਵੀ ਆਪਾਂ ਇਸ ਚੀਜ਼ ਨੂੰ ਡਿਸਕਰੇਜ ਕਰੀਏ ਭਾਵੇਂ ਬੱਚਾ ਛੋਟਾ ਰਹੇ ਭਾਵੇਂ ਬੱਚਾ ਵੱਡਾ ਹੋਵੇ ਮਾਤਾ ਪਿਤਾ ਜ਼ਿੰਮੇਵਾਰੀ ਲਈਏ ਭਾਈ ਤੂੰ ਅਮਰ ਸ਼ਕਲ ਨੇ ਤਿਆਰ ਹੋ ਗਿਆ ਤਾਂ 6 ਮਹੀਨਿਆਂ ਦੇ ਵਿੱਚ 6 ਮਾਂਸ ਦੇ ਵਿੱਚ 1 ਸਾਲ ਦੇ ਵਿੱਚ ਤੂੰ ਮੇਕ ਸ਼ੋਰ ਕਰਕੇ ਤੈਨੂੰ ਗਰਭਾਣੀ ਪੜਨੀ ਜਾਗੀ ਭਾਈ ਸਾਹਿਬ ਆਪ ਸੰਥਿਆ ਜਾਂਦੇ ਆ ਭਾਈ ਹਰਦੀਪ ਸਿੰਘ ਜੀ ਦੇ ਸੰਥਿਆ ਜਾਂਦੇ ਫੁੱਲ ਟਾਈਮ ਹੋ ਜੀ ਮਹ ਲੋ ਉਹਨਾਂ ਨੇ ਕਾਫੀ ਗਰੁੱਪ ਹੈਗੇ ਮੈਂ ਸੰਡੇ ਨੂੰ ਕਰਦੇ ਸੀ ਹਾਂ ਨਾ ਹਾਂਜੀ ਅਸੀਂ ਵੀ ਉੱਥੇ ਸੰਥਿਆ ਲਈ ਸੀ ਹਾਂਜੀ ਇਹਨਾਂ ਨੇ ਉੱਥੇ ਸੰਥਿਆ ਲਈ ਆ ਅੱਛਾ ਜੀ ਸੋ ਬੜੇ ਮਲੇ ਬਹੁਤ ਵਧੀਆ ਭਾਈ ਕੁਲਵੰਤ ਸਿੰਘ ਵੀ ਜਥੇ ਦੇ ਵਿੱਚ ਚ ਕਰਦੇ ਇਹੋ ਸੇਵਾ ਉਹ ਵੀ ਕਰਦੇ ਆ ਭਾਈ ਚਰਨਜੀਤ ਸਿੰਘ ਵੀ ਕਰਦੇ ਆ ਚਾਰ ਤਿੰਨ ਚਾਰ ਸਿੰਘ ਸਾਡੇ ਜਥੇ ਦੇ ਵਿੱਚੋਂ ਬੜੇ ਫੁੱਲੀ ਡੈਡੀਕੇਟਡ ਹੈਗੇ ਇਸ ਸੇਵਾ ਦੇ ਵਿੱਚ ਬੱਚਿਆਂ ਨੂੰ ਫ੍ਰੀ ਬਾਣੀ ਸਿਖਾਉਣ ਵਾਸਤੇ ਬੱਚਿਆਂ ਨੂੰ ਫ੍ਰੀ ਸੰਥਿਆ ਦੇਣ ਵਾਸਤੇ ਹਾਂਜੀ ਸੋ ਉਹ ਕਹਿੰਦੇ ਵੀ ਇਹਨਾਂ ਨੂੰ ਸਾਡੇ ਕੋਲ ਭੇਜੋ ਤੁਸੀਂ ਇਹ ਬੱਚੇ ਜਿਹੜੇ ਇੱਥੋਂ ਦੇ ਬੋਰ ਨੇ ਆ ਅਸੀਂ ਇਹਨਾਂ ਨੂੰ ਟ੍ਰੇਨ ਕਰ ਸਕਦੇ ਹਾਂ ਇਹਨਾਂ ਨੂੰ ਹੁਣ ਆਪਾਂ ਇਹ ਆਪਸ਼ਨਾਂ ਨਾਲ ਦਈਏ ਵੀ ਤੁਸੀਂ ਪਾਠ ਸੁਣ ਲਓ ਜਾਂ ਆਪ ਤੋਂ ਕਰ ਲਓ ਜਿੱਦਾਂ ਕਰ ਲਓ ਕਿਉਂਕਿ ਉਹਦੇ ਨਾਲ ਦੇਖਿਆ ਦਾਸ ਨੇ ਖੁਦ ਪ੍ਰੈਕਟੀਕਲ ਕਰਕੇ ਦੇਖਿਆ ਕਿ ਤੁਸੀਂ ਪਾਠ ਸੁਣ ਕੇ ਦੇਖ ਲਓ ਪਾਠ ਆਪਣੇ ਸੈਲਫੋਨ ਤੋਂ ਕਰਕੇ ਦੇਖ ਲਓ ਔਰ ਪਾਠ ਗੁਰੂਕ ਸਾਹਿਬ ਤੋਂ ਕਰਕੇ ਦੇਖ ਲਓ ਕਿੰਨਾ ਜੀ ਜਾਂ ਤੁਸੀਂ ਖੁਦ ਐਕਸਪੈਰੀਮੈਂਟ ਕਰ ਸਕਦੇ ਜੀ ਜਿਹੜਾ ਮਰਜ਼ੀ ਬੰਦਾ ਐਕਸਪੈਰੀਮੈਂਟ ਕਰ ਲੇ ਤੁਹਾਨੂੰ ਡਿਫਰੈਂਸ ਫੀਲ ਹੋ ਜਾਏਗਾ ਉਸੇ ਵੇਲੇ ਕਿ ਜੋ ਪਾੜ ਤੁਸੀਂ ਮर्याਦਾ ਦੇ ਹਿਸਾਬ ਨਾਲ ਹੱਥ ਪੈਰ ਧੋ ਕੇ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਹੋ ਗਿਆ ਚੌਂਕੜਾ ਮਾਰ ਕੇ ਰੀਲ ਦੇ ਉੱਤੇ ਗੁਟਕਾ ਸਾਬ ਪ੍ਰਕਾਸ਼ ਕਰਕੇ ਰਮਾਲੇ ਚ ਸਜਾ ਕੇ ਉਹ ਜੋ ਨਿਤਨੇਮ ਕਰਨਾ ਉਹਦਾ ਸਵਾਦ ਪਲੱਸ ਬਿਨਾ ਹੱਟ ਧੋਤਿਆਂ ਜੋ ਕੁਝ ਕੀਤਾ ਜੇਬ ਚ ਫੋਨ ਕੱਢਿਆ ਤੇ ਬਹਿ ਕੇ ਤਾਂ ਸਕਰੋਲ ਕਰੀ ਗਿਆ ਦਵਾ-ਦਵਾ ਪਾਠ ਕਰ ਲਿਆ ਫੁੱਲ ਸਪੀਡ ਦੇ ਉੱਤੇ ਉਹਦਾ ਉਹਦਾ ਸਵਾਦ ਪਲੱਸ ਜੇ ਆਪਾਂ ਤੁਰੇ ਫਦੇ ਆਪਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਆਪਾਂ ਲਾਈਆਂ ਹੋਈਆਂ ਠੀਕ ਹੈ ਨਾ ਤੇ ਉਹਦਾ ਡਿਫਰੈਂਸ ਲਈ ਸੋ ਇਹ ਡਿਫਰੈਂਸ ਹੈਗਾ ਆਪਾਂ ਨੂੰ ਇਨकरेਜ ਕਰਨਾ ਚਾਹੀਦਾ ਹੈ ਕਿ ਇਥੋਂ ਜਨਰੇਸ਼ਨ ਨੂੰ ਵੀ ਜਿਹੜੇ ਪੰਜਾਬੀ ਨਹੀਂ ਪੜ ਸਕਦੇ ਗੁਰਮੁਖੀ ਨਹੀਂ ਪੜ ਸਕਦੇ ਜਰੂਰ ਸਿੱਖਣ ਇਹਨੂੰ ਵੀ ਆਪਣੀ ਮਰਿਆਦਾ ਦੇ ਵਿੱਚ ਐਡ ਕਰਕੇ ਅਮਰ ਸ਼ਕਲ ਲਈ ਤਿਆਰੀ ਕਰਨੀ ਆ ਜਾਂ ਅਮਰ ਸ਼ਕਲ ਆ ਤੇ ਇਹਨੂੰ ਐਸ ਸੂਨ ਐਸ ਪੋਸੀਬਲ ਜੀ ਅਸੀਂ ਅਚੀਵ ਕਰਨਾ ਐਂ ਤੇ ਤਾਂ ਦੀ ਮਰਿਆਦਾ ਦੱਸੀ ਜਾਂਦੀ ਹੈ ਸੰਗਤ ਨੂੰ ਹੁਣ ਅਸੀਂ ਦੱਸਣੀ ਸ਼ੁਰੂ ਕਰ ਦਿੱਤੀ ਹੈ ਜੀ ਕਿਉਂਕਿ ਅਸੀਂ ਇਹ ਵੇਖ ਲਿਆ ਵਾ ਕਿ ਸਾਡੇ ਆਪਣੇ ਘਰਾਂ ਦੇ ਵਿੱਚ ਹੀ ਵੀਕਨੈਸ ਆ ਗਈ ਤੇ ਜਿਹੜੀ ਮਰਿਆਦਾ ਹੁੰਦੀ ਹੈ ਉਹ ਵੈਸੇ ਹੁੰਦੀ ਗੁਪਤ ਹੈ ਕਿ ਜਿਹੜੇ ਪੰਜਾ ਜਿਹੜੇ ਅਬ ਇਲਾਕਿਆਂ ਤੋਂ ਇਲਾਵਾ ਵੀ ਬਾਤ ਅਸੀਂ ਜਾ ਸਕਦੇ ਜਿਵੇਂ ਹੁਣ ਦੱਸਿਆ ਜਾ ਸਕਦੀਆਂ ਮਰਿਆਦਾ ਜਿਹੜੀ ਬਿਲਕੁਲ ਜੀ ਬਿਲਕੁਲ ਮਰਿਆਦਾ ਕੋਈ ਗੁਪਤ ਨਹੀਂ ਹੈਗੀ ਮਰਿਆਦਾ ਦੇਖੋ ਇਸ ਤਰ੍ਹਾਂ ਆ ਕਿ ਸ਼੍ਰੋਮਨਿਕ ਮਿੰਟ ਨੇ ਪਬਲਿਸ਼ ਕੀਤੀ ਹੋਈ ਹੈ 100 ਦਿਨ ਮਿੰਟ ਕਸਾਲ ਨੇ ਮਰਿਆਦਾ ਪਬਲਿਸ਼ ਕੀਤੀ ਹੋਈ ਹੈ ਅੱਛਾ ਜੀ ਤੇ ਜਦੋਂ ਅਮਰ ਸੰਚਾਰ ਹਾਂਜੀ ਜਦੋਂ ਭਾਈ ਸਾਹਿਬ ਆਪ ਜੀ ਨੂੰ ਦੱਸ ਸਕਦੇ ਇੰਗਲਿਸ਼ ਦੇ ਵਿੱਚ ਥੋੜਾ ਜਿਹਾ ਜੀ ਦੱਸਣਾ ਵੀ ਜੀ ਤੁਸੀਂ ਵੀ ਜੇ ਕੱਟ ਬੋਲਦੇ ਮੈਂ ਐਕਟ ਰਿਜਿਸਟਰ ਕਰਨੀ ਸੀ ਵੀ ਇਵਨ ਟੂ ਦ ਅਮਰ ਸੰਚਾਰ ਹੁੰਦੇ ਆ ਤੇ ਜਦੋਂ So most of our students are smart and smart, so yeah, but the right hand, yeah, both doors are open, yeah. We're just an arms' engagement. they can come listen to the right okay. too, right? As we talked before, that you know you you're practicing, you want to learn what that right and mm -hmm. then from there, if you need a refresher as well, right? Those are always there too, just to kind of. what the word? What happened? ਸਵਿਲਾ ਸੰਸਕਾਰ ਹੈਗਾ ਜਨਮ ਸੰਸਕਾਰ ਮੈਂ ਬਸ ਇੱਕ ਸੰਸਕਾਰ ਪਿੱਛੇ ਜਣਾ ਚਾਹਨਾ ਜਿਹੜਾ ਸੀ ਕਿ ਆ ਵਿਦਿਆ ਸੰਸਕਾਰ ਐਂਡ ਅੰਮ੍ਰਿਤ ਸੰਸਕਾਰ ਸਾਨੂੰ ਕੁਝ ਸਵਾਲਾਂ ਇੰਸਟਾਗ੍ਰam ਤੇ ਵੀ ਆਈ ਸੀ ਸੀ ਪੁੱਛਿਆ ਸੀ ਉਹਨਾਂ ਨੂੰ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਪੰਜਾਂ ਨਾਲ ਗੱਲ ਕਰਨ ਦਾ ਓਕੇ ਅਕਾਲੀ ਫੂਲਾ ਸਿੰਘ ਜੀ ਤੇ ਟਾਈਮ ਤੇ ਅੰਮ੍ਰਿਤ ਛਕਾਣ ਵੇਲੇ ਨਾਮ ਲਿਖੇ ਜਾਂਦੇ ਸੀ ਕੀ ਪੰਜ ਹੁਣ ਵੀ ਨਾਮ ਲਿਖਦੇ ਨੇ ਛੋਟੀਆਂ ਗੱਲਾਂ ਵਾਸਤੇ ਪੇਸ਼ ਹੋਣਾ ਜ਼ਰੂਰੀ ਆ ਦੇਰ ਇਜ਼ ਨੋ ਜੈਂਡਰ ਡਿਸਕ੍ਰਿਮੀਨੇਸ਼ਨ ਇਨ ਸਿੱਖੀ ਸੋ ਵਾਹੇਨੋ ਊਮਨ ਗੁਰੂਜ਼ ਔਰ ਪੰਜ ਪਿਆਰੇ